ਤੁਹਾਡੇ ਕੋਲ ਵੀ 0008 ਨੰਬਰ ਫੋਰਚੂਨਰ, ਸਿੱਧੂ ਕੋਲ ਵੀ 0008, ਕਦੇ ਇਹਦੇ ਤੇ ਵੀ ਡਿਸਕਸ਼ਨ ਹੋਈ ਸੀ ਕਦੇ ਕਿ ਭਾਈ ਨੰਬਰ ਆਪਣੇ ਦੇਖੋ ਮੈਚ ਹੋ ਗਿਆ? ਜਦੋਂ ਉਹਨੇ ਗਾਣਾ ਕਰਿਆ ਨਾ ਲਾਈਕ ਉਹ ਜਦੋਂ 1008 ਜਿਹੜਾ ਗਾਣੇ ਦੀ ਗੱਲ ਕਰਦੇ ਹਾਂ ਨਾ, ਤੇ 3065 ਮੋਹਾਲੀ ਦਾ 3-0 ਪਿੱਛੇ 8 ਬੱਲੀਏ, ਗੱਡੀ ਦਾ ਨੰਬਰ ਮੈਨੂੰ ਗਾਣਾ ਸੁਣਾਇਆ ਨਾ ਰਿਕਾਰਡ ਕਰਕੇ ਬਾਈ ਨੇ, ਜੇ ਉਹ ਜਸਟ ਵੈਸੇ ਵੋਕਲ ਹੀ ਸੀਗੀ ਹੈ ਨਾ, ਮੈਂ ਬਾਈ ਨੂੰ ਕਿਹਾ ਗਾਣਾ ਤਾਂ ਛੱਡੀ ਹੈ ਨਾ, ਅਤੇ ਬਾਈ ਮੈਨੂੰ ਕਹਿੰਦਾ ਕਿ ਕਿਉਂ ਕੀ ਹੋਇਆ? ਮੈਂ ਕਿਹਾ ਯਾਰ ਬਾਈ ਨੰਬਰ ਸਵਾਈਪ ਕਰਾਉਣਾ ਅਜੇ ਵੀ ਤੂੰ ਕਹਿ ਰਿਹਾ ਨੰਬਰ ਰੱਖਣਾ, ਅਤੇ ਮੈਂ ਕਿਹਾ ਜੇ ਗਾਣਾ ਛੱਡਤਾ ਮੈਂ ਕਿਹਾ ਵੈਲਿਊ ਵੱਧ ਜਾਣੀ ਹੈ, ਅਤੇ ਮੈਨੂੰ ਕਹਿੰਦਾ ਯਾਰ ਤੂੰ ਬਸ ਕਰਿਆ ਕਰ, ਕਹਿੰਦਾ ਵੀ ਤੂੰ ਕਈ ਵਾਰੀ ਇਹੋ ਜਿਹੀਆਂ ਗੱਲਾਂ ਕਰ ਦਿੰਦਾ ਵਾ ਕਿ ਜੇ ਆਈ ਥਿੰਕ ਮੋਹਾਲੀ ਦਾ ਬਾਅਦ 'ਚ ਨੰਬਰ ਵਿਕਿਆ, ਮੇ ਬੀ ਮੈਂ ਗਲਤ ਵੀ ਹੋਵਾਂ, ਪਤਾ ਨਹੀਂ 19 ਲੱਖ ਦਾ ਕਿ 29 ਲੱਖ ਦਾ, 3065 ਹਾਂ 0000 ਜਿਹੜੀ ਬੋਲੀ ਲੱਗੀ ਉਹਦੇ 'ਤੇ ਚੰਡੀਗੜ੍ਹ ਵਾਲਾ ਮੈਨੂੰ ਅਜੇ ਯਾਦ ਹੈ 7.5-8 ਲੱਖ ਦਾ ਐਰਕਾਂ ਵਿਕਿਆ। ਸਿੱਧੂ ਦੀ ਮੋਡੀਫਿਕੇਸ਼ਨ ਗੱਡੀ ਦੀ ਜਿਹੜੀ 0008 ਵਾਲੀ ਫੋਰਚੂਨਰ ਆ, ਤੁਸੀਂ ਕਰਵਾਈ ਸੀ ਸਭ ਤੋਂ ਪਹਿਲਾਂ ਮੋਡੀਫਿਕੇਸ਼ਨ? ਬਹੁਤ ਸਾਰੇ ਆਪਣੇ ਸੈਲੀਬ੍ਰਿਟੀਜ਼ ਕਹਿ ਲਈਏ, ਕੋਈ ਆਫਿਸਰ ਲਾਈਨਸ ਤੱਕ ਦੇ ਬੰਦੇ ਜਿਹੜੇ ਆ ਉਹ ਵੀ ਆਪਾਂ ਨੂੰ ਅਪਰੋਚ ਕਰ ਲੈਂਦੇ ਆ ਕਿ ਦਿਆ ਕਰਨ ਯਾਰ ਤੂੰ ਵਾਹਵਾ ਇਸ ਇੰਡਸਟਰੀ 'ਚ ਹੈਗਾ ਹੈ ਨਾ, ਤੈਨੂੰ ਪਤਾ ਹੈ ਵੀ ਕਿਹੜੀ ਚੀਜ਼ ਲੀਗਲ ਹੈ ਜਾਂ ਕਿਹੜੀ ਚੀਜ਼ ਚੰਗੀ ਆ ਜਾਂ ਮਾੜੀ ਆ। ਬਾਈ ਨੂੰ ਥੋੜ੍ਹੀ ਬਲਕੀ ਲੁੱਕ ਪਸੰਦ ਸੀ ਵੀ ਮਤਲਬ ਜਿੱਦਾਂ ਅੱਜ ਵੀ ਝੋਟਾ ਦੇ ਨਾਂ ਨਾਲ ਜਾਣੀ ਜਾਂਦੀ ਹੈ ਬਾਈ ਦੀ ਗੱਡੀ ਹੈ ਨਾ, ਵੀ ਝੋਟੇ ਦੀ ਜਾਂਦੀ ਹੈ। ਬਾਈ ਕਹਿੰਦਾ ਯਾਰ ਆਹ ਬਲਕੀ ਲੁੱਕ, ਅਸੀਂ ਮੈਂ 5-7 ਬਾਈ ਨੂੰ ਲੋਏ ਲੂਏ ਦਿਖਾਏ ਹੈ ਨਾ, ਬਾਈ ਕਹਿੰਦਾ ਨਹੀਂ ਯਾਰ, ਬਾਈ ਨੇ ਜਦੋਂ ਲੋਏ ਪਸੰਦ ਕੀਤੇ ਨਾ ਉਹ ਵੈਸੇ ਮਾਰਕੀਟ ਦੇ ਵਿੱਚ ਉਹ ਲੋਏ ਨਾ ਉਸ ਟਾਈਮ 'ਤੇ ਨਹੀਂ ਹੀ ਇੰਨੀ ਡਿਮਾਂਡ ਦੇ ਵਿੱਚ ਹੈਗਾ, ਲੋਕ ਘੱਟ ਪਸੰਦ ਕਰਦੇ ਸੀ, ਥੋੜ੍ਹਾ ਜਿਹਾ ਟਾਇਰ ਬਾਹਰ ਵੀ ਆਉਂਦਾ ਸੀ ਪਰ ਜੈਨੂਅਨ ਸੀ, ਮਤਲਬ ਕਿ ਉਹਦਾ ਕੋਈ ਚੱਕਰ ਨਹੀਂ। ਜਦੋਂ ਉਹ ਬਾਈ ਨੇ ਪਾਤਾ ਮੈਂ ਕਹਿੰਦਾ ਬਾਈ ਵੀ 2 ਮਹੀਨੇ ਆਊਟ ਆਫ ਸਟੋਕ ਹੀ ਰਿਹਾ ਉਹ ਲੋਏ, ਮਿਲਿਆ ਹੀ ਨਹੀਂ, ਜਿਹਨਾਂ ਕੋਲ ਪਿਆ ਸੀ ਬਾਈ ਉਹ ਬਲੈਕ ਵਿਕਿਆ। ਪੰਜਾਬ ਇਸ ਚੀਜ਼ ਲਈ ਦੁਨੀਆ 'ਤੇ ਮੰਨਿਆ ਜਾਂਦਾ, ਇੰਡੀਆ 'ਚ ਸਪੈਸ਼ਲੀ ਮੰਨਿਆ ਜਾਂਦਾ, ਬਹੁਤ ਸਾਰੇ ਮੇਰੇ ਇੱਦਾਂ ਦੇ ਵੀ ਮੇਰੇ ਨਾਲ ਜੁੜੇ ਹੋਏ ਆ ਬੰਦੇ ਜਿਹੜੇ ਕਿ ਪੰਜਾਬ ਸਪੈਸ਼ਲੀ ਮੋਡੀਫਿਕੇਸ਼ਨ ਲਈ ਆਉਂਦੇ ਆ, ਹਫ਼ਤਾ ਹਫ਼ਤਾ ਬਾਈ ਉਹ ਰਹਿੰਦੇ ਆ ਇੱਥੇ, ਕਿਉਂਕਿ ਆਪਣੇ ਜਿਹੜੀ ਲੈਵਲ ਦੀ ਮੋਡੀਫਿਕੇਸ਼ਨ ਹੁੰਦੀ ਆ ਉਹ ਕਿਸੇ ਸਟੇਟ 'ਚ ਨਹੀਂ ਹੁੰਦੀ। ਵਿੰਟੇਜ ਗੱਡੀਆਂ ਦੇ ਬਹੁਤ ਸਾਰੇ ਇਹਨੂੰ ਸ਼ੌਂਕ ਹੈ, ਅਤੇ ਜਿਵੇਂ ਪਿੱਛੇ ਜੇ ਲਾਈਕ ਸਟਾਰਟਿੰਗ ਜੇ ਕਰੀ ਪਰਮੀਸ਼ ਭਾਈ ਨੇ ਵੀ ਆਪਾਂ ਨੂੰ ਕਿਹਾ ਕਿ ਹਾਂ ਬਾਈ ਵੀ ਕਿੱਦਾਂ ਵਨਟਨਸ ਵਗੈਰਾ ਜੌਂਗੇ ਵਿਲੀਸ, ਉਹ ਵੀ ਲੋਕਾਂ ਨੂੰ ਕਨਫਿਊਜ਼ਨ ਸੀ, ਚਲੋ ਬਾਈ ਹੁਣਾਂ ਨੂੰ ਤਾਂ ਕਲੈਰਿਟੀ ਹੈਗੀ ਸੀਗੀ, ਅਤੇ ਮੈਨੂੰ ਹੁੰਦਾ ਕਿ ਸਲਾਹ ਉਹ ਦਿੱਤੀ ਜਾਵੇ ਜਿਹੜੀ ਇੱਕ ਜੈਨੂਅਨ, ਕਿਉਂਕਿ ਉਹ ਬੰਦੇ ਦੀ ਆਈਡੈਂਟੀ ਵੀ ਉਹਦੇ ਨਾਲ ਖਰਾਬ ਨਾ ਹੋ ਜਾਵੇ। ਨਵੀਂ ਥਾਰ ਆਈ ਹੈ, ਇਹਦੇ ਬਾਰੇ ਕੀ ਜਿਵੇਂ ਹੁਣ ਇਹ ਚਰਚਾ ਚੱਲ ਰਹੀ ਹੈ ਕਿ ਜਿਹੜੀਆਂ ਪੁਰਾਣੀਆਂ ਥਾਰਾਂ ਸੀ ਉਹਨਾਂ ਦੇ ਰੇਟ ਘੱਟ ਜਾਣੇ ਆ, ਹੁਣ 5 ਡੋਰ ਆ ਗਈ, 5 ਡੋਰ ਆ ਹਾਂਜੀ ਹੁਣ ਉਹਨੂੰ 5 ਡੋਰ ਕਹਿ ਦਿੰਦੇ, ਪਹਿਲੀ 3 ਡੋਰ ਹੁੰਦੀ ਸੀ, ਵੈਸੇ ਬੇਸਿਕਲੀ ਲੋਕ ਨੂੰ 2 ਡੋਰ ਨਾਲ ਹੀ ਜਾਣਦੇ ਆ ਹੈ ਨਾ, ਡਿੱਗੀ ਨੂੰ ਕੋਈ ਡੋਰ ਖਿੰਡਦਾ ਨਹੀਂ ਗਾ ਪਰ ਡੋਰ ਹੀ ਹੁੰਦਾ ਉਹ ਵੀ, ਅਤੇ ਡਿੱਗ ਜਾਣੇ ਨਹੀਂ ਬਾਈ ਡਿੱਗੇ। 23 ਮਾਡਲ ਗੱਡੀ ਆ ਸੀ ਮੈਂ ਹੁਣ ਦੱਸ ਕੇ ਦਾ, 13 ਲੱਖ ਦੀ ਪਿੱਛੇ ਹੀ ਅਜੇ ਪਰਸੋਂ ਚੌਥੀ ਸੇਲ ਕਰਕੇ ਹਟਿਆ ਬੰਦਾ, ਨਵੀਂ ਸਾਰੀ 28,000 ਚੱਲੀ ਲਈ ਉਹ ਬਾਈ ਨੇ 18.5-19 ਲੱਖ ਦੀ ਮੇਰੇ ਸਾਹਮਣੇ 6 ਲੱਖ ਸਿੱਧਾ ਟੁੱਟ ਗਿਆ ਬਾਈ, ਅਜੇ ਟੁੱਟੂਗਾ ਹੋਰ। ਇੱਕ ਸਰਦਾਰ ਔਰ ਇਕੱਲੇ ਮੈਨੂੰ ਲੱਗਦਾ ਇਕਲੌਤੇ ਤੁਸੀਂ ਪੰਜਾਬੀ ਬਲੌਗਰ ਹੋਵੋਗੇ ਜਿਨ੍ਹਾਂ ਨੂੰ ਵੱਡੀਆਂ ਕੰਪਨੀਆਂ ਅਪਰੋਚ ਕਰਦੀਆਂ ਆਟੋਮੋਬਾਈਲ ਦੀ ਇੰਡਸਟਰੀ 'ਚ, ਤਾਂ ਮੈਨੂੰ ਲੱਗਦਾ ਤੁਸੀਂ ਬਹੁਤ ਸਾਰੇ ਬ੍ਰਾਂਡ ਦਾ ਜਿਹੜਾ ਟਾਟਾ ਕਹਿ ਲਈਏ, ਸਕੋਡਾ, ਵੋਕਸਵੈਗਨ, ਜੀਪ ਕਹਿ ਲਈਏ, ਮਰੂਤੀ, ਟੋਇਟਾ, ਬਹੁਤ ਸਾਰੇ ਬ੍ਰਾਂਡ ਦਾ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਹੈ ਨਾ ਕਿ ਸਾਨੂੰ ਕੋਈ ਲੋਕਲ ਲੈਂਗੁਏਜ ਵਾਲਾ ਬੰਦਾ ਜਾਂ, ਕਿਉਂਕਿ ਪੰਜਾਬ 'ਚ ਸਾਰਿਆਂ ਜ਼ਿਆਦਾ ਖਪਤ ਹੈ ਇਹਨਾਂ ਚੀਜ਼ਾਂ ਦੀ, ਟਾਇਰ ਬ੍ਰਾਂਡਸ ਬਹੁਤ ਸਾਰੇ ਨੇ, ਲਾਈਕ 2-ਵੀਲਰ ਬ੍ਰਾਂਡਸ ਬਹੁਤ ਸਾਰੇ ਨੇ, ਫਿਰ ਉਹ ਆਪਾਂ ਨੂੰ ਬੁਲਾਉਂਦੇ ਆ ਫਿਰ ਮਜ਼ਾ ਵੀ ਆਉਂਦਾ ਜਾਣ ਦਾ। ਤੁਹਾਨੂੰ ਨਾਲ ਦੱਸਣਾ ਪੈਂਦਾ ਕਿ ਤੁਸੀਂ ਕਿਹੜੇ ਬਲੌਗਰ ਹੋ, ਠੀਕ ਹੈ, ਕਿਉਂਕਿ ਸੇਮ ਉਹ ਗੱਲ ਆਉਂਦੀ ਹੈ ਵੀ ਘੱਟ ਕੱਪੜੇ ਜਾਂ ਕਹਿ ਲਈਏ ਵੀ ਆਪਾਂ ਲੋਕ ਲੜਾਈ ਕਰਦੇ ਆ ਜਾਂ ਕੁਛ ਵੀ ਕਰਦੇ ਆ ਉਹਨੂੰ ਵਲੌਗਿੰਗ ਕਹਿਣ ਲੱਗ ਗਏ, ਉਹ ਵਲੌਗਿੰਗ ਨਹੀਂ ਹੈਗੀ। ਕਾਫੀ ਰੈਲੀਜ਼ ਦੇ ਵਿੱਚ ਵੀ ਹਿੱਸਾ ਲਿਆ, ਔਰ ਕਿੱਥੋਂ ਸਭ ਤੋਂ ਲੰਬੀ ਰੈਲੀ ਕਿਹੜੀ ਜਾ ਕੇ ਆਓ, ਕਿੱਥੇ ਤੁਸੀਂ ਟਰੈਵਲ ਕੀਤਾ? ਪਿੱਛੇ ਜੇ ਇੱਕ ਟਰੈਵਲ ਕੀਤਾ ਆਲ ਇੰਡੀਆ, ਅਸੀਂ ਉਹਨੂੰ ਨਾਮ ਦਿੱਤਾ ਸੀ ਲਾਸਟ ਈਅਰ ਅਗਸਤ 'ਚ ਕਰਿਆ ਸੀ ਅਸੀਂ ਸਟਾਰਟ ਫੋਰਚੂਨਰ ਗੱਡੀ, ਮੇਰੇ ਵਾਲੀ ਆਪਦੀ ਫੋਰਚੂਨਰ, ਸਾਡੇ ਕੋਲ ਇਹ ਵੀ ਹੈ ਗੱਡੀ, ਇਹ ਵੀ ਨਹੀਂ ਹੈ ਵੀ ਅਸੀਂ ਉਹ ਨੋਰਮਲ ਗੱਡੀਆਂ ਨੇ, ਸਾਡੀਆਂ ਉੱਚ ਅਸੀਂ ਕਾਫੀ ਜ਼ਿਆਦਾ ਮੋਡੀਫਿਕੇਸ਼ਨ ਕਰੀਆਂ ਗਈਆਂ, ਸਸਪੈਂਸ਼ਨ ਚੇਂਜ ਨੇ, ਠੀਕ ਹੈ, ਉਹਦੀਆਂ ਹੈੱਡਲਾਈਟਸ ਵਗੈਰਾ ਵੀ ਅਸੀਂ ਚੇਂਜ ਕਰੀਆਂ ਹੋਈਆਂ ਨੇ ਉਹ 'ਚ, ਮਤਲਬ ਲੀਗਲੀ ਜਿਹੜੀਆਂ ਚੇਂਜ ਹੋ ਸਾਰੀਆਂ ਚੀਜ਼। ਵਾਹਗਾ ਬਾਰਡਰ ਅੰਮ੍ਰਿਤਸਰੋਂ ਚੱਲ ਕੇ ਅਸੀਂ 23 ਦਿਨ ਕੰਟੀਨਿਊਸਲੀ ਡਰਾਈਵ ਕੀਤਾ, ਕੰਟੀਨਿਊਸਲੀ ਮੀਨਸ ਜਿਹਦਾ ਤੁਹਾਨੂੰ ਲੱਗਿਆ ਰੁਕ ਜਾਣਾ ਚਾਹੀਦਾ, 1-2 ਦਿਨ ਅਸੀਂ ਰੁਕੇ ਹਾਂ ਰਾਜਸਥਾਨ, ਫਿਰ ਅਸੀਂ ਗੁਜਰਾਤ ਗਏ ਹਾਂ, ਗੁਜਰਾਤ ਤੋਂ ਬਾਅਦ ਫਿਰ ਬੰਬੇ, ਗੋਆ, ਕੇਰਲਾ, ਕੰਨਿਆਕੁਮਾਰੀ ਆਪਣਾ ਇੰਡੀਆ ਦਾ ਐਂਡ ਹੈ, ਦੈਨ ਅਸੀਂ ਚੇਨਈ ਹੋ ਕੇ, ਕੋਲਕਾਤਾ ਹੋ ਕੇ, ਫਿਰ ਅਸੀਂ ਵਾਰਾਣਸੀ ਹੋ ਕੇ, ਦਿੱਲੀ ਹੋ ਕੇ ਵਾਪਸ ਆਏ। ਮੈਂ ਕਹਿੰਦਾ ਲੋਕ ਬਾਹਰ ਭੱਜਦੇ, ਪਹਿਲਾਂ ਆਪਣਾ ਇੰਡੀਆ ਟਰੈਵਲ ਕਰਨਾ ਚਾਹੀਦਾ, ਅਤੇ ਸਾਡੇ ਇੰਡੀਆ 'ਚ ਬਹੁਤ ਕੁਛ ਹੈ। ਉੱਥੇ ਬਈ ਮੈਂ ਨਾ ਅਸੀਂ ਕੰਟੀਨਿਊਸਲੀ ਡਰਾਈਵ ਕੀਤੀ ਗੋਆ ਟੂ ਮੁਨਾਰ, ਆਲਮੋਸਟ ਸਾਡੀ ਡਰਾਈਵ ਸੀ 18 ਘੰਟੇ ਦੀ, ਮੈਂ ਸਾਰਾ ਇੰਡੀਆ ਇਕੱਲੇ ਨੇ ਖੁਦ ਡਰਾਈਵ ਕੀਤਾ, ਮੈਂ ਨਾਲ ਵਾਲੇ ਨੂੰ ਕਿਸੇ ਨੂੰ ਗੱਡੀ ਚਲਾਉਣ ਨਹੀਂ ਦਿੱਤੀ, ਭਾਵੇਂ 18 ਘੰਟੇ ਚਲਾਈ ਹੈ, ਭਾਵੇਂ ਅਸੀਂ ਚਲਾਈ ਹੈ 24 ਘੰਟੇ ਗੱਡੀ, ਅਤੇ ਉਹ ਮੇਰੇ ਵਲੌਗ ਵੀ ਪਏ ਅੱਜ ਸਟਿਲ 'ਤੇ, ਅਸੀਂ ਉਹਨੂੰ ਚਲਾਇਆ ਹੀ ਉੱਦਾਂ। ਹੁਣ ਤਾਂ ਦੇਖੋ ਸੋਸ਼ਲ ਮੀਡੀਆ ਨਾ ਹਰ ਬੰਦਾ ਇੰਗੇਜ ਹੋ ਗਿਆ, ਔਰ ਜਦੋਂ ਤੁਸੀਂ ਸ਼ੁਰੂਆਤ ਕੀਤੀ ਉਹ ਅਜੇ ਕਰੋਨਾ ਤੋਂ ਪਹਿਲਾਂ ਦੀ ਗੱਲ ਆ ਇਹ,
ਔਰ ਉਦੋਂ ਤਾਂ ਮੈਨੂੰ ਲੱਗਦਾ ਲੋਕ ਇੰਨਾ ਇੰਗੇਜ ਨਹੀਂ ਸੀਗੇ, ਸ਼ੁਰੂਆਤ 'ਚ ਤਾਂ ਅਪਰੋਚ ਕਰਨੀ ਵੀ ਔਖੀ ਹੁੰਦੀ ਹੋਣੀ ਹੈ ਨਾ, ਕਿ ਬੰਦੇ ਕਹਿੰਦੇ ਯਾਰ ਕੈਮਰਾ ਚੱਕ ਕੇ ਆ ਗਏ ਕਿੱਧਰ, ਐਵੇਂ ਪਤਾ ਨਹੀਂ ਕੌਣ ਆ ਇਹ। ਉਦੋਂ ਕਿਸੇ ਨੂੰ ਇਹ ਵੀ ਨਹੀਂ ਪਤਾ ਸੀ ਵੀ ਯੂਟਿਊਬਰ ਕੀ ਹੁੰਦਾ, ਇਹ ਇੱਕ ਮੇਜਰ ਮੁੱਦਾ। ਉਦੋਂ ਮੇਰੇ ਲਈ ਬਹੁਤ ਤਕੜੀਆਂ ਪ੍ਰੋਬਲਮ ਸੀਗੇ, ਠੀਕ ਹੈ, ਮੈਂ ਐਵੇਂ ਤੁਹਾਨੂੰ ਕਹਾਂ ਅਸੀਂ ਬਹੁਤ ਸਟਰਗਲ ਕੀਤਾ ਇੱਥੋਂ ਤੱਕ ਪਹੁੰਚਣ ਵਾਸਤੇ। ਅੱਜ ਵੀ ਬੜੇ ਤਾਂ ਹੀ ਕਿਹਾ ਕਿ ਮੈਂ ਅੱਗੇ ਵੀ ਗੱਲ ਕੀਤੀ ਕਿ ਬੜੀ ਮਾਣ ਨਾਲ ਮੈਂ ਵਧੀਆ ਫੀਲ ਕਰਦਾ ਕਿ ਮੈਨੂੰ ਏਡੇ ਏਡੇ ਵੱਡੇ ਸੈਲੀਬ੍ਰਿਟੀਜ਼ ਜਾਂ ਕੰਪਨੀਜ਼ ਅਪਰੋਚ ਕਰਦੀਆਂ ਨੇ। ਪ੍ਰੋ ਪੰਜਾਬ ਟੀ ਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਕਰਮ ਸਿੰਘ। ਸੋਸ਼ਲ ਮੀਡੀਆ 'ਤੇ ਵਲੋਗਿੰਗ ਦਾ ਦੌਰ ਹੈ ਅੱਜ ਕੱਲ੍ਹ, ਔਰ ਬਹੁਤ ਸਾਰੇ ਵਲੋਗਸ ਤੁਹਾਨੂੰ ਦੇਖਣ ਨੂੰ ਮਿਲ ਜਾਂਦੇ ਆ ਜਦੋਂ ਤੁਸੀਂ ਸੋਸ਼ਲ ਮੀਡੀਆ 'ਤੇ ਯੂਟਿਊਬ ਫੇਸਬੁੱਕ ਸਕਰੋਲ ਕਰਦੇ ਹੋ। ਤਾਂ ਕੋਈ ਵੱਖ ਵੱਖ ਤਰ੍ਹਾਂ ਦੇ, ਕਿਸੇ ਦੀ ਮਹਾਰਤ ਹੁੰਦੀ ਹੈ ਕਿਸੇ ਅੱਡ ਫੀਲਡ ਦੇ ਵਿੱਚ, ਕਿਸੇ ਦੀ ਵੱਖਰੇ ਫੀਲਡ ਦੇ ਵਿੱਚ, ਪਰ ਬਹੁਤ ਸਾਰੇ ਵਲੋਗਰਸ ਦਾ ਨਾਮ ਵੀ ਕਿਹਾ ਜਾਂਦਾ ਹੈ ਕਿ ਵਲੋਗਰ ਤਾਂ ਅੱਜ ਕੱਲ੍ਹ ਲੱਕ ਹਿਲਾ ਕੇ ਵਿਊਜ਼ ਲੈਣ ਲੱਗ ਗਏ ਆ। ਔਰ ਬਹੁਤ ਸਾਰੇ ਵਲੋਗਿੰਗ ਕਰਨ ਵਾਲੇ ਲੋਕਾਂ ਨੂੰ ਇਸ ਚੀਜ਼ 'ਤੇ ਇਤਰਾਜ਼ ਵੀ ਹੁੰਦਾ ਕਿ ਕੁੜੀਆਂ ਘੱਟ ਕੱਪੜੇ ਪਾ ਕੇ ਸਾਡਾ ਵੀ ਨਾਂ ਬਦਨਾਮ ਕਰ ਰਹੀਆਂ, ਔਰ ਸਾਨੂੰ ਵਲੋਗਰ ਕਹਿਣ 'ਚ ਵੀ ਸ਼ਰਮ ਆ ਰਹੀ ਹੈ। ਔਰ ਇਸੇ ਤਰ੍ਹਾਂ ਇੱਕ ਬਹੁਤ ਹੀ ਮਸ਼ਹੂਰ ਵਲੋਗਰ ਸਾਡੇ ਨਾਲ, ਦਯਾਕਰਨ, ਵਲੋਗਸ ਦੇ ਨਾਂ ਤੋਂ ਤੁਸੀਂ ਜਾਣਦੇ ਹੋ ਇਹਨਾਂ ਨੂੰ, ਦਯਾਕਰਨ ਸਾਡੇ ਨਾਲ ਹੈ। ਕਿਉਂਕਿ ਦਯਾਕਰਨ ਨਾਲ ਗੱਲਬਾਤ ਕਰਾਂਗੇ ਵਲੋਗਿੰਗ ਕਿਸ ਤਰੀਕੇ ਨਾਲ ਉਹਨਾਂ ਨੇ ਸ਼ੁਰੂਆਤ ਕੀਤੀ, ਕਿਸ ਤਰੀਕੇ ਨਾਲ ਵਲੋਗਸ ਬਣਾਉਂਦੇ, ਔਰ ਦਯਾਕਰਨ ਕਿਸ ਤਰੀਕੇ ਦੇ ਨਾਲ ਆਟੋਮੋਬਾਈਲਸ ਦੀ ਇੰਡਸਟਰੀ ਦੇ ਵਿੱਚ ਉਹਨਾਂ ਨੇ ਸ਼ੁਰੂਆਤ ਕੀਤੀ, ਵੱਡੀਆਂ ਵੱਡੀਆਂ ਕੰਪਨੀਆਂ ਅਪਰੋਚ ਕਰਦੀਆਂ, ਇੱਥੋਂ ਤੱਕ ਕਿ ਪੰਜਾਬੀ ਇੰਡਸਟਰੀ ਦੇ ਵੱਡੇ ਚਿਹਰੇ ਵੀ ਇਹਨਾਂ ਦੀ ਸਲਾਹ ਲੈ ਕੇ ਆਪਣੀਆਂ ਗੱਡੀਆਂ ਜੋ ਨੇ ਉਹ ਤਿਆਰ ਕਰਾਉਂਦੇ ਆ, ਮੋਡੀਫਾਈ ਕਰਵਾਉਂਦੇ ਆ ਆਪਣੀਆਂ ਗੱਡੀਆਂ ਨੂੰ। ਗੱਲ ਕਰਦੇ ਆ ਦਯਾਕਰਨ ਹੁਣਾਂ ਦੇ ਨਾਲ। ਬਾਈ ਜੀ ਬਹੁਤ ਬਹੁਤ ਸਵਾਗਤ ਹੈ। ਕਿਵੇਂ ਹੋ, ਸਭ ਤੋਂ ਪਹਿਲਾਂ ਦੱਸੋ, ਠੀਕ ਠਾਕ ਹੋ? ਬਹੁਤ ਵਧੀਆ ਬਾਈ ਜੀ, ਠੀਕ ਠਾਕ ਹੈ। ਮੈਂ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਵਲੋਗਿੰਗ ਦਾ, ਹਾਂਜੀ, ਤੁਹਾਨੂੰ ਵੀ ਕਦੇ ਇਤਰਾਜ਼ ਹੁੰਦਾ ਆਪਣੇ ਆਪ ਨੂੰ ਵਲੋਗਰ ਕਹਿਣ 'ਤੇ, ਵਲੋਗਰ ਕਹਿਣ 'ਤੇ ਇਸ ਚੀਜ਼ ਨੂੰ ਲੈ ਕੇ ਕਿ ਅੱਜ ਕੱਲ੍ਹ ਜਿਸ ਤਰ੍ਹਾਂ ਦਾ ਦੌਰ ਚੱਲ ਰਿਹਾ, ਕਹਿੰਦੇ ਘੱਟ ਕੱਪੜੇ, ਜਿੰਨੇ ਕੱਪੜੇ ਘੱਟਦੇ ਜਾਂਦੇ ਆ ਉਨੇ ਵਿਊ ਵੱਧਦੇ ਜਾਂਦੇ ਆ? ਬਈ ਗੱਲ ਤਾਂ ਤੁਹਾਡੀ 100% ਸਹੀ ਹੈ, ਠੀਕ ਹੈ, ਪਰ ਇਹ ਕਿ ਸਟਾਰਟਿੰਗ ਜਦੋਂ ਕੀਤੀ ਸੀ ਉਦੋਂ ਲੱਗਦਾ ਨਹੀਂ ਸੀ ਵੀ ਇੱਦਾਂ ਦਾ ਕੁਛ ਹੋਊਗਾ, ਇਹਦੀ ਇੱਕ ਬਹੁਤ ਤਕੜੀ ਅਹਿਮੀਅਤ ਅਤੇ ਬਹੁਤ ਤਕੜੀ ਇੱਕ ਵੈਲਿਊ ਸੀ, ਪਰ ਅੱਜ ਕੱਲ੍ਹ ਸੱਚੀ ਫਰਕ ਪੈਂਦਾ, ਕਿਉਂਕਿ ਤੁਹਾਨੂੰ ਨਾਲ ਦੱਸਣਾ ਪੈਂਦਾ ਕਿ ਤੁਸੀਂ ਕਿਹੜੇ ਵਲੋਗਰ ਹੋ, ਠੀਕ ਹੈ, ਕਿਉਂਕਿ ਸੇਮ ਉਹ ਗੱਲ ਆਉਂਦੀ ਹੈ ਵੀ ਘੱਟ ਕੱਪੜੇ ਜਾਂ ਕਹਿ ਲਈਏ ਵੀ ਆਪਾਂ ਲੋਕ ਲੜਾਈ ਕਰਦੇ ਆ ਜਾਂ ਕੁਛ ਵੀ ਕਰਦੇ ਆ ਉਹਨੂੰ ਵਲੋਗਿੰਗ ਕਹਿਣ ਲੱਗ ਗਏ, ਉਹ ਵਲੋਗਿੰਗ ਨਹੀਂ ਹੈਗੀ ਅਸਲ 'ਚ। ਵਲੋਗਿੰਗ ਕੀ ਹੈ, ਤੁਸੀਂ ਕੀ ਕਰਦੇ ਹੋ ਬੇਸਿਕਲੀ? ਬਈ ਪਹਿਲੀ ਤਾਂ ਗੱਲ ਇੱਥੇ ਸਮਝਣ ਵਾਲੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ, ਚਲੋ ਇੰਨੇ ਤਾਂ ਅਸੀਂ ਵੀ ਨਹੀਂ ਹੈਗਾ ਧਿਆਨ ਦੇਈਦਾ, ਅਸੀਂ ਵੀ ਸਾਰੀ ਚੀਜ਼ਾਂ ਸੋਚੀਦਾ ਸਮਝ ਕੇ ਕਰੀਦਾ, ਵਲੋਗਸ ਕੀ ਨੇ, ਹੈ ਨਾ, ਜਾਂ ਵਲੋਗਿੰਗ ਕੀ ਹੈਗੀ ਹੈ? ਪਹਿਲੀ ਤਾਂ ਗੱਲ ਇਹ ਵਰਡ ਚੱਲਿਆ ਕਿੱਥੋਂ ਜਾਂ ਬਣਿਆ ਕਿੱਥੋਂ, ਇੱਕ ਵਰਡ ਸੀਗਾ ਬਲੌਗ, BL, ਹੈ ਨਾ, ਉਹ ਮੈਗਜ਼ੀਨ ਦੇ ਵਿੱਚ ਇੱਕ ਤੁਸੀਂ ਪੜ੍ਹਦੇ ਹੋਣੇ ਆਰਟੀਕਲਸ ਆਉਂਦੇ ਸੀਗੇ ਜਾਂ ਹੈ ਨਾ ਉੱਥੇ, ਇਹ ਹੁਣ ਜਦੋਂ ਯੂਟਿਊਬ ਜਾਂ ਕਹਿ ਲਈਏ ਵੀ ਅੱਜ ਕੱਲ੍ਹ ਨੈਟਵਰਕਿੰਗ ਦਾ ਆ ਗਿਆ ਜ਼ਮਾਨਾ ਆ ਗਿਆ, ਯੂਟਿਊਬਸ ਆ ਗਏ ਜਾਂ ਇੰਸਟਾਗ੍ਰਾਮ ਆ ਗਿਆ ਜਾਂ ਕੁਛ ਵੀ ਆ ਗਿਆ, ਫਿਰ ਇਹ ਲਾਈਵ ਵੀਡੀਓਜ਼ ਸ਼ੁਰੂ ਹੋ ਗਈਆਂ, ਅਤੇ ਇਹਦੇ ਮਾਇਨੇ ਇੱਥੋਂ ਸ਼ੁਰੂ ਹੁੰਦੇ ਆ ਵੀ ਇਹਦੇ ਤੁਸੀਂ ਰਿਸਪੋਂਸੀਬਲ ਹੁੰਦੇ ਹੋ, ਪਹਿਲੀ ਤਾਂ ਗੱਲ ਆ ਵੀ ਤੁਸੀਂ ਕੀ ਪਾ ਰਹੇ ਹੋ, ਉਹਦੇ ਨਾਲ ਕਿਹੜੇ ਬੰਦੇ ਇਨਫਲੂਐਂਸ ਹੋ ਰਹੇ ਆ, ਛੋਟੇ ਹੋ ਰਹੇ ਆ, ਵੱਡੇ ਹੋ ਰਹੇ ਆ, ਕਿ ਸੈਂਸ ਨਾ ਪੈ ਰਿਹਾ, ਅਤੇ ਇਸ ਕਰਕੇ ਇਹ ਮਾਇਨੇ ਲੋਕ ਭੁੱਲੇ ਬੈਠੇ ਨੇ ਪੰਜਾਬੀ। ਚਲੋ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਕਿਸੇ ਨੂੰ ਬਲੇਮ ਕਰਦੇ ਹਾਂ, ਪਰ ਲੋਕ ਭੁੱਲ ਗਏ ਨੇ, ਠੀਕ ਹੈ, ਉਹ ਜਸਟ ਲੜਾਈਆਂ ਕਰਕੇ ਜਾਂ ਘੱਟ ਕੱਪੜੇ ਕਰਕੇ ਤਾਂ ਆਪਣਿਆਂ ਨੂੰ ਵਾਇਰਲ ਕਰਕੇ ਕਹਿੰਦੇ ਅਸੀਂ ਵਲੋਗਰ ਹਾਂ, ਅਤੇ ਸਾਨੂੰ ਜ਼ਰੂਰ ਇਸ ਚੀਜ਼ ਦਾ ਫਰਕ ਪੈਂਦਾ ਮਾਰਕੀਟ ਦੇ ਵਿੱਚ ਜਦੋਂ ਜਾਂਦੇ ਹਾਂ ਜਾਂ ਦੱਸਦੇ ਹਾਂ, ਜਾਂ ਚਲੋ ਕਈ ਥਾਈਂ ਨਹੀਂ ਵੀ ਪੈਂਦਾ ਪਰ ਬਹੁਤ ਸਾਰੀ ਥਾਈਂ ਪੈਂਦਾ। ਵੀਡੀਓ ਕ੍ਰੀਏਟਰ ਕਹਿਣਾ ਠੀਕ ਹੈ ਮੈਨੂੰ ਲੱਗਦਾ? ਇਹ ਵੀ ਗੱਲ ਤੁਸੀਂ ਬਹੁਤ ਵਧੀਆ ਕੀਤੀ ਕਿ ਵੀਡੀਓ ਕ੍ਰੀਏਟਰ, ਠੀਕ ਹੈ, ਵੀਡੀਓ ਕ੍ਰੀਏਟਰ ਇੱਕ ਬਾਹਰ ਦਾ ਵਰਡ ਹੈ ਵੈਸੇ, ਠੀਕ ਹੈ, ਐਕਚੁਅਲ ਤੁਸੀਂ ਜਦੋਂ ਬਾਹਰਲੀ ਕੰਟਰੀਜ਼ 'ਚ ਅਸੀਂ ਜਾਂਦੇ ਹਾਂ ਜਾਂ ਕੁਛ ਵੀ ਹੈ, ਜਾਂ ਸਾਨੂੰ ਕੰਪਨੀਆਂ ਵੀ ਇਨਵਾਈਟ ਜਦੋਂ ਕਰਦੀਆਂ ਉਹ ਸਾਨੂੰ ਐਜ਼ ਏ ਵੀਡੀਓ ਕ੍ਰੀਏਟਰ ਹੀ ਕਰਦੀਆਂ, ਮਤਲਬ ਕਿ ਤੁਸੀਂ ਇੱਕ ਇਨਫਲੂਐਂਸਰ ਕਹਿ ਲਓ ਜਾਂ ਇਨਫਲੂਐਂਸਰ ਵਰਡ ਹੋਰ ਹੋ ਜਾਂਦਾ, ਪਰ ਵੀਡੀਓ ਕ੍ਰੀਏਟਰ ਐਕਚੁਅਲ 'ਚ ਇੱਕ ਬਹੁਤ ਤਕੜਾ ਵਰਡ ਹੈ, ਅਤੇ ਅਸੀਂ ਉਹ ਕੈਟਾਗਰੀ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਹਾਂ ਦੱਸਣ ਵਾਸਤੇ ਕਿ ਅਸੀਂ ਵੀਡੀਓ ਕ੍ਰੀਏਟਰ, ਕਿਉਂਕਿ ਵਲੋਗਿੰਗ ਅੱਜ ਕੱਲ੍ਹ ਗਲਤ ਹੋ ਗਿਆ। ਮਤਲਬ ਮੋਡੀਫਿਕੇਸ਼ਨ ਤੋਂ ਸ਼ੁਰੂਆਤ ਕਰਦੇ ਹਾਂ ਕਿ ਮੋਡੀਫਿਕੇਸ਼ਨ ਦੀ ਵਲੋਗਿੰਗ ਕਿਹੋ ਜਿਹੀ ਹੈ ਪੰਜਾਬੀ ਇੰਡਸਟਰੀ ਦੇ? ਬਹੁਤ ਸਾਰੇ ਲੋਕ ਮੈਨੂੰ ਪਤਾ ਤੁਹਾਨੂੰ ਸੰਪਰਕ ਕਰਦੇ ਆ, ਭਾਵੇਂ ਉਹਨਾਂ ਦੇ ਵਿੱਚ ਇੱਥੋਂ ਤੱਕ ਕਿ ਪੰਜਾਬੀ ਇੰਡਸਟਰੀ ਦਾ ਬਹੁਤ ਵੱਡਾ ਸਟਾਰ ਸੀ ਸਿੱਧੂ ਮੂਸੇਵਾਲਾ, ਸਾਡੇ ਵਿੱਚ ਨਹੀਂ, ਤੁਹਾਡੀ ਲਿਹਾਜ਼ ਵੀ ਬਹੁਤ ਰਹੀ ਸਿੱਧੂ ਦੇ ਨਾਲ, ਸਿੱਧੂ ਦੀ ਮੋਡੀਫਿਕੇਸ਼ਨ ਗੱਡੀ ਦੀ ਜਿਹੜੀ 0008 ਵਾਲੀ ਫੋਰਚੂਨਰ ਹੈ ਤੁਸੀਂ ਕਰਵਾਈ ਸੀ ਸਭ ਤੋਂ ਪਹਿਲਾਂ ਮੋਡੀਫਿਕੇਸ਼ਨ? ਬਾਈ ਪਹਿਲੀ ਤਾਂ ਗੱਲ ਹੈ ਕਿ ਉਹ ਇੱਕ ਆਪਣਾ ਦੇ ਭਰਾਵਾਂ ਵਾਲਾ ਹਾਂ ਸੀਗੀ, ਠੀਕ ਹੈ, ਸੀਗੀ ਕਦੀ ਵੀ ਹੈਗੀ ਵੀ, ਅਜੇ ਵੀ ਹੈਗੀ ਹੈ, ਰਹੂਗੀ ਵੀ, ਹੈ ਨਾ। ਮੋਡੀਫਿਕੇਸ਼ਨ ਵਰਡ ਇੱਕ ਜਦੋਂ ਆ ਜਾਂਦਾ ਨਾ ਤਾਂ ਲੋਕਾਂ ਨੂੰ ਲੱਗਦਾ ਵਾ ਕਿ ਗੱਡੀ ਪੂਰੀ ਲੀਗਲੀ ਨਹੀਂ ਹੈਗੀ, ਮੋਡੀਫਿਕੇਸ਼ਨ ਉੱਥੇ ਵਰਤਿਆ ਜਾਂਦਾ, ਪਰ ਮੋਡੀਫਿਕੇਸ਼ਨ ਬੜੇ ਤਰ੍ਹਾਂ ਦੀ ਹੈ। ਹੁਣ ਕਈ ਵਾਰੀ ਕੋਈ ਗੱਡੀਆਂ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਆ ਜਾਂਦੀਆਂ ਵੀ ਆਪਾਂ ਨੂੰ ਟਾਇਰ ਅਪਗ੍ਰੇਡਨ ਦਾ ਹੀ ਪੈ ਜਾਂਦਾ ਚੱਕਰ, ਹੈ ਨਾ, ਲੋਕ ਕਹਿੰਦੇ ਕਿ ਅੱਜ ਆਪਣੇ ਪੰਜਾਬ 'ਚ ਇੱਕ ਬਹੁਤ ਤਕੜਾ ਟਰੈਂਡ ਹੈ ਕਿ ਅਲੋਏ ਵੀਲਸ, ਹੈ ਨਾ, ਮਤਲਬ 22x26 ਇੰਚ, ਹਾਂਜੀ, ਅਤੇ ਉਹਦੀ ਸਹੀ ਇਨਫੋਰਮੇਸ਼ਨ ਜਾਂ ਉਹ ਕਿਉਂ ਚੇਂਜ ਕਰਾਉਣੇ ਚਾਹੀਦੇ, ਉਹ ਚੀਜ਼ਾਂ ਆਉਂਦੀਆਂ।
ਬਾਈ ਗੱਡੀਆਂ ਦਾ ਬਹੁਤ ਤਕੜਾ ਸ਼ੌਕੀਨ ਸੀ, ਬਾਈ ਨੂੰ ਸ਼ੁਰੂ ਤੋਂ ਹੀ ਇਹ ਸੀ, ਟਰੈਕਟਰ ਕਹਿ ਲਈਏ ਜਾਂ ਲਾਈਕ ਇਹ ਚੀਜ਼ਾਂ ਦਾ ਕਹਿ ਲਈਏ ਬਹੁਤ ਸ਼ੌਕੀਨ ਸੀ, ਅਤੇ ਬਾਈ ਨੂੰ ਆਲਵੇਜ਼ ਇਹ ਚੀਜ਼ ਹੁੰਦੀ ਸੀ ਵੀ ਗੱਡੀ ਜਿਹੜੀ ਆ ਉਹ ਐਨ ਚੱਕਵੀਂ ਤਰੀਕੇ ਨਾਲ ਰਹਿਣੀ ਚਾਹੀਦੀ ਹੈ, ਅਤੇ ਬਹੁਤ ਸਾਰਾ ਜੋ ਸਾਨੂੰ ਲੀਗਲ ਕੰਮ ਲੱਗਦਾ ਹੁੰਦਾ ਸੀ ਵੀ ਹੈ ਨਾ ਲਾਈਕ ਵੀ ਗੱਡੀ ਦੇ ਵਿੱਚ ਜਿੱਦਾਂ ਇੰਟੀਰੀਅਰ ਚੇਂਜ ਕਰ ਲਿਆ, ਉਹਦੇ ਟਾਇਰ ਅਲੋਏ ਅਸੀਂ ਚੇਂਜ ਕੀਤੇ, ਠੀਕ ਹੈ, ਅਤੇ ਉਹ ਚੀਜ਼ਾਂ ਫਿਰ ਅਸੀਂ ਕਰਦੇ ਸੀ, ਸਲਾਹ ਨਾਲ ਕਰਦੇ ਸੀ ਕਿ ਆਹ ਚੀਜ਼ ਕਰਨੀ ਆ, ਜਿੱਦਾਂ ਬਾਈ ਦੀ ਗੱਡੀ ਬੁਲਟ ਪਰੂਫ ਹੋਈ ਬਾਅਦ 'ਚ ਹੈ ਨਾ, ਉਹ ਲੋੜਾਂ ਵੱਧ ਗਈਆਂ ਹੈ ਨਾ, ਉਹਦੇ ਹਿਸਾਬ ਨਾਲ ਬੁਲਟ ਪਰੂਫਿੰਗ ਦੇ ਵੀ ਬੜੇ ਚੀਜ਼ਾਂ ਹੈਗੀਆਂ ਉਹ ਕੀਤੀਆਂ, ਕਰਦੇ ਰਹੇ ਹਾਂ, ਮਤਲਬ ਕਿ ਅਸੀਂ ਬਾਈ ਨਾਲ ਵੀ ਬਹੁਤ ਸਾਰੀ ਚੀਜ਼ਾਂ ਸਲਾਹ ਨਾਲ ਕਰ ਲੈਂਦੇ ਰਹੇ ਕਿ ਬਈ ਆਹ ਹੁਣ ਟਾਇਰ ਚੇਂਜ ਕੀਤੇ, ਉਦੋਂ ਅਸੀਂ ਇਹਨੂੰ 18 ਇੰਚ ਵੈਸੇ ਫੋਰਚੂਨਰ ਨੂੰ ਅਲੋਏ ਵੀਲਸ ਆਉਂਦੇ ਆ, ਕੰਪਨੀ ਤੋਂ ਆਉਂਦੇ ਆ, ਬਹੁਤ ਸਾਰੇ ਲੋਕ ਇਸ ਚੀਜ਼ 'ਤੇ ਵੀ ਇਸ਼ੂ ਕ੍ਰੀਏਟ ਕਰ ਲੈਂਦੇ ਆ ਕਿ ਲੋੜ ਹੀ ਨਹੀਂ ਹੈ ਜੀ ਵੱਡੇ ਟਾਇਰ ਪਾਉਣ ਦੀ ਜਾਂ ਕੁਛ ਨਹੀਂ ਹੈਗਾ, ਪਰ ਜਿਹੜੇ ਕੰਪਨੀ ਤੋਂ ਟਾਇਰ ਆਉਂਦੇ ਆ ਉਹਦੀ ਲਾਈਫ ਹਾਰਡਲੀ ਕੋਈ 40 ਤੋਂ 45 ਹਜ਼ਾਰ ਕਿਲੋਮੀਟਰ ਹੀ ਹੁੰਦੀ ਹੈ ਜਾਂ 50 ਹੁੰਦੀ ਹੈ ਕਿਸੇ ਨੇ ਸਾਫ਼ ਚਲਾ ਲਈ, ਪਰ ਆਫਟਰ ਮਾਰਕੀਟ ਜਿਹੜੇ ਟਾਇਰਸ ਨੇ ਉਹ ਕਈ ਵਾਰੀ 80 ਹਜ਼ਾਰ ਜਾਂ 90 ਹਜ਼ਾਰ ਵੀ ਚੱਲਦੇ ਆ, ਅਤੇ ਗੱਡੀ ਦੇ ਸਟਰਕਚਰ ਦੇ ਹਿਸਾਬ ਨਾਲ ਮੋਡੀਫਿਕੇਸ਼ਨ ਟਾਇਰਾਂ ਦੀ ਪਹਿਲੇ ਨੰਬਰ 'ਤੇ ਬਹੁਤ ਜ਼ਰੂਰੀ ਹੁੰਦੀ ਹੈ, ਠੀਕ ਹੈ, ਮੇਰਾ ਮੰਨਣਾ ਜੋ ਮੈਂ ਸਟੱਡੀ ਕੀਤੀ ਹੈ ਜਾਂ ਉੱਦਾਂ ਵੇਖਦੇ ਹਾਂ, ਉਹਦੇ ਨਾਲ ਗੱਡੀ ਦਾ ਇੱਕ ਤਾਂ ਸਟੇਬਿਲਿਟੀ ਵੱਧ ਜਾਂਦੀ ਹੈ, ਉਹਦੇ ਬ੍ਰੇਕਿੰਗ ਸਿਸਟਮ ਜਿਹੜੇ ਥੋੜ੍ਹੇ ਵਧੀਆ ਹੋ ਜਾਂਦੇ ਆ, 2 ਜਣੇ ਵੱਧ ਵੀ ਬੈਠੇ ਤਾਂ ਚੱਲ ਜਾਂਦਾ, ਅਤੇ ਬਹੁਤ ਸਾਰੇ ਲੋਕ ਜਿਹੜੇ 20-20 ਇੰਚ ਲੋਏ ਪਾ ਲੈਂਦੇ ਆ ਜਾਂ ਵੱਡੇ ਪਾ ਲੈਂਦੇ ਆ, ਜਦੋਂ ਤੁਹਾਡੀ ਬਾਡੀ ਤੋਂ ਚੀਜ਼ ਬਾਹਰ ਆ ਜਾਂਦੀ ਹੈ ਉਹ ਸਮਝ ਲਓ ਕਿ ਲੀਗਲ ਨਹੀਂ ਹੈਗੀ, ਉਹਦਾ ਚਲਾਨ ਕਿਤੇ ਕੋਈ ਵੀ ਕਰ ਸਕਦਾ। ਦੂਜੀ ਗੱਲ ਹੈ, ਤੁਸੀਂ ਗੱਡੀ ਦੇ ਉੱਤੇ ਲਾਈਟਸ ਲਾ ਲੈਂਦੇ ਹੋ, ਠੀਕ ਹੈ, ਜਾਂ ਤੁਸੀਂ ਉਹਦੇ ਹੋਰ ਕਈ ਚੀਜ਼ਾਂ ਚੇਂਜ ਕਰਦੇ ਹੋ, ਉਹ ਵੀ ਨਹੀਂ ਆਉਂਦਾ, ਮੋਡੀਫਿਕੇਸ਼ਨ 'ਚ ਆ ਜਾਂਦੀਆਂ ਪਰ ਮੋਡੀਫਿਕੇਸ਼ਨ ਨਹੀਂ ਹੁੰਦੀ, ਜਾਂ ਤੁਸੀਂ ਇੰਟੀਰੀਅਰ ਉਹਦਾ ਕਹਿ ਲਓ ਵੀ ਉਹਦੇ 'ਚ ਲਾਈਕ ਐਂਬੀਅੰਸ ਲਾਈਟ ਵਗੈਰਾ, ਉਹ ਕੁਛ ਚੀਜ਼ਾਂ ਲੀਗਲ ਹੁੰਦੀਆਂ, ਠੀਕ ਹੈ, ਉਹ ਤੁਸੀਂ ਕਰ ਸਕਦੇ ਹੋ, ਪਰ ਪੰਜਾਬ ਇਸ ਚੀਜ਼ ਲਈ ਦੁਨੀਆ 'ਤੇ ਮੰਨਿਆ ਜਾਂਦਾ, ਇੰਡੀਆ 'ਚ ਸਪੈਸ਼ਲੀ ਮੰਨਿਆ ਜਾਂਦਾ, ਬਹੁਤ ਸਾਰੇ ਮੇਰੇ ਇੱਦਾਂ ਦੇ ਵੀ ਮੇਰੇ ਨਾਲ ਜੁੜੇ ਹੋਏ ਆ ਬੰਦੇ ਜਿਹੜੇ ਕਿ ਪੰਜਾਬ ਸਪੈਸ਼ਲੀ ਮੋਡੀਫਿਕੇਸ਼ਨ ਲਈ ਆਉਂਦੇ ਆ, ਹਫ਼ਤਾ ਬਾਈ ਉਹ ਰਹਿੰਦੇ ਆ ਇੱਥੇ, ਕਿਉਂਕਿ ਆਪਣੇ ਜਿਹੜੀ ਲੈਵਲ ਦੀ ਮੋਡੀਫਿਕੇਸ਼ਨ ਹੁੰਦੀ ਆ ਉਹ ਕਿਸੇ ਸਟੇਟ 'ਚ ਨਹੀਂ ਹੁੰਦੀ, ਅਤੇ ਬਹੁਤ ਇਹਦਾ ਵੱਡਾ ਰੋਲ ਰਹਿੰਦਾ। ਅੱਛਾ, ਸਿੱਧੂ ਦੀ ਗੱਡੀ ਦੀ ਮੋਡੀਫਿਕੇਸ਼ਨ ਕਰਾਉਣ ਵੇਲੇ ਤੁਸੀਂ ਮਿਲੇ ਜਾਂ ਫਿਰ ਮੂਸੇ ਵਾਲੇ ਨਾਲ ਜਦੋਂ ਮੁਲਾਕਾਤ ਕਿਵੇਂ ਹੋਈ? ਬਾਈ ਨਾ ਬਾਈ ਗੱਲ ਉਹੀ ਆ ਵੀ ਲਾਈਨ ਇੱਦਾਂ ਦੀ ਸੀ, ਕਦੀ ਸੋਚਿਆ ਤਾਂ ਮੈਂ ਵੀ ਨਹੀਂ ਵੀ ਇੱਥੋਂ ਤੱਕ ਪਹੁੰਚ ਜਾਵਾਂਗੇ ਵੀ ਲਾਈਕ ਅਸੀਂ ਇੰਨੇ ਜੋਗੇ ਵੀ ਹੋ ਜਾਵਾਂਗੇ ਕਿ ਚਲੋ ਵੱਡੇ ਬੰਦੇ ਨਾਲ ਸਾਡਾ ਵੀ ਬਹਿਣਾ, ਕਿਉਂਕਿ ਜਿਹੜੇ ਏਰੀਏ ਤੋਂ ਮੈਂ ਬਿਲੋਂਗ ਕਰਦਾ ਉੱਥੇ ਕੋਈ ਵੀ ਬੰਦਾ ਜਾਂ ਜਦੋਂ ਮੈਂ ਇਸ ਚੀਜ਼ ਨੂੰ ਸ਼ੁਰੂ ਵੀ ਕੀਤਾ ਸੀ ਹੈ ਨਾ, ਉਦੋਂ ਵੀ ਕੋਈ ਸਮਝ ਹੀ ਨਹੀਂ ਆਏਗੀ ਵੀ ਇੱਥੋਂ ਤੱਕ ਜਾਵਾਂਗੇ। ਸਿੱਧੂ ਬਾਈ ਸਾਨੂੰ ਬਾਈ ਪਹਿਲੀ ਵਾਰੀ ਮੈਨੂੰ ਮਿਲਿਆ ਲੱਖੂ ਬਾਈ ਹੈ, ਇੱਕ ਆਡੀਓ ਸਿਸਟਮ ਬਣਾਉਂਦਾ, ਉਹਦੇ ਰਿਲੇਟਿਵ ਰਿਲੇਸ਼ਨ 'ਚ ਸੀਗਾ, ਉਹਨੇ ਮੈਨੂੰ ਫੋਨ ਕੀਤੀ ਕਿ ਬਾਈ ਦਿਆਕਰਨ ਇੱਦਾਂ ਦਾ ਤੁਸੀਂ ਵੀਡੀਓ ਬਣਾਉਂਦੇ ਹੋ ਅਤੇ ਇੱਕ ਸਾਡਾ ਵਲੋਗ ਵੀਡੀਓ ਬਣਾ ਦਿਓ ਹੈ ਨਾ, ਚਲੋ ਮੈਂ ਬਾਈ ਨੂੰ ਪੁੱਛਿਆ ਵੀ ਕੀ ਇਹਦਾ ਕੰਮ ਕਰਦੇ ਹੋ, ਉਹਨੇ ਮੈਨੂੰ ਸਿੱਧਾ ਹੀ ਇਹ ਕਿਹਾ ਕਿ ਸਿੱਧੂ ਮੂਸੇ ਵਾਲੇ ਬਾਈ ਦੇ ਟਰੈਕਟਰ 'ਤੇ ਅਸੀਂ ਸਿਸਟਮ ਲਾਈ ਜਾਂਦੇ ਹਾਂ, ਠੀਕ ਹੈ, ਅਤੇ ਮੈਂ ਕਿਹਾ ਉਹਨੂੰ, ਮੈਂ ਦੂਜਾ ਸਵਾਲ ਮੇਰਾ ਇਹ ਸੀ ਵੀ ਬਾਈ ਸਿੱਧੂ ਬਾਈ ਆਊਗਾ, ਕਿਉਂਕਿ ਉਹਦੇ ਗਾਣੇ ਜਾਂ ਉਹਨੂੰ ਵੈਸੇ ਕਹਿ ਲਈ ਵੀ ਸਾਨੂੰ ਇੱਕ ਬੰਦਾ ਕਈ ਵਾਰੀ ਉਹਨਾਂ ਨੂੰ ਕਿਸੇ ਚੀਜ਼ ਕਰਕੇ ਜਾਂ ਤੁਹਾਨੂੰ ਚੰਗਾ ਲੱਗਦਾ ਹੈ ਨਾ, ਇੱਕ ਤੁਹਾਨੂੰ ਵੈਸੇ ਦਾ ਬੰਦੇ ਦਾ ਚੰਗਾ ਲੱਗਦਾ, ਸਾਨੂੰ ਵੈਸੇ ਵੀ ਚੰਗਾ ਲੱਗਦਾ ਸੀ ਬੰਦਾ ਹੈ ਨਾ, ਵੀ ਲਾਈਕ ਉਹਦਾ ਰਹਿਣ ਸਹਿਣ ਜਾਂ ਉਹ ਜਿੱਦਾਂ ਦਾ ਸੀਗਾ ਹੈ ਨਾ, ਅਤੇ ਉਦੋਂ ਫਿਰ ਮੈਂ ਪਹਿਲੀ ਵਾਰੀ 2018 'ਚ ਮੈਂ ਬਾਈ ਨੂੰ ਮਿਲਿਆ ਸੀ, ਅਤੇ ਉੱਥੋਂ ਫਿਰ ਮੇਰੀ ਬਾਈ ਨਾਲ ਸਾਂਝ, ਕਿਉਂਕਿ ਮੈਂ ਵੀ ਗੱਡੀਆਂ ਨਾਲ ਰਿਲੇਟਡ ਸੀ, ਮੋਡੀਫਿਕੇਸ਼ਨ ਵਾਲੇ ਵਲੋਗਸ ਚੱਲਦੇ ਸੀ, ਟਾਇਰ ਲੋਏ ਜਾਂ ਕੁਛ ਵੀ ਕਹਿੰਦੇ, ਬਾਈ ਵੀ ਉਸ ਚੀਜ਼ ਦਾ ਸ਼ੌਕੀਨ ਸੀ, ਅਤੇ ਫਿਰ ਉਦੋਂ ਸਾਡੀ ਫਿਰ ਸਾਂਝ ਸ਼ੁਰੂ ਹੋ ਗਈ, ਬਾਈ ਨੂੰ ਉੱਥੇ ਮੈਂ ਮਿਲਿਆ ਸੀ। ਟਰੈਕਟਰ 'ਤੇ ਫਿੱਟ ਕਰਾਇਆ ਸੀ ਉਹਨਾਂ ਨੇ ਸਾਊਂਡ ਸਿਸਟਮ ਲਾਇਆ ਸੀ ਬਾਈ ਨੇ ਟਰੈਕਟਰ 'ਤੇ, ਲੱਖੂ ਕੋਲੋਂ, ਲੱਖੂ ਇੱਕ ਆਪਣੇ ਆਪ ਹੀ ਮੈਨੂਫੈਕਚਰ ਕਰਕੇ ਡੈੱਕ ਵਗੈਰਾ ਬਣਾਉਂਦਾ, ਅਤੇ ਅੱਜ ਵੀ ਬਾਈ ਦੇ ਸਾਰੇ ਟਰੈਕਟਰਾਂ 'ਤੇ ਉਹਦਾ ਹੀ ਸਿਸਟਮ ਲੱਗਾ ਹੋਇਆ ਲਿਖਿਆ ਹੁੰਦਾ, ਹਾਂ ਲੱਖੂ ਲਿਖਿਆ ਹੁੰਦਾ, ਅਤੇ ਉਹ ਬਾਈ ਮਾਨਸੇ ਏਰੀਏ ਦੇ ਵਿੱਚ ਹੀ ਹੈ, ਅਤੇ ਬਾਈ ਦੇ ਰਿਲੇਸ਼ਨ 'ਚ ਹੀ ਸੀਗਾ ਪਹਿਲਾਂ ਤਾਂ, ਅਤੇ ਉਦੋਂ ਫਿਰ ਮੈਂ ਬਾਈ ਨਾਲ ਸਾਂਝ ਮੇਰੀ ਜੋਨ ਸ਼ੁਰੂ ਹੋਈ, ਫਿਰ ਬਾਈ ਨੇ ਨਿੱਕੇ ਨਿੱਕੇ ਉਦੋਂ ਬਾਈ ਕੋਲ ਰੇਂਜ ਰੋਵਰ ਹੁੰਦੀ ਸੀਗੀ, ਠੀਕ ਹੈ, ਅਤੇ ਫਿਰ ਬਾਈ ਨੇ ਗੱਡੀਆਂ ਤਾਂ ਚਲੋ ਟਾਈਮ ਟੂ ਟਾਈਮ ਚੇਂਜ ਕੀਤੀਆਂ, ਅਪਗ੍ਰੇਡ ਵੀ ਕਰੀਆਂ, ਫਿਰ ਬਾਅਦ 'ਚ ਫੋਰਚੂਨਰ ਲੈ ਲਈ ਹੈ ਨਾ, ਅਤੇ ਹੁਣ ਕੁਛ ਹੋਰ ਵੀ ਪਲੈਨਸ ਚਲੋ ਚੱਲਦੇ ਸੀਗੇ, ਅਤੇ ਇਹ ਚੀਜ਼ਾਂ ਸੀਗੀਆਂ, ਪਰ ਲਿਹਾਜ਼ ਤੁਹਾਡੀ ਅੱਗੇ ਦੀ ਅੱਗੇ ਵੱਧ ਗਈ। ਫਿਰ ਮੋਡੀਫਿਕੇਸ਼ਨ ਕਿੱਦਾਂ ਦੀ ਸੀ, ਮੈਂ ਉਹ ਪੁੱਛਣਾ ਚਾਹੁੰਦਾ, ਸਿੱਧੂ ਨੇ ਕਿਹੜੀਆਂ ਚੀਜ਼ਾਂ ਪਸੰਦ ਕਰਦਾ ਸੀ ਗੱਡੀਆਂ 'ਚ ਜਾਂ ਮੋਡੀਫਿਕੇਸ਼ਨ ਕਰਵਾ ਰਿਹਾ ਸੀਗਾ, ਫੋਰਚੂਨਰ 'ਚ ਕੀ ਉਹਨੇ ਤਬਦੀਲੀਆਂ ਕਰਾਈਆਂ? ਫੋਰਚੂਨਰ 'ਚ ਬਾਈ ਪਹਿਲੀ ਤਾਂ ਗੱਲ ਆ ਵੀ ਬਾਈ ਨੇ ਸਾਰਿਆਂ ਨੂੰ ਪਹਿਲਾਂ ਟਾਇਰ ਅਲੋਏ ਦਾ ਉਹਨੂੰ ਵੀ ਸ਼ੌਂਕ ਸੀ, ਠੀਕ ਹੈ, ਕੁਛ ਅਲੋਏ ਤੋਂ ਇੱਦਾਂ ਦੇ ਚਾਹੁੰਦੇ ਸੀਗੇ ਵੀ ਜਿਹੜੇ ਇੱਥੇ ਅਵੇਲੇਬਲ ਨਹੀਂ ਹੈਗੇ, ਟਾਈਮ ਲੈਂਦੇ। ਇੱਕ ਗੱਡੀ ਜਦੋਂ ਬੁਲਟ ਪਰੂਫ ਕਰਾਈ ਹੈ ਹੈ ਨਾ, ਇੱਕ ਉਹ ਵੀ ਮੋਡੀਫਿਕੇਸ਼ਨ ਸੀਗੀ, ਉਹ ਵੈਸੇ ਉਹਦੇ ਬਾਰੇ ਥੋੜ੍ਹਾ ਜਿਹਾ ਮੈਂ ਦੱਸ ਦਿੰਦਾ ਕਿ ਉਹ ਬਹੁਤ ਸਾਰੇ ਵਿਊਜ਼ ਕਈ ਵਾਰੀ ਪੁੱਛ ਵੀ ਲੈਂਦੇ, ਤੁਹਾਡੇ ਵੀ ਨੌਲੇਜ ਹੋਣੀ ਚਾਹੀਦੀ ਹੈ, ਉਹਦਾ ਵੀ ਇੱਕ ਪ੍ਰੋਪਰ ਸਰਟੀਫਿਕੇਸ਼ਨ ਹੁੰਦੀ ਹੈ, ਉਹਦੀ ਪਰਮਿਸ਼ਨਸ ਹੁੰਦੀਆਂ, ਉੱਦਾਂ ਹੁੰਦੀ ਨਹੀਂ, ਉਹ ਬਾਈ ਨੇ ਕਰਾਈ ਇਲੈਕਸ਼ਨ ਤੋਂ ਪਹਿਲਾਂ, ਅਤੇ ਉਹ ਤੋਂ ਪਹਿਲਾਂ ਪਰ ਬਾਈ ਨੇ ਬਾਈ ਕੋਲ ਇੱਕ ਐਲਸੀ ਸੀਗੀ, ਅਤੇ ਅਸੀਂ ਸਾਰਿਆਂ ਨੂੰ ਪਹਿਲਾਂ ਉਦੋਂ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਬਾਈ ਨਾਲ ਸਾਂਝ ਆਏ ਦੀ, ਅਤੇ ਅਸੀਂ ਉਹਦੇ ਟਾਇਰ ਲੋਏ ਚੇਂਜ ਕਰਾਏ, ਅਤੇ ਉਦੋਂ ਵੀ ਬਾਈ ਨੇ 20 ਇੰਚ ਅਲੋਏ ਉਹਦੇ 'ਚ ਪਾਏ ਆਫਟਰ ਮਾਰਕੀਟ 'ਤੇ, ਯੋਕੋਹਾਮਾ ਦੇ ਟਾਇਰਸ ਵਗੈਰਾ ਜਿਹੜੇ ਵਧੀਆ ਚੱਲਦੇ ਉਹ ਪਾਤੇ, ਫਿਰ
ਉਹ 'ਚ ਫਿਲਹਾਲ ਤਾਂ ਬੁਲਟ ਪਰੂਫ ਆ ਗੱਡੀ ਉਹ ਸਾਰੀ। ਦੂਜੀ ਗੱਲ ਹੈ ਕਿ ਉਹਦੇ ਟਾਇਰ ਅਲੋਏ ਜਿਹੜੇ ਆ ਉਹ 20 ਇੰਚ ਪਾਏ ਹੋਏ ਆ, ਅਤੇ ਹੁਣ ਵੀ ਅਸੀਂ ਚੇਂਜ ਕਰਕੇ ਹਟਿਆ ਰੀਸੈਂਟਲੀ, ਅਤੇ ਉਹਦਾ ਇੰਟੀਰੀਅਰ ਦੇ ਵਿੱਚ ਅਸੀਂ ਸਾਰੀ ਬਲੈਕ ਕਰੀ ਹੋਈ ਆ ਉਹ, ਵੀ ਉਹਦੇ ਸੀਟ ਕਵਰਸ ਤੋਂ ਲੈ ਕੇ ਉਹਦੀ ਰੂਫ ਤੱਕ ਸਾਰੀ ਬਲੈਕ ਆ। ਵੈਸੇ ਆਉਂਦੀ ਨਹੀਂ ਗੀ, ਉਹ ਵੀ ਮੋਡੀਫਿਕੇਸ਼ਨ 'ਚ ਆ ਜਾਂਦਾ, ਅਤੇ ਬਾਕੀ ਕੋਈ ਮੇਜਰ ਵੈਸੇ ਇੰਜਨ ਦੀ ਜਿਹੜੀ ਮੋਡੀਫਿਕੇਸ਼ਨ ਆ ਉਹ ਵੀ ਹੋ ਜਾਂਦੀ ਹੈ, ਜਿੱਦਾਂ ਕਿ ਉਹਨੂੰ ਲਾਈਕ ਤੁਸੀਂ ਰੀਮੈਪ ਕਰ ਸਕਦੇ ਹੋ, ਉਹਦੀ ਪਾਵਰ ਵਧਾ ਸਕਦੇ ਹੋ, ਠੀਕ ਹੈ, ਕਈ ਤਰ੍ਹਾਂ ਦੀ ਮੋਡੀਫਿਕ। ਪਰ ਬਾਈ ਨੇ ਇੱਦਾਂ ਦੀ ਚੀਜ਼ਾਂ ਜਦੋਂ ਅਸੀਂ ਨਹੀਂ ਹੀ ਪੰਗਾ ਲਿਆ, ਅਤੇ ਅਸੀਂ ਜਸਟ ਸਿੰਪਲ ਹੀ ਰੱਖਿਆ, ਉਹਦਾ ਇੰਟੀਰੀਅਰ ਬਲੈਕ ਕੀਤਾ ਸਾਰਾ, ਅਤੇ ਚਲੋ ਅੱਜ ਕੱਲ੍ਹ ਕੋਟਿੰਗ ਵਗੈਰਾ ਤਾਂ ਆਮ ਗੱਲ ਆ, ਉਹ ਵੀ ਸਾਰੇ ਜਣੇ ਕਰਦੇ ਹੀ ਆ। ਅਲੋਏ ਵੀਲਸ ਚੇਂਜ ਸੀਗੇ, ਬੁਲਟ ਪਰੂਫ ਸੀਗੇ, ਮੇਨ ਮੇਜਰ ਬਾਈ ਦੀ ਗੱਡੀ 'ਚ ਇਹੋ ਫਿਲਹਾਲ ਚੇਂਜ ਸੀ। ਤੁਸੀਂ ਅਲੋਏ ਵੀਲ ਦਾ ਇੱਕ ਮੈਨੂੰ ਜ਼ਿਕਰ ਕਰ ਰਹੇ ਸੀ ਕਿ ਇੱਕ ਵੀਡੀਓ ਪਾਇਆ ਔਰ ਆਊਟ ਆਫ ਸਟੋਕ ਚਲਾ ਗਿਆ ਪੂਰਾ ਅਲੋਏ ਸੀ ਵੀਡੀਓ ਜਿਹੜੀ ਬਾਈ। ਹਾਂ ਉਹਦਾ ਅਲੋਏ ਸੀ ਨਾ, ਉਹ ਬਾਈ ਦੀ ਗੱਡੀ ਨੂੰ ਇਹ ਕੀ ਹੋਇਆ ਵੀ ਇੱਦਾਂ ਹੀ ਬੈਠੇ ਘਰੇ ਹੈ ਨਾ, ਗੱਲਾਂ ਚੱਲੀ ਜਾਂਦੀਆਂ, ਬਾਈ ਕਹਿੰਦਾ ਯਾਰ ਇਹਦੇ ਵੀ ਬਦਲ ਲਈਏ, ਹੈ ਨਾ, ਮੈਂ ਕਿਹਾ ਵੀ ਬਾਈ ਬਦਲ ਲੈਂਦੇ ਗੱਡੀ ਗੱਲ, ਹਾਂ ਫਾਰਚੂਨਰ ਦੇ, ਹੈ ਨਾ, ਅਤੇ ਬਾਈ ਅਸੀਂ ਚਲੋ ਲੁਧਿਆਣੇ ਚਲੇ ਗਏ ਸੀ, ਉਹ ਜਦੋਂ ਉੱਥੇ ਬਾਈ ਕਹਿੰਦਾ ਯਾਰ, ਬਾਈ ਨੂੰ ਥੋੜ੍ਹੀ ਬਲਕੀ ਲੁੱਕ ਪਸੰਦ ਸੀ ਵੀ, ਮਤਲਬ ਜਿੱਦਾਂ ਅੱਜ ਵੀ ਝੋਟਾ ਦੇ ਨਾਂ ਨਾਲ ਜਾਣੀ ਜਾਂਦੀ ਹੈ ਬਾਈ ਦੀ ਗੱਡੀ, ਹੈ ਨਾ, ਵੀ ਝੋਟੇ ਦੀ ਜਾਂਦੀ ਹੈ। ਬਾਈ ਕਹਿੰਦਾ ਯਾਰ ਆਹ ਬਲਕੀ ਲੁੱਕ, ਅਸੀਂ ਮੈਂ 5-7 ਬਾਈ ਨੂੰ ਲੋਏ ਲੂਏ ਦਿਖਾਏ, ਹੈ ਨਾ, ਬਾਈ ਕਹਿੰਦਾ ਨਹੀਂ ਯਾਰ, ਬਾਈ ਨੇ ਜਦੋਂ ਲੋਏ ਪਸੰਦ ਕੀਤੇ ਨਾ, ਉਹ ਵੈਸੇ ਮਾਰਕੀਟ ਦੇ ਵਿੱਚ ਉਹ ਲੋਏ ਨਾ ਉਸ ਟਾਈਮ 'ਤੇ ਨਹੀਂ ਹੀ ਇੰਨੀ ਡਿਮਾਂਡ ਦੇ ਵਿੱਚ ਹੈਗਾ, ਲੋਕ ਘੱਟ ਪਸੰਦ ਕਰਦੇ ਸੀ, ਥੋੜ੍ਹਾ ਜਿਹਾ ਟਾਇਰ ਬਾਹਰ ਵੀ ਆਉਂਦਾ ਸੀ, ਪਰ ਜੈਨੂਅਨ ਸੀ, ਮਤਲਬ ਕਿ ਉਹਦਾ ਕੋਈ ਚੱਕਰ ਨਹੀਂ। ਜਦੋਂ ਉਹ ਬਾਈ ਨੇ ਪਾ ਤਾ, ਮੈਂ ਕਹਿੰਦਾ ਬਾਈ ਵੀ 2 ਮਹੀਨੇ ਆਊਟ ਆਫ ਸਟੋਕ ਹੀ ਰਿਹਾ ਉਹ ਅਲੋਏ, ਮਿਲਿਆ ਹੀ ਨਹੀਂ, ਜਿਨ੍ਹਾਂ ਕੋਲ ਪਿਆ ਸੀ ਬਾਈ ਉਹ ਬਲੈਕ ਵੀ ਕਿਹਾ, ਮਤਲਬ ਕਿ ਜਦੋਂ ਮੈਂ ਵੀ ਬਾਈ ਨੂੰ ਦੱਸਿਆ ਬਾਈ ਮੰਨੇ ਨਾ, ਅਤੇ ਤੁਸੀਂ ਮਨ ਮੇਰਾ ਖੁਦ ਦਾ ਇੰਸਟਾਗ੍ਰਾਮ ਭਰ ਗਿਆ ਸੀ ਲੋਕਾਂ ਨੇ ਮੈਸੇਜ ਕਰਕੇ ਕਿ ਬਾਈ ਯਾਰ ਇਹ ਮੈਨੂੰ ਵੀ ਚਾਹੀਦਾ, ਕਿਤੋਂ ਮੰਗਾ ਦਿਉ। ਲੋਕ ਸਿੱਧਾ ਜਾ ਕੇ ਸਟੋਰ ਦੇ ਉੱਤੇ ਫੋਟੋ ਵਿਖਾਉਂਦੇ ਸੀ ਵੀ ਆਹ ਸੇਮ ਚੀਜ਼ ਚਾਹੀਦੀ ਹੈ, ਅਤੇ ਇੰਨਾ ਬਾਈ ਦਾ ਉਹ ਚੀਜ਼ ਦਾ ਟ੍ਰੈਂਡ ਸੀ, ਅਤੇ ਉਹ ਕਦੀ ਅਵੇਲੇਬਿਲਟੀ ਅਜੇ ਵੀ ਉਹਦੀ ਵੈਸੇ ਆਊਟ ਆਫ ਸਟੋਕ ਹੀ ਰਹਿੰਦੀ, ਅਜੇ ਵੀ ਲੋਕ ਬਹੁਤ ਸਾਰੇ ਪਸੰਦ ਕਰਦੇ ਆ, ਅਤੇ ਉਹ ਬਹੁਤ ਵਾਇਰਲ ਹੋਇਆ ਸੀ ਬਾਈ, ਉਹ ਸਾਡਾ ਵਲੋਗ ਵੀ ਬਹੁਤ ਵਾਇਰਲ ਹੋਇਆ ਸੀਗਾ। ਪਰ ਸਿੱਧੂ ਮੂਸੇਵਾਲੇ ਕੋਲ ਵੀ ਗਾਣੇ 'ਚ ਵੀ ਜ਼ਿਕਰ ਆਉਂਦਾ PB-65 ਮੋਹਾਲੀ ਦਾ 3-0 ਪਿੱਛੇ 8 ਬੱਲੀਏ, ਸਿੱਧੂ ਕੋਲ ਫਾਰਚੂਨਰ 000-8, ਤੁਹਾਡੇ ਕੋਲ ਵੀ 000-8 ਨੰਬਰ ਫਾਰਚੂਨਰ ਹੈ, ਇਕੱਠੀਆਂ ਲਈਆਂ ਸੀ ਨੰਬਰ ਇਕੱਠੇ ਲਏ ਕਿ ਕਿੱਦਾਂ? ਬਾਈ ਕਹਿੰਦੇ ਹੁੰਦੇ ਨਾ ਵੀ ਜਦੋਂ ਰੱਬ ਨੇ ਮਿਲਾਉਣਾ ਤਾਂ ਤੁਹਾਡੇ ਆਪੇ ਹੀ ਮੇਲ ਹੋ ਜਾਂਦੇ ਆ, ਇੱਦਾਂ ਦਾ ਕੋਈ ਸਾਡੇ ਸੀਗਾ ਨਹੀਂ। ਲਾਈਕ ਜਦੋਂ ਮੈਂ ਵੀ, ਮੇਰੇ ਕੋਲ ਇੱਕ ਪਹਿਲਾਂ ਵੀ ਫਾਰਚੂਨਰ ਸੀ ਟਾਈਪ 2, ਉਹਦਾ ਨੰਬਰ 8 ਸੀ, ਮੈਂ ਉਹ ਸੈਕਿੰਡ ਹੈਂਡ ਹੀ ਲਈ ਸੀ, ਅਤੇ ਉਹ ਇੱਦਾਂ ਹੀ ਰੱਬ ਵੱਲੋਂ ਹੀ ਨੰਬਰ 8 ਮਿਲ ਗਿਆ, ਅਤੇ ਜਦੋਂ ਸਾਡੀ ਬਾਈ ਨਾਲ ਸਾਂਝ ਵਧੀ ਹੌਲੀ ਹੌਲੀ, ਹੈ ਨਾ, ਜਦੋਂ ਮੈਨੂੰ ਵੀ ਪਸੰਦ ਲੱਗਿਆ ਵੀ ਨਹੀਂ ਬੰਦਾ ਆਪਣੇ ਵਰਗਾ ਹੀ ਆ, ਹੈ ਨਾ, ਸਾਰਾ ਕੁਛ ਹੈ, ਅਤੇ ਉਦੋਂ ਫਿਰ ਸਾਨੂੰ ਇਹ ਸਮਝ ਲੱਗੀ ਕਿ ਬਾਈ ਤੁਹਾਡੀ ਗੱਡੀ ਦਾ ਵੀ ਨੰਬਰ 8 ਹੈ, ਸਾਡੀ ਦਾ ਵੀ 8 ਹੈ। ਚਲੋ ਹੁਣ ਤਾਂ ਨੰਬਰ ਸਵਾਈਪ ਵੀ ਅਸੀਂ ਕਰ ਲਿਆ, ਅਤੇ ਮੇਰਾ ਫਿਰ ਨੰਬਰ ਦੇਣ ਨੂੰ ਜੀ ਨਹੀਂ ਕੀਤਾ, ਅਤੇ ਬਾਈ ਨੇ ਗਾਣਾ ਵੀ ਇੱਕ ਅਜੇ ਲੀਕ ਹੋਇਆ ਪਿਆ, ਉਹ 000-8 ਲੀਕ ਹੈ ਗਾਣਾ ਉਹ, ਅਤੇ ਫਿਰ ਉਹ ਤੋਂ ਬਾਅਦ ਮੇਰਾ ਜਮਾ ਹੀ, ਬਾਈ ਨੇ ਮੈਨੂੰ ਇਹ ਚੀਜ਼ ਕਹੀ ਸੀ ਵੀ ਇਹਦਾ ਨੰਬਰ ਨਹੀਂ ਦੇਣਾ, ਜੋ ਮਰਜ਼ੀ ਹੋ ਜਾਵੇ। ਮੈਂ ਬਾਈ ਨੂੰ ਕਿਹਾ ਯਾਰ ਕਿਵੇਂ ਰੱਖਾਂਗੇ, ਹੈ ਨਾ, ਅਤੇ ਬਾਈ ਕਹਿੰਦਾ ਕੋਈ ਨਹੀਂ ਆਪਾਂ ਰੱਖਾਂਗੇ ਨੰਬਰ, ਚਲੋ ਲੀਗਲੀ ਉਹ ਨੰਬਰ ਤੁਸੀਂ ਰੱਖ ਸਕਦੇ ਹੋ, ਗੱਡੀ ਸੇਲ ਆਊਟ ਕਰ ਲਓ ਭਾਵੇਂ ਕਰ ਲਓ, ਅਤੇ ਉੱਪਰ ਨੰਬਰ ਰੱਖ ਲਓ, ਨੰਬਰ ਫਿਰ ਮੈਂ ਦਿੱਤਾ ਨਹੀਂ, ਅਤੇ ਇਸ ਕਰਕੇ ਇੱਦਾਂ ਦਾ ਕੋਈ ਨਹੀਂ ਸੀ, ਉਹ ਸਵਾਭੀ ਚੀਜ਼ ਇੱਦਾਂ ਹੋ ਗਈ, ਮਤਲਬ ਕਿ ਇੱਕ ਰੱਬ ਨੇ ਹੀ ਰਲਾ ਤਾ, ਤਾਂ ਕਰਕੇ 8 ਨੰਬਰ ਸੇਮ ਹੋ ਗਏ, ਉਹ 65 ਹੈ ਸਾਡਾ, 11 ਹੈ। ਚਲੋ ਹੁਣ ਥੋੜ੍ਹਾ ਜਿਹਾ ਇਸ ਪਾਸੇ ਆਉਂਦੇ ਹਾਂ, ਹੋਰ ਕੌਣ ਕੌਣ ਤੁਹਾਡੇ ਤੋਂ ਅਪਰੋਚ ਕਰਕੇ ਸਲਾਹ ਲੈ ਲੈਂਦਾ ਕਿ ਦਇਆ ਕਰਨ ਯਾਰ ਕਿਸ ਤਰ੍ਹਾਂ ਦੀ ਮੋਡੀਫਿਕੇਸ਼ਨ ਕਰਾਈਏ, ਕਿਵੇਂ ਕਿਤੇ ਅਲੋਏ ਪਵਾਈਏ, ਬਾਬਾ ਇੰਡਸਟਰੀ 'ਚੋਂ ਲੋਕ ਅਪਰੋਚ ਕਰਦੇ ਤੁਹਾਨੂੰ? ਬਈ ਬਹੁਤ ਸਾਰੇ ਲੋਕ ਕਰਦੇ, ਮਤਲਬ ਚਲੋ ਇਸ ਚੀਜ਼ 'ਚ ਮੈਂ ਮਾਣ ਵੀ ਸਮਝਦਾ ਕਿ ਲਾਈਕ ਅਸੀਂ ਇੰਨੇ ਜੋਗੇ ਹਾਂ, ਲਾਈਕ ਵੀ ਇੰਨੇ ਸੋਸ਼ਲ ਮੀਡੀਆ ਦੇ ਕਰਕੇ ਇੰਨੇ ਜ਼ਿਆਦਾ ਹੋ ਗਏ, ਅਤੇ ਬਹੁਤ ਸਾਰੇ ਲੋਕ ਨੇ ਜਿੱਦਾਂ ਕਿ ਲਾਈਕ ਚਲੋ ਨਾਂ ਤਾਂ ਹਰੇਕ ਦਾ ਆਪਾਂ ਨਹੀਂ ਲੈ ਸਕਦੇ, ਪਰ ਬਹੁਤ ਸਾਰੇ ਆਪਣੇ ਸੈਲੀਬ੍ਰਿਟੀਜ਼ ਕਹਿ ਲਈਏ, ਕੋਈ ਆਫਿਸਰ ਲਾਈਨਸ ਤੱਕ ਦੇ ਬੰਦੇ ਜਿਹੜੇ ਹੈ ਉਹ ਵੀ ਆਪਾਂ ਨੂੰ ਅਪਰੋਚ ਕਰ ਲੈਂਦੇ ਆ ਕਿ ਦਇਆ ਕਰਨ ਯਾਰ ਤੂੰ ਵਾਹਵਾ ਇਸ ਇੰਡਸਟਰੀ 'ਚ ਹੈਗਾ, ਹੈ ਨਾ, ਤੈਨੂੰ ਪਤਾ ਹੈ ਵੀ ਕਿਹੜੀ ਚੀਜ਼ ਲੀਗਲ ਹੈ ਜਾਂ ਕਿਹੜੀ ਚੀਜ਼ ਚੰਗੀ ਆ ਜਾਂ ਮਾੜੀ, ਹੈ ਨਾ, ਮੇਨ ਮੁੱਦਾ ਤਾਂ ਅੱਜ ਕੱਲ੍ਹ ਚੰਗੀ ਮਾੜੀ ਦਾ, ਅਤੇ ਅਵੇਲੇਬਿਲਟੀ ਦਾ ਪੰਗਾ ਹੁੰਦਾ ਵੀ ਹੈਗੀ ਕਿ ਨਹੀਂ ਹੈਗੀ, ਅਤੇ ਇੱਧਰੋਂ ਗੱਲ ਕਰ ਲਈਏ ਤਾਂ ਬਾਈ ਆਲਮੋਸਟ ਸਾਰੇ ਹੀ ਯਾਦ ਕਰ ਲੈਂਦੇ ਆ, ਠੀਕ ਹੈ, ਕਿਸੇ ਨੇ ਕੋਈ ਗੱਡੀ ਪੁਰਾਣੀ, ਕੋਈ ਜਦੋਂ ਕਿਸੇ ਨੇ ਪਹਿਲੇ ਸ਼ੋਅ ਸ਼ੁਰੂ ਕੀਤੇ ਸੀ ਜਾਂ ਕਿਸੇ ਦੀ ਪੁਰਾਣੀ ਗੱਡੀ ਸੀ ਉਹ ਵੀ ਕਈ ਵਾਰੀ ਰੀਸਟੋਰ ਕਰਾਉਂਦੇ ਹਾਂ ਅਸੀਂ, ਪੂਰੀ ਗੱਡੀ ਫੁੱਲੀ ਰੀਸਟੋਰ ਹੋ ਜਾਂਦੀ ਹੈ, ਜਿਹਦੇ ਵਿੱਚ ਕਿ ਪੇਂਟ ਤੋਂ ਲੈ ਕੇ ਟਾਇਰ ਤੋਂ ਲੈ ਕੇ ਇੰਟੀਰੀਅਰ ਸੀਟ ਕਵਰ ਫੁੱਲ ਰੀਸਟੋਰ ਵੀ ਕਰ ਲਈ ਦੀ ਹੈ, ਉਹ ਬਹੁਤ ਸਾਰੇ ਸੈਲੀਬ੍ਰਿਟੀਜ਼ ਦੀ ਅਸੀਂ ਉਹ ਵੀ ਕਰੀ ਹੋਈ ਹੈ, ਅਤੇ ਮੋਸਟਲੀ ਜ਼ਿਆਦਾ ਅੱਜ ਕੱਲ੍ਹ ਜਿੱਦਾਂ ਟਾਇਰ ਅਲੋਏ ਦਾ ਜ਼ਿਆਦਾ ਟ੍ਰੈਂਡ ਹੈ, ਕਿਉਂਕਿ ਪੰਜਾਬੀਆਂ ਨੂੰ ਆਦਤ ਵੀ ਹੈ ਇਸ ਚੀਜ਼ ਦੀ, ਅਤੇ ਥੋੜ੍ਹਾ ਬਹੁਤਾ ਫਿਰ ਜਿੱਦਾਂ ਇਹ ਬੁਲਟ ਪਰੂਫਿੰਗ ਦਾ ਵੀ ਹੋ ਜਾਂਦਾ ਹੈ, ਕਿਉਂਕਿ ਉਹ ਵੀ ਅੱਜ ਕੱਲ੍ਹ ਹਰੇਕ ਦੀ ਨੀਡ ਹੋਈ ਪਈ ਹੈ, ਅਤੇ ਵਿੰਟੇਜ ਗੱਡੀਆਂ ਦੇ ਬਹੁਤ ਸਾਰੇ ਇਹਨੂੰ ਸ਼ੌਂਕ ਹੈ, ਅਤੇ ਜਿਵੇਂ ਪਿੱਛੇ ਜੇ ਲਾਈਕ ਸਟਾਰਟਿੰਗ 'ਚ ਕਰੀ ਪਰਮੇਸ਼ ਭਾਈ ਨੇ ਵੀ ਆਪਾਂ ਨੂੰ ਕਿਹਾ ਕਿ ਹਾਂ ਬਾਈ ਵੀ ਕਿੱਦਾਂ ਵਨਟਨਸ ਵਗੈਰਾ ਜੌਂਗੇ ਵਿਲੀਸ, ਉਹ ਵੀ ਲੋਕਾਂ ਨੂੰ ਕਨਫਿਊਜ਼ਨ ਸੀ, ਚਲੋ ਬਾਈ ਹੁਣਾਂ ਨੂੰ ਤਾਂ ਕਲੈਰਿਟੀ ਹੈਗੀ ਸੀਗੀ, ਅਤੇ ਮੈਨੂੰ ਹੁੰਦਾ ਕਿ ਸਲਾਹ ਉਹ ਦਿੱਤੀ ਜਾਵੇ ਜਿਹੜੀ ਇੱਕ ਜੈਨੂਅਨ, ਕਿਉਂਕਿ ਉਹ ਬੰਦੇ ਦੀ ਆਈਡੈਂਟੀ ਵੀ ਉਹਦੇ ਨਾਲ ਖਰਾਬ ਨਾ ਹੋ ਜਾਵੇ,
ਜਿਹੜੀ ਮੋਡੀਫਿਕੇਸ਼ਨ ਆ ਬਾਈ, ਇਹ ਤਾਂ ਵੈਸੇ ਬਹੁਤ ਸਾਰੇ ਬ੍ਰਾਂਡਸ ਅੱਜ ਕੱਲ੍ਹ ਇੰਡੀਆ 'ਚ ਵੀ ਲਾਈਕ ਕਹਿ ਸਕਦੇ ਅਵੇਲੇਬਲ ਹੈ, ਮੋਡੀਫਿਕੇਸ਼ਨ ਦੇ ਬ੍ਰਾਂਡਸ ਵੀ ਅਵੇਲੇਬਲ ਹੈ, ਪਰ ਕੋਈ ਐਕਚੁਅਲ 'ਚ ਇੱਦਾਂ ਦਾ ਨਹੀਂ ਹੈਗਾ ਵੀ ਜਿਹੜਾ ਬੰਦਾ ਇਹਨੂੰ ਆਪਾਂ ਹਾਈ ਐਂਡ ਬ੍ਰਾਂਡ ਕਹਿ ਸਕੀਏ. ਅਤੇ ਛੋਟੇ ਛੋਟੇ ਗਰਾਜ ਨੇ, ਫਿਰ ਉਹਨਾਂ ਨਾਲ ਲਿੰਕ ਰੱਖੀ ਦੇ ਆ ਮੋਡੀਫਿਕੇਸ਼ਨ ਲਈ. ਆਪਣੇ ਚੰਡੀਗੜ੍ਹ ਵੀ ਬਹੁਤ ਸਾਰੇ ਬੰਦੇ ਹੈਗੇ ਆ, ਪੰਜਾਬ 'ਚ ਵੀ ਬੜੇ ਜਣੇ ਕੰਮ ਕਰਦੇ ਆ, ਕੁਛ ਆਊਟ ਆਫ ਪੰਜਾਬ ਵੀ ਹੈਗੇ ਆ. ਅਤੇ ਰੱਖਣੇ ਪੈਂਦੇ ਆ ਲਿੰਕ, ਫਿਰ ਕੀ ਕਰੀਏ. ਕਿਉਂਕਿ ਪਰ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀਗਾ ਮੈਂ ਕੁਛ ਚੀਜ਼ਾਂ ਦੇ ਬਾਰੇ, ਮੈਨੂੰ ਇਹ ਚੀਜ਼ ਵਧੀਆ ਲੱਗੀ ਦਇਆ ਕਰਨ ਬਾਈ ਕਿ ਇੱਕ ਸਰਦਾਰ ਔਰ ਇਕੱਲੇ ਮੈਨੂੰ ਲੱਗਦਾ ਇਕਲੌਤੇ ਤੁਸੀਂ ਪੰਜਾਬੀ ਬਲੌਗਰ ਹੋਵੋਗੇ ਜਿਨ੍ਹਾਂ ਨੂੰ ਵੱਡੀਆਂ ਕੰਪਨੀਆਂ ਅਪਰੋਚ ਕਰਦੀਆਂ ਆਟੋਮੋਬਾਈਲ ਦੀ ਇੰਡਸਟਰੀ 'ਚ, ਤਾਂ ਮੈਨੂੰ ਲੱਗਦਾ ਤੁਸੀਂ ਹੋ, ਬਾਕੀ ਤਾਂ ਚਲੋ ਲੱਕ ਠੁੰਮ ਕੇ ਹਿਲਾਉਣ ਵਾਲੇ ਤਾਂ ਹੋਰ ਬਹੁਤ ਸਾਰੇ ਹੈਗੇ. ਇਹ ਬਾਈ ਸਾਰੇ ਨਾ ਵਿਊਅਰਸ ਦੀ ਦੇਣੀ ਹੈ, ਮਤਲਬ ਜਦੋਂ ਤੁਸੀਂ ਕੁਛ ਚੀਜ਼ ਪਾਉਂਦੇ ਹੋ ਲੋਕ ਉਹਨੂੰ ਪਸੰਦ ਕਰਦੇ ਆ. ਹੁਣ ਜਦੋਂ ਅਸੀਂ ਵੀ ਸਟਾਰਟ ਕੀਤਾ ਸਾਨੂੰ ਲੱਗਿਆ ਨਹੀਂ ਸੀ ਇਹ ਚੀਜ਼ ਵੀ ਇੱਦਾਂ ਹੋਊਗੀ, ਠੀਕ ਹੈ. ਬਟ ਇਹ ਚੀਜ਼ 'ਤੇ ਮੈਂ ਚਲੋ ਮਾਣਨਾ ਵੀ ਕਹਿ ਸਕਦਾ ਕਿ ਹਾਂ ਮੈਂ ਇਕੱਲਾ ਹੀ ਹੈ, ਠੀਕ ਹੈ. ਅੱਜ ਵੀ ਜਦੋਂ ਮੈਂ ਕਿਸੇ ਈਵੈਂਟ 'ਤੇ ਜਾਂਦਾ ਅਤੇ ਬਹੁਤ ਸਾਰੇ ਉੱਥੇ ਮੀਡੀਆ ਆਇਆ ਹੁੰਦਾ, ਹਾਈ ਲੈਵਲ ਵਾਲਾ ਮੀਡੀਆ, ਲਾਈਕ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਪਤਾ ਨਹੀਂ ਕਿੰਨੇ ਕਿੰਨੇ ਸਾਲ ਹੋ ਗਏ ਚੈਨਲਸ ਚੱਲਦਿਆਂ ਨੂੰ ਜਾਂ ਪਬਲੀਕੇਸ਼ਨਸ ਨੂੰ, ਹੈ ਨਾ. ਉਹ ਲੋਕ ਵੀ ਜਦੋਂ ਆਣ ਕੇ ਸਾਨੂੰ ਮਿਲਦੇ ਆ ਨਾ, ਮੈਨੂੰ ਕਹਿੰਦੇ ਯਾਰ ਤੂੰ ਦਿਆ ਕਰਨ, ਹੈ ਨਾ. ਅਤੇ ਫਿਰ ਵਧੀਆ ਲੱਗਦਾ. ਕਿਉਂ ਵਧੀਆ ਲੱਗਦਾ ਕਿ ਉਹ ਫਿਰ ਮੈਨੂੰ ਦੱਸਦੇ ਆ ਕਿ ਯਾਰ ਤੂੰ ਇੱਕ ਆਹ ਵਲੋਗ ਪਾਇਆ ਸੀ, ਹੈ ਨਾ, ਇੱਦਾਂ ਦਾ ਆਹ ਵਲੋਗ ਪਾਇਆ ਸੀ ਅਤੇ ਉਹ ਅਸੀਂ ਵੇਖਿਆ ਸੀ, ਸਾਨੂੰ ਉਹ ਚੀਜ਼ ਦਾ ਪਤਾ ਹੀ ਨਹੀਂ ਸੀਗਾ, ਨੌਲੇਜ ਨਹੀਂ ਸੀਗੀ. ਵੈਸੇ ਤਾਂ ਆਟੋਮੋਬਾਈਲ ਦੇ ਬਹੁਤ ਸਾਰੇ ਚੈਨਲ ਵੀ ਚੱਲਦੇ ਆ, ਹੈ ਨਾ, ਪਰ ਮੇਰੇ ਕੋਲ ਬਹੁਤ ਯੂਨੀਕ ਕੰਟੈਂਟ ਹੁੰਦਾ ਜਿਹਦੇ ਕਰਕੇ ਫਿਰ ਮੈਨੂੰ ਵਧੀਆ ਲੱਗਦਾ ਈਵੈਂਟਸ 'ਤੇ ਜਾਣਾ ਜਾਂ ਕੰਪਨੀਆਂ ਅਪਰੋਚ ਕਰਨਾ. ਪੰਜਾਬੀ ਤਾਂ ਤੁਸੀਂ ਇਕੱਲੇ ਹੋ ਇਕੱਲੇ ਹੀ ਹੈਗੇ? ਨਹੀਂ, ਇਕੱਲੇ ਹੀ ਆ ਫਿਲਹਾਲ, ਜਦੋਂ ਮੈਂ ਜਦੋਂ ਸਟਾਰਟ ਵੀ ਕੀਤਾ. ਸਰਦਾਰ ਪੱਗ ਵਾਲਾ ਹਾਂ ਹਾਂ, ਪਰ ਹੁਣ ਚਲੋ ਬਹੁਤ ਸਾਰੇ ਲੋਕ ਇਸ ਚੀਜ਼ 'ਚ ਆ ਰਹੇ ਆ, ਮੈਨੂੰ ਵੀ ਵਧੀਆ ਲੱਗਦਾ, ਹੈ ਨਾ, ਪਰ ਇੱਕ ਰਾਈਟ ਇਨਫੋਰਮੇਸ਼ਨ ਬੜਾ ਤਕੜਾ ਮੁੱਦਾ ਹੈਗਾ ਇਹਦੇ ਵਿੱਚ. ਜਿੱਦਾਂ ਵਿਲੀ ਸੀਗੀਆਂ, ਉਹਦੇ ਪੇਪਰਸ ਬਣਦੇ ਆ ਕਿ ਨਹੀਂ ਬਣਦੇ, ਲੀਗਲ ਹੈ ਕਿ ਇਲੀਗਲ ਆ ਚੀਜ਼, ਹੈ ਨਾ. ਅਤੇ ਉਹ ਅੱਜ ਕੱਲ੍ਹ ਉਹ ਮਿਸਕਮਿਊਨੀਕੇਸ਼ਨ ਜਿਹੜੀ ਆ ਜਾਂ ਕਹਿ ਲਓ ਜਾਂ ਮਿਸਇਨਫੋਰਮੇਸ਼ਨ ਜਿਹੜੀ ਆ ਉਹ ਮੇਰੇ ਲਈ ਪ੍ਰੋਬਲਮ ਬਣਦੀ ਹੈ. ਫਿਰ ਲੋਕ ਜਿੱਦਾਂ ਹੁਣ ਮੇਰੀ ਪ੍ਰੋਬਲਮ ਕੀ ਹੈ ਕਿ ਮੈਂ ਜੇ ਕੋਈ ਵਲੌਗ ਕਰਦਾ ਤਾਂ ਮੈਂ ਉਹ 'ਤੇ ਪ੍ਰੋਪਰ ਸਟੱਡੀ ਕਰਦਾ ਅਤੇ ਮੈਂ ਦੇਖਦਾ ਕਿ ਉਹ ਚੀਜ਼ ਇੱਦਾਂ ਹੈਗੀ ਵੀ ਹੈ ਕਿ ਨਹੀਂ ਹੈਗੀ, ਆ ਬੰਦਾ ਜੈਨੂਅਨ ਹੈਗਾ ਕਿ ਨਹੀਂ ਹੈਗਾ, ਹੈ ਨਾ. ਅਤੇ ਜਿਹੜੇ ਅੱਜ ਕੱਲ੍ਹ ਬੰਦੇ ਆ ਉਹ ਬਾਹਲਾ ਨਹੀਂ ਸੋਚਦੇ, ਸਿਰਫ ਉਹਨਾਂ ਨੂੰ ਹੁੰਦਾ ਕਿ ਸਾਨੂੰ ਵਿਊਜ਼ ਕਿਸ ਤਰੀਕੇ ਨਾਲ ਮਿਲ ਸਕਦੇ ਆ. ਅਤੇ ਪਰ ਇਹ ਕਿ ਪੰਜਾਬੀ ਵਾਲਾ ਬੰਦਾ ਮੈਂ ਇਕੱਲਾ ਹੀ ਹਾਂ ਇੰਡਸਟਰੀ ਦੇ ਵਿੱਚ ਜਿਹਨੂੰ ਕਿ ਲਾਈਕ ਕੰਪਨੀਜ਼ ਅਪਰੋਚ ਕਰਦੀਆਂ ਫਿਲਹਾਲ, ਅਤੇ ਬਹੁਤ ਸਾਰੇ ਬ੍ਰਾਂਡਸ ਆਉਂਦੇ. ਕਿਹੜੀਆਂ ਕਿਹੜੀਆਂ ਕੰਪਨੀਆਂ ਅਪਰੋਚ ਕਰਦੀਆਂ ਦਇਆ ਕਰਨ ਤੁਹਾਨੂੰ, ਕਿਉਂਕਿ ਜਦੋਂ ਕੰਪਨੀਆਂ ਦੀਆਂ ਗੱਡੀਆਂ ਲਾਂਚ ਹੋਣੀਆਂ ਹੁੰਦੀਆਂ ਤਾਂ ਫਿਰ ਮੌਕੇ ਦੇ ਉੱਪਰ ਉਹਨਾਂ ਨੂੰ ਵੀ ਲੋੜ ਹੁੰਦੀ ਹੈ ਕਿ ਸਾਡੀ ਵੀ ਕੋਈ ਭਾਈ ਪ੍ਰਮੋਸ਼ਨ ਹੋ ਜਾਵੇ ਵੱਖ ਵੱਖ ਖਿੱਤਿਆਂ ਦੇ ਲੋਕਾਂ ਨੂੰ ਬੁਲਾਇਆ ਜਾਂਦਾ ਪੰਜਾਬ 'ਚੋਂ, ਮੈਨੂੰ ਲੱਗਦਾ ਤੁਹਾਨੂੰ ਬੁਲਾਇਆ ਜਾਂਦਾ ਜਿਵੇਂ. ਹਾਂ, ਪੰਜਾਬ 'ਚੋਂ ਬਾਈ ਮੋਸਟਲੀ ਆਪਾਂ ਹੀ ਜਾਂਦੇ ਹਾਂ, ਅਤੇ ਕਿਉਂਕਿ ਉਹਨਾਂ ਦੀਆਂ ਵੀ ਕੁਛ ਟਰਮਸ ਐਂਡ ਕੰਡੀਸ਼ਨਸ ਨੇ, ਉਹ ਬੰਦੇ ਦਾ ਸਾਰਾ ਕੁਛ ਹੀ ਵੇਖਦੇ ਆ. ਅਤੇ ਮੈਂ ਜਾਂਦਾ ਬਾਈ ਬਹੁਤ ਸਾਰੇ ਬ੍ਰਾਂਡ ਦਾ, ਜਿੱਦਾਂ ਟਾਟਾ ਕਹਿ ਲਈਏ, ਸਕੋਡਾ, ਵੋਕਸਵੈਗਨ, ਜੀਪ ਕਹਿ ਲਈਏ, ਮਰੂਤੀ, ਟੋਇਟਾ, ਬਹੁਤ ਸਾਰੇ ਬ੍ਰਾਂਡਸ ਆ. ਜਦੋਂ ਉਹਨਾਂ ਨੂੰ ਲੱਗਦਾ ਕਿ ਹੈ ਨਾ ਕਿ ਸਾਨੂੰ ਕੋਈ ਲੋਕਲ ਲੈਂਗੁਏਜ ਵਾਲਾ ਬੰਦਾ ਜਾਂ, ਕਿਉਂਕਿ ਪੰਜਾਬ 'ਚ ਸਾਰਿਆਂ ਨੂੰ ਜ਼ਿਆਦਾ ਖਪਤ ਹੈ ਇਹਨਾਂ ਚੀਜ਼ਾਂ ਦੀ. ਟਾਇਰ ਬ੍ਰਾਂਡਸ ਬਹੁਤ ਸਾਰੇ ਨੇ, ਲਾਈਕ ਟੂ ਵੀਲਰਸ ਬ੍ਰਾਂਡਸ ਬਹੁਤ ਸਾਰੇ ਨੇ. ਫਿਰ ਉਹ ਆਪਾਂ ਨੂੰ ਬੁਲਾਉਂਦੇ ਆ, ਫਿਰ ਮਜ਼ਾ ਵੀ ਆਉਂਦਾ ਜਾਣ ਦਾ. ਅਤੇ ਉਹ ਆਪਾਂ ਫਿਰ ਉਦੋਂ ਲਾਈਕ ਲੋਕਾਂ ਨੂੰ ਹੁੰਦਾ, ਮੈਨੂੰ ਹੁੰਦਾ ਕਿ ਚਲੋ ਉਹਨਾਂ ਤੱਕ ਉਹ ਚੀਜ਼ ਪਹੁੰਚੇ. ਅਤੇ ਪੰਜਾਬੀਆਂ ਨੂੰ ਕਹਿੰਦੇ ਹੁੰਦਾ ਵੀ ਹਰੇਕ ਆਪਣੀ ਲੈਂਗੁਏਜ ਪਸੰਦ ਹੁੰਦੀ ਹੈ, ਅਤੇ ਉਹ 'ਚ ਫਿਰ ਅਸੀਂ ਆਪਣੀ ਲੈਂਗੁਏਜ 'ਚ ਵਲੋਗ ਕਰਕੇ ਲੈ ਆਈਦਾ ਪੰਜਾਬੀ 'ਚ, ਅਤੇ ਜ਼ਰੂਰ ਚਾਹੀਦਾ. ਰੀਸੈਂਟਲੀ ਤੁਸੀਂ ਟਾਟਾ ਦੀ ਕੋਈ ਗੱਡੀ ਲਾਂਚ ਹੋਈ ਉੱਧਰ? ਹਾਂ, ਟਾਟਾ ਨੇ ਕਰਵ ਲਾਂਚ ਕੀਤੀ, ਅਤੇ ਉਹਦੇ ਲਾਂਚ 'ਤੇ ਪਹਿਲਾਂ ਬੰਬੇ ਵੀ ਸੀਗੇ, ਫਿਰ ਉਹਦੀ ਡਰਾਈਵਸ ਵੀ ਹੁੰਦੀਆਂ, ਅਤੇ ਸਾਨੂੰ ਉਹਦਾ ਵੀ ਮੌਕਾ ਮਿਲਦਾ. ਗੱਡੀਆਂ ਐਡਵਾਂਸ ਕੰਪਨੀਆਂ ਸਾਨੂੰ ਦੇ ਦਿੰਦੀਆਂ ਕਿ ਤੁਸੀਂ ਇਹਨੂੰ ਚਲਾਓ, ਆਪਣੇ ਰਿਵਿਊਜ਼ ਦਿਓ, ਅਤੇ ਜੈਨੂਅਨ ਰਿਵਿਊਜ਼ ਜਿਹੜੇ ਤੁਹਾਨੂੰ ਲੱਗਦੇ ਆ. ਤੁਸੀਂ ਕਿੰਨਾ ਟਾਈਮ ਰੱਖ ਸਕਦੇ ਹੋ, ਕਿੰਨਾ ਟਾਈਮ ਚਲਾ ਸਕਦੇ ਹੋ? ਇਹਦੇ ਵਿੱਚ ਵੀ ਬਾਈ ਇਹ ਤੁਹਾਡੇ 'ਤੇ ਡਿਪੈਂਡ ਕਰਦਾ ਵੀ ਲਾਈਕ, ਵੈਸੇ ਤਾਂ ਚਲੋ ਜਿਹੜੀ ਡਰਾਈਵ ਹੁੰਦੀ, ਕਿਉਂਕਿ ਅਜੇ ਜਦੋਂ ਗੱਡੀ ਮਾਰਕੀਟ 'ਚ ਨਹੀਂ ਆਈ ਹੁੰਦੀ ਉਦੋਂ ਉਹ ਸਾਨੂੰ ਦੇ ਦਿੰਦੇ ਆ, ਉਦੋਂ ਫਿਰ ਲਾਈਕ ਉਹਨਾਂ ਨੇ ਇੱਕ ਜਗ੍ਹਾ ਰੱਖੀ ਹੁੰਦੀ ਹੈ ਜਿੱਦਾਂ ਰਾਜਸਥਾਨ ਜਾਂ ਗੋਆ ਜਾਂ ਕੋਈ ਵੀ ਜਗ੍ਹਾ ਜਿੱਥੇ ਹੈਗੀ ਹੈ, ਫਿਰ ਉਦੋਂ ਸਾਨੂੰ 2 ਦਿਨ ਲਈ ਉਹ ਗੱਡੀ ਦੇ ਦਿੰਦੇ ਆ, ਜਾਂ ਇੱਕ ਦਿਨ ਲਈ ਕਹਿ ਲਓ, ਪੂਰੇ ਦਿਨ ਲਈ. ਅਤੇ ਵੀ ਤੁਸੀਂ ਇਹਨੂੰ ਜਿੱਦਾਂ ਚਲਾਉਣਾ ਉੱਦਾਂ ਚਲਾਓ, ਮਤਲਬ ਵੀ ਜਿੱਦਾਂ ਤੁਹਾਨੂੰ ਜੇ ਕੋਈ ਪ੍ਰੋਬਲਮ ਲੱਗਦੀ ਹੈ ਤੁਸੀਂ ਉਹ ਵੀ ਵਿਊਅਰਸ ਨੂੰ ਦੱਸੋ, ਅਤੇ ਨਹੀਂ ਸਾਨੂੰ ਵੀ ਸੁਜੈਸ਼ਨਸ ਦੇ ਦਿਓ. ਅਤੇ ਉਦੋਂ ਤਾਂ ਇੱਕ ਦਿਨ ਲਈ ਦਿੰਦੇ ਆ, ਅਤੇ ਬਾਅਦ 'ਚ ਜਿੱਦਾਂ ਫਿਰ ਤੁਸੀਂ ਕਈ ਵਾਰੀ ਹਫ਼ਤੇ ਲਈ ਵੀ ਲੈ ਸਕਦੇ ਹੋ, ਅਤੇ ਤੁਸੀਂ ਵੀਡੀਓਜ਼ ਬਣਾਉਣੀਆਂ ਜਾਂ ਤੁਹਾਨੂੰ ਲੱਗਦਾ ਕਿ ਪੂਰਾ ਨਹੀਂ ਹੋ ਪਾਇਆ, ਜਦੋਂ ਮਾਰਕੀਟ 'ਚ ਆ ਜਾਂਦੀ ਹੈ ਫਿਰ ਉਹ ਵੱਧ ਚਿਰ ਲਈ ਵੀ ਮਿਲ ਜਾਂਦੀ ਹੈ. ਅੱਛਾ, ਜਦੋਂ ਮੰਨ ਲਓ ਇੱਕ ਮੈਂ ਕਿਸੇ ਉਹ ਗੱਡੀ ਦਾ ਬ੍ਰਾਂਡ ਦਾ ਨਾਂ ਤਾਂ ਨਹੀਂ ਲੈਣਾ ਕਿਤੇ, ਉਹਨੂੰ ਬਾਅਦ 'ਚ ਵਿਚਾਰਿਆਂ ਨੂੰ ਫੜ ਲੈਣ, ਕੋਈ ਮੇਰਾ ਇੱਕ ਜਾਣਕਾਰ ਹੈਗਾ ਦੋਸਤ, ਉਹ ਵੀ ਇਸੇ ਤਰੀਕੇ ਦੇ ਨਾਲ ਕੰਮ ਕਰਦਾ, ਤਾਂ ਉਹ ਬਹੁਤ ਮਹਿੰਗੀ ਗੱਡੀ ਨਵੀਂ ਨਵੀਂ ਲਾਂਚ ਹੋਈ ਰਾਜਸਥਾਨ ਦੀਆਂ ਸੜਕਾਂ 'ਤੇ ਸੀ, ਫੁੱਲ ਤੇਜ਼ ਸਪੀਡ 'ਚ ਭਜਾ ਕੇ ਲਿਜਾ ਰਿਹਾ ਸੀ ਔਰ ਪੁੜੀ ਸੀਗੀ, ਉਹ ਤੋਂ ਗੱਡੀ ਨੇ ਜੰਪ ਕੀਤਾ ਔਰ ਗੱਡੀ ਖੇਤਾਂ 'ਚ ਜਾ ਵੜੀ, ਇੱਕ ਦੋ ਗੇੜੇ ਵੀ ਖਾ ਗਈ ਗੱਡੀ. ਪਰ ਉਹ ਫਿਰ ਉਹ ਜਦੋਂ ਕੋਈ ਇਸ ਤਰ੍ਹਾਂ ਐਕਸੀਡੈਂਟਲ ਕੇਸ ਹੋ ਜਾਂਦਾ ਉਹ ਸਾਰਾ ਇੰਸ਼ੋਰੈਂਸ ਆਲਰੇਡੀ ਕੰਪਨੀ ਦਾ ਹੀ ਹੁੰਦਾ. ਇਹ ਵੀ ਨਾ ਇੱਕ
ਤੇ ਤੁਹਾਡੀ ਵੀ ਸੱਟ ਲੱਗ ਸਕਦੀ ਹੈ, ਤੁਹਾਡੀ ਇੰਸ਼ੋਰੈਂਸ ਹੋਈ ਹੈ ਕਿ ਨਹੀਂ ਹੋਈ ਹੈ, ਅਤੇ ਉਹ ਫਿਰ ਉਸ ਟਾਈਮ ਜਿਹੜਾ ਫੋਰਮ ਦੇ ਵਿੱਚ ਕੰਡੀਸ਼ਨਸ ਲਿਖੀਆਂ ਨੇ ਉਹ ਮੈਟਰ ਕਰਦੀਆਂ ਵਾ ਕਿ ਹੈ। ਵੈਸੇ ਮੋਸਟਲੀ ਉਹਦੇ ਵਿੱਚ ਕੀ ਹੁੰਦਾ ਕਿ ਇੰਸ਼ੋਰੈਂਸ ਹੀ ਹੋਈਆਂ ਹੁੰਦੀਆਂ, ਅਤੇ ਤੁਸੀਂ ਉਹ ਹੁੰਦਾ ਕੁਛ ਹੱਦ ਤੱਕ ਜੇ ਤੁਹਾਡੀ ਗਲਤੀ ਵੀ ਨਿਕਲੇ ਤਾਂ ਫਿਰ ਉਹਦੇ ਉਸ ਟਾਈਮ ਹੀ ਸਲਿਊਸ਼ਨ ਹੁੰਦੇ, ਕੋਈ ਇੱਦਾਂ ਪਰਮਾਨੈਂਟ ਨਹੀਂ ਹੈ ਵੀ ਤੁਹਾਡੇ 'ਤੇ ਪੈਣੀ ਹੈ ਕਿ ਕੰਪਨੀ 'ਤੇ ਪੈਣੀ ਹੈ, ਪਰ ਮੋਸਟਲੀ ਉਹ ਕੰਪਨੀ 'ਤੇ ਹੀ ਹੁੰਦਾ। ਅਤੇ ਉਹ ਬਿਨਾਂ ਲਾਇਸੈਂਸ ਚੈੱਕ ਕੀਤੇ ਤੋਂ ਵਗੈਰਾ ਤਾਂ ਗੱਡੀ ਵੀ ਨਹੀਂ ਫੜਾਉਂਦੇ ਵੈਸੇ, ਅਤੇ ਉਹ ਸਾਰਾ ਕੁਝ ਦੇਖਦੇ ਆ, ਅਤੇ ਪਰ ਹੁੰਦਾ ਉਹ ਸ਼ੂਆ। ਤੁਸੀਂ ਵੱਖ ਵੱਖ ਥਾਵਾਂ 'ਤੇ ਜਾਂਦੇ ਹੋ, ਜਿਵੇਂ ਕਾਫੀ ਰੈਲੀਜ਼ ਦੇ ਵਿੱਚ ਵੀ ਹਿੱਸਾ ਲਿਆ, ਔਰ ਕਿੱਥੋਂ ਸਭ ਤੋਂ ਲੰਬੀ ਰੈਲੀ ਕਿਹੜੀ ਜਾ ਕੇ ਆਏ, ਕਿੱਥੇ ਤੁਸੀਂ ਟਰੈਵਲ ਕੀਤਾ? ਰੈਲੀ ਕਹਿ ਸਕਦੇ ਹੋ ਜਾਂ ਰੈਲੀਜ਼ ਇੱਕ ਹੋਰ ਡਿਫਰੈਂਟ ਮੁੱਦਾ ਹੈ। ਰੈਲੀਜ਼ ਇੱਕ ਜਿੱਦਾਂ ਹਿਮਾਲਿਅਨ ਰੈਲੀ ਹੁੰਦੀ ਹੈ, ਠੀਕ ਹੈ, ਉਹ ਇੱਕ ਈਵੈਂਟਸ ਨੇ, ਠੀਕ ਹੈ। ਈਵੈਂਟਸ ਵੀ ਅਸੀਂ ਵੈਸੇ ਕਵਰ ਕਰਦੇ ਹਾਂ ਕਦੇ ਕਦੇ, ਕਿਉਂਕਿ ਮੈਂ ਆਟੋਮੋਬਾਈਲ ਵਾਲਾ, ਮੈਨੂੰ ਵਧੀਆ ਆਪ ਸ਼ੌਂਕ ਹੈ, ਅਤੇ ਆਫ ਰੋਡਿੰਗ ਈਵੈਂਟਸ ਹੁੰਦੇ ਆ ਜਾਂ ਰਾਜਸਥਾਨ 'ਚ ਵੀ ਈਵੈਂਟਸ ਹੁੰਦੇ ਆ, ਡੂਨ ਕ੍ਰੋਸ ਵਗੈਰਾ ਹੁੰਦੇ ਆ, ਹਿਮਾਲਿਆ 'ਚ ਵੀ ਰੈਲੀ ਹੁੰਦੀ ਹੈ, ਬਹੁਤ ਪੁਰਾਣੀਆਂ ਚੱਲੀ ਜਾਂਦੀਆਂ ਨੇ ਉਹ ਚੀਜ਼ਾਂ। ਚਲੋ ਅਸੀਂ ਤਾਂ ਜਨਰੇਸ਼ਨ ਵਾਈਜ਼ ਉਹਨੂੰ ਕਵਰ ਕਰ ਰਹੇ ਹਾਂ। ਮੈਂ ਤਾਂ ਟਰੈਵਲ ਕਰਨ ਦੀ ਗੱਲ ਕਰਾਂ ਤਾਂ ਮੈਂ ਬਹੁਤ ਟਰੈਵਲ ਕੀਤਾ, ਮੈਂ ਆਲ ਓਵਰ ਇੰਡੀਆ ਸਿੰਗਲ ਦੇ ਵਿੱਚ ਵੀ ਕਵਰ ਕੀਤਾ ਹੋਇਆ, ਅਤੇ ਸੋਲੋ ਟ੍ਰਿਪ, ਸੋਲੋ ਨਹੀਂ ਕਹਿ ਸਕਦੇ ਤੁਸੀਂ, ਮੇਰੇ ਫਰੈਂਡ ਜੀ ਸੀਗੇ, ਅਤੇ ਸੋਲੋ ਵੀ ਕਰਦਾ ਵੈਸੇ ਮੈਂ ਟਰੈਵਲ, ਪਰ ਉਹਦੇ ਵਲੋਗਸ ਵਗੈਰਾ ਘੱਟ ਨੇ, ਕਿਉਂਕਿ ਉਦੋਂ ਫਿਰ ਤੁਸੀਂ ਗੱਡੀ ਸਾਰਾ ਪਜ਼ਲ ਜੇ ਰਹਿੰਦੇ, ਉਹਦੇ ਵਾਸਤੇ ਟਾਈਮ ਵੱਧ ਚਾਹੀਦਾ, ਅਤੇ ਕਈ ਵਾਰੀ ਕੋਈ ਕੰਪਨੀ ਇੱਕ ਅੱਧਾ ਬੰਦਾ ਨਾਲ ਹੋਵੇ ਤਾਂ ਅਸੀਂ ਚੱਲ ਜਾਂਦੇ ਹਾਂ, ਅਤੇ ਉਹ ਅਸੀਂ ਸਾਰਾ ਇੰਡੀਆ ਵੀ ਟਰੈਵਲ ਕੀਤਾ ਹੋਇਆ, ਆਊਟ ਆਫ ਟਾਈਮ ਇੰਡੀਆ ਵੀ ਟਰੈਵਲ ਕਰ ਲੈਂਦੇ ਹਾਂ, ਅਤੇ ਈਵੈਂਟਸ ਵਗੈਰਾ ਵੀ ਫਿਰ ਅਸੀਂ ਕਵਰ ਕਰ ਲਈਦੇ ਨਾਲ, ਰੈਲੀਜ਼ ਵਗੈਰਾ ਵੀ ਕਵਰ ਕਰੀਦੀ। ਸਭ ਤੋਂ ਲੰਬਾ, ਸਭ ਤੋਂ ਟਫੈਸਟ ਕਿਹੜਾ ਸੀਗਾ ਅਜੇ ਤੱਕ ਦਾ? ਤਾਂ ਬਈ ਅਸੀਂ ਇੱਕ ਈਵੈਂਟ ਅਸੀਂ ਪਿੱਛੇ ਜੇ ਇੱਕ ਟਰੈਵਲ ਕੀਤਾ ਆਲ ਇੰਡੀਆ, ਅਸੀਂ ਉਹਨੂੰ ਨਾਮ ਦਿੱਤਾ ਸੀ, ਲਾਸਟ ਈਅਰ ਅਗਸਤ 'ਚ ਕਰਿਆ ਸੀ ਅਸੀਂ ਸਟਾਰਟ, ਫੋਰਚੂਨਰ ਗੱਡੀ, ਫੋਰਚੂਨਰ ਮੇਰੇ ਲਈ ਆਪਦੀ ਫੋਰਚੂਨਰ ਸੀ। ਸਾਡੇ ਕੋਲ ਇਹ ਵੀ ਹੈ ਗੱਡੀ, ਇਹ ਵੀ ਨਹੀਂ ਹੈ ਵੀ ਅਸੀਂ ਉਹ ਨੋਰਮਲ ਗੱਡੀਆਂ ਨੇ, ਸਾਡੀਆਂ ਉਹ 'ਚ ਅਸੀਂ ਕਾਫੀ ਜ਼ਿਆਦਾ ਮੋਡੀਫਿਕੇਸ਼ਨਸ ਕਰੀਆਂ ਹੋਈਆਂ, ਸਸਪੈਂਸ਼ਨਸ ਚੇਂਜ ਨੇ, ਠੀਕ ਹੈ, ਉਹਦੀਆਂ ਹੈੱਡਲਾਈਟਸ ਵਗੈਰਾ ਵੀ ਅਸੀਂ ਚੇਂਜ ਕਰੀਆਂ ਹੋਈਆਂ ਨੇ ਉਹ 'ਚ, ਮਤਲਬ ਲੀਗਲੀ ਜਿਹੜੀਆਂ ਚੇਂਜ ਹੋ ਸਕਦੀਆਂ ਚੀਜ਼ਾਂ ਉਹ ਕਰੀਆਂ ਹੋਈਆਂ ਨੇ, ਟਾਇਰ ਲੋਏ ਚੇਂਜ ਨੇ, ਉਹ ਸਾਡੇ ਕੋਲ ਉਹਦੇ ਵਿੱਚ ਸੌਣ ਵਾਸਤੇ ਬੈੱਡ ਵਗੈਰਾ ਵੀ ਆਪਦੇ ਲੱਗੇ ਹੋਏ ਆ, ਉਹ 'ਚ ਤਿੰਨ ਜਣੇ ਸੌਂ ਜਾਈਦਾ ਆ, ਅਸੀਂ ਇਹਨੂੰ ਰੂਫ ਟੈਂਟ ਕਹਿ ਦਿੰਦੇ ਹਾਂ, ਠੀਕ ਹੈ। ਸਾਰੀਆਂ ਚੀਜ਼ਾਂ ਅੱਜ ਕੱਲ੍ਹ ਇੰਡੀਆ 'ਚ ਅਵੇਲੇਬਲ ਆ, ਬਟ ਕਿੱਥੋਂ ਅਵੇਲੇਬਲ ਆ ਉਹ ਰਾਈਟ ਇੱਕ ਇਨਫੋਰਮੇਸ਼ਨ ਜ਼ਰੂਰੀ ਹੁੰਦੀ ਹੈ। ਉਹ ਅਸੀਂ ਬਈ ਵਾਹਗਾ ਬਾਰਡਰ ਅੰਮ੍ਰਿਤਸਰੋਂ ਚੱਲ ਕੇ ਅਸੀਂ 23 ਦਿਨ ਕੰਟੀਨਿਊਸਲੀ ਡਰਾਈਵ ਕੀਤਾ, ਕੰਟੀਨਿਊਸਲੀ ਮੀਨਸ ਕਿ ਜਿੱਦਾਂ ਤੁਹਾਨੂੰ ਲੱਗਿਆ ਰੁਕ ਜਾਣਾ ਚਾਹੀਦਾ, ਇੱਕ ਅੱਧਾ ਦਿਨ ਅਸੀਂ ਰੁਕੇ ਹਾਂ ਰਾਜਸਥਾਨ, ਫਿਰ ਅਸੀਂ ਗੁਜਰਾਤ ਗਏ ਹਾਂ, ਗੁਜਰਾਤ ਤੋਂ ਬਾਅਦ ਫਿਰ ਬੋਂਬੇ, ਗੋਆ, ਕੇਰਲਾ, ਕੰਨਿਆਕੁਮਾਰੀ ਆਪਣਾ ਇੰਡੀਆ ਦਾ ਐਂਡ ਹੈ, ਦੈਨ ਅਸੀਂ ਚੇਨਈ ਹੋ ਕੇ, ਕੋਲਕਾਤਾ ਹੋ ਕੇ, ਫਿਰ ਅਸੀਂ ਵਾਰਾਣਸੀ ਹੋ ਕੇ, ਦਿੱਲੀ ਹੋ ਕੇ ਵਾਪਸ ਆਏ ਹਾਂ। ਉਹ ਤੋਂ ਪਹਿਲਾਂ ਇੱਕ ਅਸੀਂ ਮਹੀਨਾ ਪਹਿਲਾਂ ਟ੍ਰਿਪ ਕਰਕੇ ਹਟੇ ਸੀ ਲੇਹ ਲਦਾਖ ਦਾ, ਪਰ ਇਹ ਜਿਹੜਾ ਇੰਡੀਆ ਵਾਲਾ ਟ੍ਰਿਪ ਸੀਗਾ ਸਾਡਾ, ਇਹ ਜ਼ਿਆਦਾ ਇੰਟਰਸਟਿੰਗ ਸੀ, ਕਿਉਂਕਿ ਇੰਡੀਆ 'ਚ ਮੈਨੂੰ ਲੱਗਦਾ ਮੈਂ ਇਕਲੌਤਾ ਬੰਦਾ ਹੀ ਹਾਂ ਜਿਹਨੇ ਇੱਦਾਂ ਇੱਕੋ ਵਾਰੀ 'ਚ ਕਵਰ ਅਪ ਕੀਤਾ। 11,000 ਕਿਲੋਮੀਟਰ ਇਹ ਬਾਈ ਬਣਿਆ ਸੀ ਸਫ਼ਰ, ਉਦੋਂ 23 ਦਿਨ ਸਾਨੂੰ ਲੱਗੇ ਸੀ। ਸਪੋਂਸਰਡ ਸੀਗਾ? ਹਾਂ, ਇਸ ਮਤਲਬ ਇਹ ਚੀਜ਼ ਦਾ ਫਾਇਦਾ ਮੈਂ ਜ਼ਰੂਰ ਕਹੂੰਗਾ, ਵੈਸੇ ਸਪੋਂਸਰਡ ਸੀਗਾ, ਉਸ ਚੀਜ਼ ਲਈ ਪਹੁੰਚਣ ਲਈ ਵੀ ਬੜੀ ਮਿਹਨਤ ਲੱਗੀ ਮੇਰੀ, ਮੈਂ ਐਵੇਂ ਤੁਹਾਨੂੰ ਕਹਾਂ, ਅਤੇ ਯੋਕੋਹਾਮਾ ਟਾਇਰਜ਼ ਹਰੇਕ ਨੂੰ ਪਤਾ, ਉਹਨਾਂ ਨੇ ਮੈਨੂੰ ਸਾਰਾ ਟ੍ਰਿਪ ਸਪੋਂਸਰ ਕੀਤਾ ਸੀ, ਅਤੇ ਉਹ ਬਹੁਤ ਵਧੀਆ ਰਿਹਾ ਸੀ, ਕਿਉਂਕਿ ਖਰਚਾ ਕਾਫੀ ਹੋ ਗਿਆ, ਆਲਮੋਸਟ 1.5 ਲੱਖ ਦਾ ਤਾਂ ਬਈ ਤੇਲ ਹੀ ਲੱਗ ਗਿਆ ਸੀ, ਮਤਲਬ 1.25 ਲੱਖ 1.5 ਲੱਖ ਦਾ ਕਹਿ ਸਕਦੇ ਹਾਂ, ਅਤੇ ਹੋਟਲ ਵਗੈਰਾ ਪਾ ਲਈਏ, ਵੈਸੇ ਖਾਣ ਪੀਣ ਦਾ ਹੀ ਪਾ ਲਈਏ, ਅਤੇ ਮੈਨੂੰ ਲੱਗਦਾ ਕਿ ਬਜਟ 8-7-8 ਲੱਖ 1.5 ਗੜ ਚੱਲ ਜਾਂਦਾ, ਮਤਲਬ ਬਾਕੀ ਕਿ ਵੀਰ ਭਰਾ ਬਹੁਤ ਸਾਰੇ ਜੁੜੇ ਆ ਨਾਲ, ਜੋ ਸਾਨੂੰ ਵੀ ਲੱਗਦਾ ਕੋਈ ਜੈਨੂਅਨ ਕਿਸੇ ਨੂੰ ਕੋਈ ਫਾਇਦਾ ਹੋ ਸਕਦਾ ਤਾਂ ਫਿਰ ਸਪੋਂਸਰ ਲੈ ਲਈਦੇ ਆ। ਅੱਛਾ, ਤੁਸੀਂ ਯੂਟਿਊਬ ਤੋਂ ਪੈਸੇ ਕਮਾਉਣ ਦੇ ਲਈ ਇਸ ਲਾਈਨ ਦੇ ਵਿੱਚ ਆਏ ਸੀਗੇ? ਨਹੀਂ ਬਾਈ, ਇਹ ਵੀ ਇੱਕ ਬੜੀ ਤਕੜੀ ਹਿਸਟਰੀ ਹੈ, ਵੈਸੇ ਵੀ ਕਹਿੰਦੇ ਹੁੰਦੇ ਆ ਵੀ ਕਿਹਨੇ ਤੁਹਾਨੂੰ ਕਿਹੜੇ ਰਾਹ ਪਾ ਦੇਣਾ, ਮੇਰੀ ਵੈਸੇ ਇਹ ਲਾਈਨਾਂ ਕੋਲ ਲੈਣਾ ਦੇਣਾ ਨਹੀਂ ਸੀਗਾ, ਮੈਂ ਲਾਈਕ ਇੱਕ ਵੈਸੇ ਮਕੈਨੀਕਲ ਇੰਜੀਨੀਅਰ ਹਾਂ ਬਾਏ ਪ੍ਰੋਫੈਸ਼ਨ, ਠੀਕ ਹੈ, ਅਤੇ ਟਰੈਵਲਿੰਗ ਮੇਰੇ ਖੂਨ 'ਚ ਹੈ, ਮੇਰੀ ਫੈਮਿਲੀ ਟਰੈਵਲ ਕਰਦੀ ਸ਼ੁਰੂ ਤੋਂ, ਲਾਈਕ ਉਹ ਅਸੀਂ ਮਨਾਲੀ ਚੱਲ ਜਾਂਦੇ ਹੁੰਦੇ ਸੀ ਜਾਂ ਕੁਛ ਚੱਲ ਜਾਂਦੇ, ਅਜੇ ਵੀ ਕੁਛ ਬਾਹਰ ਵੀ ਚੱਲ ਜਾਂਦੇ ਆ ਫਾਦਰ ਸਾਹਿਬ, ਅਤੇ ਉੱਥੇ ਵੀ ਉਹ ਬਾਏ ਰੋਡ ਹੀ ਉਹਨਾਂ ਨੇ ਗੱਡੀ ਰੱਖੀ ਹੈ, ਅਤੇ ਅਮੈਰੀਕਾ ਨੂੰ ਨਿਕਲ ਜਾਂਦੇ ਆ, ਕੈਨੇਡਾ ਤੋਂ ਜਾਂ ਕਿਤੇ ਵੀ ਚੱਲ ਜਾਂਦੇ, ਮੇਰੇ ਖੂਨ 'ਚ ਹੀ ਹੈ ਇਹ ਚੀਜ਼, ਮਤਲਬ ਕਹਿ ਸਕਦੇ ਹੋ, ਅਤੇ ਮੈਨੂੰ ਵੀ ਕੀੜਾ ਸੀ ਘੁੰਮਣ ਫਿਰਨ ਦਾ, ਲਾਈਕ ਸ਼ੁਰੂ ਤੋਂ ਮੈਨੂੰ ਉਹ 'ਚ ਮਜ਼ਾ ਆਉਂਦਾ, ਮਤਲਬ ਸੈਟਿਸਫੈਕਸ਼ਨ ਮਿਲਦੀ ਹੈ, ਮੈਨੂੰ ਇਹ ਵਧੀਆ ਲੱਗਦਾ ਵੀ ਦੁਨੀਆ 'ਤੇ ਬਹੁਤ ਕੁਛ ਆ, ਵੇਖਣਾ ਚਾਹੀਦਾ। ਅਤੇ ਮੈਂ ਟਰੈਵਲਿੰਗ ਫਿਰ ਅਸੀਂ ਗੋਆ ਤੱਕ ਬਾਏ ਰੋਡ ਚੱਲ ਜਾਂਦੇ ਹੁੰਦੇ ਸੀਗੇ ਆਮ, ਉਦੋਂ ਫਿਰ ਅਸੀਂ ਬਾਅਦ 'ਚ ਲਾਈਕ ਮੇਰੇ ਫੈਮਿਲੀ ਮੈਂਬਰ 'ਚੋਂ ਮੇਰੀ ਸਿਸਟਰ ਨੇ ਮੈਨੂੰ ਇਹ ਸੁਜੈਸ਼ਨ ਦਿੱਤਾ ਵੀ ਬਾਈ ਇੱਕ ਵਲੋਗਿੰਗ ਤੂੰ ਚੈਨਲ ਕਿਉਂ ਨਹੀਂ ਕ੍ਰੀਏਟ ਕਰ ਲੈਂਦਾ, ਅਤੇ ਮੈਂ ਕਿਹਾ ਯਾਰ ਉਹਦਾ ਕੀ ਫਾਇਦਾ ਹੋਣਾ ਹੈ ਨਾ, ਅਤੇ ਮੈਨੂੰ ਕਹਿੰਦੀ ਯਾਰ ਤੂੰ ਇੰਨਾ ਘੁੰਮਦਾ, ਕਿਉਂਕਿ ਮੇਰੇ ਡੀਐਮਸ ਦੇਖ ਰਹੀ ਸੀ, ਉਹ ਮੇਰੇ ਜਿਹੜੇ ਸਰਕਲ ਵਾਲੇ ਬੰਦੇ ਸੀਗੇ ਮੈਨੂੰ ਮੈਸੇਜ ਕਰ ਰਹੇ ਸੀ ਯਾਰ ਸਾਨੂੰ ਵੀ ਜਾਣਾ ਹੈ ਬਾਏ ਰੋਡ, ਜਾਣਾ ਇੱਕ ਬੜੀ ਤਕੜੀ ਗੱਲ ਹੈ, ਲਾਈਕ ਵੀ ਫਲਾਈਟ ਲੈ ਕੇ ਹਰੇਕ ਚੱਲ ਜਾਂਦਾ, ਰਾਹ 'ਚ ਪ੍ਰੋਬਲਮਸ, ਵਿਊ, ਸਾਰਾ ਕੁਛ ਮੈਨੇਜਮੈਂਟ, ਅਤੇ ਉਦੋਂ ਫਿਰ ਮੈਂ ਕਿਹਾ ਯਾਰ ਇਹਦਾ ਕੀ ਫਾਇਦਾ, ਅਤੇ ਕਹਿੰਦੀ ਵੀ ਉਦੋਂ ਵੀ ਅਸੀਂ ਗੋਆ ਤੋਂ ਵਾਪਸ ਹੀ ਆ ਰਹੇ ਸੀਗੇ, ਮੈਂ ਅਤੇ ਮੇਰਾ ਕਜ਼ਨ ਸੀ ਹਰਮਨ ਕਲੇਰ ਸੀ, ਅਤੇ ਉਹ ਪਿੱਛੇ ਬੈਠੀ ਸੀ, ਅਸੀਂ ਉਹਨੂੰ ਉਹ ਕੈਨੇਡਾ ਤੋਂ ਵਾਪਸ ਹੀ ਆ ਰਹੀ ਸੀ, ਅਤੇ ਅਸੀਂ ਉਹਨੂੰ ਪਿੱਕ ਕੀਤਾ, ਅਤੇ ਮੈਨੂੰ ਕਹਿੰਦੀ ਤੂੰ ਇੰਨੇ ਮੈਸੇਜ ਰਿਪਲਾਈ ਕਰਨ
ਅਤੇ ਇੱਕ ਅੱਧਾ ਬੰਦਾ ਸੀਗਾ ਪਰ ਉਹਨੂੰ ਖੁਦ ਨੂੰ ਨਹੀਂ ਸੀ ਪਤਾ ਕਿਉਂਕਿ ਕਿੱਦਾਂ ਮੋਨਟਾਈਜ਼ ਹੁੰਦੇ ਆ, ਕਿੱਦਾਂ ਪੈਸੇ ਆਉਂਦੇ ਆ, ਪਰ ਆਉਂਦੇ ਜ਼ਰੂਰ ਆ। ਆਟੋਮੋਬਾਈਲ ਇੰਡਸਟਰੀ ਦਾ ਬੰਦਾ ਨਹੀਂ ਸੀ ਤੁਸੀਂ ਕਹਿ ਰਹੇ, ਟਰੈਵਲਿੰਗ ਵਾਲਾ ਵੀ ਨਹੀਂ ਸੀ। ਜਸਟ ਇਹਦੇ ਵਿੱਚ ਵੀ ਬੜੀਆਂ ਕੈਟਾਗਰੀਜ਼ ਨੇ ਬਾਈ, ਜਿੱਦਾਂ ਲਾਈਫ ਵਲੋਗਸ ਹੁੰਦੇ ਆ ਇੱਕ, ਠੀਕ ਹੈ, ਫਿਰ ਆਟੋਮੋਬਾਈਲ ਵਲੋਗਸ ਨੇ, ਟਰੈਵਲ ਵਲੋਗਸ ਹੁੰਦੇ ਆ, ਠੀਕ ਹੈ, ਅਲੱਗ ਅਲੱਗ ਕੈਟਾਗਰੀਜ਼ ਵੀ ਹੈਗੀਆਂ। ਅਤੇ ਮੈਂ ਫਿਰ ਲਾਈਕ ਟਰੈਵਲਿੰਗ ਅਤੇ ਆਟੋਮੋਬਾਈਲ ਅਤੇ ਈਵੈਂਟਸ ਵਲੋਗਸ ਚੂਜ਼ ਕੀਤੇ ਫਿਰ ਕਿ ਮੈਂ ਇਹਦੇ 'ਤੇ ਕੰਟੀਨਿਊ ਕਰੂੰਗਾ। ਅਤੇ ਉਦੋਂ ਪਹਿਲਾਂ ਸਟਾਰਟ ਕੀਤੇ ਤਾਂ ਮੈਂ ਵੀ ਬਾਈ ਬਹੁਤ ਖੁਸ਼, ਲਾਈਕ ਮਾਰਕੀਟਸ ਵਲੋਗ ਵੀ ਕੀਤੀਆਂ ਨੇ, ਅਤੇ ਜਸਟ ਵੈਸੇ ਇਹ ਨਹੀਂ ਵੀ ਸਪੈਸ਼ਲੀ ਜਾਂਦੇ ਰਹੇ ਹਾਂ, ਅਤੇ ਜਦੋਂ ਫੈਮਲੀ ਨਾਲ ਗਏ ਹਾਂ ਵਲੋਗ ਬਣਾ ਲਿਆ, ਵੀਡੀਓ ਬਣਾ ਲਈ, ਐਡਿਟ ਕਰਕੇ ਪਾ ਦਿੱਤੀ, ਅਤੇ ਫਿਰ ਉੱਥੋਂ ਚੱਲ ਸੋ ਚੱਲ ਕੰਮ ਚੱਲ ਪਿਆ। ਨਹੀਂ ਲੇਕਿਨ ਹੁਣ ਤਾਂ ਦੇਖੋ ਸੋਸ਼ਲ ਮੀਡੀਆ ਨਾ ਹਰ ਬੰਦਾ ਇੰਗੇਜ ਹੋ ਗਿਆ, ਇੰਗੇਜ ਹੋ ਗਿਆ। ਔਰ ਜਦੋਂ ਤੁਸੀਂ ਸ਼ੁਰੂਆਤ ਕੀਤੀ, ਉਹ ਜੇ ਕਰੋਨਾ ਤੋਂ ਪਹਿਲਾਂ ਦੀ ਗੱਲ ਆ ਇਹ, ਔਰ ਉਦੋਂ ਤਾਂ ਮੈਨੂੰ ਲੱਗਦਾ ਲੋਕ ਇੰਨਾ ਇੰਗੇਜ ਨਹੀਂ ਸੀਗੇ, ਸ਼ੁਰੂਆਤ 'ਚ ਤਾਂ ਅਪਰੋਚ ਕਰਨੀ ਵੀ ਔਖੀ ਹੁੰਦੀ ਹੋਣੀ ਹੈ ਨਾ, ਕਿ ਬੰਦੇ ਕਹਿੰਦੇ ਯਾਰ ਕੈਮਰਾ ਚੱਕ ਕੇ ਆ ਗਏ ਕਿੱਧਰ, ਐਵੇਂ ਪਤਾ ਨਹੀਂ ਕੌਣ ਆ ਇਹ ਬਾਈ। ਬੜੀ ਵੱਡੀ ਗੱਲ, ਬੰਦੇ ਕੋਲ ਬੰਦੇ ਦੀ ਆਈਡੈਂਟੀ ਨਾ ਹੋਵੇ, ਯੂਟਿਊਬਰ ਜਾਂ ਆ ਗਿਆ, ਮਤਲਬ ਇੱਕ ਬਲੌਗਰ ਨੂੰ ਆਮ ਤੌਰ 'ਤੇ ਇਸ ਤਰ੍ਹਾਂ ਦੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ। ਬਾਈ ਉਦੋਂ ਕਿਸੇ ਨੂੰ ਇਹ ਵੀ ਨਹੀਂ ਪਤਾ ਸੀ ਵੀ ਯੂਟਿਊਬਰ ਕੀ ਹੁੰਦੇ, ਇਹ ਇੱਕ ਮੇਜਰ ਮੁੱਦਾ ਹੈ। ਉਦੋਂ ਮੇਰੇ ਲਈ ਬਹੁਤ ਤਕੜੀਆਂ ਪ੍ਰੋਬਲਮ ਸੀ ਇਹ, ਠੀਕ ਹੈ, ਮੈਂ ਐਵੇਂ ਤੁਹਾਨੂੰ ਕਹਾਂ ਅਸੀਂ ਬਹੁਤ ਸਟਰਗਲ ਕੀਤਾ ਇੱਥੋਂ ਤੱਕ ਪਹੁੰਚਣ ਵਾਸਤੇ। ਅੱਜ ਵੀ ਬੜੇ ਤਾਂ ਹੀ ਕਿਹਾ ਕਿ ਮੈਂ ਅੱਗੇ ਵੀ ਗੱਲ ਕੀਤੀ ਕਿ ਬੜੇ ਮਾਣ ਨਾਲ ਮੈਂ ਵਧੀਆ ਫੀਲ ਕਰਦਾ ਕਿ ਮੈਨੂੰ ਏਡੇ ਏਡੇ ਵੱਡੇ ਸੈਲੀਬ੍ਰਿਟੀਜ਼ ਜਾਂ ਕੰਪਨੀਜ਼ ਅਪਰੋਚ ਕਰਦੀਆਂ ਨੇ ਵੀ ਸਾਡੇ ਈਵੈਂਟਸ 'ਤੇ ਆਓ, ਸਾਨੂੰ ਕਵਰ ਕਰੋ। ਬਾਈ ਉਦੋਂ ਨਾ ਇੱਥੋਂ ਤੱਕ ਵੀ ਲੈਵਲ ਹੋ ਜਾਂਦਾ ਤਾਂ ਵੀ ਕੋਈ ਚਾਹ ਦਾ ਕੱਪ, ਚਲੋ ਬੰਦਾ ਖਾਣ ਪੀਣ ਦਾ ਭੁੱਖਾ ਨਹੀਂ ਹੁੰਦਾ ਕਈ ਵਾਰੀ ਬੰਦੇ ਨੂੰ ਹੁੰਦਾ। ਉਦੋਂ ਜੇ ਮੈਂ ਕਿਸੇ ਨੂੰ ਇਹ ਵੀ ਕਹਿੰਦਾ ਨਾ ਕਿ ਤੁਹਾਡਾ ਫਾਇਦਾ ਹੋਣਾ, ਉਹ ਕਹਿੰਦੇ ਯਾਰ ਤੂੰ ਕੌਣ ਹੈ, ਉੱਥੇ ਤਾਂ ਸਿਰਫ ਗਾਣੇ ਆਉਂਦੇ ਆ, ਉੱਥੇ ਤਾਂ ਸਿਰਫ ਵੀਡੀਓਜ਼ ਹੀ ਆਉਂਦੀਆਂ ਵਾ, ਉਸ 'ਚ ਫਿਲਮਾਂ ਹੀ ਆਉਂਦੀਆਂ, ਉੱਥੇ ਕਿੱਥੋਂ ਬਿਜ਼ਨਸ ਆਜੂਗਾ ਕਿਸੇ ਨੂੰ ਹੈ ਨਾ। ਮੇਰਾ ਮੋਟਿਵ ਮੇਨ ਇਹ ਸੀ ਵੀ ਲੋਕਾਂ ਤੱਕ ਵਰਲਡ ਵਾਈਡ ਚੀਜ਼ਾਂ ਪਹੁੰਚਣੀਆਂ ਚਾਹੀਦੀਆਂ, ਇੱਕ ਬਹੁਤ ਈਜ਼ੀ, ਮੈਂ ਅਸੀਂ ਅੱਜ ਵੀ ਉਸ ਚੀਜ਼ ਨੂੰ ਫਿਊਚਰ ਵੇਖ ਕੇ ਚੱਲਦੇ ਹਾਂ ਕਿ ਜਿਹੜੀ ਚੀਜ਼ ਦਾ ਕਿਸੇ ਨੂੰ ਫਾਇਦਾ ਹੋਵੇ ਜ਼ਰੂਰ ਦੇਣਾ ਚਾਹੀਦਾ। ਚਲੋ ਫਾਇਦੇ ਨਾਲ ਨੁਕਸਾਨ ਵੀ ਹੁੰਦੇ ਕਈ ਵਾਰੀ ਹੈ ਨਾ, ਅੱਜ ਕੱਲ੍ਹ ਲੋਕ ਨੁਕਸਾਨ ਦੇ ਤਰੀਕੇ ਨਾਲ ਫਾਇਦੇ ਕੱਢਣੇ ਸ਼ੁਰੂ ਕਰਤੇ, ਅਤੇ ਉਦੋਂ ਬਾਈ ਲੋਕ ਚਾਹ ਵੀ ਨਹੀਂ ਪੁੱਛਦੇ ਹੁੰਦੇ, ਕਹਿੰਦੇ ਹੁੰਦੇ ਕੈਮਰਾ ਚੁੱਕੀ ਫਿਰਦੇ ਆ ਤਾਂ ਸਾਡੇ ਰੇਟ ਪਵਾ ਦੇਣਗੇ, ਇਹ ਤਾਂ ਸਾਡੇ ਕੁਛ ਪਵਾ ਦੇਣਗੇ, ਠੀਕ ਹੈ। ਅਸੀਂ ਉਹਨਾਂ ਨੂੰ ਬਹਿ ਕੇ ਬਾਈ 2-2 ਘੰਟੇ ਸਮਝਾਇਆ ਵੀ ਹੈ, ਹਾਂ ਵੀ ਆਹ ਬਾਈ ਇੱਦਾਂ ਸਿਸਟਮ ਹੁੰਦਾ, ਅਸੀਂ ਵੀਡੀਓ ਬਣਾਉਂਦੇ ਹਾਂ, ਪਰ ਮੰਨ ਕੇ ਵੀ ਰਾਜੀ ਨਹੀਂ ਸੀ। ਬਟ ਕਹਿੰਦੇ ਹੁੰਦੇ ਵੀ ਤੁਹਾਡੀ ਮਿਹਨਤ ਰੰਗ ਜ਼ਰੂਰ ਲਿਆਉਂਦੀ ਹੈ, ਅਤੇ ਮੇਰੇ ਫਾਦਰ ਸਾਹਿਬ ਨੇ ਖੁਦ ਇੱਕ ਦੋ ਵਾਰੀ ਮੈਨੂੰ ਇਹ ਚੀਜ਼ ਕਹੀ ਵੀ ਬਾਈ ਤੂੰ ਹੁਣ ਆਹ ਕੰਮ ਕਰੇਂਗਾ ਕਿਉਂਕਿ ਤੂੰ ਇੰਨੀ ਪੜ੍ਹਾਈ ਕੀਤੀ ਆ, ਸਾਰਾ ਕੁਛ ਕੀਤਾ, ਅਤੇ ਉਹਨਾਂ ਨੇ ਮੈਨੂੰ ਬੋਲਿਆ ਵੀ ਇਸ ਚੀਜ਼ 'ਤੇ ਨਾ, ਪਰ ਗਰਾਰੀ ਸੀ ਨਾ ਤੁਹਾਡੀ ਇੱਕ ਪੰਜਾਬੀਆਂ 'ਚ ਇਹ ਵੀ ਚੀਜ਼ ਹੈਗੀ ਆ ਵੀ ਨਹੀਂ ਇਹ ਕਰਕੇ ਵਿਖਾਵਾਂਗੇ, ਅਤੇ 6 ਮਹੀਨੇ ਤੋਂ ਅਸੀਂ ਕਾਫੀ ਐਫਰਟਸ ਕੀਤੇ, ਅਤੇ ਫਿਰ ਲੋਕ ਹੌਲੀ ਹੌਲੀ ਜਦੋਂ ਸਾਡੀਆਂ ਵੀਡੀਓਜ਼ ਚੱਲਣੀਆਂ ਸ਼ੁਰੂ ਹੋ ਗਈਆਂ, ਬਿਜ਼ਨਸ ਆਉਣਾ ਸ਼ੁਰੂ ਹੋ ਗਿਆ ਲੋਕਾਂ ਨੂੰ, ਅਤੇ ਫਿਰ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ, ਫਿਰ ਲੋਕਾਂ ਦੀ ਅਪਰੋਚ ਵੀ ਆਉਣੀ ਸ਼ੁਰੂ ਹੋ ਗਈ, ਅਸੀਂ ਅੱਜ ਵੀ ਅਪਰੋਚ ਕਰ ਲੈਂਦੇ ਹਾਂ ਜਿਹੜਾ ਸਾਨੂੰ ਲੱਗਦਾ ਕਿ ਇੱਕ ਜੈਨੂਇਨ ਬੰਦਾ ਕੰਮ ਕਰ ਰਿਹਾ, ਅਤੇ ਉਹਨੂੰ ਪ੍ਰਮੋਟ ਹੋਣਾ ਚਾਹੀਦਾ, ਅਤੇ ਅਸੀਂ ਉਹਨੂੰ ਉਦੋਂ ਤਾਂ ਬਾਈ ਅਸੀਂ ਬਹੁਤ ਸਟਰਗਲ ਕੀਤਾ ਇਸ ਹਿਸਾਬ ਨਾਲ, ਲਾਈਕ ਸਾਡੇ ਕੈਮਰੇ ਤੱਕ ਖੋਲ ਲੈਂਦੇ ਹੁੰਦੇ ਦੁਕਾਨਾਂ ਵਾਲੇ, ਸਾਨੂੰ ਬਿਠਾ ਲੈਣਾ ਕਿ ਅਸੀਂ ਪੁਲਿਸ ਨੂੰ ਬੁਲਾਉਂਦੇ ਹਾਂ, ਅਤੇ ਬਟ ਸਮ ਟਾਈਮ ਫਿਰ ਉਦੋਂ ਲੋਕਾਂ ਨੂੰ ਵੀ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਵਲੋਗਰ ਵੀ ਹੁੰਦੇ ਆ, ਜਾਂ ਵਲੋਗਰ ਦੀ ਕੈਟਾਗਰੀ ਬਾਈ ਕੋਵਿਡ ਤੋਂ ਬਾਅਦ ਪਤਾ ਲੱਗੀ ਮੋਸਟਲੀ, ਅਤੇ ਉਦੋਂ ਯੂਟਿਊਬਰ ਬਹੁਤ ਰੀਅਰ ਹੁੰਦੇ ਸੀ, ਅਤੇ ਕੁਛ ਸੀਗੇ ਪਰ ਉਦੋਂ ਮਹੀਨੇ ਹੋਰ ਸੀ ਉਹਦੇ, ਫਿਰ ਨੈਟਵਰਕ ਵਗੈਰਾ ਨੈੱਟ ਨੁੱਟ ਚੱਲ ਪਏ, ਫ੍ਰੀ ਮਿਲਣ ਲੱਗ ਗਏ, ਹੁਣ ਡਾਟੇ ਦੇ ਅੱਜ ਕੱਲ੍ਹ ਹੈਗਾ, ਅਤੇ ਜ਼ੋਰ ਚੱਲੀ ਜਾਂਦਾ, ਅਤੇ ਵਾਈਫਾਈਜ਼ ਆ ਗਏ, ਅਤੇ ਫਿਰ ਅਸੀਂ ਕੋਵਿਡ 'ਚ ਜ਼ਿਆਦਾ ਲੋਕਾਂ ਨੂੰ ਪਤਾ ਲੱਗਾ ਇਹਨਾਂ ਚੀਜ਼ਾਂ ਦਾ ਵੀ ਇਹ ਵੀ ਇੱਕ ਚੀਜ਼ਾਂ ਹੈਗੀ ਜਿੱਥੋਂ ਪੈਸੇ ਆ ਸਕਦੇ ਆ ਜਾਂ ਤੁਸੀਂ ਆਪਣੇ ਆਪ ਨੂੰ ਵਧੀਆ ਕਰ ਸਕਦੇ ਹੋ, ਉਦੋਂ ਫਿਰ ਲੋਕਾਂ ਨੇ ਕਾਫੀ ਬਿਜ਼ਨਸ ਕ੍ਰੀਏਟ ਕੀਤੇ। ਅੱਛਾ, ਇਹ ਜ਼ਿਆਦਾ ਚਸਕਾ ਪੰਜਾਬੀਆਂ ਨੂੰ ਹੀ ਆ ਮੋਡੀਫਿਕੇਸ਼ਨ ਦਾ ਗੱਡੀਆਂ ਦਾ, ਜਾਂ ਹੋਰ ਸਟੇਟਸ 'ਚ ਵੀ ਤੁਸੀਂ ਜਾਂਦੇ ਹੋ, ਉੱਥੇ ਵੀ ਇਸੇ ਤਰੀਕੇ ਨਾਲ ਲੋਕ ਚੌੜੇ ਚੌੜੇ ਟਾਇਰ ਪਵਾ ਕੇ ਘੁੰਮਦੇ ਆ, ਜਾਂ ਜਿਸ ਤਰੀਕੇ ਨਾਲ ਇੱਥੇ ਇੰਨੇ ਵੱਡੇ ਪੱਧਰ 'ਤੇ ਮੋਡੀਫਿਕੇਸ਼ਨ ਕਰਨ ਵਾਲੇ ਲੋਕ ਹੈਗੇ ਆ, ਹੋਰ ਬਾਕੀ ਸੂਬਿਆਂ ਦੇ ਵਿੱਚ ਵੀ ਇਸ ਤਰ੍ਹਾਂ ਹੁੰਦਾ? ਬਈ ਇਹ ਚੀਜ਼ਾਂ ਵਰਲਡ ਵਾਈਡ ਹੀ ਨੇ, ਮਤਲਬ ਇਹ ਇਕੱਲੀਆਂ ਇੰਡੀਆ ਨਾਲ ਰਿਲੇਟਡ ਨਹੀਂ ਹੈ, ਵਰਲਡ ਵਾਈਡ ਹੀ ਨੇ। ਵਰਲਡ ਵਾਈਡ ਤਾਂ ਹੈਗਾ, ਮਤਲਬ ਆਪਣੇ ਕੰਟਰੀ ਦੀ ਗੱਲ ਕਰੀਏ ਤਾਂ ਕੰਟਰੀ ਨਹੀਂ, ਕੰਟਰੀ ਦੇ ਵਿੱਚ ਵੀ ਬਾਈ ਆਪਣੀ ਇੰਡੀਆ ਕੰਟਰੀ ਦੇ ਵਿੱਚ ਵੀ ਵੈਸੇ ਤਾਂ ਬਹੁਤ ਸਾਰੀਆਂ ਕੰਟਰੀਆਂ ਹੈਗੀਆਂ ਨੇ, ਅਤੇ ਸਟੇਟਸ ਵੱਖ ਵੱਖ ਨੇ, ਅਤੇ ਵੱਖ ਵੱਖ ਕਲਚਰ ਨੇ, ਅਤੇ ਵੱਖ ਵੱਖ ਸਿਸਟਮ ਨੇ। ਪੰਜਾਬੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮੋਡੀਫਿਕੇਸ਼ਨ ਦਾ ਜ਼ੋਰ ਆ, ਬਾਕੀ ਸਟੇਟਾਂ 'ਚ ਜੀ ਇੰਨਾ ਨਹੀਂ ਹੈਗਾ, ਬਾਕੀਆਂ 'ਚ ਇੰਨਾ ਘੱਟ ਆ, ਘੱਟ ਹੈ, ਘੱਟ ਜ਼ਿਆਦਾ। ਫੋਰਚੂਨਰ ਦਾ ਜਾਂ ਥਾਰ ਦਾ ਜ਼ਿਕਰ ਪਹਿਲਾਂ ਕਰ ਰਹੇ ਸੀਗੇ ਆਪਾਂ ਬੈਠੇ ਸੀਗੇ ਉਦੋਂ, ਵੀ ਜ਼ਿਆਦਾ ਪੰਜਾਬ ਦੇ ਵਿੱਚ ਥਾਰਾਂ ਦੇਖ ਲਓ ਜਾਂ ਫੋਰਚੂਨਰਾਂ ਦੇ। ਜਦੋਂ ਬਾਈ ਮੈਂ ਇੰਡੀਆ ਟ੍ਰਿਪ ਕਰਿਆ ਹੈ ਨਾ, ਲਾਈਕ ਵੈਸੇ ਚਲੋ ਉੱਦਾਂ ਵੀ ਅਸੀਂ ਜਾਂਦੇ ਹਾਂ ਬਾਏ ਰੋਡ ਗੋਆ ਚਲੇ ਗਏ, ਕੇਰਲਾ ਜਾਂ ਫਿਰਦੇ ਰਹਿੰਦੇ ਹਾਂ, ਪਰ ਜਿਹੜੀ ਫੋਰਚੂਨਰ ਗੱਡੀਆਂ ਜਾਂ ਜਿਹੜੀਆਂ ਵੱਡੀਆਂ ਗੱਡੀਆਂ ਨੇ, ਲਿਸ਼ਕਰੀਆਂ ਪੁਸ਼ਕੀਆਂ ਨੇ, ਇਹ ਬਾਈ ਤੁਹਾਨੂੰ ਦਿੱਲੀ ਤੋਂ ਪਰੇ ਘੱਟਦੀਆਂ ਘੱਟਦੀਆਂ ਘੱਟ ਜਾਂਦੀਆਂ, ਜਮ੍ਹਾਂ ਹੀ ਘੱਟ ਜਾਂਦੀਆਂ। ਇਹ ਨਹੀਂ ਕਹਿ ਸਕਦੇ ਕਿ ਸਟੇਟਸ ਗਰੀਬ ਨੇ ਜਾਂ ਅਮੀਰ ਨੇ, ਇਹ ਪੰਜਾਬੀ ਵਿੱਚ ਅਤੇ ਹਰਿਆਣੇ 'ਚ ਬਹੁਤ ਤਕੜਾ ਕਰੇਜ਼ ਹੈ ਫੋਰਚੂਨਰਾਂ ਦਾ,
ਇੱਥੋਂ ਤੱਕ ਦੇ ਵੀ ਮੈਂ ਵਲੌਗਸ ਕੀਤੇ ਹੋਏ ਬਾਈ ਵੀ ਕਹਿ ਸਕਦੇ ਹੋ ਸੁਮੋ ਗੱਡੀ ਤੁਸੀਂ ਪਤਾ ਨਹੀਂ ਟਾਟਾ ਦੀ ਆਉਂਦੀ ਹੈ ਉਹਦੀ ਜੀ ਵੈਗਨ ਤੱਕ ਬਣਾਈ ਹੋਈ ਹੈ। ਅੱਛਾ ਹਾਂ ਉਹਦੀਆਂ ਅਸੀਂ ਇੱਕ ਰੀਲ ਪਾਈ ਬਾਈ ਅਤੇ ਜਲੰਧਰ ਦਾ ਉਹ ਵਲੌਗ ਸੀ ਸਾਡਾ। ਕਈ ਵਾਰੀ ਮੈਨੂੰ ਵੀ ਬੜੇ ਮੌਕੇ ਮਿਲੇ ਇੱਦਾਂ ਦੇ ਅਤੇ ਉਹ ਬਾਈ ਉਹਨਾਂ ਨੇ ਨਾ ਰੂਬੀਕੌਨ ਔਰ ਕਹਿ ਸਕਦੇ ਹੋ ਵੀ ਸੁਮੋ ਨੂੰ ਪੂਰਾ ਮੋਡੀਫਾਈ ਕਰਕੇ ਜੇ ਮੈਂ ਦੋਵੇਂ ਗੱਡੀਆਂ ਖਿਲਾਰਦਾ ਨਾ ਜੀ ਵੈਗਨਾਂ ਤੁਸੀਂ ਵੇਖ ਹੀ ਨਹੀਂ ਸਕਦੇ ਵੀ ਓਰੀਜਨਲ ਕਿਹੜੀ ਹੈ। ਅੱਛਾ ਜਿੰਨਾ ਚਿਰ ਤੱਕ ਤੁਸੀਂ ਇਹਦੇ ਅੰਦਰ ਨਹੀਂ ਵੜਦੇ ਫੀਚਰਸ ਨਹੀਂ ਦੇਖਦੇ ਅਤੇ ਉਹ ਇਸ ਲੈਵਲ ਤੱਕ ਦੀ ਮੋਡੀਫਿਕੇਸ਼ਨ ਪੰਜਾਬ 'ਚ ਹੋ ਜਾਂਦੀ ਹੈ ਅਤੇ ਵਨ ਟਨਸ ਕਹਿ ਲਈਏ ਵਿਲੀਸ ਕਹਿ ਲਈਏ ਡਿਫੈਂਡਰਸ ਕਹਿ ਲਈਏ ਮਤਲਬ ਇਹ ਐਕਚੁਅਲ 'ਚ ਮੋਡੀਫਿਕੇਸ਼ਨ ਨੇ। ਇਹੋ ਜਿਹੀ ਕੀ ਖਾਸੀਅਤ ਆ ਪੰਜਾਬ ਦੇ ਜਿਹੜੇ ਮੋਡੀਫਾਈ ਕਰਦੇ ਆ ਸਾਧਨਾਂ ਨੂੰ, ਕਿਉਂਕਿ ਧੋਨੀ ਵੀ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਮਹਿੰਦਰ ਸਿੰਘ ਧੋਨੀ ਵੀ ਇੱਥੋਂ ਤਿਆਰ ਕਰਵਾ ਕੇ ਆਪਦਾ ਜੌਂਗਾ ਲੈ ਕੇ ਗਏ। ਹੁਣ ਬਾਈ ਇਹ ਵੀ ਇੱਕ ਨਾ ਜੌਂਗਾ ਦੇ ਵਨ ਟਨ ਇੱਕ ਡਿਫਰੈਂਟ ਚੀਜ਼ਾਂ ਨੇ ਠੀਕ ਹੈ। ਬਹੁਤ ਸਾਰੇ ਵਿਊਵਰਸ ਨੂੰ ਇਹ ਵੀ ਕਈ ਵਾਰੀ ਮੈਨੂੰ ਸਮਝਾਉਣ 'ਚ ਬੜੀ ਡਿਫੀਕਲਟੀ ਹੋਈ ਆ। ਵਨ ਟਨ ਇਜ਼ ਲਾਈਕ ਉਹ ਰਾਜਸਥਾਨ ਦਾ ਇੱਕ ਡੈਜ਼ਰਟ 'ਤੇ ਚੱਲਣ ਵਾਲੀ ਚੀਜ਼ ਸੀਗੀ ਅਤੇ ਇਹ ਬਾਹਰ ਦਾ ਸੀ ਨਿਸ਼ਾਨ ਦੇ ਇਹ ਦੋਵੇਂ ਪ੍ਰੋਡਕਟਸ ਇਹ ਨਿਸ਼ਾਨ ਕੰਪਨੀ ਨੇ ਲਾਂਚ ਕੀਤੇ ਸੀ। ਧੋਨੀ ਨੇ ਜਿਹੜਾ ਧਿਆਨ ਕੀਤਾ ਸੀ ਉਹਨੇ ਆਪਣੇ ਤਰੀਕੇ ਨਾਲ ਉਹਨੂੰ ਅਲਟਰ ਕਰਵਾ ਕੇ ਥੋੜ੍ਹਾ ਜਿਹਾ ਲਾਈਕ ਉਹਦੇ ਨੂੰ ਲੋਅ ਬਾਡੀ ਕਰ ਲਿਆ, ਟਾਇਰ ਛੋਟੇ ਸੀ, ਉਹਦੇ ਵਿੱਚ ਏਸੀ ਲਵਾਇਆ, ਉਹਦੀਆਂ ਇਲੈਕਟ੍ਰਿਕ ਸੀਟਸ ਲਵਾਈਆਂ। ਉਹ ਜਲੰਧਰ ਤੋਂ ਬਾਈ ਨਕੋਦਰ ਤੋਂ ਤਿਆਰ ਕਰਾ ਕੇ ਰਹਿ ਕੇ ਗਿਆ। ਉੱਥੇ ਇੱਕ ਬਹੁਤ ਤਕੜੇ ਲਾਈਕ ਮੋਡੀਫਿਕੇਸ਼ਨ ਵਾਲੇ ਬੰਦੇ ਨੇ, ਮਤਲਬ ਉਹਨੂੰ ਐਸ ਡੀ ਆਫ ਰੋਡਰ ਆਪਾਂ ਕਹਿ ਦਿੰਦੇ ਹਾਂ ਅਤੇ ਉਹ ਬਹੁਤ ਹੀ ਇੱਦਾਂ ਦੇ ਯੂਨੀਕ ਪ੍ਰੋਡਕਟਸ ਜਿਹੜੇ ਨੇ ਉਹ ਤਿਆਰ ਕਰਦੇ ਆ ਅਤੇ ਧੋਨੀ ਉਹਨਾਂ ਕੋਲੋਂ ਤਿਆਰ ਕਰਾ ਕੇ ਲੈ ਕੇ ਗਿਆ ਸੀ ਅਤੇ ਉਹ ਉੱਥੋਂ ਬਾਅਦ ਉਹ ਮੇਰਾ ਵਲੌਗ ਵੀ ਇੰਨਾ ਕੁ ਮਿਲੀਅਨ ਹੀ ਮੇਰੇ ਹਿਸਾਬ ਨਾਲ ਚਲੇ ਗਿਆ ਸੀ ਵਿਦਨ ਵੀਕ ਹੀ ਅਤੇ ਬਹੁਤ ਸਾਰੇ ਲੋਕ ਫਿਰ ਜੁੜੇ ਅਤੇ ਉਹ ਉਦੋਂ ਫਿਰ ਵਨਟਨਸ ਜਿਹੜੇ ਆ ਜਾਂ ਜੌਂਗੇ ਜਿਹੜੇ ਆ ਉਦੋਂ ਵਾਇਰਲ ਹੋਏ ਵੀ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਕਿਉਂਕਿ ਜਿਹੜੀ ਸਾਡੀ ਜਨਰੇਸ਼ਨ ਪੁਰਾਣੀ ਜਨਰੇਸ਼ਨ ਨੂੰ ਤਾਂ ਪਹਿਲਾਂ ਹੀ ਪਤਾ ਹੈ ਜਿਹੜੇ ਪੁਰਾਣੇ ਬਜ਼ੁਰਗ ਨੇ ਆਪਣੇ ਜਾਂ ਸਿਆਣੇ ਲੋਕ ਨੇ ਕਿਉਂਕਿ ਉਹ ਇਹ ਚੀਜ਼ਾਂ ਉਹਨੇ ਹੰਢਾਈਆਂ ਨੇ ਚਲਾਈਆਂ ਨੇ। ਅੱਜ ਕੱਲ੍ਹ ਤਾਂ ਨਵੀਂ ਟੈਕਨੋਲੋਜੀ ਦਾ ਦੌਰ ਹੈ, ਵੈਂਟੀਲੇਟਰ ਸੀਟਸ ਚਾਹੀਦੀਆਂ ਨੇ, ਸਪਾਓ ਸਟੀਅਰਿੰਗ ਚਾਹੀਦਾ ਕਿਉਂਕਿ ਉਹ ਬਹੁਤ ਸਾਰੀਆਂ ਚੀਜ਼ਾਂ ਉਹ 'ਚ ਮੈਨੂਅਲੀ ਆਉਂਦੀਆਂ ਲਾਈਕ ਸਟੀਅਰਿੰਗ ਵੀ ਉਹਦਾ ਮੈਨੂਅਲ ਹੈ ਜਾਂ ਦੂਜਾ ਨੋਰਮਲ ਹੈ, ਬਾਹਾਂ 'ਚ ਵੀ ਜਾਣ ਚਾਹੀਦੀ ਹੈ ਮੋੜਨ ਵਾਸਤੇ। ਅੱਜ ਕੱਲ੍ਹ ਤਾਂ ਲੋਕ ਕਹਿੰਦੇ ਵੀ ਉਂਗਲੀ 'ਤੇ ਘੁੰਮਣੀ ਚਾਹੀਦੀ ਹੈ ਚੀਜ਼ ਅਤੇ ਉਹਨਾਂ 'ਚ ਥੋੜ੍ਹਾ ਟੈਕਨੋਲੋਜੀ ਦਾ ਫਰਕ ਅਤੇ ਉਹ ਫਿਰ ਜਲੰਧਰੋਂ ਬਾਈ ਆਪਣੇ ਤਰੀਕੇ ਨਾਲ ਤਿਆਰ ਕਰਵਾ ਕੇ ਲੈ ਕੇ ਗਿਆ ਸੀ। ਪਾਵਰ ਸਟੀਅਰਿੰਗ ਉਹ ਚਲਾਇਆ ਸੀ, ਪਾਵਰ ਬ੍ਰੇਕ ਸੀਗੀਆਂ ਉਹਨੂੰ ਥੋੜ੍ਹਾ ਡਾਊਨ ਕੀਤਾ ਸੀ, ਵੱਡਾ ਕੀਤਾ ਸੀ ਉਹਨੂੰ, 5 ਸੀਟਰ ਉਹਨੂੰ ਕੀਤਾ ਗਿਆ ਸੀ ਕਿਉਂਕਿ 2 ਸੀਟਰ ਵੈਸੇ ਆਉਂਦਾ ਉਹ ਅਤੇ ਪਾਣੀ ਲਈ ਯੂਜ਼ ਹੁੰਦੇ ਸੀ ਬੇਸਿਕਲੀ ਰਾਜਸਥਾਨ 'ਚ ਉਦੋਂ। ਅਤੇ ਜੌਂਗਾ ਜਿਹੜਾ ਉਹ ਲੁੱਕ ਲਾਈਕ ਥਾਰ ਸੀਗਾ, ਉਹ ਥੋੜ੍ਹਾ ਛੋਟਾ ਸੀਗਾ ਅਤੇ ਅੱਜ ਵੀ ਉਹਦੀ ਡਿਮਾਂਡ ਆ, ਪਰ ਇਹ ਸਾਰੇ ਅੱਜ ਵੀ ਹੈਂਡਮੇਡ ਹੀ ਬਣਦੇ ਆ, ਬਣਦੇ ਜ਼ਰੂਰ ਆ ਅਤੇ ਬਣਦੇ ਵੀ ਪੰਜਾਬ 'ਚ ਹੈ, ਇਹ ਵੀ ਇੱਕ ਖਾਸੀਅਤ ਹੈ। ਕੁਛ ਹਰਿਆਣੇ 'ਚ ਡੱਬ ਵਾਲੀ ਫੇਮਸ ਹੈ, ਥੋੜ੍ਹਾ ਜਿਹਾ ਉੱਥੇ ਵੀ ਚੀਜ਼ਾਂ ਬਣ ਜਾਂਦੀਆਂ। ਅੱਛਾ, ਤੁਹਾਨੂੰ ਯਾਦ ਹੋਊਗਾ ਪਿੱਛੇ ਜਦੋਂ ਗਰਮੀ 'ਚ ਕਾਰਾਂ ਨੂੰ ਅੱਗਾਂ ਲੱਗਣ ਲੱਗੀਆਂ, ਮੈਂ ਤੁਹਾਨੂੰ ਫੋਨ ਕਰਿਆ, ਮੈਂ ਕਿਹਾ ਦਇਆ ਕਰਨ ਬਾਈ ਇਹ ਚੱਕਰ ਕੀ ਆ, ਕਾਰਾਂ ਨੂੰ ਅੱਗ ਕਿਉਂ ਲੱਗ ਗਈ? ਚਲੋ ਤੁਸੀਂ ਰੀਜ਼ਨ ਦੱਸਿਆ, ਉਹ ਨਵੀਂ ਥਾਰ ਆਈ ਹੈ, ਇਹਦੇ ਬਾਰੇ ਕੀ ਜਿਵੇਂ ਹੁਣ ਇਹ ਚਰਚਾ ਚੱਲ ਰਹੀ ਹੈ ਕਿ ਜਿਹੜੀਆਂ ਪੁਰਾਣੀਆਂ ਥਾਰਾਂ ਸੀ ਉਹਨਾਂ ਦੇ ਰੇਟ ਘੱਟ ਜਾਣੇ ਆ, ਹੁਣ 5 ਡੋਰ ਆ ਗਈ। 5 ਡੋਰ ਆ, ਹਾਂਜੀ, ਹੁਣ ਉਹਨੂੰ 5 ਡੋਰ ਕਹਿ ਦਿੰਦੇ, ਪਹਿਲੀ 3 ਡੋਰ ਹੁੰਦੀ ਸੀ ਵੈਸੇ, ਬੇਸਿਕਲੀ ਲੋਕ ਉਹਨੂੰ 2 ਡੋਰ ਨਾਲ ਹੀ ਜਾਣਦੇ ਆ, ਹੈ ਨਾ, ਡਿੱਗੀ ਨੂੰ ਕੋਈ ਡੋਰ ਖਿੰਡਦਾ ਨਹੀਂ ਗਾ, ਪਰ ਡੋਰ ਹੀ ਹੁੰਦਾ ਉਹ ਵੀ, ਅਤੇ ਡਿੱਗ ਜਾਣੇ ਨਹੀਂ ਬਾਈ, ਡਿੱਗੇ ਮਤਲਬ ਬਹੁਤ ਮਾੜਾ ਹਾਲ ਹੋ ਗਿਆ ਹੁਣ ਵੀ ਥਾਰਾਂ ਦਾ, ਪੁਰਾਣੀਆਂ ਦਾ। ਹਾਂ, ਬਹੁਤ ਪੁਰਾਣੀ ਨਹੀਂ ਕਹਿ ਸਕਦੇ ਇਹਦੇ ਤੋਂ, ਜਿਹੜਾ ਹੁਣ ਮਾਡਲ ਪੁਰਾਣਾ ਹੋ ਗਿਆ, ਪੁਰਾਣਾ ਹੋ ਗਿਆ, ਪਰ ਇਹ ਕਿ ਉਹਦੀ 18 ਕੁ ਲੱਖ ਰੁਪਿਆ 19 ਲੱਖ ਰੁਪਿਆ ਕੀਮਤ ਹੈ ਪੰਜਾਬ ਦੇ ਵਿੱਚ, ਕਿਉਂਕਿ ਸਟੇਟ ਵਾਈਡ ਰੇਟ ਵੀ ਵੈਰੀ ਕਰਦੇ ਆ, ਆਰਟੀਓ ਦੇ ਰਜਿਸਟ੍ਰੇਸ਼ਨ ਵਗੈਰਾ ਸਾਰਾ ਕੁਛ, ਅਤੇ ਉਹ ਬਾਈ 13-13 ਲੱਖ ਰੁਪਈਏ 'ਤੇ ਗੱਡੀ ਵਿਕਣੀ ਸ਼ੁਰੂ ਹੋ ਗਈ ਅਤੇ ਅਜੇ ਮੈਨੂੰ ਇਹ ਵੀ ਸ਼ੱਕ ਪੈਂਦਾ ਹੈ ਕਿ ਦੂਜੀ ਗੱਡੀ 'ਤੇ ਵੀ ਇਹਨਾਂ ਨੇ ਗੇਮ ਖੇਡਣੀ ਆ ਜਿਹੜੀ ਇਹਨਾਂ ਨੇ ਲਾਂਚ ਕੀਤੀ ਹੈ 5 ਡੋਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ, ਕਿਉਂਕਿ ਅਵੇਲੇਬਿਲਟੀ ਉਹਦੀ ਮਿਲਣੀ ਨਹੀਂ ਐਡੀ ਸੌਖੀ, ਅਤੇ ਉਹ ਵੀ ਸਾਰੇ ਲੋਕ ਹੀ, ਅਸੀਂ ਮੀਡੀਆ ਖੁਦ ਸਾਰਾ ਜਦੋਂ ਅਸੀਂ ਈਵੈਂਟਸ 'ਤੇ ਕਈ ਵਾਰੀ ਇਕੱਠੇ ਹੁੰਦੇ ਹਾਂ ਤਾਂ ਅਸੀਂ ਡਿਸਕਸ ਕਰ ਰਹੇ ਸੀ ਵੀ ਇਹ ਸ਼ੁਰੂ ਕਰਨਗੇ 18 ਕੁ ਲੱਖ ਤੋਂ, ਕਿਉਂਕਿ 5 ਡੋਰ ਹੈ, ਖੁੱਲੀ ਡੁੱਲੀ ਹੈ ਸਾਰਾ ਕੁਛ, 12-13 ਤੋਂ ਕਰਦੇ ਇਹਨਾਂ ਨੇ ਤਾਂ ਬਾਈ ਉਹਦਾ ਰੇਟ ਹੀ ਸਿੱਟਤਾ। ਇਹੋ ਗੱਲ ਦਾ ਰੋਲਾ ਪੈ ਗਿਆ ਵੀ ਹੁਣ ਜਿਹੜੇ ਲੋਕ ਕਹਿੰਦੇ, ਬਹੁਤ ਸਾਰੇ ਮੇਰੇ ਦੋਸਤ ਮੇਰੇ ਵੀ ਆਪਣੇ ਸਰਕਲ ਵਾਲੇ ਬੰਦਿਆਂ ਨੇ ਨਵੀਆਂ ਗੱਡੀਆਂ ਦੀ ਬੁਕਿੰਗ ਕੈਂਸਲ ਕਰਾਤੀ ਅਤੇ ਕਿਉਂਕਿ ਪੁਰਾਣੀਆਂ, ਹਾਂ ਉਹ ਕਹਿੰਦੇ ਵੀ ਅਸੀਂ ਇੰਨੇ ਪੈਸੇ 14-15 ਲੱਖ ਰੁਪਈਏ ਅਤੇ ਜਿਹ 'ਚ ਬੈਠਾ ਵੀ ਨਹੀਂ ਚੱਜਣਾ ਜਾਂਦਾ ਪਿੱਛੇ ਵੜ ਕੇ ਵੇ, ਅਤੇ ਅਸੀਂ ਇਹ ਕੋਲ ਲਵਾਂਗੇ, ਅਸੀਂ ਤਾਂ ਲਵਾਂਗੇ ਬਾਈ ਹੁਣ ਜਿਹ 'ਚ ਖੁੱਲੇ ਡੁੱਲੇ ਬਹਿ ਜਾਈਦਾ, ਅਤੇ ਇਸ ਕਰਕੇ ਬਾਈ ਉਹਦਾ ਜ਼ਰੂਰ ਇੰਪੈਕਟ ਬਹੁਤ ਜ਼ਿਆਦਾ ਵਾਲਾ ਪਿਆ। ਅਤੇ ਦੂਜੀ ਗੱਲ ਜਿਹੜੀ ਅੱਗ ਲੱਗਣ ਵਾਲੀ ਤੁਸੀਂ ਕੀਤੀ, ਹੈ ਨਾ, ਪਹਿਲਾਂ ਥਾਰ ਵਾਲਾ ਸਮਝਾਓ, ਥਾਰਾਂ ਦਾ ਕਰੇਜ਼ ਬਹੁਤ ਹੈ ਪੰਜਾਬ 'ਚ, ਨਹੀਂ ਦੂਜੀਆਂ ਸਟੇਟਾਂ 'ਚ ਵੀ ਹੈਗਾ, ਪਰ ਪੰਜਾਬ 'ਚ ਐਕਚੁਅਲ ਥਾਰ ਜਿੰਨੇ ਹਰੇਕ ਤੀਜੀ ਗੱਡੀ ਥਾਰ ਦਿਸਦੀ ਹੈ ਇੱਥੇ ਮੋਹਾਲੀ 'ਚ। ਬਾਈ ਮੈਂ ਦੱਸਦਾ, ਰੀਸੈਂਟਲੀ ਨਾ ਅਸੀਂ ਇੱਕ ਹੁਣੇ ਹੀ ਲਾਈਕ ਵਲੌਗ ਕਰਕੇ ਹਟੇ ਹਾਂ, ਉਹਦੇ ਵਿੱਚ ਨਾ 2.5 ਲੱਖ ਜਾਂ 2.5 ਲੱਖ ਦਾ ਵੀ ਸਿਸਟਮ ਥਾਰ 'ਚ ਲੱਗ ਰਿਹਾ, ਠੀਕ ਹੈ। ਫੈਨ ਫੋਲੋਇੰਗ ਇੰਨੀ ਕੁ ਜ਼ਬਰਦਸਤ ਆ ਇਹਨਾਂ ਜੀਤਾਂ ਦੀ ਗੱਡੀਆਂ ਦੀ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਾਂ ਦੂਜੀਆਂ ਸਟੇਟਾਂ 'ਚ ਵੀ ਹੈਗੀਆਂ, ਚਲੋ ਕਈ ਵਾਰੀ, ਪਰ ਇੱਥੇ ਜ਼ਿਆਦਾ ਰੋਲਾ ਇਸ ਚੀਜ਼ ਜਿੰਨੇ ਦੀ ਗੱਡੀ ਹੈ ਨਾ, ਉਹਨੇ ਦਾ ਬਾਈ ਉਹ ਤੋਂ ਡਬਲ ਪੈਸੇ ਤੋਂ ਉਹਦੇ ਉੱਤੇ ਲਾ ਦਿੰਦੇ ਆ। ਹੁਣ ਫਿਊਲ ਅਲੋਏ ਆਉਂਦਾ ਬਾਈ ਇੱਕ, ਠੀਕ ਹੈ, ਉਹ 'ਚ ਚਲੋ ਅੱਜ ਕੱਲ੍ਹ ਤਾਂ ਕਾਪੀ ਵੀ ਮਿਲਣ ਲੱਗ ਗਈ, ਬੜਾ
ਕੰਪਨੀ ਦੀ ਪਾ, ਉਹ ਬਾਹਰ ਦੇ ਅਲੋਇਸ ਨੇ, ਠੀਕ ਹੈ, ਹੋਰ ਵੀ ਬ੍ਰਾਂਡਸ ਦੇ ਆਉਂਦੇ ਆ, ਅਤੇ ਤੁਸੀਂ ਮੰਨ ਕੇ ਚੱਲੋ ਟਾਇਰ ਅਲੋਇ 6 ਲੱਖ ਦੇ 5 ਲੱਖ ਦੇ ਪੈਂਦੇ ਆ, ਗੱਡੀ ਕਿੰਨੇ ਦੀ ਆ, 15 ਲੱਖ ਦੀ, ਮੈਂ ਕਹਿੰਦਾ ਚਲੋ ਗੱਡੀ ਹੋਊਗੀ 4x2 ਹੈ ਨਾ, ਥਾਰ ਜੇ ਆਪਾਂ ਗੱਲ ਕਰੀਏ, ਅਤੇ ਉਹਦੇ ਵਿੱਚ ਅਸੈਸਰੀ, ਲਾਈਟਸ, ਅਲੜ ਪਲੜ ਸਾਰਾ ਕੁਛ ਲਾ ਲੂ ਕੇ ਬਈ ਉਹ 15 ਲੱਖ ਰੁਪਏ ਤੋਂ ਵੈਸੇ ਲੱਗ ਜਾਂਦਾ, ਇਸ ਕਰਕੇ ਇਹਦਾ ਕੋਈ ਅੰਤ ਨਹੀਂ ਹੈ। ਅੱਛਾ ਕੰਪੈਰੀਜ਼ਨ ਕਰੀਏ, ਜਿਹੜਾ ਥਾਰ ਆਪਾਂ ਮਤਲਬ 2-door ਕਹਿ ਦਿੰਦੇ ਹਾਂ ਜਾਂ 3-door ਕਹਿ ਲਓ, ਜਿਹੜੀ ਮਤਲਬ ਇਸ ਤੋਂ ਪੁਰਾਣਾ ਮਾਡਲ, ਇੱਕ ਜਿਹੜੀ ਨਵੀਂ ਜਮਾਂ ਨਵੀਂ ਹੁਣ ਆਈ ਹੈ ਜੀ, ਔਰ ਇਹਨਾਂ ਦੇ ਵਿੱਚ ਔਰ ਨਵੀਂ ਔਰ ਪੁਰਾਣੀ 'ਚ ਕਿੰਨਾ ਕੁ ਡਿਫਰੈਂਸ ਆ ਥਾਰ ਦੇ ਵਿੱਚ? ਬਹੁਤ ਜ਼ਿਆਦਾ ਡਿਫਰੈਂਸ ਆ ਬਈ, ਇਹਨਾਂ ਨੇ ਮਤਲਬ ਕਹਿੰਦੇ ਹੁੰਦੇ ਵੀ ਇਹਦਾ ਕੋਈ ਵੈਸੇ ਕੰਪੈਰੀਜ਼ਨ ਬਣਦਾ ਹੀ ਨਹੀਂ ਹੈ, ਕਿਉਂਕਿ ਉਹ ਜਿਹੜੀ ਪੁਰਾਣੀ ਥਾਰ ਆ ਬਈ ਉਹਦੇ ਵਿੱਚ ਫੀਚਰਸ ਨਹੀਂ ਹੈਗੇ ਇੰਨੇ, ਠੀਕ ਹੈ, ਉਹਦੇ ਵਿੱਚ ਉਹ ਜਸਟ ਇੱਕ ਥਾਰ ਹੈ, ਅਤੇ ਵੈਸੇ ਐਕਚੁਅਲ 'ਚ ਜਿਹੜੀ ਥਾਰ ਸੀਗੀ ਬਈ ਉਹਦੇ ਹਿਸਾਬ ਨਾਲ ਅਸੀਂ ਇਹਨੂੰ ਵੀ ਪਸੰਦ ਨਹੀਂ ਕਰਦੇ ਐਜ਼ ਏ ਆਫ ਰੋਡਰ ਕਹਿ ਲਈਏ ਜਾਂ ਹਾਰਡ ਕੋਰ ਡਰਾਈਵਰ ਕਹਿ ਲਈਏ, ਅਸੀਂ ਕਾਰ ਲਵਰ ਕਹਿ ਲਈਏ, ਇਹ 'ਚ ਜੀਪ ਵਾਲੀ ਤਾਂ ਫੀਲ ਹੀ ਮੁੱਕ ਗਈ, ਥਾਰ ਵਾਲੀ ਤਾਂ ਫੀਲ ਹੀ ਮੁੱਕ ਗਈ, ਹਾਂ, ਵੀ ਤੁਸੀਂ ਉਹਨੂੰ ਆਫ ਰੋਡ 'ਤੇ ਲੈ ਕੇ ਜਾ ਸਕਦੇ ਹੋ, ਉਹਨੂੰ ਕਿਤੇ ਵੀ ਲੈ ਸਕਦੇ, ਜਿੱਥੇ ਮਰਜ਼ੀ, ਉਹ ਚੀਜ਼ਾਂ ਨੇ ਜਿਹੜੀਆਂ ਕਿ ਲਾਈਕ ਜਿਹਦੇ 'ਚ ਕੋਈ ਸੈਂਸਰ ਸਿਸਟਮ ਨਹੀਂ ਹੁੰਦਾ ਜਾਂ ਕੁਛ ਨਹੀਂ ਹੁੰਦਾ, ਉਹਨੂੰ ਐਕਚੁਅਲ 'ਚ ਆਫ ਰੋਡ ਲਈ ਯੂਜ਼ ਕੀਤਾ ਜਾਂਦਾ ਵੀ ਕੱਲ੍ਹ ਨੂੰ ਕਿਤੇ ਕੋਈ ਪ੍ਰੋਬਲਮ ਵੀ ਆਵੇ ਤਾਂ ਬੰਦਾ ਜਗਾੜ ਕਰਕੇ ਆਪਣੇ ਘਰੇ ਪਹੁੰਚ ਸਕਦਾ। ਇਹਦੇ ਵਿੱਚ ਤਾਂ ਬਾਈ ਸਾਰਾ ਕੁਛ ਲਾਈਕ ਉਹਨਾਂ ਨੇ ਨਵੀਂ ਟੈਕਨੋਲੋਜੀ ਵਾਲੇ ਸੈਂਸਰ ਪਾ ਤੇ, ਆਟੋਮੈਟਿਕਸ ਪਾ ਤੇ, ਅਲਰਟ ਪਲਰਟ, ਚਲੋ ਵਿਕੀ ਵੀ ਥਾਰ ਜ਼ਿਆਦਾ ਤਾਂ ਕਰਕੇ ਆ, ਠੀਕ ਹੈ। ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਫੀਚਰਸ ਦਾ ਕੀ ਫਰਕ ਆ, ਬਾਈ ਨਵੀਂ ਥਾਰ 'ਚ ਵੈਂਟੀਲੇਟਰ ਸੀਟਸ ਆ ਗਈਆਂ, ਇਹਦੇ 'ਚ ਨਹੀਂ ਹੈਗੀਆਂ, ਅਡਾਸ ਸਿਸਟਮ ਲੈਵਲ 2 ਆ ਗਿਆ, ਠੀਕ ਹੈ, ਉਹ ਇੱਕ ਨਵੀਂ ਟੈਕਨੋਲੋਜੀ ਹੈ ਜੇ ਇੰਡੀਆ 'ਚ, ਜੇ ਲੋਕ ਉਹਨੂੰ ਪਸੰਦ ਨਹੀਂ ਕਰ ਰਹੇ ਕਿਉਂਕਿ ਮਹਿੰਗੀ ਵੀ ਆ ਥੋੜ੍ਹੀ ਜਿਹੀ, ਇਹਦੇ 'ਚ ਬਾਈ ਇੱਦਾਂ ਸਿਸਟਮ ਆ ਕਿ ਗੱਡੀ ਜਿਹੜੇ ਆਪਣੇ ਲਾਈਨਸ ਲੱਗੀਆਂ ਹੁੰਦੀਆਂ ਰੋਡ ਦੇ ਵਿੱਚ, ਤੁਸੀਂ ਕਈ ਵਾਰੀ ਵੇਖਦੇ ਹੋ ਹੈ ਨਾ, ਉਹਨੂੰ ਤੁਸੀਂ ਔਨ ਕਰ ਦੇਣਾ ਫੀਚਰ ਨੂੰ, ਤੁਸੀਂ ਤੁਹਾਨੂੰ ਸਟੇਅਰਿੰਗ ਫੜਨ ਦੀ ਵੀ ਲੋੜ ਨਹੀਂ, ਤੁਹਾਨੂੰ ਕੁਛ ਵੀ ਫੜਨ ਦੀ ਲੋੜ ਨਹੀਂ, ਆਟੋਮੈਟਿਕਲੀ ਗੱਡੀ ਰਨ ਕਰਦੀ ਹੈ, ਜਦੋਂ ਅਗਲੇ ਬੰਨੇ ਕੋਈ ਚੀਜ਼ ਆ ਵੀ ਜਾਂਦੀ ਹੈ ਫਿਰ ਉਹਦੀ ਸਪੀਡ ਦੇ ਹਿਸਾਬ ਨਾਲ ਚੱਲਦੀ ਹੈ, ਅਤੇ ਉਹ ਫੀਚਰ ਤਾਂ ਬੜਾ ਵਧੀਆ, ਧੁੰਦਾਂ ਵਿੱਚ ਯੂਜ਼ ਕਰਨ ਵਾਸਤੇ ਉਹ ਵਧੀਆ ਯੂਜ਼ ਹੋ ਜਾਂਦਾ, ਜਾਂ ਰਾਤ ਨੂੰ ਯੂਜ਼ ਕਰਨ ਵਾਸਤੇ ਵਧੀਆ ਹੁੰਦਾ, ਬਹੁਤ ਸਾਰੇ ਲੋਕ ਤਾਂ ਵੈਸੇ ਮਿਸਯੂਜ਼ ਵੀ ਕਰਦੇ, ਪਰ ਇੰਡੀਆ 'ਚ ਉਹਨੂੰ ਇੰਡਾ ਹੈ ਨਹੀਂ, ਕਿਉਂਕਿ ਆਪਣੇ ਸੜਕਾਂ ਉਹ ਜਿਹੀਆਂ ਨਹੀਂ ਹੈਗੀਆਂ, ਪਰ ਵੱਡੇ ਸ਼ਹਿਰਾਂ 'ਚ ਹੈਗੀਆਂ, ਮੂਨ ਰੂਫ ਬਾਈ ਉਹ 'ਚ ਦੇਤੀ ਉਹਨਾਂ ਨੇ, ਠੀਕ ਹੈ, ਆਮ ਜਿਹੜੀਆਂ ਸਨ ਰੂਫਸ ਨੇ ਉਹਦੇ ਵਿੱਚ ਤੁਹਾਨੂੰ ਲਾਈਕ ਜਿੱਦਾਂ ਆਪਾਂ ਇੱਦਾਂ ਬੈਠੇ ਹਾਂ ਅਤੇ ਸਾਈਕ ਇੱਦਾਂ ਸਿੱਧੇ ਨਿਕਲਣਾ ਪੈਂਦਾ, ਉਹ 'ਚ ਤੁਸੀਂ ਇੱਦਾਂ ਸਾਈਡ ਨੂੰ ਹੋ ਕੇ ਵੀ ਨਿਕਲੋਗੇ ਨਾ ਤਾਂ ਵੀ ਨਿਕਲ ਸਕਦੇ ਹੋ ਬਾਹਰ, ਅਤੇ ਬਾਕੀ ਉਹਦੇ ਖੁੱਲ੍ਹੀ ਕਰਤੀ ਉਹਨੂੰ ਬਹੁਤ ਸਾਰੀ, ਠੀਕ ਹੈ, ਡਿੱਗੀ 'ਚ ਸਪੇਸ ਬਹੁਤ ਜ਼ਿਆਦਾ ਦੇਤੀ, ਉਹ ਬੇਸਿਕਲੀ ਉਹ ਸਾਰੀ ਬਣੀ ਆ ਸਕੋਰਪੀਓ ਐਨ ਦੇ ਪਲੈਟਫਾਰਮ ਦੇ ਉੱਤੇ, ਜਿੰਨਾ ਕਿ ਮੈਨੂੰ ਨੌਲੇਜ ਹੈਗੀ ਹੈ, ਥਾਰ ਵਾਲੇ ਪਲੈਟਫਾਰਮ 'ਤੇ ਉਹ ਬਣੀ ਨਹੀਂ, ਅਤੇ ਬਾਕੀ ਉਹ 4x2 ਹੀ ਲਾਂਚ ਹੋਈ ਹੈ ਅਜੇ, 4x4 ਜਿਹੜੀ ਐਕਚੁਅਲੀ ਕੋਈ ਜੀਪ ਤਾਂ 4x4 ਮੈਂ ਮੰਨਦਾ, ਮੇਰਾ ਮੰਨਣਾ ਹੈ ਵੀ SUV ਗੱਡੀ ਜਿਹੜੀ ਹੈ ਉਹ 4x4 ਹੀ ਲੈਣੀ ਚਾਹੀਦੀ ਹੈ, 4x2 ਦਾ ਕੋਈ ਮੀਨਿੰਗ ਨਹੀਂ ਬਣਦਾ, ਕਿਉਂਕਿ ਕੱਲ੍ਹ ਨੂੰ ਐਡੀ ਵੱਡੀ ਗੱਡੀ ਹੈ ਕਿਤੇ ਉਹੋ ਜਿਹੀ ਜਗ੍ਹਾ 'ਤੇ ਗਏ ਹੋਏ ਹਾਂ ਅਤੇ ਉਹ ਫਸ ਜੇ ਤਾਂ ਫਿਰ ਤੁਸੀਂ ਕੀ ਕਰੋਗੇ, ਅਤੇ ਉੱਦਾਂ ਤੁਹਾਨੂੰ ਫਿਰ ਕਿਸੇ ਦੀ ਲੋੜ ਨਹੀਂ ਪੈਂਦੀ। ਪਰ ਇਹਦੇ ਨਾਲ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਪੁਰਾਣਿਆਂ ਨੇ ਵਿਚਾਰਿਆਂ ਨੂੰ ਅਟੈਕ ਆ ਜਾਣਾ, ਚਿੰਤਾ ਇੰਨੇ ਪੈਸੇ ਲਾਤੇ ਆ ਨਵੀਂ ਗੱਡੀ ਆ ਆਇਆ ਪਿਆ ਬਾਈ, ਆਇਆ ਪਿਆ, ਲੋਕ 23 ਮਾਡਲ ਗੱਡੀ ਅਸੀਂ, ਮੈਂ ਹੁਣ ਦੱਸ ਕੇ 13 ਲੱਖ ਦੀ ਪਿੱਛੇ ਹੀ ਅਜੇ ਪਰਸੋਂ ਚੌਥੀ ਸੇਲ ਕਰਕੇ ਹਟਿਆ ਬੰਦਾ, ਨਵੀਂ ਸਾਰੀ 28 ਲੱਖ ਚੱਲੇ ਲਈ ਉਹ ਬਾਈ ਨੇ 18.5-19 ਲੱਖ ਦੀ, ਮੇਰੇ ਸਾਹਮਣੇ 5-6 ਲੱਖ ਰੁਪਏ ਟੁੱਟ ਗਿਆ, ਸਿੱਧਾ ਟੁੱਟ ਗਿਆ ਬਾਈ, ਅਜੇ ਟੁੱਟੂਗਾ ਹੋਰ, ਅਤੇ ਕਿਉਂਕਿ ਅਜੇ ਬਟ ਲੋਕ ਕਾਹਲੀ ਕਰ ਰਹੇ ਨੇ ਬਹੁਤ ਸਾਰੀ ਵੀ ਲੋਕਾਂ ਨੂੰ ਲੱਗ ਰਿਹਾ ਕਿ ਦੂਜੀ ਗੱਡੀ, ਪਰ ਉਹ ਜਿੱਦਾਂ ਜਦੋਂ ਤੁਹਾਨੂੰ ਬਲੈਕ ਹੋਊਗੀ ਹੋਈ ਜੀ, ਇਹ ਵੀ ਥਾਰ ਬਹੁਤ ਬਲੈਕ ਹੋਈ ਵੀ, ਇਹਦੇ 'ਚ ਵੀ ਤੁਸੀਂ ਮੰਨ ਕੇ ਚਲੋ 1.5 ਲੱਖ ਰੁਪਇਆ ਲੋਕ, ਸੁਖਬੀਰ ਬਾਦਲ ਹੋਣਾ ਦਾ ਬਿਆਨ ਆਇਆ ਸੀਗਾ ਕਿ ਥਾਰਾਂ ਜਿਹੜੀਆਂ ਨੇ ਉਹ ਬਾਦਲ ਸਾਹਿਬ ਦੀ ਚਿੱਠੀ ਜਾਂਦੀ ਸੀ ਔਰ ਥਾਰ ਮਿਲ ਜਾਂਦੀ ਸੀ ਉਹਨਾਂ ਨੂੰ, ਕਿਉਂਕਿ ਰੈਕਮੈਂਡੇਸ਼ਨ ਮਿਲ ਜਾਂਦੀ ਸੀ ਸੀਗਾ, ਸਾਰਿਆਂ ਦਾ ਹੀ ਸੀਗਾ ਬਈ, ਜਿਹਦਾ ਕਹਿੰਦੇ ਹੁੰਦੇ ਵੀ ਸਿੱਕਾ ਚੱਲਦਾ ਨਾ ਉਹਦਾ ਚੱਲਦਾ ਹੀ ਸੀ, ਅਤੇ ਬਹੁਤ ਸਾਰੇ ਲੋਕ ਮੈਨੂੰ ਵੀ ਕਈ ਵਾਰੀ ਅਪਰੋਚ ਕੀਤੀ, ਉਹਨਾਂ ਨੇ ਕਿ ਯਾਰ ਤੇਰਾ ਤੂੰ ਆਟੋਮੋਬਾਈਲ 'ਚ ਏਡਾ ਤਗੜਾ ਹੈ ਅਤੇ ਤੂੰ ਸਾਡੀ ਅਪਰੋਚ ਕਰਦੇ, ਹੁਣ ਚਲੋ ਕੁਛ ਸਪੈਸ਼ਲ ਬੰਦੇ ਹੁੰਦੇ ਕਰ ਵੀ ਦੇਈਦੀ ਸੀ ਹੈ ਨਾ, ਵੀ ਕਹਿ ਵੀ ਦੇਈਦੇ ਸੀ, ਕਿਉਂਕਿ ਬਹੁਤ ਸਾਰੇ ਲੋਕ ਜੁੜੇ ਨੇ ਹੈ ਨਾ, ਏਜੰਸੀਸ ਵਾਲੇ ਵੀ ਜੁੜੇ ਨੇ, ਅਤੇ ਕਹਿ ਲਈਦਾ ਸੀ ਦੇ ਦਿੰਦੇ ਸੀ ਹੈ ਨਾ, ਕਈ ਵਾਰੀ ਕਿਸੇ ਦੇ ਹੱਥ 'ਚ ਹੁੰਦੀ, ਪਰ ਜਦੋਂ ਹੁਣ ਇਹ ਪੋਲੀਟੀਕਲ ਬੰਦੇ ਆ ਇੱਦਾਂ ਤੁਸੀਂ ਕਹਿ ਸਕਦੇ ਹੋ ਏਡੇ ਵੱਡੇ ਆ, ਉਹਨਾਂ ਨੂੰ ਤਾਂ ਵੈਸੇ ਕੋਈ ਨਹੀਂ ਮਨਾ ਕਰ ਸਕਦਾ ਅਤੇ ਮਿਲ ਜਾਂਦੀ, ਪਰ ਪੰਜਾਬ 'ਚ ਡਿਮਾਂਡ ਇੰਨੀ ਕੁ ਜ਼ਿਆਦਾ ਸੀ ਵੀ ਦੂਜੀਆਂ ਸਟੇਟਾਂ ਤੋਂ ਲਿਆ ਕੇ ਵੀ ਗੱਡੀਆਂ ਡੀਲਰਾਂ ਨੇ ਵੇਚੀਆਂ ਨੇ, ਅਤੇ ਇੱਥੋਂ ਤੱਕ ਵੀ ਕੰਮ ਗਿਆ। ਅੱਛਾ, ਜਦੋਂ ਤੁਸੀਂ ਦਯਾਕਰਨ ਬਾਈ ਕਰਦੇ ਹੋ ਟਰੈਵਲ ਜੀ, ਉਦੋਂ ਤੁਹਾਨੂੰ ਕਿਹੜੀਆਂ ਕਿਹੜੀਆਂ ਦਿੱਕਤਾਂ ਆਉਂਦੀਆਂ ਜਾਂ ਕਿਹੜੀਆਂ ਕਿਹੜੀਆਂ, ਬੇਸਿਕਲੀ ਤਾਂ ਮੈਨੂੰ ਲੱਗਦਾ ਲੈਂਗੁਏਜ ਦਾ ਵੀ ਬੈਰੀਅਰ ਹੋ ਜਾਣਾ, ਜਿਵੇਂ ਤੁਸੀਂ ਬੰਗਾਲ ਚਲੇ ਗਏ, ਕੋਲਕਾਤਾ ਚਲੇ ਗਏ ਤੁਸੀਂ, ਔਰ ਉੱਥੇ ਲੈਂਗੁਏਜ ਬੈਰੀਅਰ ਜਾਂ ਸਟੇਟ ਟੱਪਦੇ ਹੋ ਤਾਂ ਕਿਹੜੀਆਂ ਕਿਹੜੀਆਂ ਬੇਸਿਕਲੀ ਦਿੱਕਤਾਂ ਆਉਂਦੀਆਂ? ਬਾਈ ਜੀ, ਪਹਿਲੀ ਤਾਂ ਗੱਲ ਆ ਵੀ ਇੱਕ ਰੋਲਾ ਪੈਂਦਾ ਕਿ 1 Nation 1 Rule ਹੈ ਨਾ, ਆਪਾਂ ਕਹਿ ਸਕਦੇ ਹਾਂ, ਅਤੇ ਮੈਂ ਤਾਂ ਉਹਦਾ ਕਹੂੰਗਾ ਵੀ ਇਹ ਮੁੱਦੇ ਹੋਰ ਹੀ ਨੇ ਹੈ ਨਾ ਇਹ, ਪਰ ਨਹੀਂ ਹੈਗਾ। ਇੰਡੀਆ 'ਚ ਰਹਿ ਕੇ ਬਹੁਤ ਸਾਰੀਆਂ ਕੰਟਰੀਜ਼ ਵਾਲੀ ਫੀਲ ਆਉਂਦੀ ਹੈ, ਠੀਕ ਹੈ। ਹੁਣ ਜੇ ਤੁਸੀਂ ਪੰਜਾਬ 'ਚੋਂ ਨਿਕਲ ਜਾਂਦੇ ਹਾਂ ਅਤੇ ਹਰਿਆਣੇ ਵਾਲੇ ਥੋੜ੍ਹੇ ਜਿਹੇ ਸਾਡੇ ਨਾਲ ਰਲਦੇ ਮਿਲਦੇ ਆ, ਰਾਜਸਥਾਨ ਚਲ ਜਾਈਏ ਤਾਂ ਲੈਂਗੁਏਜ ਹੀ ਬਦਲ ਜਾਂਦੀ ਹੈ, ਠੀਕ ਹੈ, ਮਾਰੋ ਥਾਰੋ ਛੱਡ ਕੇ ਬਾਈ ਉੱਥੇ ਤੁਹਾਨੂੰ ਪਾਣੀ ਮੰਗਣਾ ਵੀ ਔਖਾ ਹੋ ਜਾਂਦਾ, ਠੀਕ ਹੈ। ਉਹਨਾਂ ਦੇ ਵਰਡਸ ਬੜੇ ਹੋਰ ਹਿਸਾਬ ਦੇ ਨੇ। ਦੂਜੀ
ਸੌਖੀ ਰੋਟੀ ਮਿਲ ਜੂਗੀ, ਨਹੀਂ ਤੇ ਬਹੁਤ ਸਾਰੀ ਜਗ੍ਹਾ ਤੇ ਤੁਹਾਨੂੰ ਕੁਛ ਵੀ ਨਹੀਂ ਮਿਲਣਾ। ਮੇਰੇ ਬਹੁਤ ਸਾਰੇ ਐਕਸਪੀਰੀਅੰਸ ਨੇ ਇੱਦਾਂ ਦੇ, ਤੇ ਚਲੋ ਰੋਲਾ ਬੜਾ ਪੈਂਦਾ। ਤੁਸੀਂ ਜ਼ਿਕਰ ਕਰ ਰਹੇ ਸੀ ਉੱਥੇ ਤਾਂ ਹਿੰਦੀ ਵੀ ਨਹੀਂ ਅਗਲੇ ਨੇ ਸੁਣੀ। ਬਾਈ ਮੈਂ ਜਿਹੜਾ ਇੰਡੀਆ ਟ੍ਰਿਪ ਕੀਤਾ ਹੈ ਨਾ, ਤੇ ਮੁਨਾਰ ਸੀਗਾ ਮੈਂ, ਠੀਕ ਹੈ, ਤੇ ਮੈਂ ਖੁਦ ਕੇਰਲਾ, ਹਾਂਜੀ ਕੇਰਲਾ, ਮੁਨਾਰ ਬਹੁਤ ਸੋਹਣੀ ਜਗ੍ਹਾ, ਮਤਲਬ ਆਪਣੇ ਇੰਡੀਆ 'ਚ ਵੀ ਇੱਦਾਂ ਦੀਆਂ ਜਗ੍ਹਾ ਘੁੰਮਣ ਵਾਲੀਆਂ ਹੈਗੀਆਂ ਕਿ ਤੁਹਾਨੂੰ ਲੱਗਦਾ ਨਹੀਂ ਤੁਸੀਂ ਇੰਡੀਆ 'ਚੋਂ, ਤੇ ਮੈਂ ਕਹਿੰਦਾ ਲੋਕ ਬਾਹਰ ਭੱਜਦੇ, ਪਹਿਲਾਂ ਆਪਣਾ ਇੰਡੀਆ ਟਰੈਵਲ ਕਰਨਾ ਚਾਹੀਦਾ, ਤੇ ਸਾਡੇ ਇੰਡੀਆ 'ਚ ਬਹੁਤ ਕੁਛ ਹੈ। ਉੱਥੇ ਬਾਈ ਮੈਂ ਨਾ ਅਸੀਂ ਕੰਟੀਨਿਊਸਲੀ ਡਰਾਈਵ ਕੀਤੀ ਗੋਆ ਟੂ ਮੁਨਾਰ, ਆਲਮੋਸਟ ਸਾਡੀ ਡਰਾਈਵ ਸੀ 18 ਘੰਟੇ ਦੀ। ਮੈਂ ਸਾਰਾ ਇੰਡੀਆ ਇਕੱਲੇ ਨੇ ਖੁਦ ਡਰਾਈਵ ਕੀਤਾ, ਮੈਂ ਨਾਲ ਵਾਲੇ ਨੂੰ ਕਿਸੇ ਨੂੰ ਗੱਡੀ ਚਲਾਉਣ ਨਹੀਂ ਦਿੱਤੀ, ਭਾਵੇਂ 18 ਘੰਟੇ ਚਲਾਈ ਹੈ, ਭਾਵੇਂ ਅਸੀਂ ਚਲਾਈ ਹੈ 24 ਘੰਟੇ ਗੱਡੀ, ਅਤੇ ਉਹ ਮੇਰੇ ਵਲੋਗਸ ਵੀ ਪਏ ਅੱਜ ਸਟਿਲ 'ਤੇ, ਅਸੀਂ ਉਹਨੂੰ ਚਲਾਇਆ ਹੀ ਉੱਦਾਂ। ਉਹਦੇ 'ਚ ਕੀ ਹੋਇਆ ਕਿ ਮੈਂ ਬਿਮਾਰ ਹੋ ਗਿਆ, ਠੀਕ ਹੈ, ਹੋਇਆ ਕਿ ਗੋਆ ਟੈਂਪਰੇਚਰ ਹੋਰ ਸੀ, ਵੈਦਰ ਹੋਰ ਸੀ, ਮੁਨਾਰ ਠੰਡਾ ਸੀ ਅਤੇ ਉੱਥੇ ਬਰਫ਼, ਲਾਈਕ ਕਹਿ ਸਕਦੇ ਬਰਫ਼ ਨਹੀਂ ਸੋਰੀ, ਬਾਰਿਸ਼ ਹੋ ਰਹੀ ਸੀ ਸਾਰੇ 'ਚ, ਠੀਕ ਹੈ, ਥੱਕ ਵੀ ਮੈਂ ਕਾਫੀ ਗਿਆ। ਇੱਕ ਕੀ ਹੋਇਆ ਵੀ ਫੂਡ ਦਾ ਵੀ ਉੱਥੇ ਇਸ਼ੂ ਹੈ, ਉੱਥੇ ਇੱਕ ਮੇਜਰ ਗੱਲ ਆ ਵੀ ਰੋਟੀ ਕੋਈ ਨਹੀਂ ਬਣਾਉਂਦਾ, ਉੱਥੇ ਉਹਨਾਂ ਦੇ ਆਪਦੇ ਲੋਕਲ ਫੂਡ ਵਗੈਰਾ ਤਾਂ ਉਹੀ ਚੱਲਦੇ ਆ, ਜ਼ਿਆਦਾ ਨੌਨ ਵੈੱਜ ਚੱਲਦਾ, ਨੌਨ ਵੈੱਜ ਟੋਟਲੀ, ਨੌਨ ਵੈੱਜ ਆ ਬਾਈ, ਮਤਲਬ ਸੀ ਫੂਡ ਖਾਂਦੇ ਆ, ਮੱਛੀ ਖਾਂਦੇ ਆ, ਉਹਨਾਂ ਦੇ ਸਾਰੇ ਉਹਦੇ 'ਚ ਵੀ ਉਹ ਕੁਛ ਹੈਗਾ। ਅਤੇ ਮੈਂ ਬਿਮਾਰ ਹੋ ਗਿਆ ਬਹੁਤ ਸਾਰਾ, ਅਤੇ ਮੈਂ ਦਵਾਈ ਲੈਣ, ਮੈਂ ਕਿਹਾ ਚੱਲ ਹੁਣ ਮੈਂ ਦਵਾਈ ਲੈ ਆਉਣਾ ਕਿਹੜੀ ਗੱਲ, ਬਾਕੀ ਨੂੰ ਮੈਂ ਕਿਹਾ ਤੁਸੀਂ ਰੈਸਟ ਕਰੋ ਅਤੇ ਮੈਂ ਜਾ ਕੇ ਆਉਂਦਾ। ਬਾਈ ਮੇਰਾ ਡਾਕਟਰ ਵੀ ਪਰਸਨਲ, ਚਲੋ ਅਸੀਂ ਉਹਨੂੰ ਔਨ ਕਾਲ ਵੀ ਕਈ ਵਾਰੀ ਰੱਖੀਦਾ ਹੈ ਨਾ, ਮੋਸਟਲੀ ਚਲੋ ਨਹੀਂ ਲੋਕਲ ਹੋਈਦਾ, ਅਤੇ ਫੈਮਿਲੀ ਡਾਕਟਰਸ ਹਰੇਕ ਦੇ ਹੁੰਦੇ ਆ, ਅਤੇ ਮੈਂ ਉਹਨੂੰ ਫੋਨ ਕੀਤਾ ਅਤੇ ਮੈਨੂੰ ਕਹਿੰਦਾ ਮੇਰੀ ਗੱਲ ਕਰਾ ਦੇ, ਆਮ ਵੀ ਮੈਂ ਕਰਾ ਹੀ ਦਿੰਦਾ ਹੁਣ ਹੈ ਨਾ, ਅਤੇ ਮੈਂ ਉੱਥੇ ਪਹਿਲਾਂ ਕਲੀਨਿਕ 'ਤੇ ਗਿਆ ਅਤੇ ਸਟੋਰ 'ਤੇ ਗਿਆ ਅਤੇ ਮੈਡੀਕਲ ਸਟੋਰ 'ਤੇ ਗਿਆ। ਉਹ ਬਾਈ ਪਹਿਲਾਂ ਤਾਂ ਮੇਰੀ ਭਾਸ਼ਾ ਨਾ ਸਮਝਣ, ਉਹ ਇੰਨੇ ਕੋਰੇ, ਚਲੋ ਅਸੀਂ ਕਿਸੇ ਨੂੰ ਬਲੇਮ ਨਹੀਂ ਕਰਦੇ, ਮੈਂ ਵੀ ਪਤਾ ਨਹੀਂ ਕੀ ਇਸ਼ੂ ਸੀਗਾ, ਪਰ ਉਹਨਾਂ ਨੇ ਨਾ ਤਾਂ ਮੇਰੀ ਪੰਜਾਬੀ ਸਮਝੀ, ਚਲੋ ਪੰਜਾਬੀ ਦਾ ਤਾਂ ਕੋਈ ਮੁੰਡਾ ਹੀ ਨਹੀਂ ਸੀਗਾ, ਉਹਨਾਂ ਹਿੰਦੀ 'ਚ ਵੀ ਮੇਰੇ ਨਾਲ ਗੱਲ ਕਰਨ ਦੀ ਟਰਾਈ ਵੀ ਨਹੀਂ ਕੀਤੀ, ਠੀਕ ਹੈ, ਹਾਂ, ਉਹ ਕਹਿੰਦੇ ਜਾਂ ਤਾਂ ਸਾਡੀ ਨੋ ਅੰਡਰਸਟੈਂਡ, ਐਂ ਕਰੀ ਜਾਣੋ, ਠੀਕ ਹੈ, ਜਾਂ ਤਾਂ ਉਹ ਅੰਗਰੇਜ਼ੀ 'ਚ ਕਹਿੰਦੇ ਗੱਲ ਕਰੋ ਅਤੇ ਜਾਂ ਤੁਸੀਂ ਕਰੋ ਆਪਣੀ ਲੋਕਲ ਲੈਂਗੁਏਜ, ਠੀਕ ਹੈ। ਅੰਗਰੇਜ਼ੀ ਵਾਲਾ ਵੀ ਮੈਂ ਤਾਂ ਗੱਲ ਕੀਤੀ ਕਿ ਮੈਨੂੰ ਇੱਕ ਸਟੋਰ ਵਾਲਿਆਂ ਨੇ ਟੋਟਲੀ ਮਨਾ ਕਰਤਾ, ਮਤਲਬ ਜਾਂ ਪਤਾ ਨਹੀਂ ਕਿਹੜੀ ਗੱਲੋਂ ਕਰਤਾ, ਮੇ ਬੀ ਅਸੀਂ ਪੱਗ ਬੰਨੀ ਹੁੰਦੀ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਉੱਥੋਂ ਹੈ। ਅਤੇ ਫਿਰ ਇੱਕ ਹੋਰ ਸਟੋਰ ਸੀਗਾ ਨਾਲ, ਅਸੀਂ ਉੱਥੇ ਗਏ ਹੈ ਨਾ, ਚਲੋ ਉਹਨਾਂ ਨੇ ਥੋੜ੍ਹਾ ਜਿਹਾ ਅੰਡਰਸਟੈਂਡ ਕੀਤਾ ਨਾ, ਫਿਰ ਉੱਥੇ ਇੱਕ ਮੇਰੇ ਫੋਲੋਵਰਸ ਜੀ ਕਹਿੰਦੇ ਹੁੰਦੇ ਵੀ ਅੱਜ ਕੱਲ੍ਹ ਇਹਦਾ ਵੀ ਫਾਇਦਾ ਮਿਲ ਜਾਂਦਾ। ਇੱਕ ਫੋਲੋਵਰ ਮੈਨੂੰ ਵੇਖ ਕੇ ਆ ਗਿਆ ਉਸ ਵੇਲੇ ਭੱਜਿਆ ਭੱਜਿਆ, ਕਹਿੰਦਾ ਆਪ ਦਿਆ ਕਰਨ ਹੋ ਨਾ, ਉਹਨੂੰ ਹਿੰਦੀ ਆਉਂਦੀ ਸੀ, ਅਤੇ ਮੈਂ ਕਿਹਾ ਹਾਂ ਕੇਰਲਾ 'ਚ ਉੱਥੇ ਮੁਨਾਰ ਦੇ ਵਿੱਚ ਹੀ, ਅਤੇ ਸ਼ਾਮ ਦਾ ਟਾਈਮ 'ਚ ਹਨੇਰੇ ਹੋਏ ਦਾ, ਉਹਨੇ ਗੱਡੀ ਵੇਖ ਲਈ, ਐਕਚੁਅਲੀ ਗੱਡੀ 'ਤੇ ਸਟਿਕਨਿੰਗ ਵਗੈਰਾ ਅਸੀਂ ਸਾਰੀ ਕੀਤੀ ਹੋਈ ਸੀਗੀ, ਅਤੇ ਫਿਰ ਆ ਮਿਲਿਆ ਉੱਥੇ, ਫਿਰ ਇੱਕ ਲੇਡੀ ਸੀਗੀ ਅਤੇ ਸਟੋਰ ਦੇ ਉੱਤੇ, ਅਤੇ ਉਹਨੇ ਫਿਰ ਉਹਨੇ ਵੇਖਿਆ ਕਿ ਇਹ ਟਰੈਵਲਰ ਆ, ਯੂਟਿਊਬਰ ਹੈ, ਹੈ ਨਾ, ਚਲੋ ਉਹਨਾਂ ਨੇ ਫਿਰ ਮੇਰੀ ਹੈਲਪ ਕੀਤੀ। ਫਿਰ ਜਾ ਕੇ ਬਾਈ ਮੈਨੂੰ ਕਿਤੇ ਉੱਥੋਂ ਦਵਾਈ ਮਿਲੀ, ਉਹ ਵੀ ਫਿਰ ਮੈਂ ਉਹਦੀ ਗੱਲ ਕਰਾਈ, ਉਹਨੇ ਇੰਗਲਿਸ਼ 'ਚ ਲਿਖ ਕੇ ਭੇਜੀਆਂ ਦਵਾਈਆਂ ਕਿ ਆਹ ਚਾਹੀਦੀਆਂ, ਅਤੇ ਫਿਰ ਉਹਨੇ ਮੇ ਬੀ ਮੈਨੂੰ ਲੱਗਦਾ ਕਿ ਜਾਣ ਕੇ ਤਾਂ ਚਲੋ ਨਹੀਂ ਕੀਤਾ ਹੋਊਗਾ ਉਹਨਾਂ ਨੇ, ਪਰ ਬਹੁਤ ਸਾਰੀਆਂ ਸਟੇਟਸ 'ਚ ਇਹ ਚੀਜ਼ ਦੀ ਪ੍ਰੋਬਲਮ ਹੈ। ਕਹਿੰਦੇ ਕਿ ਸਾਡੀ ਭਾਸ਼ਾ 'ਚ ਗੱਲ, ਸਾਡੀ ਭਾਸ਼ਾ 'ਚ ਗੱਲ ਕਰੋ, ਇਹ ਗੁਜਰਾਤ 'ਚ ਵੀ ਬਾਈ ਮੋਸਟਲੀ ਤੁਹਾਨੂੰ ਨਾ ਤਾਂ ਹਿੰਦੀ 'ਚ ਬੋਰਡ ਮਿਲਣਾ, ਤੁਹਾਨੂੰ ਜਾਂ ਮਿਲਣਾ ਇੰਗਲਿਸ਼ 'ਚ ਜਾਂ ਲੋਕਲ ਲੈਂਗੁਏਜ 'ਚ ਮਿਲਣਾ, ਠੀਕ ਹੈ। ਵੈਸਟ ਬੰਗਾਲ 'ਚ ਵੀ ਸੇਮ ਹਾਲ ਹੈ, ਠੀਕ ਹੈ, ਗੋਆ 'ਚ ਚਲੋ ਟੂਰਿਜ਼ਮ ਕਰਕੇ ਹੈਗਾ, ਜਿੱਥੇ ਜਿੱਥੇ ਟੂਰਿਜ਼ਮ ਹੈਗਾ ਉੱਥੇ ਉੱਥੇ ਸਰ ਜਾਂਦਾ, ਅਦਰਵਾਈਜ਼ ਕੋਈ ਕੰਪਰੋਮਾਈਜ਼ ਕਰਕੇ ਰਾਜੀ ਨਹੀਂ। ਅਤੇ ਸਾਡੇ ਜੇ ਪੰਜਾਬੀ ਅਸੀਂ, ਮੈਂ ਇਸ ਚੀਜ਼ ਦਾ ਮਾਣ ਸਮਝਦਾ, ਮੈਂ ਆਊਟ ਆਫ ਇੰਡੀਆ ਵੀ ਟਰੈਵਲ ਕੀਤਾ ਹੈ ਨਾ, ਅਤੇ ਅਸੀਂ ਫਿਰ ਵੀ ਟਰਾਈ ਕਰਦੇ ਹਾਂ ਉਹਨਾਂ ਦੀ ਲੈਂਗੁਏਜ ਸਿੱਖਣ ਦੀ ਜਾਂ ਉਹਨਾਂ ਦੀ ਲੈਂਗੁਏਜ 'ਚ ਗੱਲ ਕਰਨ ਦੀ। ਹੁਣ ਮੈਂ ਮੋਸਟਲੀ ਹਿੰਦੀ ਵੀ ਕਈ ਵਾਰੀ ਫਿਰ ਉੱਥੇ ਬੋਲ ਲੈਂਦਾ, ਕਿਉਂਕਿ ਹੋਰ ਹਾਲ ਹੀ ਕੋਈ ਨਹੀਂ ਹੈਗਾ, ਫਿਰ ਤੁਸੀਂ ਤਾਂ ਰਹਿ ਜਾਓਗੇ, ਰਾਜਸਥਾਨ ਚਲ ਜਾਈਏ ਅਤੇ ਉਹਨਾਂ ਨਾਲ ਵੀ ਹਿੰਦੀ 'ਚ ਗੱਲ ਕਰੀਏ ਤਾਂ ਫੇਰ ਹੀ ਹੈ, ਅਦਰਵਾਈਜ਼ ਉਹ ਵੀ ਤੁਹਾਨੂੰ ਰੋਟੀ ਵੀ ਨਹੀਂ ਮਿਲਣੀ ਇੱਕ ਢਾਬੇ 'ਤੇ, ਅਤੇ ਜਾਂ ਕਿਸੇ ਪਿੰਡ 'ਚ ਚਲ ਜਾਓ, ਕੋਈ ਨਹੀਂ ਪੁੱਛੂਗਾ, ਕਿ ਉਹਨਾਂ ਨੂੰ ਪਤਾ ਹੀ ਨਹੀਂ ਇਹਨਾਂ ਚੀਜ਼ਾਂ ਦਾ। ਅਤੇ ਸੋਸ਼ਲ ਮੀਡੀਆ ਦਾ ਚਲੋ ਫਾਇਦਾ ਹੋ ਰਿਹਾ ਲੋਕਾਂ ਨੂੰ, ਹੁਣ ਸਿੱਖ ਰਹੇ ਨੇ, ਅਤੇ ਇਹ ਇੱਕ ਲੈਂਗੁਏਜ ਵਾਲਾ ਇਸ਼ੂ ਬਹੁਤ ਤਕੜਾ, ਅਤੇ ਇਸ ਚੀਜ਼ ਦਾ। ਹੁਣ ਬਾਕੀ ਮੈਂ ਵੈਜੀਟੇਰੀਅਨ ਆ ਪਿਓਰ, ਹੈ ਨਾ, ਅਤੇ ਉਹਦਾ ਮੈਨੂੰ ਉੱਧਰ ਜਾ ਕੇ ਵੀ ਪੰਗਾ ਪਿਆ, ਅਤੇ ਉੱਥੇ ਸਾਰਾ ਹੀ ਨੌਨ ਵੈੱਜ ਹੈ, ਅਤੇ ਸਾਰਾ ਹੀ ਸੀ ਫੂਡ ਹੈ, ਤੇਲ ਵਗੈਰਾ ਨੇ, ਅਤੇ ਉੱਥੇ ਕੋਕੋਨਟ ਆਇਲ ਜ਼ਿਆਦਾ ਯੂਜ਼ ਕਰਦੇ ਆ ਉਹ, ਸਾਨੂੰ ਸਾਰਾ ਕੁਛ ਹੀ ਉਹ 'ਚ, ਕੇਲਾ ਵਗੈਰਾ ਸਾਰਾ ਉਹਦੇ 'ਚ ਹੀ ਮਿਲਣਾ, ਉੱਥੇ ਖਾ ਹੀ ਇਹੋ ਕੁਛ ਜਾਂਦੇ ਆ, ਅਤੇ ਇਹ ਚੀਜ਼ਾਂ ਦਾ ਹੈਗਾ ਇਫੈਕਟ। ਹੋਰ ਕੋਈ ਜ਼ਿੰਦਗੀ ਦਾ ਤਜ਼ਰਬਾ? ਤਜਰਬੇ ਬੜੇ ਨੇ, ਤਜਰਬੇ ਤਾਂ ਬਾਈ ਬੜੇ ਨੇ, ਹੈ ਨਾ, ਚਲੋ ਗੱਲਾਂ ਮੁੱਕਦੀਆਂ ਨਹੀਂ ਹੁੰਦੀਆਂ, ਕਹਿੰਦੇ ਹੁੰਦੇ ਹੁਣ ਸਾਰਿਆਂ ਨੂੰ ਸੋਹਣੀ ਜਗ੍ਹਾ ਇੰਡੀਆ ਦੇ ਵਿੱਚ ਲਦਾਖ, ਮੈਂ ਕਹੂੰਗਾ ਜਿਹੜਾ ਬੰਦੇ ਨੇ, ਕੇਰਲਾ ਵੀ ਸੋਹਣੀ ਜਗ੍ਹਾ ਘੁੰਮਣ ਨੂੰ, ਕੇਰਲਾ ਵੈਦਰ ਇਸ਼ੂਜ਼ ਬੜੇ, ਨਹੀਂ ਵੈਦਰ ਇਸ਼ੂਜ਼ ਬੜੇ, ਵੈਦਰ ਇਸ਼ੂਜ਼ ਬੜੇ ਤਕੜਾ ਇੱਕ ਮੁੱਦਾ ਹੈਗਾ ਇੰਡੀਆ ਦੇ ਵਿੱਚ ਵੀ, ਕਿਉਂਕਿ ਉੱਧਰੋਂ ਮੌਨਸੂਨ ਸ਼ੁਰੂ ਹੁੰਦੀ ਹੈ, ਥੱਲੇ ਜਾ ਕੇ ਮੁੱਕਦੀ ਹੈ, ਅਤੇ ਉਹ ਪਰ ਜਿਹੜਾ ਸਾਰਿਆਂ ਨੂੰ ਬੈਸਟ ਹੈਗਾ, ਕਿਉਂਕਿ ਆਪਣੇ ਇੱਕ ਆਪਾਂ ਇਸ ਚੀਜ਼ ਦੇ ਵੀ ਪ੍ਰਾਊਡ ਮੰਨਦੇ ਹਾਂ ਕਿ ਆਪਾਂ ਵਰਲਡ ਦੇ ਵਿੱਚ ਹਾਈਐਸਟ ਐਲਟੀਟਿਊਡ ਦੇ ਉੱਤੇ ਸਾਡੇ ਕੋਲ ਲੇਹ ਲਦਾਖ ਆ ਜਾਂਦਾ, ਠੀਕ ਹੈ, ਉੱਥੇ ਵਰਲਡ ਦਾ ਹਾਈਐਸਟ ਮੋਟਰੇਬਲ ਰੋਡ ਹੈਗਾ, ਲੋਕ ਉਹਨੂੰ ਉੱਥੇ ਡਰਾਈਵ ਕਰਨ ਲਈ ਆਉਂਦੇ ਆ, ਫਿਰ ਸਪੀਤੀ ਵੈਲੀ ਕਹਿ ਲਈਏ, ਉੱਥੇ
ਜਿੰਨੀ ਮਰਜ਼ੀ ਤੁਸੀਂ ਉਹਨੂੰ ਜਿੰਨਾ ਮਰਜ਼ੀ ਡੂੰਘਾਈ 'ਚ ਜਾ ਕੇ ਵੇਖ ਲਓ, ਅਤੇ ਜਿਹੜੀ ਅੱਜ ਕੱਲ੍ਹ ਦੌੜ ਲੱਗੀ ਹੋਈ ਹੈ ਦੁਨੀਆ ਦੀ, ਵੀ ਲੋਕ ਭੱਜੇ ਫਿਰਦੇ ਆ ਸੋਸ਼ਲ ਮੀਡੀਆ 'ਤੇ, ਅਸੀਂ ਵੀ ਬੈਠੇ ਹਾਂ ਰੀਲਸ ਸਕਰੋਲ ਕਰੀ ਜਾਂਦੇ ਹਾਂ, ਹੈ ਨਾ, ਅਤੇ ਸਾਡੇ ਮਾਇੰਡ 'ਤੇ ਉਹਦੇ ਬੜੇ ਇਫੈਕਟਸ ਵੀ ਪੈ ਰਹੇ, ਲੋਕ ਉਹਨੂੰ ਪੋਜ਼ੀਟਿਵਲੀ ਵੀ ਯੂਜ਼ ਕਰ ਰਹੇ ਆ, ਨੈਗੇਟਿਵਲੀ ਯੂਜ਼ ਕਰ ਰਹੇ ਆ, ਅਤੇ ਕਈ ਲੋਕਾਂ ਨੂੰ ਇਹ ਲੱਗਦਾ ਕਿ ਇਹ ਬੰਦਾ ਇੱਥੇ ਫਿਰ ਰਿਹਾ, ਉਹ ਨਿਹਰਾ ਝੂਠ ਹੈ। ਮਤਲਬ ਮੇਰਾ ਮੰਨਣਾ ਹੈ ਕਿ ਸੋਸ਼ਲ ਇਸ ਟਾਈਮ ਸਾਰਾ ਝੂਠ ਹੈ, ਰੀਅਲ ਲਾਈਫ ਕੋਈ ਨਹੀਂ ਦਿਖਾ ਰਿਹਾ ਉੱਥੇ, ਸਾਰੇ ਉੱਥੇ ਉਹ ਦਿਖਾ ਰਿਹਾ ਜੋ ਉਹ ਦਿਖਾਉਣਾ ਚਾਹੁੰਦੇ ਆ, ਜੋ ਤੁਹਾਨੂੰ ਫੀਲ ਕਰਾਉਣਾ ਚਾਹੁੰਦੇ ਆ। ਬਹੁਤ ਸਾਰੇ ਲੋਕ ਉਹਨੂੰ ਰਿਐਲਿਟੀ ਮੰਨਦੇ ਆ ਵੀ ਜੇ ਬੰਦਾ ਇੰਨਾ ਤਕੜਾ, ਹੁਣ ਮੈਂ ਤੁਸੀਂ ਅੱਗੇ ਸਪੋਂਸਰ ਦੀ ਗੱਲ ਕੀਤੀ ਸੀ ਹੈ ਨਾ ਬਾਈ, ਮੈਂ ਜਾ ਕੇ ਈਵੈਂਟਸ 'ਤੇ ਰਹਿੰਦਾ ਹੈ ਨਾ, ਲਾਈਕ ਮੈਂ ਮੈਨੂੰ ਟਾਟਾ ਸਪੋਂਸਰ ਕਰਦਾ ਜਾਂ ਕੁਛ ਵੀ ਕਰਦਾ ਬਾਈ, ਉਹ ਉਹਨਾਂ ਨੇ ਜਿਹੜੇ, ਮੈਂ ਤਾਜ 'ਚ ਵੀ ਰੁਕਿਆ ਹੋਇਆ ਬੋਂਬੇ ਵਾਲਾ, ਠੀਕ ਹੈ, ਮੈਂ ਅੱਜ ਵੀ, ਚਲੋ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਇੰਨੇ ਯੋਗੇ ਨਹੀਂ, ਪਰ ਚਲੋ ਅਸੀਂ ਨਹੀਂ ਹੈਗੇ, ਪਰਸਨਲੀ ਮੈਂ 9 ਲੱਖ ਰੁਪਏ ਦਾ ਰੂਮ ਲੈ ਕੇ ਰਹਿਣਾ ਚਾਹੂੰਗਾ ਵੀ ਆਪਣੇ ਕੋਲ, ਹੈ ਨਾ, ਚਲੋ ਉਹ ਕੰਪਨੀ ਨੇ ਸਪੋਂਸਰ ਕੀਤਾ ਅਸੀਂ ਰਹੇ, ਲੋਕਾਂ ਨੂੰ ਲੱਗਦਾ ਕਿ ਬਾਈ ਇਹ ਤਾਂ ਐਕਚੁਅਲ 'ਚ ਇਹਦੀ ਲਾਈਫ ਸਟਾਈਲ ਹੈ, ਇਹ ਇੱਦਾਂ ਆ, ਠੀਕ ਹੈ, ਪਰ ਉਹ ਸਾਰਾ ਸਪੋਂਸਰ ਸੀ ਅਤੇ ਅਸੀਂ ਉਹਨੂੰ ਇੰਜੋਏ ਕੀਤਾ, ਉਹਦੇ ਲਈ ਮਿਹਨਤ ਕੀਤੀ ਜ਼ਰੂਰ ਮੈਂ, ਠੀਕ ਹੈ, ਮੈਂ ਇਹ ਕਹਾਂਗੀ ਮੈਂ ਮਿਹਨਤ ਬਹੁਤ ਜ਼ਿਆਦਾ ਕੀਤੀ, ਅਤੇ ਅੰਤ ਕੋਈ ਨਹੀਂ ਹੈ ਕਿਸੇ ਚੀਜ਼ ਦਾ, ਅਤੇ ਲੋਕਾਂ ਨੂੰ ਜਿਹੜੇ ਮੈਨੂੰ ਦੇਖ ਰਹੇ ਜਾਂ ਫੋਲੋ ਕਰ ਰਹੇ ਉਹ ਆਪਣੇ ਵੀ ਘਰੇ ਤੰਗ ਕਰਦੇ ਹੋਣਗੇ, ਮੈਨੂੰ ਬਹੁਤ ਸਾਰੇ ਕਈ ਵਾਰੀ ਕਿਸੇ ਦੇ ਪੇਰੈਂਟਸ ਵੀ ਮਿਲਦੇ ਆ, ਰੋਕ ਵੀ ਲੈਂਦੇ ਆ ਰਾਹ 'ਚ ਕਿ ਯਾਰ ਦਿਆ ਕਰਨ ਤੂੰ ਆਹ ਚੀਜ਼ ਪਾਈ ਸੀ, ਹੈ ਨਾ, ਵੀ ਚਲੋ ਮੈਨੂੰ ਸੁਜੈਸ਼ਨ ਮੈਂ ਵੀ ਲੈਂਦਾ, ਮੇਰੇ ਲਈ ਵੀ ਉਹ ਫਿਊਚਰ 'ਚ ਕੰਮ ਆਉਂਦੀਆਂ ਨੇ ਚੀਜ਼ਾਂ, ਕਿ ਹਾਂ ਉਹਨਾਂ ਦੇ ਨਿਆਣਿਆਂ ਦੇ ਇਫੈਕਟ ਪੈਂਦੇ ਆ, ਉਹ ਤੁਹਾਨੂੰ ਫੋਲੋ ਕਰਦੇ ਆ, ਫਿਰ ਉਹ ਕਹਿੰਦੇ ਕਿ ਜੇ ਉਹਨੇ ਕੀਤਾ ਤਾਂ ਮੈਂ ਵੀ ਕਰਨਾ। ਸਾਡੇ ਲੋਕ NRIs ਨਾਲ ਕੰਪੇਅਰ ਕਰਦੇ, ਉਹ ਕਹਿੰਦੇ ਕਿ ਜਦੋਂ NRI ਉੱਥੇ ਫੋਟੋਆਂ ਪਾਉਂਦੇ ਆ ਉਹ ਕਿਸੇ ਦੀ, ਜਾਂ ਤਾਂ ਚਲੋ ਆਪਦੇ ਕੋਲੇ ਵੀ ਚਲੋ, ਕਿਉਂਕਿ ਉੱਥੇ ਸਾਰੀ ਜ਼ਿੰਦਗੀ ਦਇਆ ਕਰਨ ਬਾਈ ਉਹਦੇ ਤੇ ਚੱਲ ਰਹੀ ਹੈ, ਕਿਸ਼ਤਾਂ ਤੇ, ਕਿਸ਼ਤਾਂ ਤੇ ਤੁਸੀਂ ਮਸਟੈਂਗ ਲੈਣੀ ਹੈ, ਕੋਈ ਔਖੀ ਨਹੀਂ ਹੈ ਤੁਹਾਡੇ ਲਈ, ਤੁਸੀਂ ਲੈ ਲਓ ਡਾਊਨ ਪੇਮੈਂਟ ਤੇ, ਔਰ ਤੁਹਾਡਾ ਕੁਛ ਡਾਲਰ ਜਿਹੜਾ ਉਹ ਉੱਪਰ ਹੋ ਸਕਦਾ, ਸਾਰੀ ਜ਼ਿੰਦਗੀ ਲਈ ਤੁਸੀਂ ਭਰਦੇ ਰਹੋ, ਪਤਾ ਨਹੀਂ 20 ਸਾਲ 15 ਸਾਲ ਜਿੰਨੇ ਵੀ, ਔਰ ਉਦੋਂ ਉਹ ਫੋਟੋਆਂ ਜੀਆਂ ਪਾਉਂਦੇ ਆ, ਫਿਰ ਬੰਦਿਆਂ ਨੂੰ ਲੱਗਦਾ ਇਹਨਾਂ 'ਤੇ ਲਾਈਫ ਦੇਖੋ, ਇੱਥੇ ਕੁਛ ਨਹੀਂ ਸੀਗੀ, ਉੱਥੇ ਜਾ ਕੇ ਤਾਂ ਮਸਟੈਂਗ ਲੈ ਲਈ, ਉੱਥੇ ਐਗਜ਼ਾਮਪਲ ਦੇ ਤੌਰ 'ਤੇ, ਫਿਰ ਇੱਥੇ ਜਦੋਂ ਆਉਂਦੇ ਆ ਉਦੋਂ ਵੀ ਚਲੋ ਕੋਈ ਗੱਡੀ ਕਢਾ ਲੈਂਦੇ, ਪਰ ਜਿਹੜਾ ਉਹ ਸਾਰੀ ਦਿਹਾੜੀ ਜਾਂ ਡਬਲ ਸ਼ਿਫਟਾਂ ਲਾ ਕੇ ਕੰਮ ਕਰਦੇ ਆ ਉਹ ਨਹੀਂ, ਉਹ ਲਾਈਫ ਨਹੀਂ ਦੇਖਦੀ ਕਿਸੇ ਨੂੰ, ਨਾ ਉਹ ਦਿਖਾਉਣਾ ਚਾਹੁੰਦੇ ਆ। ਇਹ ਵੀ ਨਾ ਕਿ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਬਾਈ, ਵੈਸੇ ਨਾ ਚਲੋ ਤੁਸੀਂ ਵੀ ਇਸ ਚੀਜ਼ ਮੈਨੂੰ ਵਧੀਆ ਲੱਗਿਆ, ਤੁਸੀਂ ਵੀ ਇੰਟਰਸਟ ਰੱਖਦੇ ਹੋ ਨਾ, ਸਾਰਾ ਕੁਛ ਰੱਖਦੇ ਹੋ, ਚਲੋ ਤੁਹਾਡੀ ਲਾਈਨ ਵੀ ਹੈ ਬਾਈ, ਇਹ ਬੜਾ ਹੀ ਤਕੜਾ ਮੁੱਦਾ, ਮਤਲਬ ਨਾ ਜਿੱਦਾਂ ਹੁਣ ਮੇਰੇ ਨਾ, ਮੈਂ ਅੱਜ ਵੀ ਕਹਾਂ ਸ਼ੋਅ ਆਫ ਹੈ, ਬੇਸਿਕਲੀ ਸ਼ੋਅ ਆਫ ਤੇ ਇੱਕ ਬੰਨੇ ਰਹਿ ਗਿਆ ਬਾਈ, ਲੋਕ ਨਾ ਕਰਜ਼ੇ ਲੈ ਕੇ ਵੀ ਇੱਕ ਦੂਜੇ ਨੂੰ, ਮੇਰੇ ਖੁਦ ਕਈ ਸਰਕਲ 'ਚ ਇੱਦਾਂ ਦੇ ਬੰਦੇ ਹੈਗੇ ਆ ਵੀ ਜਦੋਂ ਇੱਕ ਸਟੋਰੀ ਭਾਵੇਂ ਆ ਜਿਹਨੇ ਲਈ ਵੀ ਲਈ, ਉਹ ਦੂਜਾ ਬੰਦਾ ਵੇਖ ਕੇ ਮੈਨੂੰ ਖੁਦ ਫੋਨ ਕਰ ਦਿੰਦਾ ਕਿ ਯਾਰ ਉਹਨੇ ਲੈ ਲਈ ਆ, ਮੈਨੂੰ ਵੀ ਇਹ ਚਾਹੀਦੀ ਆ, ਦੱਸ ਕਿੰਨੀ ਬਲੈਕ ਦੇਣੀ ਆ। ਮਤਲਬ ਇੱਥੋਂ ਤੱਕ ਦਿਮਾਗ ਖਰਾਬ ਨੇ, ਅਤੇ ਲੋਕ ਨਹੀਂ ਸੋਚਦੇ ਸੱਚੀ ਵੀ ਸਾਡੇ 'ਤੇ ਕਿੰਨਾ ਲੋਡ ਪੈ ਜਾਣਾ, ਭਾਵੇਂ ਕਿ ਜਿਹੜੀ ਤੁਸੀਂ ਬਾਹਰ ਦੀ ਗੱਲ ਕੀਤੀ ਹੈ, ਮੋਸਟਲੀ ਅੱਜ ਕੱਲ੍ਹ ਆਪਣੇ ਪੰਜਾਬੀਆਂ 'ਚ ਇਹੋ ਕਰੇਜ਼ ਹੈ ਵੀ ਜਾਂਦਿਆਂ ਪਹਿਲਾਂ ਅਸੀਂ ਗੱਡੀ ਦੀ ਸਟੋਰੀ ਪੈਣੀ ਚਾਹੀਦੀ ਹੈ, ਮਤਲਬ ਕਿ ਬਾਕੀ ਚੀਜ਼ਾਂ ਬਾਅਦ 'ਚ ਨੇ, ਗੱਡੀ ਆਪਣੀ ਹੈ ਕਿ ਬਗਾਨੀ ਹੈ ਇਹ ਵੀ ਨਹੀਂ ਪਤਾ, ਠੀਕ ਹੈ, ਅਤੇ ਆਪਣੀ ਗੱਡੀ ਲੈਣ ਵਾਸਤੇ ਰੂਲ ਐਂਡ ਰੈਗੂਲੇਸ਼ਨਸ ਜਾਂ ਹੋਰ ਵੀ ਕੁਛ ਬਹੁਤ ਪੰਗੇ ਆ। ਇੰਡੀਆ ਦੀ ਗੱਲ ਕਰ ਲਈਏ ਬਾਈ, ਜਦੋਂ NRIs ਇੰਡੀਆ ਆਉਂਦੇ ਆ, ਇਸ ਟਾਈਮ ਮੈਂ ਪਰਸਨਲੀ ਦੱਸਾਂ ਜਿੰਨਾ ਕਿ ਮੇਰਾ ਸਰਕਲ ਆ ਜਾਂ ਮੈਂ ਸਮਝਦਾ, ਪੰਜਾਬ ਨੂੰ ਰਨ NRIs ਕਰ ਰਹੇ ਨੇ, ਜੇ NRIs ਭਰਾ ਨਾ ਹੋਣ, ਜੇ ਉਹ ਸਾਨੂੰ ਸਪੋਰਟ ਨਾ ਕਰਨ, ਮੈਂ ਕਹਿੰਦਾ ਕਿ ਅੱਧਾ ਪੰਜਾਬ ਅੱਜ ਵੀ ਖਤਮ ਹੋ ਜਾਂਦਾ, ਜਿਹੜਾ ਜੇ ਪੰਜਾਬ ਅੱਜ ਵੀ ਗਰੋ ਕਰ ਰਿਹਾ ਨਾ, ਪੰਜਾਬ ਦਾ ਏਡਾ ਨਾਮ ਆ, ਅਤੇ ਉਹ ਬਾਹਰ ਵਾਲੇ ਵੀਰਾਂ ਕਰਕੇ ਹੀ ਹੈ, ਮੇਰੇ ਨਾਲ ਹਾਂ ਮੇਰੇ ਨਾਲ ਵੀ ਬਹੁਤ ਸਾਰੇ ਵੀਰ ਜੁੜੇ ਨੇ, ਕਿਉਂਕਿ ਉਹ ਬਿਜ਼ਨਸ ਦੇ ਰਹੇ ਆ ਪੰਜਾਬ ਨੂੰ, ਠੀਕ ਹੈ, ਮਤਲਬ ਉਹ ਇੱਥੇ ਆਉਂਦੇ ਆ, ਵਿਆਹ ਕਰਦੇ ਆ, ਉੱਤੇ ਇੰਨਾ ਖਰਚਾ ਹੁੰਦਾ, ਰੈਂਟਲ ਕਾਰਸ ਵਾਲੇ ਬੰਦੇ ਨੇ ਕਈ, ਹੈ ਨਾ, ਲਾਈਕ ਕਈ ਰਿਸੋਰਟ ਨੇ, ਉਹ ਆਪਣੇ ਘਰਾਂ 'ਤੇ ਪੈਸਾ, ਹੁਣ ਬਹੁਤ ਸਾਰੇ ਵੀਰਾਂ ਨੇ ਕਰੋੜਾਂ ਰੁਪਏ ਕੋਠੀਆਂ 'ਤੇ ਵੀ ਲਾਏ ਨੇ, ਮੈਂ ਬਹੁਤ ਸਾਰੇ ਵਲੌਗਸ ਉਹਦੇ ਵੀ ਥੋੜ੍ਹੇ ਬਹੁਤੇ ਮੇਰੇ ਸਰਕਲ ਵਾਲੇ ਹੈਗੇ, ਮੈਂ ਕੀਤੇ ਸੀ, ਹੈ ਨਾ, ਅਤੇ ਉਹਨਾਂ ਭਰਾਵਾਂ ਕਰਕੇ ਹੀ ਫਾਇਦਾ, ਪਰ ਫੁਕਰਪੰਥੀ ਵੀ ਕਈ ਬੰਦਿਆਂ 'ਚ ਬਹੁਤ ਜ਼ਿਆਦਾ, ਅਤੇ ਚਲੋ ਅਸੀਂ ਫੁਕਰਪੰਥੀ ਕਹਿ ਲਓ, ਅਤੇ ਬਾਕੀ ਇਹ ਵੀ ਨਹੀਂ ਮੈਂ ਕਹਿੰਦਾ, ਮਿਹਨਤ ਵੀ ਬਾਈ ਬਹੁਤ ਸਾਰੇ NRIs ਕਰਦੇ ਆ, ਉਹਨਾਂ ਨੂੰ ਵੇਖ ਵੇਖ ਕੇ ਸਾਡੇ ਵਰਗੇ ਬੰਦੇ ਵੀ ਇੱਥੇ ਕਈ ਵਾਰੀ ਕਰਦੇ ਆ, ਪਰ ਕੰਪੈਰੀਜ਼ਨ ਕੋਈ ਨਹੀਂ ਹੈ ਬਾਹਰ ਦਾ, ਪੰਜਾਬ ਨਾਲ ਕੰਪੈਰੀਜ਼ਨ ਕੋਈ ਨਹੀਂ ਹੋ ਸਕਦਾ, ਕਿਉਂਕਿ ਬਾਹਰ ਦੇ ਸਿਸਟਮ ਨੂੰ ਅਸੀਂ ਇੱਥੋਂ ਨਾਲ ਨਹੀਂ ਮੈਚ ਕਰ ਸਕਦੇ, ਟਰਾਏ ਤਾਂ ਚਲੋ ਸਰਕਾਰ ਕਰੀ ਜਾਂਦੀ ਹੈ, ਅਤੇ ਪਰ ਇਹ ਫਿਰ ਕਈ ਚੀਜ਼ਾਂ 'ਚ ਇਹਨਾਂ ਦੀਆਂ ਵੀ ਹੈਗੀਆਂ ਨੇ, ਕਮਜ਼ੋਰੀਆਂ ਹੈਗੀਆਂ ਨੇ, ਇਸ਼ੂਜ਼ ਹੈਗੇ ਆ, ਪੇਪਰ ਵਰਕ 'ਚ ਬਹੁਤ ਟਾਈਮ ਲਾ ਦਿੰਦੇ ਆ, ਕਈ ਚੀਜ਼ਾਂ ਲੀਗਲੀ ਨਹੀਂ ਹੈਗੀਆਂ, ਹੁਣ ਮੋਡੀਫਿਕੇਸ਼ਨ ਦੀ ਅਸੀਂ ਗੱਲ ਕੀਤੀ ਸੀ, ਮੋਡੀਫਿਕੇਸ਼ਨ ਲੀਗਲੀ ਵੀ ਕਈ ਚੀਜ਼ਾਂ ਦੀ, ਜਿੱਦਾਂ ਟਾਇਰ ਚੇਂਜ ਕਰਾਇਆ ਅਤੇ ਉਹਨੂੰ ਲੀਗਲੀ ਵੀ RC 'ਤੇ ਚੇਂਜ ਹੋ ਜਾਂਦੇ ਆ, ਇੱਥੇ ਬਹੁਤ ਸਾਰੇ ਆਪਾਂ RTO ਆਫਿਸ ਚਲ ਜਾਈਏ ਅਤੇ ਉਹ ਕਹਿੰਦੇ ਹੋ ਹੀ ਨਹੀਂ ਸਕਦਾ, ਕਿਉਂਕਿ ਉਹਨਾਂ ਨੂੰ ਖੁਦ ਨੌਲੇਜ ਨਹੀਂ ਹੈਗੀ ਉਸ ਚੀਜ਼ ਦੀ, ਤੁਹਾਨੂੰ ਕੱਢ ਕੇ ਦੇਣੇ ਪੈਂਦੇ ਆ ਫੋਰਮਸ ਕਿ ਆਹ ਚੀਜ਼ ਹੈ, ਅਤੇ ਲਗਜ਼ਰੀ ਸੈਗਮੈਂਟ ਦੀ ਤੁਸੀਂ ਗੱਲ ਕੀਤੀ, ਜਿੰਨਾ ਪੈਸਾ ਗੱਡੀਆਂ 'ਤੇ ਜਾਂ ਇਹਨਾਂ ਚੀਜ਼ਾਂ 'ਤੇ ਪੰਜਾਬੀ NRIs ਲਾਉਂਦੇ ਆ, ਕੋਈ ਨਹੀਂ ਲਾਉਂਦਾ, ਇਹ ਪਹਿਲਾ ਸ਼ੌਂਕ ਪੰਜਾਬੀਆਂ ਦਾ ਇਹੋ ਹੀ ਆ ਵੀ ਗੱਡੀ ਤਕੜੀ ਵਾਲ ਕੇ ਰੱਖਣੀ ਹੈ, ਹਾਂ, ਮਤਲਬ ਉਹ ਹੁਣ ਜਿੱਦਾਂ
ਪ੍ਰੋਡਕਟ ਆ ਗਿਆ ਕਿ ਉਹ ਉੱਤੋਂ ਵੀ ਉੱਤੇ ਚਲ ਗਿਆ, 1,00,000 ਰੁਪਈਆ ਉਹਦੀ ਕੋਸਟ ਆਉਂਦੀ ਹੈ ਹੈ ਨਾ ਕਰਨ ਦੀ। ਅਤੇ ਮੈਂ ਮੰਨਦਾ ਕਿ 1,50,000 ਰੁਪਏ 'ਚ ਪੇਂਟ ਵੀ ਗੱਡੀ ਦਾ ਹੋ ਜਾਂਦਾ, ਅਤੇ ਪਰ ਫਿਰ ਵੀ ਲੋਕ ਕਰਾ ਰਹੇ ਕਿਉਂਕਿ ਲੋਕਾਂ ਨੂੰ, ਪੰਜਾਬੀਆਂ ਨੂੰ ਚਮਕਦੀ ਗੱਡੀ ਚਾਹੀਦੀ ਹੈ, ਇੱਕ ਦਾਗ ਵੀ ਨਹੀਂ ਹੋਣਾ ਚਾਹੀਦਾ, ਟਾਇਰ ਅਲੋਏ ਚੱਕਵੇਂ ਹੋਣੇ ਚਾਹੀਦੇ ਆ, ਅਤੇ ਉਹਦੇ ਲਈ ਮਿਹਨਤ ਵੀ ਕਰਦੇ ਆ ਬਹੁਤ ਸਾਰੇ। ਪਰ ਵੇਖੋ ਵੇਖੀ ਵਾਲਾ ਜਿਹੜਾ ਮੁੱਦਾ ਵਾ ਉਹ ਬਹੁਤ ਤਕੜਾ, ਅਤੇ ਇਹ ਚੀਜ਼ ਸਮਝਣ ਦੀ ਵੀ ਲੋੜ ਹੈ ਕਿ ਇੱਕ ਲੋੜ ਨਾਲ ਚੀਜ਼ ਲੈਣੀ, ਇੱਕ ਤੁਸੀਂ ਵੈਸੇ ਕਿਸੇ ਨੂੰ ਦਿਖਾਉਣ ਵਾਸਤੇ ਆਪਣਾ ਝੱਗਾ ਚੌੜਾ ਕਰਾ ਰਹੇ ਹੋ, ਉਹ ਤਾਂ ਫਿਰ ਮਾੜੀ ਗੱਲ ਹੈ। ਅਤੇ ਸਿਆਣੇ ਬੰਦੇ ਨਹੀਂ ਇਹ ਚੀਜ਼ ਕਰਦੇ, ਅੱਜ ਕੱਲ੍ਹ ਏਸੀ ਦਾ ਰੌਲਾ ਹੈਗਾ ਬਹੁਤ ਜ਼ਿਆਦਾ। ਬੇਸਿਕਲੀ ਤਾਂ ਸ਼ੋਅ ਆਫ ਹੈ ਇਹ, ਜਾਂ ਠੀਕ ਹੈ ਜਿਹਦੇ ਕੋਲ ਜਿਹੜਾ ਅਗਲਾ ਕਹਿੰਦਾ ਭਾਈ ਮੇਰੇ ਕੋਲ ਹੈਗਾ, ਮੈਂ ਆਪਦੇ ਬਾਪੂ ਦੀ ਜੇਬ 'ਚ ਲਾ ਰਿਹਾ, ਤੁਹਾਡਾ ਕੀ ਜਾ ਰਿਹਾ ਬਾਈ? ਇੱਥੇ ਵੀ ਨਾ ਇੱਕ ਗੱਲ ਹੈ ਵੀ ਤੁਸੀਂ ਲਾ ਤਾਂ ਭਾਵੇਂ ਆਪਣੇ ਬਾਪੂ ਦੀ ਜੇਬ 'ਚ ਰਹੇ ਹੋ ਜਾਂ ਕਿਤੋਂ ਵੀ ਲਾ ਰਹੇ ਹੋ, ਲੱਗਦੇ ਤੁਹਾਡੇ ਰਹੇ ਨੇ ਨਾ, ਅਤੇ ਉਹਦੇ ਤੁਹਾਡੇ ਯੂਜਿਸ ਕਿੱਦਾਂ ਨੇ ਹੈ ਨਾ। ਹੁਣ ਮੈਂ ਇੱਕ ਨੋਰਮਲ ਗੱਲ ਕਰਾਂ ਵੀ ਜੇ ਅੱਜ ਅਸੀਂ ਵੀ ਚੰਡੀਗੜ੍ਹ ਆਉਂਦੇ ਹਾਂ ਹੈ ਨਾ, ਮੋਹਾਲੀ ਆਉਂਦੇ ਹਾਂ, ਅਸੀਂ ਜੇ ਬਿਨਾਂ ਕੰਮ ਤੋਂ ਆਉਂਦੇ ਹਾਂ ਤਾਂ ਇੱਕ ਫੋਰਚੂਨਰ ਗੱਡੀ ਆ ਅਤੇ ਉਹ ਆਲਮੋਸਟ ਮੈਂ ਮੰਨ ਕੇ ਚੱਲਦਾ ਵੀ 6,000-7,000 ਤੋਂ 8,000 ਦਾ ਤੇਲ ਖਾ ਜਾਂਦੀ ਹੈ। ਇੱਕ ਤੁਸੀਂ ਸਵਿਫਟ ਗੱਡੀ 'ਤੇ ਆਉਂਦੇ ਹੋ ਤਾਂ ਬਾਈ ਉਹ 2,500 ਤੋਂ ਲੈ ਕੇ ਤਾਂ ਮੈਨੂੰ ਲੱਗਦਾ ਵਾ ਕਿ 4,000 ਰੁਪਏ 'ਚ ਮੁੜ ਜਾਂਦੀ ਹੈ। ਠੀਕ ਹੈ, ਆਪਣੀਆਂ ਲੋੜਾਂ ਨੂੰ ਸਮਝਣਾ ਚਾਹੀਦਾ, ਇਹਨਾਂ ਚੀਜ਼ਾਂ 'ਚ ਕੁਛ ਨਹੀਂ ਰੱਖਿਆ। ਜੇ ਤੁਸੀਂ ਉਸ ਚੀਜ਼ ਦੀ ਇਨਵੈਸਟਮੈਂਟ ਕਿਤੇ ਹੋਰ ਕਰ ਲਓਗੇ, ਕਿਉਂਕਿ ਗੱਡੀ ਇੱਕ ਇੱਦਾਂ ਦਾ ਪ੍ਰੋਡਕਟ ਹੈ ਜਾਂ ਇਹ ਚੀਜ਼ਾਂ ਇੱਦਾਂ ਦਾ ਪ੍ਰੋਡਕਟ ਹੈ ਕਿ ਇਹ ਥੱਲੇ ਹੀ ਆਉਣੇ ਆ, ਇਹ ਕਦੀ ਵਧਣੇ ਨਹੀਂ ਹੈਗੇ। ਹਾਂ, ਜਾਂ ਬੜਾ ਤੁਹਾਡੇ ਕੋਲ ਐਂਟੀਕ ਪੀਸ ਆ ਕੋਈ, ਜਿੱਦਾਂ ਅਸੀਂ ਕੁਛ ਵਿੰਟੇਜ ਵਲੌਗ ਵੀ ਕਰਦੇ ਹੁੰਦੇ ਹਾਂ, ਅਤੇ ਉਹ ਚੀਜ਼ਾਂ ਦੀ ਵੈਲਿਊ ਜ਼ਰੂਰ ਵੱਧਦੀ ਹੈ, ਇਹਦੀ ਨਹੀਂ ਵਧਣੀ। ਇਹਦੇ ਨਾਲ ਉਹ ਜਿਹੜੇ ਪੈਸੇ ਤੁਸੀਂ ਬਾਈ ਉਹ ਗੱਡੀਆਂ 'ਤੇ ਜਾਂ ਆਪਣੇ ਪਿਓ ਨੂੰ ਤੰਗ ਕਰਕੇ ਜਾਂ ਆਪਣੇ ਘਰਦਿਆਂ ਨੂੰ ਤੰਗ ਕਰਕੇ, ਹਾਂ ਤੁਸੀਂ ਆਪਣੀ ਮਿਹਨਤ ਨਾਲ ਲੈ ਰਹੇ ਹੋ। ਹੁਣ ਜਿੱਦਾਂ ਬਹੁਤ ਸਾਰੇ ਮੇਰੇ ਦੋਸਤ ਵੀ ਜੁੜੇ ਹੋਏ, ਉਹਨਾਂ ਕੋਲ ਸੁਪਰ ਕਾਰਸ ਵੀ ਨੇ, ਲਗਜ਼ਰੀ ਸੈਗਮੈਂਟ ਵੀ ਹੈਗਾ ਹੈ ਨਾ, ਉਹ ਪਰ ਆਪਣੀ ਮਿਹਨਤ ਦੀਆਂ ਲੈ ਰਹੇ ਆ। ਪਿਓ ਨੂੰ ਤੁਸੀਂ ਕਿੰਨਾ ਕੁ ਚਿਰ ਤੰਗ ਕਰੇ, ਕੱਲ੍ਹ ਨੂੰ ਫਿਰ ਤੁਸੀਂ ਵੀ ਤਾਂ ਤੰਗ ਹੋਣਾ ਹੀ ਹੈ। ਅਤੇ ਬਾਕੀ ਸ਼ੌਂਕ ਬਾਈ ਜਿਹੜਾ ਵਾ ਹਾਰਡਲੀ ਮੈਨੂੰ ਲੱਗਦਾ ਕਿ 2-4 ਮਹੀਨਿਆਂ 'ਚ ਖਤਮ ਹੋ ਜਾਂਦਾ ਹੁੰਦਾ ਵਾ, ਜਦੋਂ ਤੇਲ ਪਾਉਣ ਜੋਗਾ ਵੀ ਨਾ ਬੰਦੇ ਕੋਲ ਮਗਰ ਕੁਛ ਬਚੇ ਨਾ, ਅਤੇ ਫਿਰ ਉਹ ਚੀਜ਼ਾਂ ਘਰੇ ਹੀ ਖੜੀਆਂ ਰਹਿ ਜਾਂਦੀਆਂ। ਫਿਰ ਬੰਦਾ ਕਹਿੰਦਾ ਕਿ ਹੁਣ ਕਿਸ਼ਤਾਂ ਵਾਲੇ ਘਰੇ ਆ ਜਾਂਦੇ ਆ। ਅਤੇ ਇੱਕ ਇਹ ਵੀ ਸਰਕਾਰਾਂ ਕਹਿ ਸਕਦੇ ਹਾਂ ਕਿ ਏਸੀ 'ਤੇ ਵੀ ਬਹੁਤ ਕੰਮ ਕੀਤਾ ਕਿ ਜਿੰਨੀ ਛੇਤੀ ਲੋਨ ਪੰਜਾਬ 'ਚ ਇਸ਼ੂ ਹੁੰਦਾ ਕਿਸੇ ਸਟੇਟ 'ਚ ਨਹੀਂ ਹੁੰਦਾ। ਤੁਸੀਂ ਕਦੀ ਕਿਤੇ ਨੂੰ ਪੁੱਛ ਕੇ ਵੇਖ ਲਿਓ, ਪੰਜਾਬ 'ਚ ਵਿਦਿਨ 2 ਘੰਟਿਆਂ 'ਚ ਲੋਨ ਕਰਕੇ ਦੇ ਦਿੰਦੇ ਆ ਤੁਹਾਨੂੰ ਗੱਡੀ 'ਤੇ। ਠੀਕ ਹੈ, ਬਾਕੀ ਸਟੇਟਾਂ ਦੇ ਵਿੱਚ ਬਈ ਹਫ਼ਤੇ ਲੱਗ ਜਾਂਦੇ ਆ, ਲੋਨ ਨਹੀਂ ਮਿਲਦਾ ਤੁਹਾਨੂੰ ਗੱਡੀ ਉੱਤੇ। ਅਤੇ ਇਹ ਪਤਾ ਨਹੀਂ ਸਰਕਾਰਾਂ ਦੀਆਂ ਪਾਲਿਸੀਆਂ ਹੋ ਸਕਦੀਆਂ ਕੀ ਹੋ ਸਕਦਾ, ਅਤੇ ਪਰ ਹੈਗੀ ਫੁਕਰਪੰਥੀ ਹੈ, ਲੋੜਾਂ ਵੇਖਣੀਆਂ ਚਾਹੀਦੀਆਂ ਨੇ ਵੀ ਤੁਹਾਡਾ ਕਿਚ ਸਰਦਾ, ਅਤੇ ਤੁਸੀਂ ਕਿਸੇ ਨੂੰ ਵਿਖਾ ਕੇ ਕੀ ਲੈਣਾ। ਗੱਲ ਤਾਂ ਉਹ ਆ ਵੀ ਪੀੜ ਜਿਹੜੀ ਤੁਹਾਨੂੰ ਹੋਣੀ ਉਹ ਤੁਹਾਨੂੰ ਹੀ ਹੋਣੀ ਹੈ, ਅਤੇ ਫਿਰ ਤੁਸੀਂ ਆਪ ਤੰਗ ਹੁੰਦੇ ਹੋ, ਫੈਮਿਲੀ ਨੂੰ ਤੰਗ ਕਰਦੇ, ਪਰ ਤੁਸੀਂ ਇਹ ਚੀਜ਼ਾਂ ਕਿਸੇ ਨੂੰ ਸਮਝਾ ਨਹੀਂ ਸਕਦੇ। ਅਤੇ ਅਸੀਂ ਵੀ ਕਈ ਵਾਰੀ ਗਾਈਡੈਂਸ ਦੇ ਦਿੱਤੀ ਕਿ ਬਾਈ 2 ਇੰਚ ਲੋਏ ਨਾ ਪਾਓ, ਤੁਹਾਡੇ ਪੈਸੇ ਵੀ ਬਚਦੇ ਆ, 20 ਇੰਚ ਲੋਏ ਜੈਨੂਨ ਹੈ ਹੈ ਨਾ ਗੱਡੀ ਦੇ ਹਿਸਾਬ ਨਾਲ। ਅਤੇ ਸਾਨੂੰ ਵੀ ਫਿਰ ਕਈ ਵਾਰੀ ਬੰਦੇ ਕਹਿੰਦੇ ਕਿ ਯਾਰ ਇਹਨੂੰ ਕਿਉਂ ਫੋਨ ਕਰ ਲਿਆ ਹੈ ਨਾ, ਇਹ ਤਾਂ ਹੁਣ ਨਿਆਣੇ ਲੜ ਪੈਂਦੇ ਕਈ ਵਾਰੀ ਹੈ ਨਾ ਉਹਨਾਂ ਦੇ ਵੀ ਨਹੀਂ ਯਾਰ ਬਾਈ ਇਹ ਤਾਂ 22 ਪਾਉਣੇ ਸੀ ਹੈ ਨਾ, ਅਤੇ 22 ਨਾਲ ਪ੍ਰੋਫਾਈਲ ਇੰਨੀ ਕੁ ਰਹਿ ਜਾਂਦੀ ਹੈ, ਕੱਲ੍ਹ ਨੂੰ ਤੁਹਾਡੀ ਗੱਡੀ ਦਾ ਟਾਇਰ ਫਟ ਗਿਆ, ਰੋਡ ਏਡੇ ਵਧੀਆ ਨਹੀਂ ਆ, ਐਕਸੀਡੈਂਟ ਦਾ ਕੋਜ਼ ਬਣ ਜਾਂਦਾ ਉਹ, ਅਤੇ ਇਹ ਚੀਜ਼ਾਂ ਨੇ। ਸੋਸ਼ਲ ਮੀਡੀਆ ਦੇ ਯੂਜ਼ ਔਰ ਮਿਸਯੂਜ਼ ਦੀ ਜਦੋਂ ਗੱਲ ਹੁੰਦੀ ਹੈ ਤਾਂ ਇਹ ਆਉਂਦਾ ਨਿਕਲ ਕੇ ਸਾਹਮਣੇ ਕਿ ਸੋਸ਼ਲ ਮੀਡੀਆ ਨੇ ਬਹੁਤ ਸਾਰੇ ਲੋਕਾਂ ਨੂੰ ਸਟਾਰ ਵੀ ਬਣਾਇਆ, ਦਿਨ ਰਾਤੋਂ ਰਾਤ ਚਮਕਾਤਾ ਉਹਨਾਂ ਨੂੰ। ਬਹੁਤ ਸਾਰੇ ਮਿਸਯੂਜ਼ ਇੱਦਾਂ ਦੇ ਆ ਕਿ ਕਿਸੇ ਦੀ ਵੀਡੀਓ ਵਾਇਰਲ ਹੋ ਗਈ, ਕਿਸੇ ਦਾ ਪ੍ਰਾਈਵੇਟ ਵੀਡੀਓ ਵਾਇਰਲ ਹੋ ਗਿਆ ਹੈ ਨਾ, ਕੋਈ ਕਿਸੇ ਨੂੰ ਬਲੈਕਮੇਲ ਕਰ ਰਿਹਾ ਸੋਸ਼ਲ ਮੀਡੀਆ 'ਤੇ, ਇਸ ਤਰ੍ਹਾਂ ਦੀ ਗੱਲ ਹੈ। ਪਰ ਸੋਸ਼ਲ ਮੀਡੀਆ ਦੇ ਜੇ ਸਹੀ ਯੂਜ਼ ਹੋਵੇ ਤਾਂ ਫਾਇਦੇ ਬਹੁਤ ਸਾਰੇ ਆ। ਬਹੁਤ ਸਾਰੇ ਦਇਆਕਰਨ ਸੋਸ਼ਲ ਮੀਡੀਆ ਨੇ ਬਣਾਏ ਆ। ਹਾਂ ਬਣਾਇਆ, ਇਹਦੇ 'ਚ ਮੈਨੂੰ ਖੁਦ ਸੋਸ਼ਲ ਮੀਡੀਆ ਨੇ ਬਣਾਇਆ, ਨਹੀਂ ਤਾਂ ਸਾਨੂੰ ਮੈਨੂੰ ਵੀ ਕਿਹਨੇ ਜਾਣਦਾ ਸੀ ਜਾਂ ਕਿਹਨੇ ਪੁੱਛਣਾ ਸੀਗਾ। ਕਹਿੰਦੇ ਹੁੰਦੇ ਨਾ ਵੀ ਜੇ ਸਿੱਧਾ ਹੱਥ ਵੱਧ ਪੁੱਠਾ ਵੀ ਹੁੰਦਾ, ਠੀਕ ਹੈ। ਅਤੇ ਮੈਂ ਤਾਂ ਇਗਜ਼ਾਮਪਲ ਦਿੰਦਾ ਹੁੰਦਾ ਵੀ ਜੇ ਇੱਕ ਸਵੇਰੇ ਉੱਠ ਕੇ ਆਪਣਾ ਹੱਥ ਹੀ ਵੇਖ ਲਈਏ ਤਾਂ 5 ਉਂਗਲਾਂ ਇੱਕੋ ਜਿਹੀਆਂ ਨਹੀਂ ਹੈਗੀਆਂ, 19-21 ਦਾ ਫਰਕ ਹੈ, ਅਤੇ ਛੋਟੀ ਵੱਡੀ ਹੈ, ਅਤੇ ਫਰਕ ਹਰੇਕ ਚੀਜ਼ 'ਚ ਹੁੰਦਾ। ਇਹਨੇ ਨੁਕਸਾਨ ਵੀ ਬਹੁਤ ਨੇ, ਤੁਹਾਨੂੰ ਤੁਹਾਡੀ ਪਰਸਨਲ ਲਾਈਫ ਨੂੰ ਇਹ ਤੋਂ ਦੂਰ ਰੱਖਣਾ ਚਾਹੀਦਾ, ਮੇਰਾ ਇਹ ਮੰਨਣਾ, ਕਿਉਂਕਿ ਲੋਕ ਆਪਣੀ ਜ਼ਿੰਦਗੀ ਵੱਲ ਘੱਟ ਵੇਖਦੇ ਆ ਤੁਹਾਡੀ ਵੱਲ। ਹੁਣ ਮੈਂ ਅੱਜ ਚੰਡੀਗੜ੍ਹ ਆ, ਜੇ ਮੈਂ ਸਟੋਰੀ ਪਾਤੀ ਨਾ, ਅਤੇ ਲੋਕਾਂ ਨੇ ਇਹ ਵੇਖਣਾ ਵਾ ਕਿ ਕਿੱਥੇ ਗਿਆ, ਕੀ ਕਰਦਾ, ਕਿਹਨੂੰ ਮਿਲਦਾ, ਤੁਹਾਡੀਆਂ ਵੀਡੀਓਜ਼ ਬਣਾ ਲੈਣੀਆਂ ਪਰਸਨਲੀ। ਚਲੋ ਤੁਹਾਡੀ ਭਾਵੇਂ ਕੋਈ ਮੀਟਿੰਗ ਹੀ ਕਿਸੇ ਨਾਲ ਚੱਲ ਰਹੀ ਹੈ ਜਾਂ ਤੁਸੀਂ ਕਿਸੇ ਨੂੰ ਮਿਲ ਹੀ ਰਹੇ ਹੋ, ਉਹਦੇ ਜਦੋਂ ਕੱਲ੍ਹ ਨੂੰ ਵਾਇਰਲ ਹੋ ਜਾਂਦੀ, ਜਿਹਨੇ ਪਹਿਲਾਂ ਵੀਡੀਓ ਬਣਾ ਕੇ ਪਾਤੀ ਨਾ, ਉਹਨੇ ਜੇ ਉਹ 'ਚ ਕੁਛ ਵੀ ਬੋਲਦਾ ਤਾਂ ਲੋਕਾਂ ਨੇ ਉਹਨੂੰ ਸੱਚ ਮੰਨ ਲੈਣਾ। ਇਹ ਬੜਾ ਤਕੜਾ ਮੁੱਦਾ ਹੈ। ਜਿਹੜੀ ਪ੍ਰਾਈਵੇਟ ਚੀਜ਼ਾਂ ਨੇ, ਮੈਂ ਤਾਂ ਇਹ ਵੀ ਸੁਜੈਸ਼ਨ ਜ਼ਰੂਰ ਦਊਂਗਾ, ਮੈਂ ਕੱਲ੍ਹ ਪਰਸੋਂ ਮੈਂ ਤੁਹਾਡੀ ਗੱਲ ਟੋਕਦਾ, ਕੱਲ੍ਹ ਪਰਸੋਂ ਕੱਲ੍ਹ ਮੈਂ ਵੀਡੀਓ ਕੋਈ ਦੇਖ ਰਿਹਾ ਸੀ, ਅੱਜ ਕੱਲ੍ਹ ਵੋਇਸ ਓਵਰ 'ਤੇ ਚੱਲ ਰਿਹਾ ਨਾ ਵੀਡੀਓ, ਕੋਈ ਕਿਤੇ ਵੀ ਹੋਵੇ ਕੋਈ ਪਿੱਛੋਂ ਵੋਇਸ ਓਵਰ ਦੇ ਕੇ ਆ, ਦੇਖੋ ਉਹ ਪ੍ਰਵਾਸੀਆਂ ਨੂੰ ਭੰਡ ਰਿਹਾ ਸੀ ਬੰਦਾ, ਹਾਲਾਂਕਿ ਉਹ ਜਿਹੜੇ ਆ ਉਹ ਵੀਡੀਓ ਮੈਂ ਵੈਰੀਫਾਈ ਕੀਤਾ, ਉਹ ਸ਼ਾਇਦ ਅਸਮ ਦਾ ਜਾਂ ਕਿਤੇ ਦਾਰਜੀਲਿੰਗ ਵਗੈਰਾ ਦਾ ਸ਼ਾਇਦ ਵੀਡੀਓ ਸੀਗਾ, ਜਿੱਥੇ ਚਾਹ ਪੱਤੀਆਂ ਦੇ ਜਿਹੜਾ ਜਿੱਥੇ ਖੇਤੀ ਹੁੰਦੀ ਹੈ, ਔਰ ਉੱਥੇ ਉਹ ਚਾਹ ਦੇ ਪੱਤੇ ਕੱਟ ਰਹੇ।
ਪਰ ਬਹੁਤ ਸਾਰੇ ਲੋਕ ਥੱਲੇ ਕਮੈਂਟਾਂ ਵਾਲੇ ਵੀ ਹੁੰਦੇ ਆ, ਦੇਖੋ ਜੀ ਆਹ ਗੰਦ ਪਾਇਆ, ਉਹ ਜਿਹੜੇ ਸੁਲਝੇ ਹੋਏ ਸਿਆਣੇ ਬੰਦੇ ਸੀ ਉਹ ਕਹਿੰਦੇ ਨਹੀਂ ਭਾਈ ਇਹ ਤਾਂ ਪੱਤੀਆਂ, ਚਾਹ ਦੀਆਂ ਪੱਤੀਆਂ, ਚਾਹ ਦੇ ਪੱਤੇ ਆ ਬਈ। ਇਹੋ ਤੁਹਾਨੂੰ ਗੱਲ, ਤੁਸੀਂ ਆਸਾਮ ਦੀ ਗੱਲ ਕੀਤੀ, ਉਹ ਫੇਮਸ ਸੀ ਇਸ ਚੀਜ਼ ਲਈ ਆ, ਪੱਤੀ ਲਈ ਆ। ਐਕਚੁਅਲ 'ਚ ਮੈਂ ਉੱਥੇ, ਅਸੀਂ ਨਾ ਜੇਕੇ ਦਾ ਈਵੈਂਟ ਹੁੰਦਾ ਅਰੁਣਾਚਲ ਦੇ ਵਿੱਚ, ਅਸੀਂ ਉਹਦੇ ਲਈ ਜਾਂਦੇ ਹੁੰਦੇ ਹਾਂ। ਜੇਕੇ ਟਾਇਰਸ ਦਾ ਈਵੈਂਟ ਹੁੰਦਾ ਉੱਥੇ, ਜੇਕੇ ਵੀ ਬਹੁਤ ਤਕੜੇ ਤਕੜੇ ਈਵੈਂਟਸ ਕਰਾਉਂਦਾ, ਸਟੇਟ ਕਰਾਉਂਦੀ ਆ ਅਰੁਣਾਚਲ। ਅਸੀਂ ਉਦੋਂ ਏਅਰਪੋਰਟ ਦਿਬੜੂਗੜ੍ਹ ਸੀਗਾ, ਉੱਥੇ ਹੁਣ ਤਾਂ ਨਵਾਂ ਬਣ ਗਿਆ, ਅਤੇ ਉੱਥੇ ਬਈ ਜਿਹੜੇ ਸਵੇਰੇ ਨਾ ਇੱਕ ਅਸੀਂ ਚਾਹ ਪੀਂਦੇ ਹਾਂ ਸਾਰੇ ਜਾਣੇ, ਹੈ ਨਾ, ਉੱਥੇ ਸਵੇਰੇ ਸਵੇਰੇ ਇੱਕ ਉਹ ਕਾਹਵਾ ਦਿੰਦੇ ਆ, ਕਾਹਵਾ ਬਈ, ਉਹ ਲੋਕਲ ਫਰੈਸ਼ ਬਣਾਉਂਦੇ ਆ ਪੱਤੀ ਤੋੜ ਕੇ, ਉੱਥੋਂ ਪੱਤੇ ਤੋੜ ਕੇ, ਅਤੇ ਉਹ ਬਹੁਤ ਸਵਾਦ ਹੁੰਦਾ। ਅਤੇ ਬਾਕੀ ਜਿਹੜੀ ਤੁਹਾਡੇ ਮੁੱਦੇ ਵਾਲੀ ਗੱਲ ਕਰ ਲਈਏ ਆਪਾਂ ਬਈ, ਅਤੇ ਇਹ ਇੱਕ ਬਹੁਤ ਤਕੜਾ ਗਾਂ ਫਿਊਚਰ ਲਈ ਵੀ ਨੁਕਸਾਨ ਹੈ ਵੀ, ਲਾਈਕ ਤੁਹਾਡੇ ਘਰਾਂ ਤੱਕ ਪਹੁੰਚ ਜਾਂਦੇ ਆ ਲੋਕ ਬਾਅਦ 'ਚ, ਹੈ ਨਾ, ਕੀ ਕੀ ਹੁੰਦਾ ਅੱਜ ਕੱਲ੍ਹ ਵੀ, ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕੀਤੀ, ਹੈ ਨਾ, ਤਾਂ ਬੰਦੇ ਨੇ ਭਾਵੇਂ ਕਿਤੇ ਮੀਟਿੰਗ 'ਚ ਬੈਠਾ ਬੰਦਾ ਦੱਸਣਾ ਨਾ ਹੋਵੇ, ਚੋਰੀ ਦੇਣੀ ਬੰਦਾ ਕੋਈ ਸਨੈਪ ਪਾ ਕੇ ਅੱਗੇ ਭੇਜ ਦਿੰਦਾ, ਉਹਦੀ ਪਹਿਲਾਂ ਹੀ ਗੱਲ ਲੀਕ ਹੋ ਜਾਂਦੀ ਕਿ ਭਾਈ ਫਲਾਣੇ ਥਾਂ 'ਤੇ ਬੈਠਾ, ਫਲਾਣੇ ਥਾਂ 'ਤੇ ਬਈ। ਮੈਂ ਕਹਿੰਦਾ ਵੀ ਲੋਕ ਫਿਰ ਨਾ ਐਂਡ ਲਾ ਦਿੰਦੇ ਆ, ਮਤਲਬ ਉਹ ਇਹ ਵੀ ਨਹੀਂ ਸੋਚਦੇ ਕਿ ਇਹ ਫੈਮਲੀ ਨਾਲ ਹੈ, ਨਹੀਂ ਫੈਮਲੀ। ਹਾਂ, ਮੈਂ ਇਹ ਚੀਜ਼ ਦਾ, ਅਸੀਂ ਇਹ ਚੀਜ਼ ਦਾ ਮੰਨਦੇ ਹਾਂ, ਜਦੋਂ ਅਸੀਂ ਮੈਂ ਕਹਿੰਦਾ ਸਾਰੇ ਮੰਨਣ ਇਸ ਚੀਜ਼ ਨੂੰ, ਜਦੋਂ ਅਸੀਂ ਸੋਸ਼ਲੀ ਆ ਗਏ, ਇਹ ਸਾਡਾ ਠੀਕ ਹੈ ਇੱਕ ਕੰਮ ਹੈ ਜਾਂ ਅਸੀਂ ਕਹਿ ਲਈਏ ਸਾਡਾ ਪ੍ਰੋਫੈਸ਼ਨ ਹੈ, ਪਰ ਜਦੋਂ ਤੁਸੀਂ ਸੋਸ਼ਲੀ ਹੀ ਆ ਗਏ ਹੋ, ਕਿਸੇ ਸੋਸ਼ਲ ਮੀਡੀਆ 'ਤੇ ਆ ਗਏ ਹੋ, ਫਿਰ ਤੁਸੀਂ ਆਪਣੀ ਫੈਮਲੀ ਨੂੰ ਜਾਂਦੇ ਸਾਈਡ 'ਤੇ ਕਰ ਲਓ, ਜਾਂ ਫਿਰ ਤੁਸੀਂ ਇਹ ਚੀਜ਼ ਅਸੈਪਟ ਕਰ ਲਓ ਵੀ ਹੁਣ ਜਿੱਦਾਂ ਲੋਕ ਤੁਹਾਨੂੰ ਚਲਾਉਣਗੇ ਤੁਹਾਨੂੰ ਚੱਲਣਾ ਪਊਗਾ, ਵੀ ਲੋਕ ਵੈਸੇ ਕੋਈ ਉਹਨਾਂ ਦਾ ਰਾਈਟ 'ਤੇ ਨਹੀਂ ਹੈ ਤੁਹਾਨੂੰ ਚਲਾਉਣਾ, ਪਰ ਇਹ ਕਿ ਲੋਕਾਂ ਦਾ ਫਿਰ ਆਦਤ ਆ ਬੋਲਣ ਦੀ, ਤੁਹਾਨੂੰ ਫਿਰ ਉਹ ਅਸੈਪਟ ਕਰਨੀ ਪਊਗੀ ਚੀਜ਼ ਹੁਣ, ਵੀ ਮੈਨੂੰ ਇਹ ਲੋਕਾਂ ਨੇ ਬੋਲਣਾ, ਮੈਨੂੰ ਸੁਣਨਾ, ਆਪਣੀ ਤੁਹਾਨੂੰ ਇੱਕ ਆਪਣੇ ਆਪ ਨੂੰ ਕਰ ਲੈਣਾ ਚਾਹੀਦਾ ਕਿ ਮੈਂ ਹੁਣ ਅਸੈਪਟ, ਵੀ ਮੈਨੂੰ ਹੁਣ ਇੱਦਾਂ ਹੀ ਜਾਂ ਤਾਂ ਧੱਕਾ ਕਰਨਾ ਪਊਗਾ ਆਪਣੇ ਆਪ ਨੂੰ ਪ੍ਰੂਫ ਕਰਨ ਵਾਸਤੇ, ਅਤੇ ਜਾਂ ਫਿਰ ਮੈਨੂੰ ਲਾਈਕ ਚੁੱਪ ਕਰਨਾ ਪਊਗਾ। ਅਤੇ ਬਹੁਤ ਸਾਰੇ ਲੋਕ ਅੱਜ ਕੱਲ੍ਹ ਚੁੱਪ ਤਾਂ ਨਹੀਂ ਕੋਈ ਵੀ ਕਰਦਾ, ਹੈ ਨਾ, ਜਦੋਂ ਸਿਰੋਂ ਪਾਣੀ ਲੰਘ ਜਾਂਦਾ ਤਾਂ ਫਿਰ ਸਾਰੇ ਹੀ ਬੋਲਦੇ ਆ, ਅਤੇ ਅੱਜ ਕੱਲ੍ਹ ਚੱਲਣ ਇਹੋ ਕੰਟਰੋਵਰਸੀਆਂ ਡਈਆਂ ਨੇ ਵਾਇਰਲ ਹੋਣ ਵਾਸਤੇ, ਅਤੇ ਸਾਨੂੰ ਵੀ ਚਲੋ ਕਈ ਵਾਰੀ ਔਫਰਸ ਆ ਜਾਂਦੀਆਂ ਕਿ ਬਾਈ ਐਂ ਕਰ ਲੈਂਦੇ, ਪਰ ਗੱਲ ਹੁੰਦੀ ਹੈ ਨਾ ਵੀ ਤੁਸੀਂ ਇੱਕ ਆਪਣਾ ਗੋਲ ਜ਼ਰੂਰ ਮੰਨ ਕੇ ਚੱਲੋ, ਵੀ ਜੇ ਤੁਹਾਡਾ ਗੋਲ ਆ ਨਾ ਵੀ ਕਿਸੇ ਪੁਆਇੰਟ 'ਤੇ ਜਾਣਾ ਹੈ। ਹੁਣ ਕਈ ਸਿੰਗਰਸ ਨੇ ਆਪਣੇ ਨਾਲ ਦਲਜੀਤ ਬਾਈ ਆ ਜਾਂ ਸਿੱਧੂ ਬਾਈ ਸੀਗਾ ਜਾਂ ਕਿਸੇ ਦੀ ਵੀ ਗੱਲ ਕਰ, ਉਹਨਾਂ ਦੇ ਗੋਲਜ਼ ਸੀਗੇ ਯਾਰ, ਮਤਲਬ ਉਹਨਾਂ ਦਾ ਇੱਕ ਥੀਮ ਸੀਗਾ ਵੀ ਮੈਂ ਹੁਣ ਜਿੱਦਾਂ ਸਾਡਾ ਥੀਮ ਕੀ ਹੈ ਕਿ ਸਾਡਾ ਮੇਜਰ ਇਨਫੋਰਮੇਸ਼ਨਲ ਥੀਮ ਹੈ। ਅਸੀਂ ਕਦੀ ਵੀ, ਮੈਨੂੰ ਬਹੁਤ ਸਾਰੇ ਅਪਰੋਚ ਆਉਂਦੇ ਅੱਜ ਕੱਲ੍ਹ ਜਿੱਦਾਂ ਸੋਸ਼ਲ ਮੀਡੀਆ 'ਤੇ ਟਾਈਲਾਂ ਭੰਨਣ ਵਾਲਾ ਹੋ ਜਾਂਦਾ ਸਿਸਟਮ, ਹੈ ਨਾ, ਬੜਾ ਕੁਛ ਚੱਲਦਾ, ਕੁਰਸੀਆਂ ਭੰਨੀਆਂ ਨੇ, ਕਈ ਕੁਛ ਕਰੀ ਜਾਂਦੇ, ਹੈ ਨਾ, ਵਾਇਰਲ ਹੋਣ ਵਾਸਤੇ। ਉਹ ਇੱਕ ਟਾਈਮਲੀ ਤੁਸੀਂ ਵਾਇਰਲ ਹੋ ਸਕਦੇ ਹੋ ਜਦੋਂ ਤੁਸੀਂ ਸਟੱਡੀ ਕਰਕੇ ਚੀਜ਼ 'ਤੇ ਚੱਲੋਗੇ, ਨਾ ਸਾਡਾ ਵਲੌਗ ਆ, ਫਿਰ ਅਸੀਂ ਰੀਲਸ ਅਸੀਂ ਵੀ ਪਾਉਂਦੇ ਹਾਂ, ਹੈ ਨਾ, ਅਤੇ ਅਸੀਂ ਵੀ ਵੋਇਸ ਓਵਰ ਕਰਕੇ ਰੀਲਸ ਪਾਉਂਦੇ ਹਾਂ, ਪੁੱਠੇ ਸਿੱਧੇ ਥੰਬਨੇਲ ਲਾਉਂਦੇ ਹਾਂ। ਨਹੀਂ 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 ਬਾਈ, ਮੈਂ ਉਹ ਦੱਸਣ ਲੱਗਾ ਨਾ, ਉਸ ਕਰਕੇ ਉਹਦਾ ਕੋਈ ਫਾਇਦਾ ਨਹੀਂ ਹੈ ਹਾਰਡਲੀ। ਦੇਖੋ, ਥਾਰ ਨੇ ਮਾਰੀ ਟੱਕਰ ਤੱਕ ਨਹੀਂ 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 ਬਾਈ, ਉਹ ਨਾ ਇੱਕ ਕਹਿੰਦੇ ਹੁੰਦੇ ਵੀ ਉਹ ਪ੍ਰੋਫੈਸ਼ਨਲ ਬੰਦਿਆਂ ਦਾ ਕੰਮ ਨਹੀਂ ਹੈਗਾ, ਉਹ ਸਿਰਫ ਇੱਕ ਟਾਈਮ ਪਾਸ ਹੈ, ਇੱਕ ਸਿਰ ਉਹ ਨਾ, ਤੁਹਾਨੂੰ ਕੋਈ ਤੁਹਾਡਾ ਫਿਊਚਰ ਵੀ ਕੋਈ ਨਹੀਂ ਹੈ ਉਹਦੇ ਨਾਲ, ਮੈਂ ਤਾਂ ਇਹ ਕਹੂੰਗਾ। ਅਤੇ ਇੱਕ ਜੈਨੂਨ ਤਰੀਕੇ ਨਾਲ ਕਹਿੰਦੇ ਹੁੰਦੇ ਨਾ ਵੀ ਸਬਰ ਦਾ ਫਲ ਮਿੱਠਾ ਹੁੰਦਾ, ਉਹ ਮਿਲਦਾ ਜ਼ਰੂਰ ਹੈ, ਠੀਕ, ਸਾਨੂੰ ਵੀ ਮਿਲਿਆ। ਮੈਂ ਕਹਾਂਗਾ ਕਿ ਮੈਂ ਤਿੰਨ ਸਾਲ ਸਾਲ ਡੇਢ ਸਾਲ ਬਾਅਦ ਮੈਨੂੰ ਚਲੋ ਬ੍ਰਾਂਡਸ ਨੇ ਅਪਰੋਚ ਕਰਨੀ ਸ਼ੁਰੂ ਕਰਤੀ, ਪਰ ਰੀਸੈਂਟਲੀ ਅਸੀਂ ਬੜੇ ਤਕੜੇ ਤਕੜੇ ਬ੍ਰਾਂਡਸ ਨਾਲ ਵੀ ਕੰਮ ਕਰ ਰਹੇ ਹਾਂ, ਠੀਕ ਹੈ। ਅਤੇ ਉਹ ਜਸਟ ਇਸੇ ਕਰਕੇ ਆ ਕਿ ਸਾਡੀ ਪ੍ਰੋਫਾਈਲ ਬਹੁਤ ਵਧੀਆ, ਅਸੀਂ ਉੱਥੇ ਕੰਮ ਕੀਤਾ, ਅਸੀਂ ਅੱਜ ਵੀ ਕਈ ਸਟੋਰਾਂ ਤੋਂ ਜਾ ਕੇ ਵਾਪਸ ਆ ਜਾਂਦੇ ਹਾਂ, ਜੋ ਸਾਨੂੰ ਲੱਗਦਾ ਨਾ ਵੀ ਇਹ ਜੈਨੂਅਨ ਨਹੀਂ ਹੈ ਬੰਦਾ, ਹੈ ਨਾ, ਲਾਈਕ ਇਹਦਾ ਕੰਮ ਸਹੀ ਨਹੀਂ ਹੈ, ਗੱਲਾਂ ਕੁਛ ਹੋਰ ਨੇ, ਕੰਮ ਕੁਛ ਹੋਰ ਹੈ, ਫਰੋਡ ਹੈ, ਅਸੀਂ ਚੁੱਪ ਕਰਕੇ ਵੀ ਆ ਜਾਂਦੇ, ਅਸੀਂ ਕੋਲੋਂ ਤੇਲ ਬਾਲ ਕੇ ਵੀ ਗਏ ਹੁੰਦੇ ਹਾਂ, ਅਸੀਂ ਕਈ ਕੁਛ ਕਰਦੇ ਹਾਂ, ਸਾਡਾ ਵੀ ਖਰਚਾ ਹੈ, ਹੈ ਨਾ, ਟੋਲਸ ਵੀ ਹੈ, ਕਈ ਕੁਛ ਹੈ, ਆਉਣਾ ਪੈਂਦਾ। ਇਹ ਤੁਹਾਨੂੰ ਤੁਹਾਡੇ ਜਿਹੜੇ ਨੇ ਤੁਹਾਡੇ ਫੈਮਲੀ ਤੋਂ ਹੀ ਇਹ ਚੀਜ਼ਾਂ ਮਿਲਦੀਆਂ ਨੇ, ਮੈਂ ਮੰਨਦਾ, ਅਤੇ ਇਹਨੂੰ ਜੈਨੂਅਨ ਤਰੀਕੇ ਨਾਲ ਯੂਜ਼ ਕਰੋ ਸੋਸ਼ਲ ਮੀਡੀਆ ਨੂੰ, ਫਿਰ ਹੀ ਫਾਇਦਾ। ਅਤੇ ਵਾਇਰਲ ਤੁਸੀਂ ਕਿੰਨਾ ਚਿਰ ਰਹਿ ਲਓਗੇ, ਕਿੰਨੇ ਲੋਕ ਆਏ, ਕਿੰਨੇ ਗਏ, ਠੀਕ ਹੈ, ਮੈਂ ਵੀ ਅੱਜ ਹੈਗਾ, ਕੱਲ੍ਹ ਪਤਾ ਨਹੀਂ ਹੋਊਂਗਾ ਕਿ ਨਹੀਂ ਹੋਊਂਗਾ, ਹੈ ਨਾ, ਪਰ ਇੱਕ ਤੁਹਾਡੀ ਯਾਦਗਿਰੀ ਜ਼ਰੂਰ ਰਹਿਣੀ ਚਾਹੀਦੀ ਹੈ। ਜਦੋਂ ਬਾਈ ਸਿੱਧੂ ਕਹਿ ਲਈਏ ਜਾਂ ਹੋਰ ਵੀ ਬਹੁਤ ਸਾਰੇ ਬਾਈ ਹੈ, ਲੋਕ ਅੱਜ ਵੀ ਉਹਨੂੰ ਯਾਦ ਕਰਦੇ ਆ, ਅੱਜ ਵੀ 2 ਸਾਲ ਬਾਅਦ ਵੀ, ਮੈਂ ਰੀਸੈਂਟਲੀ ਬਾਪੂ ਜੀ ਨਾਲ, ਹੈ ਨਾ, ਟਾਇਰ ਪਵਾ ਕੇ ਹਟਿਆ ਗੱਡੀ 'ਤੇ, ਹੈ ਨਾ, ਬਾਈ ਵਿਦਇਨ 3 ਡੇਜ਼ ਤਾਂ ਚਲੋ ਜ਼ਿਆਦਾ ਕਹਿ ਰਿਹਾ ਮੈਂ, ਜੇ ਆਵਰਸ ਦੀ ਗੱਲ ਕਰ ਲਈਏ ਤਾਂ ਕੋਈ 30 ਘੰਟਿਆਂ 'ਚ ਹੀ ਬਾਈ 2.5 ਮਿਲੀਅਨ ਰੀਲ ਅੱਜ ਵੀ ਜਾ ਵੱਜੀ ਉਹਦੀ। ਮੈਨੂੰ ਉਮੀਦ ਨਹੀਂ ਸੀ, ਹੈ ਨਾ, ਲਾਈਕ ਵੀ ਮੈਨੂੰ ਲੱਗਿਆ ਵੀ ਚਲੋ ਬਾਈ ਦਾ ਥੋੜ੍ਹਾ ਕਰੇਜ਼ ਘੱਟ ਗਿਆ ਹੋਊਗਾ, ਪਰ ਨਹੀਂ, ਉਹ ਅੱਜ ਵੀ, ਕਿਉਂਕਿ ਲੋਕ ਉਹਦੀ, ਉਹਨੂੰ ਲੋਕਾਂ ਨੂੰ ਪਤਾ ਲੱਗ ਗਿਆ ਵੀ ਇੱਕ ਇਨਸਾਨੀਅਤ ਕੀ ਹੁੰਦੀ ਆ, ਜਾਂ ਵੈਸੇ ਤੁਹਾਡੇ ਆਪ ਦੇ ਕੀ ਹੁੰਦੇ ਆ, ਸਹੂਲ ਕੀ ਹੁੰਦੇ ਆ, ਉਹ ਰਹਿਣੇ ਚਾਹੀਦੇ ਆ, ਉਹ ਮਰਨੇ ਨਹੀਂ ਚਾਹੀਦੇ, ਨਾ ਪੈਸੇ ਕਰਕੇ ਮਰਨੇ ਚਾਹੀਦੇ ਆ, ਨਾ ਪਬਲਿਸਿਟੀ, ਇਹ ਤਾਂ ਯਾਰ ਇੱਕ ਚੀਜ਼ਾਂ ਆਈਆਂ ਨੇ। ਮੂਸਲ ਦੇ ਪਿਤਾ ਜੀ ਲਗਾਤਾਰ ਸੰਪਰਕ 'ਚ ਤੁਸੀਂ? ਹਾਂ, ਹੁੰਦੀ ਰਹਿੰਦੀ ਸਾਡੀ ਗੱਲ, ਚਲੋ, ਕਿਉਂਕਿ ਸਾਡਾ ਉਹ ਯਾਰ ਸੀ, ਸਾਡਾ ਉਹ ਭਰਾ ਸੀ, ਠੀਕ ਹੈ, ਸਾਡਾ ਫਰਜ਼ ਬਣਦਾ, ਉਹਦੇ ਵੀ ਸੂਲ ਇੱਦਾਂ ਦੇ ਸੀ ਵੀ ਜਿਹਨੂੰ ਇੱਕ ਜਿਹਦੇ ਨਾਲ ਕਰੀ ਬਹਿ ਗਏ ਹੈ, ਅਤੇ ਫਿਰ ਉਹਦੇ ਨਾਲ ਬਹਿ ਗਏ ਹੈ, ਫਿਰ ਭੱਜਣ ਵਾਲਾ ਕੋਈ ਸੌਦਾ ਨਹੀਂ ਹੈਗਾ, ਫਿਰ ਉਹਦਾ ਦੁਸ਼ਮਣ
ਅਗਲਾ ਕੋਈ ਨੁਕਸਾਨ ਵਾਧੇ ਫਾਇਦੇ ਨਹੀਂ ਵੇਖੇ ਜਾਂਦੇ ਫਿਰ ਅਤੇ ਪਰ ਇਹ ਆ ਵੀ ਪਾਉਣ ਲੱਗਿਆ ਆਸਾਨ ਜ਼ਰੂਰ ਅੱਜ ਕੱਲ੍ਹ ਸੋਸ਼ਲ ਮੀਡੀਆ ਕਰਕੇ ਨਾ ਬਹੁਤ ਸਾਰੇ ਲੋਕ ਆਪਣੇ ਆਪ ਫੇਕ ਦਿਖਾਉਂਦੇ ਆ ਅਤੇ ਪਰਸਨਲੀ ਉਹ ਕੁਛ ਵੀ ਨਹੀਂ ਹੁੰਦੇ ਪਰਸਨਲੀ ਤਾਂ ਬਈ ਉਹਨਾਂ ਕੋਲ ਇੱਕ ਕਹਿ ਸਕਦੇ ਵੀ ਚਾਹ ਦੇਣ ਜੋਗੇ ਪੈਸੇ ਵੀ ਨਹੀਂ ਹੁੰਦੇ ਅਤੇ ਸੋਸ਼ਲੀ ਤਾਂ ਉਹਨਾਂ ਦੇ ਭਾਵੇਂ ਗੱਡੀਆਂ ਉੱਥੇ ਪ੍ਰੋਫਾਈਲਾਂ ਜਿਹੜੀਆਂ ਨੇ ਉਹ ਲਗਜ਼ਰੀ ਸੈਗਮੈਂਟ ਦੀਆਂ ਪਈਆਂ ਹੁੰਦੀਆਂ ਅਤੇ ਅੱਛਾ ਤੁਸੀਂ ਸਿੱਧੂ ਦਾ ਜ਼ਿਕਰ ਕੀਤਾ ਕਿਹੋ ਜਿਹਾ ਇਨਸਾਨ ਸੀਗਾ ਸਿੱਧੂ ਮੂਸੇਵਾਲਾ ਤੁਸੀਂ ਤਾਂ ਇੱਕ ਯਾਰ ਰਹੇ ਹੋ ਉਹਦੇ ਅੱਜ ਵੀ ਤੁਸੀਂ ਕਹਿੰਦੇ ਹੋ ਕਿ ਲਿਆ ਚਲੋ ਫੈਮਿਲੀ ਨਾਲ ਹੈਗੀ ਹੈ ਕਿਹੋ ਜਿਹਾ ਇਨਸਾਨ ਸੀਗਾ ਸਿੱਧੂ 'ਤੇ ਮੈਂ ਥੋੜ੍ਹੀ ਗੱਲ ਕਰਨੀ ਚਾਹੁੰਦਾ ਬਈ ਜੇ ਮੈਂ ਪਰਸਨਲੀ ਦੱਸਾਂ ਜਿੰਨਾ ਕੁ ਮੈਂ ਦੁਨੀਆਂ 'ਚ ਵਿਚ ਰਿਹਾ ਜਾਂ ਜਿੰਨਾ ਕੁ ਮੈਰੀ ਮੇਰਾ ਸਰਕਲ ਅੱਜ ਵੀ ਮੈਂ ਉਹਦੇ ਵਰਗਾ ਬੰਦਾ ਨਹੀਂ ਵੇਖਿਆ ਮਤਲਬ ਮੈਂ ਜੇ ਕਈ ਵਾਰੀ ਹੁੰਦਾ ਨਾ ਕਿ ਬੰਦਾ ਚੀਜ਼ਾਂ ਨੂੰ ਅਸੀਂ ਕਿਸੇ ਨੂੰ ਕੰਮ ਕਹਿ ਵੀ ਦਿੰਦੇ ਹਾਂ ਜਾਂ ਵੈਸੇ ਵੀ ਦੱਸ ਦਿੰਦੇ ਹਾਂ ਕਿ ਯਾਰ ਮੇਰੀ ਆਹ ਪ੍ਰੋਬਲਮ ਹੈ ਬੰਦਾ ਭੱਜ ਜਾਂਦਾ ਕਿ ਯਾਰ ਮੈਂ ਵੀ ਫਸ ਜੂੰਗਾ ਜਾਂ ਮੇਰਾ ਚਲੋ ਸਾਡੇ ਕੋਈ ਇੱਦਾਂ ਦੇ ਇਸ਼ੂ ਨਹੀਂ ਹੈਗੇ ਪਰ ਜੇ ਗੱਲ ਕੀਤੀ ਜਾਵੇ ਕਈ ਵਾਰੀ ਬਾਈ ਨੇ ਐਵੇਂ ਸੁਣ ਲੈਣਾ ਨਾ ਗੱਲ ਕਰਦਿਆਂ ਕਿਸੇ ਨਾਲ ਕਿ ਯਾਰ ਮੈਂ ਆਹ ਕਰ ਨਹੀਂ ਸਕਦਾ ਜਾਂ ਮੇਰੇ ਕੋਲ ਹੋਣਾ ਨਹੀਂ ਕਿਉਂਕਿ ਮੇਰੀ ਆਦਤ ਆ ਵੀ ਜਿਹੜੀ ਚੀਜ਼ ਜੈਨੂਅਨ ਆ ਮੈਂ ਉਹਨੂੰ ਜ਼ਰੂਰ ਲਾਈਕ ਲੈ ਕੇ ਆਉਂਦਾ ਦੁਨੀਆ ਗਾੜੀ ਦੂਜੀ ਵਾਸਤੇ ਮੇਰੇ ਕੋਲ ਨਾ ਹੁੰਦੀ ਹੈ ਪਰ ਕਈ ਵਾਰੀ ਤੁਹਾਡੇ 'ਤੇ ਇੰਨਾ ਕੁ ਪ੍ਰੈਸ਼ਰ ਹੁੰਦਾ ਹੈ ਕਿ ਲੋਕ ਇੰਨੇ ਕੁ ਫੋਨ ਕਰ ਲੈਂਦੇ ਆ ਜਾਂ ਇਹੋ ਜਿਹੇ ਬੰਦੇ ਕਈ ਤੁਹਾਨੂੰ ਫੋਨ ਕਰ ਦਿੰਦੇ ਕਿ ਯਾਰ ਇਹ ਸਾਡਾ ਖਾਸ ਆ ਕਾਰੀਕਰ ਕਾਰੀਕਰ ਹੈ ਨਾ ਚਲੋ ਅਗਲੇ ਨੂੰ ਨਹੀਂ ਪਤਾ ਵੀ ਚੀਜ਼ਾਂ ਕਿੱਥੋਂ ਤੱਕ ਫਿਊਚਰ 'ਚ ਜਾਣੀਆਂ ਨੇ ਬਾਈ ਤਾਂ ਵੀ ਤੁਹਾਡੇ ਨਾਲ ਖੜ ਜਾਂਦਾ ਸੀ ਮਤਲਬ ਉਹਨੇ ਕਹਿਣਾ ਕਿ ਇਹ ਕਿਹੜੀ ਗੱਲ ਹੈ ਯਾਰ ਦੱਸ ਮੈਂ ਗੱਲ ਕਰ ਲੈਣਾ ਹੈ ਨਾ ਉਹਨੇ ਕਦੀ ਯਾਰ ਇਹ ਨਹੀਂ ਸਾਨੂੰ ਫੀਲ ਕਰਾਇਆ ਕਿ ਮੈਂ ਸੈਲੀਬ੍ਰਿਟੀ ਹਾਂ ਵੀ ਮਤਲਬ ਮੈਂ ਐਡਾ ਤਕੜਾ ਬੰਦਾ ਹਾਂ ਜਾਂ ਕੁਛ ਵੀ ਉਹ ਤਾਂ ਅਸੀਂ ਉਹਨੂੰ ਕਈ ਵਾਰੀ ਸਗੋਂ ਗੱਲ ਕਰਨੀ ਹੈ ਨਾ ਗਿੱਲ ਬਾਈ ਨੇ ਰੋਂਤੇ ਹੋਣੀ ਹੈ ਨਾ ਚਲੋ ਉਹਨਾਂ ਦੇ ਬੜੇ ਵਧੀਆ ਦੋਸਤ ਨੇ ਅਸੀਂ ਇੱਕ ਦੂਜੇ ਨੂੰ ਇੱਦਾਂ ਇੱਕ ਦੂਜੇ ਥਰੂ ਮਿਲੇ ਹਾਂ ਹੈ ਨਾ ਅਤੇ ਅਸੀਂ ਕਈ ਵਾਰੀ ਸਗੋਂ ਹੈ ਨਾ ਬਾਈ ਨੂੰ ਕਹਿਣਾ ਉਹਨੇ ਨਹੀਂ ਕਦੀ ਇਹ ਚੀਜ਼ ਯਾਰ ਕੀ ਹੈ ਯਾਰ ਰੋਟੀ ਸਾਰਾ ਕੁਛ ਅਸੀਂ ਆਮ ਖਾਂਦੇ ਰਹੇ ਹਾਂ ਚਲੋ ਬਾਹਲਾ ਤਾਂ ਚਲੋ ਮੇਰੀ ਵੀ ਕਹਿ ਸਕਦੇ ਕਿ ਇੰਨੇ ਕਈ ਵਾਰੀ ਮੈਂ ਵੀ ਆਪਣੇ ਕੰਮਾਂ ਕਰਕੇ ਬਿਜ਼ੀ ਸੀ ਪਰ ਜਿੰਨੀ ਕੁ ਵਾਰੀ ਵੀ ਮੇਲ ਹੋਇਆ ਬਾਈ ਨਾਲ ਅਸੀਂ ਇਕੱਠੇ ਬਹਿਣਾ ਚਲੋ ਫੋਨ 'ਤੇ ਤਾਂ ਅਸੀਂ ਕੰਟੈਕਟ 'ਚ ਹੁੰਦੇ ਹੀ ਸੀਗੇ ਅਤੇ ਜਦੋਂ ਉਹਨੂੰ ਕੋਈ ਲੋੜ ਆ ਬਾਈ ਨੂੰ ਜਾਂ ਅਸੀਂ ਵੀ ਇਕੱਠੇ ਸੀਗੇ ਅਤੇ ਬੰਦਾ ਨਹੀਂ ਉਹਦੇ ਵਰਗਾ ਤੋੜ ਹੈਗਾ ਕੋਈ ਮਤਲਬ ਮੈਂ ਅਜੇ ਤੱਕ ਕੋਈ ਬੰਦਾ ਨਹੀਂ ਵੇਖਿਆ ਵੀ ਅਸੂਲਾਂ ਦਾ ਪੱਕਾ ਠੀਕ ਹੈ ਅਤੇ ਇੰਨੀ ਗਟਸ ਵਾਲਾ ਠੀਕ ਹੈ ਅਤੇ ਜੋ ਕਰਨਾ ਫਿਰ ਉਹ ਕਰਨਾ ਹੀ ਹੈ ਤੁਸੀਂ ਕਦੇ ਸਮਝਾਉਂਦੇ ਵੀ ਸੀ ਜਾਂ ਕਦੇ ਨਹੀਂ ਨਹੀਂ ਤੌਰ ਤੇ ਗੱਲ ਹੁੰਦੀ ਵੀ ਸੀ ਸਮਝਾਉਣ ਦੀ ਗੱਲ ਪਤਾ ਕੀ ਹੁੰਦੀ ਹੈ ਇੱਕ ਹੁੰਦਾ ਕਿ ਤੁਹਾਨੂੰ ਇਹ ਚੀਜ਼ ਫੀਲ ਹੋਵੇ ਕਿ ਇਹਨੂੰ ਲੋੜ ਹੈ ਉਹ ਬਾਈ ਪਹਿਲਾਂ ਹੀ ਬੜਾ ਸਮਝਦਾਰ ਸੀ ਮਤਲਬ ਕਿ ਹਾਂ ਗੱਡੀ ਵਾਲੇ ਮਸਲੇ 'ਚ ਅਸੀਂ ਡਿਸਕਸ ਜ਼ਰੂਰ ਕਰ ਲੈਣੇ ਸੀ ਬਾਈ ਆਹ ਚੀਜ਼ ਨਹੀਂ ਕਰਨੀ ਜਿਹੜੀ ਬੁਲਟ ਪਰੂਫ ਗੱਡੀ ਸਿੱਧੂ ਨੇ ਕਰਾਈ ਫੋਰਚੂਨਰ ਤੁਹਾਡੀ ਡਿਸਕਸ਼ਨ ਹੋਈ ਮੇਰੀ ਥੋੜ੍ਹੀ ਡਿਸਕਸ਼ਨ ਹੋਈ ਸੀ ਬਾਈ ਨਾਲ ਅਤੇ ਪਹਿਲਾਂ ਹੀ ਉਹਨਾਂ ਨੇ ਕਰਾ ਲਈ ਨਹੀਂ ਨਹੀਂ ਡਿਸਕਸ਼ਨ ਹੋਈ ਸੀ ਇਸ ਚੀਜ਼ ਥੋੜ੍ਹੀ ਜੀ ਅਤੇ ਕਿਉਂਕਿ ਬਾਈ ਨੂੰ ਪਤਾ ਸੀ ਵੀ ਇਹਨੂੰ ਵੀ ਨੌਲੇਜ ਹੈਗੀ ਕਿਉਂਕਿ ਉਹਦੇ ਵਿੱਚ ਵੀ ਬੜੇ ਤਰ੍ਹਾਂ ਦੀ ਬੁਲਟ ਪਰੂਫਿੰਗ ਆਉਂਦੀ ਹੈ ਠੀਕ ਹੈ ਇੱਕ ਪ੍ਰੋਪਰ ਤੁਹਾਡਾ ਬੰਦ ਕੈਬਨ ਹੋ ਜਾਂਦਾ ਸਾਰੀ ਗੱਡੀ ਇੱਕ ਇਕੱਲੇ ਸ਼ੀਸ਼ੇ ਵੀ ਹੋ ਜਾਂਦੇ ਆ ਇੱਕ ਇਕੱਲੇ ਸ਼ੀਸ਼ੇ ਦੇ ਡੋਰਸ ਹੁੰਦੇ ਆ ਠੀਕ ਹੈ ਬਹੁਤ ਸਾਰੇ ਜਿੱਦਾਂ ਹੋਰ ਵੀ ਬੜੇ ਸਾਰੇ ਸਿੰਗਰਸ ਹੈਗੇ ਆ ਠੀਕ ਹੈ ਮੈਂ ਉਹਨਾਂ ਨੂੰ ਵੀ ਗਾਈਡ ਕਰ ਦਿੰਦਾ ਸੇਮ ਉਹ ਗੱਲ ਆਈ ਵੀ ਚਲੋ ਸਲਾਹ ਲੈਂਦੇ ਆ ਪਰ ਮੈਨੂੰ ਹੁੰਦਾ ਕਿ ਜੈਨੂਅਨ ਸਲਾਹ ਦਿੱਤੀ ਜਾਵੇ ਗੱਡੀ ਜੇ ਬੁਲਟ ਪਰੂਫ ਜੋ ਬਾਈ ਦੀ ਵੀ ਕਰਾ ਰਹੇ ਸੀ ਅਤੇ ਮੈਂ ਬਾਈ ਨੂੰ ਕਿਹਾ ਸੀ ਮੈਂ ਕਿਹਾ ਬਾਈ ਵੀ ਆਪਾਂ ਇੱਦਾਂ ਇੱਦਾਂ ਕਰਾਵਾਂਗੇ ਠੀਕ ਹੈ ਅਤੇ ਬਾਈ ਕਹਿੰਦਾ ਵੀ ਚੱਲ ਠੀਕ ਉਹ 'ਚ ਹੁਣ ਬਜਟਸ ਵੀ ਬਾਈ ਬਹੁਤ ਉੱਪਰ ਥੱਲੇ ਜਾਂਦੇ ਆ ਆਲਮੋਸਟ 20 ਲੱਖ ਰੁਪਏ ਤੋਂ ਇੱਕ ਗੱਡੀ ਫੋਰਚੂਨਰ ਦੀ ਸ਼ੁਰੂ ਹੁੰਦੀ ਆ ਹੁਣ ਤਾਂ ਮੈਨੂੰ ਅੱਜ ਦਾ ਪ੍ਰਾਈਜ਼ ਨਹੀਂ ਪਤਾ ਪਰ 20 ਲੱਖ ਰੁਪਇਆ ਘੱਟੋ ਘੱਟ ਬੁਲਟ ਪਰੂਫ ਦਾ ਲੱਗਦਾ ਕਿਉਂਕਿ ਉਹਦੇ ਸ਼ੀਸ਼ੇ ਵੀ ਥੱਲੇ ਨਹੀਂ ਜਾਂਦੇ ਹੁਣ ਬਾਈ ਨਾਲ ਬਹੁਤ ਸਾਰੀ ਪ੍ਰੋਬਲਮ ਆਉਂਦੀ ਸੀ ਕਈ ਵਾਰੀ ਅਸੀਂ ਬੈਠੇ ਸੀ ਲੋਕਾਂ ਕਹਿਣਾ ਸੈਲਫੀ ਕਰਾਉਣੀ ਹੈ ਕੁਛ ਕਰਾਉਣਾ ਜਾਮ ਲੱਗਦਾ ਇੱਕ ਦੋ ਵੀਡੀਓ ਜਿਹਨਾਂ 'ਚੋਂ ਸ਼ੀਸ਼ਾ ਨਹੀਂ ਡਾਊਨ ਨਹੀਂ ਕਰੋ ਹਾਂ ਉਹ ਉਹਦੇ 'ਚ ਉਹਦਾ ਕਸੂਰ ਕੋਈ ਨਹੀਂ ਹੈ ਅਸੀਂ ਵੀ ਇਹ ਚੀਜ਼ ਕਹਿੰਦੇ ਹੁੰਦੇ ਹਾਂ ਠੀਕ ਹੈ ਮੈਂ ਕਈ ਵਲੋਗਸ 'ਚ ਵੀ ਇੰਟਰੋਡਿਊਸ ਕੀਤੀ ਹੈ ਇਹ ਚੀਜ਼ ਉਹ ਸ਼ੀਸ਼ੇ ਫਿਕਸਡ ਹੁੰਦੇ ਆ ਬਾਈ ਉਹ 'ਚ ਏਡੇ ਏਡੇ ਮੋਟੇ ਸ਼ੀਸ਼ੇ ਹੁੰਦੇ ਆ ਵੀ ਗੋਲੀ ਨੰਗਣੀ ਤਾਂ ਉਹ ਥੱਲੇ ਤਾਂ ਫਿਰ ਕਿੱਦਾਂ ਹੋ ਸਕਦੇ ਐਡੀਆਂ ਹੈਵੀ ਤਾਂ ਮੋਟਰਾਂ ਨਹੀਂ ਬਣੀਆਂ ਹਾਂ ਬਟ ਕੰਪਨੀ ਮੇਟਡ ਗੱਡੀਆਂ ਵੀ ਆਉਂਦੀਆਂ ਨੇ ਜਿਨ੍ਹਾਂ 'ਚ ਪਿੱਛੋਂ ਹੀ ਸਾਰਾ ਕੁਛ ਆਉਂਦਾ ਤਾਂ ਉਹਦੇ ਸ਼ੀਸ਼ੇ ਥੱਲੇ ਹੁੰਦੇ ਜਿੱਦਾਂ ਕਿ ਆਪਣੇ PM ਕੋਲ ਆ ਜਾਂ ਹੋਰ ਬੰਦਿਆਂ ਕੋਲ ਭੋਲੇ ਬਿਜ਼ਨਸਮੈਨਾਂ ਨੇ ਰੱਖੀਆਂ ਨੇ ਪਰ ਉਹ ਗੱਡੀਆਂ ਦੀ ਕੋਸਟ ਬਹੁਤ ਜ਼ਿਆਦਾ ਹੈ ਅਤੇ ਇਹਦੇ ਨਾਲ ਗੱਡੀ ਦੀ ਕੀਮਤ ਅਤੇ ਗੱਡੀ ਦਾ ਵੇਟ ਵੀ ਵੱਧ ਜਾਂਦਾ ਉਹਦੇ ਨਾਲ ਸਸਪੈਂਸ਼ਨ ਚੇਂਜ ਹੁੰਦੀਆਂ ਅਤੇ ਫਿਰ ਇੱਦਾਂ ਦੀਆਂ ਸਾਡੀਆਂ ਡਿਸਕਸ਼ਨਸ ਹੋ ਜਾਂਦੀਆਂ ਸੀ ਵੀ ਬਾਈ ਇਹ ਜੈਨੂਅਨ ਆ ਨਹੀਂ ਜੈਨੂਅਨ ਇਹ ਫਿਊਚਰ ਕਿੱਦਾਂ ਇਹਦਾ ਨਹੀਂ ਹੈਗਾ ਅਤੇ ਕਰ ਲੈਂਦਾ ਹੁੰਦਾ ਸੀ ਬਾਈ ਚਲੋ ਜਿੰਨੇ ਕੁ ਅਸੀਂ ਇੰਨੇ ਜੋਗੇ ਸੀ ਅਸੀਂ ਸਲਾਹ ਦੇ ਦਿੰਦੇ ਸੀ ਕਿਉਂਕਿ ਉਹਨੇ ਸਾਡੇ ਤੋਂ ਵੱਧ ਦੁਨੀਆ ਵੇਖ ਲਈ ਸੀਗੀ ਥੋੜ੍ਹੇ ਜਿਹੇ ਟਾਈਮ 'ਚ ਇਕੱਠਿਆਂ ਟਰੈਵਲ ਕੀਤਾ ਹਾਂ ਕੀਤਾ ਬਹੁਤ ਵਾਰੀ ਕੀਤਾ ਮਤਲਬ ਮੌਕਾ ਮਿਲਿਆ ਕਈ ਵਾਰੀ ਕਿੱਦਾਂ ਦੀ ਡਿਸਕਸ਼ਨ ਹੋਈ ਜਾਂ ਕੋਈ ਗੱਲ ਇਹੋ ਹੀ ਬਾਈ ਗੱਡੀਆਂ ਦੀ ਉਹਨੂੰ ਹੁੰਦਾ ਸੀ ਮੇਰੇ ਨਾਲ ਕਿ ਹਾਂ ਗੱਡੀਆਂ ਦਾ ਕਰ ਲੈਣਾ ਅਤੇ ਕੀ ਕਰ ਸਕਦੇ ਹਾਂ ਨਵਾਂ ਕੀ ਲੈ ਸਕਦੇ ਹਾਂ ਹੋਰ ਕੀ ਉਹਨੂੰ ਜੀ ਵੈਗਨ ਬਹੁਤ ਪਸੰਦ ਸੀਗੀ ਠੀਕ ਹੈ ਹੋਰ ਵੀ ਕਈ ਗੱਡੀਆਂ ਟਰੈਕਟਰਸ ਲਵਰ ਬਹੁਤ ਤਕੜਾ ਸੀ ਉਹ ਅਤੇ ਮਦਰ ਨੂੰ ਜਦੋਂ ਟਰੈਕਟਰ ਗਿਫਟ ਕੀਤਾ ਹੈ ਨਾ ਅਤੇ ਉਹਨੂੰ ਵੈਸੇ ਫਾਰਮ ਟਰੈਕ ਉਦੋਂ ਮਾਨਸੀ ਲੈਣ ਦਾ ਫਿਰ ਕੁਛ ਉਹਦੇ ਨੋਨ ਸੀਗੇ ਹੈ ਨਾ ਉਹਨੇ ਕਿਹਾ ਨਹੀਂ ਆਪਾਂ 36 ਦੀ ਲੈਣਾ ਠੀਕ ਹੈ ਉਹ ਵੀ ਮੈਂ ਬਾਈ ਨੂੰ ਕਿਹਾ ਹੈ ਨਾ ਬ੍ਰਾਂਡ ਉਹਦੇ ਪਿੱਛੇ ਪਿੱਛੇ ਫਿਰਦੇ ਸੀ ਠੀਕ ਹੈ ਕਿਉਂਕਿ ਚਲੋ ਲੋਕ ਜਦੋਂ ਸੋਸ਼ਲੀ ਅਸੀਂ ਵੀ ਦੋ ਚਾਰ ਵਲੌਗ ਕੀਤੇ ਤਾਂ ਕਿਉਂਕਿ ਮੈਂ ਵੀ ਸਗੋਂ ਉਹਨੂੰ ਕਿਹਾ ਨਾ ਕਹਿੰਦਾ ਯਾਰ ਕਿਹੜੀ ਗੱਲ
ਬਾਈ ਇਹ ਤਾਂ ਹੁਣ ਗਲਤੀ ਨਹੀਂ, ਇਹਨੂੰ ਕਹਿ ਸਕਦੇ ਜੇ ਕਿਸਮਤ ਕਹਿ ਸਕਦੇ ਹਾਂ, ਕਹਿੰਦੇ ਵੀ ਚਲੋ ਜਿਹਦੀ ਲਿਖੀ ਹੈ ਉਹ ਇਸ ਚੀਜ਼ ਨੂੰ ਪਹਿਲਾਂ ਹੀ ਮੰਨਦਾ ਸੀ ਵੀ ਅੱਜ ਆਏ ਹਾਂ ਪਤਾ ਨਹੀਂ ਕਿੱਦਣ ਚੱਲ ਜਾਣਾ, ਅਤੇ ਉਹਨੂੰ ਡਰ ਵੀ ਨਹੀਂ ਸੀ ਇਹਨਾਂ ਚੀਜ਼ਾਂ ਦਾ ਹੈਗਾ, ਅਤੇ ਸ਼ੌਕੀਨ ਸੀ ਬੇਸਿਕਲੀ ਇਹਨਾਂ ਚੀਜ਼ਾਂ ਦਾ, ਜੀਪਾਂ ਦਾ, ਕਾਰਾਂ ਦਾ, ਉਹਦੀ ਜੀਪ ਅਸੀਂ ਰੀਸਟੋਰ ਕੀਤੀ ਪ੍ਰੋਪਰ ਉਹਨੇ ਬਾਈ ਇਕੱਲਾ ਇਕੱਲਾ ਨਟ ਖੁਦ, ਮੈਨੂੰ ਅੱਜ ਵੀ ਯਾਦ ਮੈਂ ਮੋਗਿਓ ਕਰਾ ਕੇ ਦਿੱਤੀ ਉਹ, ਅਤੇ ਉਹਨੇ ਇਕੱਲਾ ਇਕੱਲਾ ਨਟ ਖੁਦ ਵੀ ਵੀਡੀਓ ਕਾਲ 'ਤੇ ਦੇਖਿਆ ਕਿ ਓਰੀਜਨਲ ਹੈ ਕਿ ਦੂਜਾ ਹੈ, ਠੀਕ ਹੈ, ਉਹਦੇ ਕੁਛ ਅਲਟਰਸ ਉਹਦੀ ਅਲਟਰੇਸ਼ਨਸ ਕਰਨ ਵਾਲੀਆਂ ਸੀਗੀਆਂ, ਉਹ ਵੀ ਉਹਨੇ ਵੀਡੀਓ ਕਾਲ 'ਤੇ ਸਪੈਸ਼ਲੀ ਕਰਾਈ, ਜਿਹੜੀ ਜੀਪ 'ਚ ਸਿੱਧੂ ਸ਼ਾਇਦ ਡਰਾਈਵ ਕਰ ਰਿਹਾ, ਉਹਨਾਂ ਦੇ ਮਾਤਾ ਜੀ ਬੈਠੇ ਆ ਨਾਲ, ਫਾਦਰ ਬੈਠੇ, ਇੱਕ ਗੱਡੀ ਦਾ ਵੀਡੀਓ, ਉਹੀ ਬਿੱਲੀ ਜੀਪ ਹੈ, ਅਤੇ ਉਹ ਫਿਰ ਅਸੀਂ ਨਾ ਖਰਾਬ ਹੋ ਗਈ ਸੀ ਥੋੜ੍ਹੀ ਜਿਹੀ, ਉਹ ਬਾਈ ਨੇ ਲਈ ਸੀਗੀ, ਮਤਲਬ ਬਾਈ ਨੂੰ ਸ਼ੌਂਕ ਸੀ ਵੀ ਜਦੋਂ ਮੇਰੇ ਕੋਲ ਕੁਛ ਆਊ, ਬਾਈ ਨੇ ਬੜੀਆਂ ਇੰਟਰਵਿਊਸ ਡਿਸਕਸ਼ਨ ਵੀ ਕੀਤੀ ਆ ਇਸ ਚੀਜ਼ ਬਾਰੇ ਕਿ ਮੈਂ ਲੈਣੀ ਹੈ ਨਾ, ਫਾਦਰ ਸਾਹਿਬ ਨੂੰ ਪਸੰਦ, ਉਹਦੇ ਫਾਦਰ ਨੂੰ ਅੱਜ ਵੀ ਬੜੀਆਂ ਉਹ ਜੀਪਾਂ ਪਸੰਦ ਨੇ, ਫਿਰ ਉਹ ਅਸੀਂ ਪ੍ਰੋਪਰ ਖਰਾਬ ਹੋ ਗਈ ਸੀ, ਅਤੇ ਮੈਂ ਕਿਹਾ ਬਾਈ ਆਪਾਂ ਨੂੰ ਚਲੋ ਉਹੀ ਗੱਲਾਂ ਵੀ ਸੇਮ ਤੁਹਾਡਾ ਸਰਕਲ ਹੈ, ਅਤੇ ਮੈਨੂੰ ਵੀ ਹੁੰਦਾ ਸੀ ਵੀ ਇਹ ਚੀਜ਼ ਦਾ ਚਲੋ ਇਹ ਖਰਾਬ ਹੋ ਗਈ, ਇਹਨੂੰ ਰਿਪੇਅਰ ਕਰ ਲਈਏ ਜਾਂ ਕੁਛ ਕਰ ਲਈਏ, ਫਿਰ ਮੈਂ ਕਿਹਾ ਬਾਈ ਇਹ ਰੀਸਟੋਰ ਕਰਨ ਵਾਲੀ ਬਾਈ, ਕਹਿੰਦਾ ਕਰ ਲੈ ਹੈ ਨਾ, ਫਿਰ ਮੈਂ ਉਹਨੂੰ ਮੋਗੇ ਦਿੱਤਾ ਇੱਕ ਬੰਦਾ ਬਹੁਤ ਪ੍ਰੋਫੈਸ਼ਨਲ ਹੈ ਇਸ ਚੀਜ਼ ਬਾਰੇ, ਮੈਂ ਅਸੀਂ ਵਲੋਗ ਵੀ ਕੀਤਾ ਉਹਦਾ, ਅਤੇ ਉਹ ਫਿਰ ਸਾਰੀ ਅਸੀਂ ਉਹਨੂੰ ਦੁਬਾਰਾ ਰੀਬਿਲਡ ਕੀਤਾ, ਅਤੇ ਸਾਰਾ ਫਿਰ ਉਹਦੇ 'ਚ ਓਰੀਜਨਲ ਪਾਰਟਸ ਵਗੈਰਾ, ਉਹਦਾ ਇੰਜਨ ਵਗੈਰਾ ਸਾਰਾ ਅਸੀਂ ਕੀਤਾ, ਬਹੁਤ ਵਧੀਆ ਚੀਜ਼ ਹੈ, ਅਤੇ ਜਿਹੜੀ ਥਾਰ ਬਾਈ ਕੋਲ ਸੀਗੀ, ਬਾਈ ਨੂੰ ਵੈਸੇ ਹੀ ਉਹਦਾ ਵੀ ਸ਼ੌਂਕ ਸੀ, ਚੌੜੇ ਟਾਇਰ ਸੀ ਬਾਈ ਸੀ, ਵਧੀਆ ਲੱਗਦੀ ਹੈ, ਉਹ ਫਿਰ ਉਦੋਂ ਨੂੰ ਪਤਾ ਨਹੀਂ ਕਿਉਂ ਲੈ ਗਿਆ, ਖੜਨੀ ਨਹੀਂ ਚਾਹੀਦੀ ਸੀ, ਅਤੇ ਸਾਨੂੰ ਅੱਜ ਵੀ ਉਸ ਚੀਜ਼ ਦਾ ਅਫਸੋਸ ਹੈ, ਅਤੇ ਸ਼ਾਇਦ ਬੁਲਟ ਪਰੂਫ ਗੱਡੀ ਹੁੰਦੀ ਤਾਂ ਕੋਈ ਹੱਲ ਹੁੰਦਾ, ਪਰ ਬੁਲਟ ਪਰੂਫ ਨਹੀਂ ਸੀ ਇਸੇ ਕਰਕੇ ਸਿੱਧੂ ਦੀ ਜਾਨ ਚਲੀ, ਇਸੇ ਕਰਕੇ ਕਿਉਂਕਿ ਵੈਸੇ ਬੇਸਿਕਲੀ ਜਿਸ ਲੈਵਲ ਦੇ ਥ੍ਰੈਟ ਸੀਗੇ ਔਰ ਜਿਸ ਲੈਵਲ 'ਤੇ ਸਿੱਧੂ ਦਾ ਨਾਂ ਸੀਗਾ, ਔਰ ਆਮ ਤੌਰ 'ਤੇ ਨਹੀਂ ਤਾਂ ਸਿੰਗਰ ਅਵੇਅਰ ਹੁੰਦੇ ਜਾਂ ਅਵੋਇਡ ਕਰਦੇ ਇਹਨਾਂ ਚੀਜ਼ਾਂ ਨੂੰ ਕਿ ਨਹੀਂ ਕੋਈ ਜਿਸ ਨੂੰ ਥ੍ਰੈਟ ਹੋਵੇ ਉਹ ਇਸ ਤਰ੍ਹਾਂ ਨਹੀਂ ਓਪਨ ਲਈ ਜਾਂਦਾ, ਪਰ ਉਹ ਪਤਾ ਨਹੀਂ ਦਲੇਰੀ ਕਈ ਵਾਰ ਬੰਦੇ ਨੂੰ ਮਰਵਾ ਜਾਂਦੀ ਆ, ਦਲੇਰ ਬਹੁਤ ਸੀਗਾ ਕਹਿੰਦੇ। ਇਹ ਤਾਂ ਬਾਈ ਹੁਣ ਮੈਂ ਇਹਦੇ 'ਤੇ ਬਾਰੇ ਤਾਂ ਚਲੋ ਜ਼ਿਆਦਾ ਡਿਸਕਸ਼ਨ ਨਹੀਂ ਮੈਂ ਕਰ ਸਕਦਾ, ਚਲੇ ਤਾਂ ਉਹਨੂੰ ਵੱਧ ਪਤਾ ਹੈ ਨਾ, ਕੁਛ ਉਹਦੇ ਨਾਲ ਉਹਦੇ ਕੁਛ ਹੋਰ ਭਰਾ ਵੀ ਸੀਗੇ ਨਾਲ, ਸਾਰਿਆਂ ਨੂੰ ਪਤਾ ਸੀ ਥ੍ਰੈਟ ਤਾਂ ਸੀਗਾ ਬਾਈ, ਮਤਲਬ ਇਹਦੇ 'ਚ ਨਹੀਂ, ਸਾਨੂੰ ਵੀ ਕਈ ਵਾਰੀ ਉਹਨੇ ਕਹਿਣਾ ਕਿ ਬਾਈ ਯਾਰ ਤੂੰ ਆਪਣੀ ਗੱਡੀ ਚੁੱਕ ਲੈ ਨਾਲ, ਹੈ ਨਾ, ਅਤੇ ਵੀ ਉਹ ਸੋਚਦਾ ਸੀ, ਇਹ ਨਹੀਂ ਵੀ ਉਹ ਆਪਣਾ ਫਾਇਦਾ ਹੀ ਸੋਚਦਾ ਸੀ, ਉਹਨੇ ਆਪਣਾ ਫਾਇਦਾ ਨਹੀਂ ਕਦੀ ਬਾਈ ਸੋਚਿਆ, ਜੋ ਮੈਨੂੰ ਮੈਂ ਉਹਨੂੰ ਜਾਣਦਾ, ਉਹਨੇ ਮੈਨੂੰ ਆਲਵੇਜ਼ ਕਹਿਣਾ ਕਿ ਯਾਰ ਤੂੰ ਵੀ ਇਕੱਲਾ ਇਕੱਲਾ ਹੈ ਨਾ, ਅਤੇ ਤੂੰ ਕਿਹੜੇ ਚੱਕਰੇ ਬਿਨਾਂ ਕੋਈ ਨਹੀਂ ਤੂੰ ਆਪਣੀ ਗੱਡੀ 'ਤੇ ਆ ਜਾ ਪਿੱਛੇ, ਹੈ ਨਾ, ਅਤੇ ਚਲੋ ਜਦੋਂ ਸਾਨੂੰ ਵੀ ਲੱਗਦਾ ਹੁੰਦਾ ਸੀ ਵੀ ਚਲੋ ਉਹ ਗਨਮੈਨਾਂ ਨੇ ਕਈ ਵਾਰੀ ਚਲਾ ਲੈਣੀ, ਹੈ ਨਾ, ਲਾਈਕ ਅਸੀਂ ਇਕੱਠੇ ਵੀ, ਸਾਨੂੰ ਲੱਗਿਆ ਵੀ ਹੁਣ ਇਕੱਠੇ ਜਾਣਾ ਕਿਉਂਕਿ ਬਾਈ ਵੀ ਇਕੱਲਾ, ਅਤੇ ਬਾਈ ਦੇ ਕੁਛ ਹੋਰ ਦੋਸਤ ਵੀ ਭਰਾ ਵੀ ਸੀਗੇ ਨਾਲ, ਮੋਸਟਲੀ ਜ਼ਿਆਦਾ ਭਰਾਵਾਂ ਨੂੰ ਹੀ ਰੱਖਦਾ ਸੀ ਉਹ, ਮਤਲਬ ਆਮ ਬੰਦੇ ਨੂੰ ਤਾਂ ਚਲੋ ਉਹਨੇ ਕਦੀ ਨਹੀਂ ਜ਼ਿਆਦਾ ਦਿੱਤਾ ਕਿਉਂਕਿ ਹਾਲਾਤ ਹੀ ਉਹਦੇ ਇੱਦਾਂ ਦੇ ਸੀਗੇ ਵੀ ਉਹਨੂੰ ਰਿਹਾ ਹੀ ਆਲਵੇਜ਼ ਇਸ ਚੀਜ਼ ਦਾ ਧਿਆਨ ਵੀ ਬਹੁਤ ਰੱਖਿਆ ਬਾਈ ਨੇ, ਮੈਂ ਵੀ ਤੁਹਾਨੂੰ ਕਹਾਂ ਵੀ ਉਹਨੂੰ ਬਹੁਤ ਹੁੰਦਾ ਸੀ, ਵੈਸੇ ਤਾਂ ਪਿੰਡ ਜ਼ਿਆਦਾ ਖੁਸ਼ ਹੁੰਦਾ ਸੀ ਪਰ ਚੰਡੀਗੜ੍ਹ ਵੀ ਆ ਜਾਂਦਾ ਹੁੰਦਾ ਸੀ ਵੀ ਕਦੇ ਕਦੇ, ਫਿਰ ਉਹਨੂੰ ਹੁੰਦਾ ਸੀ ਚਲੋ ਕੰਮ ਕਾਰ ਵੇਖਣਾ ਪੈਂਦਾ ਸਾਰਾ ਕੁਛ, ਹੈ ਨਾ, ਅਤੇ ਸੀਗਾ ਸਿਸਟਮ। ਤੁਹਾਡੇ ਕੋਲ ਵੀ 000008 ਨੰਬਰ ਫੋਰਚੂਨਰ, ਸਿੱਧੂ ਕੋਲ ਵੀ 000008, ਕਦੇ ਇਹਦੇ 'ਤੇ ਵੀ ਡਿਸਕਸ਼ਨ ਹੋਈ ਸੀ ਕਦੇ ਕਿ ਭਾਈ ਨੰਬਰ ਆਪਣੇ ਦੇਖੋ ਮੈਚ ਹੋ ਗਿਆ? ਜਦੋਂ ਉਹਨੇ ਗਾਣਾ ਕਰਿਆ ਨਾ, ਲਾਈਕ ਉਹ ਜਦੋਂ ਇੱਕ 000008 ਜਿਹੜਾ ਇਹ ਗਾਣੇ ਦੀ ਗੱਲ ਕਰਦੇ ਹੈ ਨਾ, ਅਤੇ ਮੈਂ ਉਹਨੂੰ ਖੁਦ ਕਿਹਾ, ਮੈਂ ਕਿਹਾ ਬਾਈ ਅਜੇ ਛੱਡੀ ਨਾ ਗਾਣਾ, ਹੈ ਨਾ, ਲਾਈਕ ਮੈਨੂੰ ਕਹਿੰਦਾ ਕਿਉਂ, ਮੈਂ ਕਿਹਾ ਬਾਈ ਯਾਰ ਮੈਂ ਗੱਡੀ ਬਦਲਣੀ ਹੈ, ਠੀਕ ਹੈ, ਅਤੇ ਮੈਨੂੰ ਕਹਿੰਦਾ ਉਹਦੇ ਨਾਲ ਕੀ ਫਰਕ ਪੈਣਾ, ਕਿਉਂਕਿ ਸਾਨੂੰ ਉਹ ਕਹਿੰਦੇ ਹੁੰਦੇ ਵੀ ਉਹਨੂੰ ਇੱਕ ਹੁੰਦਾ ਨਾ ਬੰਦੇ ਨੂੰ ਪਤਾ ਹੀ ਨਹੀਂ ਵੀ ਮੈਂ ਕਿੱਡਾ ਤਕੜਾ, ਠੀਕ ਹੈ, ਹੁਣ ਬਿਲਬੋਰਡ ਤੱਕ ਨਾਮ ਚੱਲਦੇ ਸੀ, ਸਾਰਾ ਕੁਝ ਚੱਲਦਾ ਸੀ, ਹੈ ਨਾ, ਜਦੋਂ ਉਹਨੇ ਨਾਮ ਗੱਡੀ ਦਾ ਨੰਬਰ ਮੈਨੂੰ ਗਾਣਾ ਸੁਣਾਇਆ ਨਾ ਰਿਕਾਰਡ ਕਰਕੇ ਬਾਈ ਨੇ, ਜੇ ਉਹ ਜਸਟ ਵੈਸੇ ਵੋਕਲ ਹੀ ਸੀਗੀ, ਹੈ ਨਾ, ਮੈਂ ਕਿਹਾ ਬਾਈ ਡੰਮੀ ਰਿਕਾਰਡ ਹੋ ਗਿਆ, ਹਾਂ ਡੰਮੀ ਸੀਗਾ ਉਦੋਂ, ਡੰਮੀ ਸੀਗਾ, ਬਾਅਦ 'ਚ ਉਹਨੂੰ ਫਾਈਨਲਾਈਜ਼ ਕੀਤਾ ਸੀ, ਉਹਦੀ ਵੀਡੀਓ ਪੈਂਡਿੰਗ ਸੀਗੀ ਅਤੇ ਬਣਾਉਣੀ ਸੀਗੀ, ਅਜੇ ਵੀਡੀਓ ਬਣੀ ਨਹੀਂ ਉਸ ਗਾਣੇ ਦੀ, ਨਹੀਂ ਉਹਦੀ ਵੀਡੀਓ ਨਹੀਂ ਬਣੀ, ਕਹਿੰਦਾ ਕਿ ਮੈਨੂੰ ਆਈਡੀਆ ਨਹੀਂ ਬਣੀ, ਬਾਕੀ ਪਤਾ ਨਹੀਂ, ਮਤਲਬ ਕਿਉਂਕਿ ਬਾਅਦ 'ਚ ਮੇਰੇ, ਕਿਉਂਕਿ ਮੈਂ ਵੀ ਆਪਣੇ ਕੰਮ 'ਚ ਬਿਜ਼ੀ ਹੋ ਜਾਂਦਾ ਰਿਹਾ ਅਤੇ ਮੈਨੂੰ ਆਈਡੀਆ ਨਹੀਂ, ਪਰ ਨਹੀਂ ਬਣੀ ਜਿੰਨਾ ਕਿ ਮੈਨੂੰ ਪਤਾ, ਅਤੇ ਉਹ ਬਾਈ ਮੈਂ ਬਾਈ ਨੂੰ ਕਿਹਾ ਗਾਣਾ ਦਾ ਛੱਡੀ, ਹੈ ਨਾ, ਅਤੇ ਬਾਈ ਮੈਨੂੰ ਕਹਿੰਦਾ ਕਿ ਕਿਉਂ ਕੀ ਹੋਇਆ, ਮੈਂ ਕਿਹਾ ਯਾਰ ਬਾਈ ਨੰਬਰ ਸਵਾਈਪ ਕਰਾਉਣਾ ਅਜੇ ਵੀ, ਤੂੰ ਕਹਿ ਰਿਹਾ ਵੀ ਨੰਬਰ ਰੱਖਣਾ, ਅਤੇ ਮੈਂ ਕਿਹਾ ਜੇ ਗਾਣਾ ਛੱਡਤਾ, ਮੈਂ ਕਿਹਾ ਵੈਲਿਊ ਵੱਧ ਜਾਣੀ ਹੈ, ਅਤੇ ਮੈਨੂੰ ਕਹਿੰਦਾ ਯਾਰ ਤੂੰ ਬਸ ਕਰਿਆ ਕਰ, ਕਹਿੰਦਾ ਵੀ ਤੂੰ ਕਈ ਵਾਰੀ ਇਹੋ ਜਿਹੀਆਂ ਗੱਲਾਂ ਕਰ ਦਿੰਦਾ ਵਾ ਕਿ ਜਿਹੜੀਆਂ ਕੋਈ ਸੈਂਸ ਨਹੀਂ ਹੈਗੀ, ਮੈਂ ਕਿਹਾ ਯਾਰ ਕਿਉਂ ਨਹੀਂ ਸੈਂਸ, ਮੈਂ ਕਿਹਾ ਜਦੋਂ ਗਾਣਾ ਚੱਲ ਗਿਆ ਵੇਖੀ ਨੰਬਰ ਦੀ ਵੈਲਿਊ ਬਣਦੀ, ਹੈ ਨਾ, 000008, ਹੈ ਨਾ ਬਾਈ, ਮੈਂ ਅੱਜ ਵੀ ਔਨਲਾਈਨ ਵੀ ਕੱਢ ਸਕਦੇ ਆ ਵਿਊਸ, ਹੈ ਨਾ, ਲਾਈਕ ਗੂਗਲ 'ਤੇ, ਆਈ ਥਿੰਕ ਮੋਹਾਲੀ ਦਾ ਬਾਅਦ 'ਚ ਨੰਬਰ ਵਿਕਿਆ, ਮੇ ਬੀ ਮੈਂ ਗਲਤ ਵੀ ਹੋਵਾਂ, ਪਤਾ ਨਹੀਂ 19 ਲੱਖ ਦਾ ਕਿ 29 ਲੱਖ ਦਾ, 20-65 ਹਾਂ, 000008 ਬੋਲੀ ਲੱਗੀ ਉਹਦੇ 'ਤੇ, ਚੰਡੀਗੜ੍ਹ ਵਾਲਾ ਮੈਨੂੰ ਅਜੇ ਯਾਦ ਹੈ 7.5-8 ਲੱਖ ਦਾ ਐਰਕਾਂ ਵਿਕਿਆ, 8 ਨੰਬਰ, ਠੀਕ ਹੈ, ਅਤੇ ਉਹ ਤੋਂ ਬਾਅਦ ਨੰਬਰ ਦੀ ਇੰਨੀ ਕੁ ਵੈਲਿਊ ਬਣ ਗਈ, ਅੱਜ ਵੀ ਮੈਨੂੰ ਲੋਕ ਰਾਜ ਰੋਕ ਲੈਂਦੇ ਆ, ਅਤੇ ਬਾਈ ਉਹਦੀ ਗੱਡੀ ਹੈ, ਹੈ ਨਾ, ਲਾਈਕ ਉਹਦਾ ਹੈ, ਠੀਕ ਹੈ, ਅਤੇ ਚਲੋ ਮੇ ਬੀ ਉਹਦੇ ਕਰਕੇ ਵੀ ਸਾਨੂੰ ਕਈ ਵਾਰੀ ਲੋਕ ਮੈਨੂੰ ਜਾਣਦੇ ਆ, ਬਹੁਤ ਸਾਰੇ ਲੋਕ ਜਾਣਦੇ ਆ, ਅਤੇ ਉਹ ਮੈਂ ਫਿਰ ਬਾਈ ਨੂੰ ਕਿਹਾ ਰੁਕ
ਹੈਗੇ ਹੀ ਆ ਕਾਫੀ ਗਾਣੇ ਤਾਂ ਕਰ ਲੈਂਦਾ ਡਿਸਕਸ ਕਈ ਵਾਰੀ ਤਾਂ ਇਕੱਠੇ ਬੈਠਿਆਂ ਨੇ ਸੁਣਾ ਦੇਣਾ ਕਿ ਆਹ ਸੁਣੋ ਕਿੱਦਾਂ ਦਾ ਹੈ ਨਾ ਲਾਈਕ ਇਹ ਕਿੱਦਾਂ ਹੋਊਗਾ ਹੈ ਨਾ ਅਤੇ ਕਈ ਚੀਜ਼ਾਂ 'ਤੇ ਡਿਸਕਸ਼ਨ ਕਰ ਲੈਂਦਾ ਪਰ ਚਲੋ ਸਾਡੀ ਉਹ ਲਾਈਨ ਨਹੀਂ ਹੈ ਮੇਰੀ ਲਾਈਨ ਨਹੀਂ ਹੈ ਨਾ ਅਤੇ ਮੈਨੂੰ ਕਹਿੰਦੇ ਹੁੰਦੇ ਵੀ ਮੈਨੂੰ ਉੱਦਾਂ ਉਹਦਾ ਸੁਭਾਅ ਚੰਗਾ ਲੱਗਦਾ ਸੀ ਵੀ ਲਾਈਕ ਵੀ ਉਹ ਉੱਦਾਂ ਵੀ ਮਤਲਬ ਬੰਦਾ ਐਕਚੁਅਲੀ ਬੰਦਿਆਂ ਵਾਲਾ ਬੰਦਾ ਜਿਹੜਾ ਅੱਜ ਕੱਲ੍ਹ ਨਵਾਂ ਜਨਰੇਸ਼ਨ ਜਿਹੜੀ ਉਹਨੂੰ ਭੁੱਲ ਰਹੀ ਹੈ ਦੋਗਲੇ ਆ ਲੋਕ ਬਹੁਤ ਸਾਰੇ ਅਤੇ ਅਸੀਂ ਵੀ ਉਹ ਚੀਜ਼ ਨੂੰ ਫੀਲ ਕਰਦੇ ਹਾਂ ਨਵੀਂ ਜਨਰੇਸ਼ਨ 'ਚ ਇਹ ਚੀਜ਼ ਦੀ ਕਮੀ ਬਹੁਤ ਜ਼ਿਆਦਾ ਹੈ ਪੰਜਾਬੀਅਤ ਐਕਚੁਅਲੀ ਪੰਜਾਬੀ ਅਸੀਂ ਕਿਹੜੀ ਚੀਜ਼ ਲਈ ਦੁਨੀਆਂ 'ਤੇ ਜਾਣੇ ਜਾਂਦੇ ਹਾਂ ਉਹ ਭੁੱਲ ਰਹੇ ਨੇ ਅਤੇ ਮੈਨੂੰ ਵੀ ਫੀਲ ਹੁੰਦੀ ਹੈ ਚੀਜ਼ ਜਦੋਂ ਅਸੀਂ ਇੰਡੀਆ 'ਚੋਂ ਪੰਜਾਬ 'ਚੋਂ ਨਿਕਲਦੇ ਹਾਂ ਨਾ ਉਦੋਂ ਰਿਅਲਾਈਜ਼ ਹੁੰਦੀ ਹੈ ਵੀ ਸਾਡਾ ਇਤਿਹਾਸ ਕੀ ਹੈ ਅਸੀਂ ਕੀ ਹੈ ਅਤੇ ਗਾਂ ਕੀ ਬਣ ਰਹੇ ਹਾਂ ਅਤੇ ਲੋਕ ਇਹਦੇ 'ਤੇ ਚਲੋ ਬਹੁਤ ਸਾਰੇ ਲਾਈਕ ਸੰਗਠਨਸ ਲੱਗੇ ਹੋਏ ਆ ਮੈਨੂੰ ਵਧੀਆ ਵੀ ਲੱਗਦਾ ਜਿੰਨੀ ਕਿ ਸਾਡੇ ਕੋਲ ਸਪੋਰਟ ਹੁੰਦੀ ਹੈ ਮੈਂ ਜ਼ਰੂਰ ਕਰਦਾ ਪਰ ਮੈਨੂੰ ਮੋਸਟਲੀ ਇਹ ਤੋਂ ਦੂਰ ਆਉਣਾ ਪੈਂਦਾ ਅਤੇ ਪਰ ਉਹਦਾ ਵੀ ਇਹੋ ਮਹੱਤਵ ਹੁੰਦਾ ਸੀ ਵੀ ਆਪਾਂ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਕਿੰਨਾ ਕੁਛ ਕੀਤਾ ਅਤੇ ਉਹ ਦੁਨੀਆ ਤੱਕ ਜ਼ਰੂਰ ਜਾਣਾ ਚਾਹੀਦਾ ਜੇ ਤੁਸੀਂ ਟਰੈਵਲ ਕਰਦੇ ਹੋ ਮਤਲਬ ਤੁਸੀਂ ਤਾਂ ਵੈਸੇ ਬਹੁਤ ਸਾਰੇ ਹੋਰ ਮੁਲਕਾਂ 'ਚ ਵੀ ਜਾਂਦੇ ਹੋ ਜਾਂ ਹੋਰ ਸਾਡੇ ਕੰਟਰੀ ਦੇ ਵਿੱਚ ਵੀ ਜਦੋਂ ਘੁੰਮਦੇ ਹੋ ਤਾਂ ਸਿੱਧੂ ਦੀਆਂ ਫੋਟੋਆਂ ਨਜ਼ਰ ਆ ਜਾਂਦੀਆਂ ਪਿੱਛੇ ਟਰੱਕਾਂ 'ਤੇ ਲੱਗੀਆਂ ਹੋਈਆਂ ਜਾਂ ਉਹਦੇ ਗਾਣਿਆਂ ਦੀਆਂ ਲਾਈਨਾਂ ਕਿਸੇ ਨੇ ਝੋਟਾ ਲਿਖਿਆ ਹੋਇਆ ਕਿਤੇ ਪਿਸਤੌਲ ਉਹਨੇ ਇੱਥੇ ਮੱਥੇ 'ਤੇ ਲਾਏ ਹੋਏ ਇਹੋ ਜਿਹੇ ਬਹੁਤ ਸਾਰੇ ਉਦੋਂ ਸੀਨ ਯਾਦ ਆ ਜਾਂਦਾ ਬਈ ਕਹਿਣ ਦਾ ਭਾਗ ਕਿ ਸੀਨ ਯਾਦ ਤਾਂ ਆਵੇਗੀ ਜੇ ਭੁੱਲੇ ਠੀਕ ਹੈ ਜਦੋਂ ਤੁਸੀਂ ਕਿਸੇ ਬੰਦੇ ਨਾਲ ਮੇਰੀ ਤਾਂ ਆਦਤ ਹੈ ਵੀ ਜੇ ਕਿਸੇ ਨਾਲ ਬਹਿ ਕੇ ਰੋਟੀ ਪਹਿਲੀ ਤਾਂ ਗੱਲ ਖਾਣੀ ਨਹੀਂ ਹੈ ਜੇ ਖਾ ਲਈ ਹੈ ਤਾਂ ਫਿਰ ਤੁਹਾਨੂੰ ਯਾਦ ਰਹੂਗਾ ਅਤੇ ਉਹਦੇ ਨਾਲ ਤਾਂ ਪਤਾ ਨਹੀਂ ਕਿੰਨੀਆਂ ਕੁ ਰੋਟੀਆਂ ਸ਼ੇਅਰ ਕੀਤੀਆਂ ਨੇ ਅਤੇ ਉਹ ਭੁੱਲਣ ਵਾਲੀ ਚੀਜ਼ ਹੀ ਨਹੀਂ ਹੈ ਅਤੇ ਕਿਉਂਕਿ ਅਜੇ ਵੀ ਹਨ ਇਹ ਨਹੀਂ ਮੈਂ ਕਹਿਣਾ ਚਾਹੁੰਦਾ ਕਿ ਨਹੀਂ ਹੈਗੇ ਬਹੁਤ ਸਾਰੇ ਆਰਟਿਸਟ ਅੱਜ ਵੀ ਹੈਗੇ ਆ ਜਿਹੜੇ ਕਿ ਇਸ ਚੀਜ਼ ਦੀ ਜ਼ਰੂਰਤ ਰੱਖਦੇ ਆ ਅਤੇ ਚਲੋ ਨਾਮ ਤਾਂ ਅਸੀਂ ਕੀ ਲੈਣਾ ਅਤੇ ਪਰ ਇਹ ਕਿ ਅੱਜ ਵੀ ਮੈਨੂੰ ਹੋਰ ਵੀ ਬੜੇ ਆਰਟਿਸਟ ਪਸੰਦ ਨੇ ਵੀ ਜਿਹਨਾਂ ਨਾਲ ਚਲੋ ਮੈਂ ਕਦੀ ਮਿਲਿਆ ਵੀ ਨਹੀਂ ਮੇਰੀ ਕਦੀ ਚਾਹ ਵੀ ਸਾਂਝੀ ਜਾਂ ਪਾਣੀ ਵੀ ਸਾਂਝਾ ਨਹੀਂ ਹੋਇਆ ਪਰ ਅੱਜ ਵੀ ਹੋਰ ਵੀ ਬੰਦੇ ਹੈਗੇ ਇਸ ਚੀਜ਼ 'ਤੇ ਕੰਮ ਕਰ ਰਹੇ ਆ ਪਰ ਗੌਰਮੈਂਟਸ ਸਰਕਾਰਾਂ ਉਸ ਚੀਜ਼ ਦੇ ਉਲਟ ਵੀ ਨੇ ਵੀ ਗਾਂ ਇਹ ਫਿਊਚਰ 'ਚ ਕੀ ਹੋਊਗਾ ਕੀ ਨਹੀਂ ਹੋਊਗਾ ਅਤੇ ਹੈਗਾ ਹੈਗਾ ਫਰਕ ਹੈਗਾ ਇੱਕ ਦਾਕਰ ਜਿਵੇਂ ਟੂਰਿਜ਼ਮ ਨੂੰ ਲੈ ਕੇ ਸਾਡੇ ਪੰਜਾਬ ਸਰਕਾਰ ਵੀ ਲਗਾਤਾਰ ਪ੍ਰਮੋਟ ਕਰ ਰਹੀ ਹੈ ਤੁਸੀਂ ਪੂਰੀ ਕੰਟਰੀ ਘੁੰਮਦੇ ਹੋ ਸੜਕਾਂ ਦੀ ਕੰਡੀਸ਼ਨ ਜਾਂ ਜਿਵੇਂ ਵੱਖ ਵੱਖ ਹੋਰ ਸਟੇਟ ਤੁਹਾਨੂੰ ਜਿਵੇਂ ਸੱਦੇ ਆ ਭਾਵੇਂ ਰਾਜਸਥਾਨ ਹੋ ਗਿਆ ਜਾਂ ਹੋਰ ਸਟੇਟ ਕੀ ਉਸੇ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਵੀ ਹੈਗਾ ਪੰਜਾਬ ਗਵਰਨਮੈਂਟ ਵੀ ਉਸ ਲੈਵਲ 'ਤੇ ਕਰ ਰਹੀ ਹੈ ਕੰਮ ਕਰ ਰਹੀ ਹੈ ਪਰ ਉਨੇ ਲੈਵਲ 'ਤੇ ਨਹੀਂ ਹੁੰਦਾ ਮਤਲਬ ਜਿੰਨਾ ਦੂਜੀਆਂ ਸਟੇਟਸ ਦੀਆਂ ਗਵਰਨਮੈਂਟਸ ਜਿਹੜੀਆਂ ਨੇ ਇਸ ਚੀਜ਼ 'ਤੇ ਐਕਟਿਵ ਆ ਜਿੱਦਾਂ ਗੋਆ ਟੂਰਿਜ਼ਮ ਕਹਿ ਲਈਏ ਹਿਮਾਚਲ ਟੂਰਿਜ਼ਮ ਕਹਿ ਲਈਏ ਰਾਜਸਥਾਨ ਟੂਰਿਜ਼ਮ ਕਹਿ ਲਈਏ ਆਪਣਾ ਵੀ ਟੂਰਿਜ਼ਮ ਵੈਸੇ ਵਧੀਆ ਪਰ ਲਾਈਕ ਕਹਿਣ ਦਾ ਪਾ ਕਿ ਹੁਣ ਆਪਣੇ ਟੂਰਿਜ਼ਮ ਲਈ ਬੜਾ ਕੁਛ ਹੈ ਵੀ ਨਹੀਂ ਮਤਲਬ ਅੰਮ੍ਰਿਤਸਰ ਜਿਹੜਾ ਹੈ ਉਹ ਫੇਮਸ ਹੈ ਗੋਲਡਨ ਟੈਂਪਲ ਕਰਕੇ ਆਪਣੇ ਠੀਕ ਹੈ ਲੋਕਾਂ ਨੇ ਅੱਜ ਕੱਲ੍ਹ ਉਹਨੂੰ ਵੀ ਟੂਰਿਸਟ ਪਲੇਸ ਹੀ ਬਣਾ ਲਿਆ ਵੈਸੇ ਬੇਸਿਕਲੀ ਉਹ ਹੈ ਤਾਂ ਇਤਿਹਾਸਿਕ ਜਗ੍ਹਾ ਹੈ ਬਹੁਤ ਤਕੜੇ ਵਾਲੀ ਅਤੇ ਸੜਕਾਂ ਦੀ ਗੱਲ ਕਰ ਲਈਏ ਤਾਂ ਹਾਂ ਪੰਜਾਬ ਬਹੁਤ ਵਧੀਆ ਅਤੇ ਜਿੱਦਾਂ ਇਹਨਾਂ ਨੇ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਸੜਕਾਂ ਹੀ ਹੈ ਨਹੀਂ ਬਈ ਅੱਜ ਵੀ ਨਹੀਂ ਹੈਗੀਆਂ ਠੀਕ ਹੈ ਅਤੇ ਆਪਣਾ ਪੰਜਾਬ ਜੇ ਆਪਾਂ ਟੂਰਿਜ਼ਮ ਦੇ ਵਿਹਾਵਨਾ ਵੀ ਗੱਲ ਕਰੀਏ ਵੈਸੇ ਵੀ ਗੱਲ ਕਰ ਲਈਏ ਅਤੇ ਆਪਣੇ ਦੂਜੀਆਂ ਸਟੇਟਾਂ ਨਾਲੋਂ ਕਿਤੇ ਤਾਂ ਆਪਣੇ ਲੋਕ ਬਹੁਤ ਹੈਲਪਫੁੱਲ ਨੇ ਠੀਕ ਹੈ ਆਪਣੇ ਇੱਥੇ ਇਨਵਾਇਰਮੈਂਟ ਬਹੁਤ ਵਧੀਆ ਹੈ ਪਾਣੀ ਕਿਸੇ ਵੀ ਨਲਕੇ ਤੋਂ ਪੀ ਲਓ ਕਈ ਸਟੇਟਾਂ 'ਤੇ ਬਾਈ ਤੁਸੀਂ ਪਾਣੀ ਵੀ ਨਹੀਂ ਨਲਕੇ ਤੋਂ ਪੀ ਸਕਦੇ ਅਵੇਲੇਬਿਲਟੀ ਨਹੀਂ ਹੈਗੀ ਅਤੇ ਲੋਕ ਏਅਰਪੋਰਟਸ ਅਵੇਲੇਬਲ ਨੇ ਨੈਟਵਰਕਸ ਸਾਰੇ ਫੋਨਾਂ ਦੇ ਅਵੇਲੇਬਲ ਨੇ ਈਜ਼ੀ ਅਸੈਸ ਹੈ ਤੁਸੀਂ ਮੈਂ ਕਹਿੰਦਾ ਅੰਮ੍ਰਿਤਸਰ ਤੋਂ ਚੰਡੀਗੜ੍ਹ ਆਉਣਾ ਹੈ ਬਾਏ ਰੋਡ 'ਤੇ ਹਾਰਡਲੀ 3 ਘੰਟੇ 'ਚ ਆ ਜਾਓਗੇ ਮੈਂ ਬਠਿੰਡੇ ਡੱਬ ਵਾਲੀ ਸ਼ੂਟ ਕਰਨ ਜਾਂਦਾ ਅੰਮ੍ਰਿਤਸਰੋਂ ਕਈ ਵਾਰੀ ਕਿਉਂਕਿ ਮੈਂ ਤਾਂ ਡੇਲੀ ਡਰਾਈਵ ਕਰਦਾ ਕਈ ਵਾਰੀ ਨਾ ਲਾਈਕ ਮੇਰੀ ਡੇਲੀ ਦੀ ਡਰਾਈਵਿੰਗ 500 ਕਿਲੋਮੀਟਰ ਹੈ ਅਤੇ ਅੰਮ੍ਰਿਤਸਰੋਂ ਚੱਲਦਾ ਬਠਿੰਡੇ ਡੱਬ ਵਾਲੀ ਸ਼ੂਟ ਕੀਤਾ ਸਿੱਧਾ ਫਿਰ ਚੰਡੀਗੜ੍ਹ ਹਾਰਡਲੀ 2.5 ਘੰਟੇ ਅੰਮ੍ਰਿਤਸਰੋਂ ਲੱਗਦੇ ਆ ਬਠਿੰਡੇ ਦੇ ਅੱਜ ਕੱਲ੍ਹ ਜਿਹੜੇ ਹਾਈਵੇ ਬਣ ਗਏ ਅਤੇ ਬਠਿੰਡੇ ਤੋਂ ਚੰਡੀਗੜ੍ਹ ਕਹਿ ਲਈਏ 3 ਘੰਟੇ ਲੱਗਦੇ ਆ ਨੈਟਵਰਕ ਬਹੁਤ ਸੋਹਣਾ ਸੜਕਾਂ ਦਾ ਬਣ ਗਿਆ ਅਤੇ ਟੂਰਿਜ਼ਮ ਵੀ ਜਿਹੜਾ ਹੈ ਮੋਸਟਲੀ ਆਪਣੇ ਵੱਲੋਂ ਐਫਰਟਸ ਕਰਦਾ ਰਹਿੰਦਾ ਬਹੁਤ ਸਾਰੇ ਈਵੈਂਟਸ ਕਰਾਉਂਦਾ ਪਿੱਛੇ ਜੇ ਇੱਕ ਇਹਨਾਂ ਨੇ ਮਿੰਨੀ ਗੋਆ ਲਾਂਚ ਕੀਤਾ ਸੀ ਉਹ ਮੈਂ ਪੰਜਾਬ ਗੌਰਮੈਂਟ ਨਾਲ ਵੀ ਕੰਮ ਕੀਤਾ ਥੋੜ੍ਹਾ ਚਿਰ ਫਿਰ ਉਹ ਕੰਮ ਕੀਤਾ ਥੋੜ੍ਹਾ ਜਿਹਾ ਅਤੇ ਉਹ ਮੇਰੀ ਵੀ ਹੈਲਪ ਕਰ ਦਿੰਦੇ ਕਈ ਵਾਰੀ ਤਾਂ ਮੇਰੇ ਬਹੁਤ ਸਾਰੇ ਫੋਲੋਅਰਸ ਨੇ ਜਾਂ ਮੇਰੇ ਇਨਫਲੂਐਂਸਰਸ ਕਹਿ ਸਕਦੇ ਹਾਂ ਜਾਂ ਯੂਟਿਊਬਰਸ ਕਹਿ ਲਈਏ ਉਹ ਆਉਂਦੇ ਆ ਪੰਜਾਬ 'ਚ ਨਾ ਮੈਨੂੰ ਮੈਸੇਜ ਕਰ ਲੈਂਦੇ ਕਿ ਦਿਆਕਰਨ ਹਮ ਆ ਰਹੇ ਹਾਂ ਤੋ ਕਿਆ ਘੁਮਾਏਗਾ ਕਿਆ ਕਰੇਗਾ ਸੋਚਣਾ ਤਾਂ ਮੈਨੂੰ ਪੈਂਦਾ ਕਪੂਰਥਲੇ ਬਹੁਤ ਸਾਰੀਆਂ ਇਤਿਹਾਸਿਕ ਜਗ੍ਹਾ ਹੈਗੀਆਂ ਨੇ ਹੋਰ ਵੀ ਕੰਮ ਮੈਂ ਕਹਿੰਦਾ ਕਿ ਪੰਜਾਬ ਟੂਰਿਜ਼ਮ ਨੂੰ ਕਰਨਾ ਚਾਹੀਦਾ ਇਸ ਚੀਜ਼ 'ਤੇ ਹੈਲਪ ਕਰਨੀ ਦੀ ਪਰ ਜਿਹੜੇ ਲੈਵਲ 'ਤੇ ਦੂਜੀਆਂ ਸਟੇਟਾਂ 'ਤੇ ਆ ਉਹਦੇ ਮੁਕਾਬਲੇ ਬਹੁਤ ਥੱਲੇ ਆ ਪਰ ਜੇ ਫੈਸਿਲਿਟੀਜ਼ ਦੀ ਗੱਲ ਕੀਤੀ ਜਾਵੇ ਜਿਵੇਂ ਸੜਕਾਂ ਦਾ ਤੁਸੀਂ ਜ਼ਿਕਰ ਕੀਤਾ ਹਾਲਾਂਕਿ ਚਲੋ ਪੰਜਾਬੀ ਸਾਡਾ ਛੋਟਾ ਜਿਹਾ ਸੂਬਾ ਬਣ ਗਿਆ ਪੰਜਾਬ ਪਰ ਉੱਥੇ ਜੇ ਬਾਕੀ ਸਟੇਟਸ ਨਾਲ ਕੰਪੇਅਰ ਕਰੀਏ ਸੜਕਾਂ ਦਾ ਹਾਲ ਕਿਵੇਂ ਕੇਰਲਾ ਤੁਸੀਂ ਜਾਂਦੇ ਚਲੋ ਬਿਲਕੁਲ ਹੀ ਡਿਫਰੈਂਟ ਆ ਸਾਡੇ ਨਾਲੋਂ ਕਲਚਰ ਵੀ ਉੱਧਰਲੇ ਬੰਨੇ ਸੜਕਾਂ ਦਾ ਹਾਲ ਕੀ ਹੈ ਜਾਂ ਨੈਟਵਰਕ ਦਾ ਹਾਲ ਕੀ ਹੈ ਹਰੇਕ ਸਟੇਟ ਦੀ ਨਾ ਇੱਕ ਆਪਣੀ ਖਾਸੀਅਤ ਹੈ ਅਤੇ ਹਰੇਕ ਦੇ ਉਹਦੇ ਇਨਵਾਇਰਮੈਂਟ ਦੇ ਹਿਸਾਬ ਨਾਲ ਉਹਦੇ ਰੋਡ ਸਰਕਲ ਜਾਂ ਵੈਸੇ ਉਹਦੇ ਹੈਗੇ ਹੈ ਨਾ ਉੱਥੇ ਕਣਕ ਨਹੀਂ ਬੀਜੀਆਂ ਦੀ ਝੋਨਾ ਹੀ ਹੁੰਦਾ ਉੱਥੇ ਮੀਂਹ ਪੈਂਦੇ ਰਹਿੰਦੇ ਆ ਸੜਕਾਂ ਟੁੱਟਦੀਆਂ ਵੀ ਉਹ ਬਣਾਉਂਦੇ ਵੀ ਨੇ ਠੀਕ ਹੈ ਉਹਨਾਂ ਨੇ ਨੈਸ਼ਨਲ ਹਾਈਵੇਜ਼ ਬਹੁਤ ਵਧੀਆ ਮੇਨਟੇਨ ਰੱਖੇ
ਵਾਲਾ ਕਹਿ ਲਈਏ, ਪਠਾਨਕੋਟ ਕਹਿ ਲਈਏ, ਹੈ ਨਾ, ਉਹ ਜ਼ਿਆਦਾ ਵਧੀਆ ਨੇ ਜਿਹੜੇ ਨੈਸ਼ਨਲ ਅਥਾਰਟੀ ਨੇ ਬਣਾਏ ਹੋਏ ਆ, ਅਤੇ ਹੈਗਾ ਹੀ ਆ ਫਰਕ। ਹੁਣ ਆਪਣੇ ਪੰਜਾਬ 'ਚ ਮੀਂਹ ਘੱਟ ਪੈਂਦੇ ਆ, ਸੜਕਾਂ ਵੱਧ ਮੇਨਟੇਨ ਨੇ, ਕੁਛ ਜ਼ਿਲ੍ਹਿਆਂ 'ਚ ਨਹੀਂ ਵੀ ਹੈਗੀਆਂ। ਪਰ ਜਿਹੜੀਆਂ ਸਟੇਟ ਦੀਆਂ ਸੜਕਾਂ, ਤੁਸੀਂ ਸਟੇਟ ਦੀਆਂ ਸੜਕਾਂ ਦਾ ਗੱਲ ਕਰਦੇ ਹੋ, ਜਿਹੜੇ ਰਾਜਮਾਰਗ ਆ ਜੀ ਜੀ, ਉਹਨਾਂ ਦੇ ਹਾਲਤ ਮਾੜੇ ਮਾੜੇ ਆ ਬਾਈ। ਉਹਨਾਂ ਦੇ ਕੋਈ ਹੈ ਨਹੀਂ, ਦੂਜਿਆਂ ਦੇ ਤਾਂ ਚਲੋ ਰਿਪੇਅਰ ਵੀ ਕਰਦੇ, ਸਾਰਾ ਕੁਛ ਕਰਦੇ ਆ, ਕਿਉਂਕਿ ਮੈਨੂੰ ਇਹ ਚੀਜ਼ਾਂ ਬਹੁਤ ਫੀਲ ਹੁੰਦੀਆਂ, ਕਿਉਂਕਿ ਜਦੋਂ ਕੋਈ ਟੂਰਿਜ਼ਮ ਵਾਲਾ ਬੰਦਾ ਬਾਹਰੋਂ ਆਉਂਦਾ, ਆਊਟ ਆਫ ਕੰਟਰੀ ਤੋਂ ਵੀ ਜਦੋਂ ਲੋਕ ਮੇਰੇ ਕੋਲ ਆ ਜਾਂਦੇ ਆ, ਅੰਮ੍ਰਿਤਸਰ ਕਰਕੇ ਆ ਜਾਂਦੇ, ਤਾਂ ਮੈਨੂੰ ਵੀ ਮਾਣ ਮਹਿਸੂਸ ਹੁੰਦਾ ਕਿ ਉਹ ਮੈਨੂੰ ਆਣ ਕੇ ਯਾਦ ਕਰਦੇ ਆ, ਅਤੇ ਮੈਨੂੰ ਵੀ ਉਹਨਾਂ ਨੂੰ ਘੁਮਾਉਣ ਵਾਸਤੇ ਫਿਰ ਸੋਚਣਾ ਪੈਂਦਾ। ਹੁਣ ਸਾਡਾ ਅੰਬਰਸਰ ਦਾ ਫੂਡ ਬਹੁਤ ਫੇਮਸ ਹੈ, ਜਿਹੜਾ ਬੰਦਾ ਅੰਬਰਸਰ ਦਾ ਫੂਡ ਖਾ ਜਾਂਦਾ ਹੈ ਨਾ, ਮੈਂ ਮੰਨਦਾ, ਉਹਨੂੰ ਕਿਸੇ ਹੋਰ ਜ਼ਿਲ੍ਹੇ ਦਾ ਫੂਡ ਹੀ ਪਸੰਦ ਨਹੀਂ ਆਉਂਦਾ। ਵੈਸੇ ਅੰਮ੍ਰਿਤਸਰ ਦੇ ਵਿੱਚ ਕੁਲਚੇ ਬਹੁਤ ਮਸ਼ਹੂਰ ਆ ਕਹਿੰਦੇ, ਜਿਹੜਾ ਆਉਂਦਾ ਬਾਈ ਉਹਦੇ ਮੂੰਹ 'ਤੇ ਕੁਲਚਾ ਹੁੰਦਾ ਕਿ ਮੈਂ ਖਾਣਾ ਨਾ ਕੁਲਚੇ, ਅੰਮ੍ਰਿਤਸਰੀ ਕੁਲਚਾ। ਪਰ ਕੁਲਚੇ ਵੀ ਬਾਈ ਐਕਚੁਅਲ ਜਿਹੜੇ ਬੰਦੇ ਪੁਰਾਣੇ ਜੱਦੀ ਪੁਸ਼ਤੀ ਕੰਮ ਕਰਨ ਡੇ, ਉਹਨਾਂ ਦੇ ਖਾਣ ਵਾਲੇ ਆ, ਮਤਲਬ ਤਿੰਨ ਚਾਰ ਬੰਦਿਆਂ ਦੇ ਮੈਂ ਨਾਂ ਜ਼ਰੂਰ ਲੈਣਾ ਚਾਹੂੰਗਾ, ਕਿ ਦਰਸ਼ਨ ਕੁਲਚੇ ਵਾਲਾ ਲਾਹੌਰੀ ਰੋਡ ਦੇ ਉੱਤੇ, ਵੈਸੇ ਉਹ ਪੁਰਾਣਾ ਨੀਗਾ ਅਤੇ ਮੈਨੂੰ ਲੱਗਦਾ ਥੋੜ੍ਹੇ ਪੁਰਾਣੇ, ਪਰ ਇੱਕ ਸਾਰ ਨੂੰ ਪੁਰਾਣਾ ਪਹਿਲਵਾਨ ਦਾ ਕੁਲਚਾ ਮਿਲਦਾ ਗੋਲਡਨ ਟੈਂਪਲ ਦੇ ਕੋਲ, ਠੀਕ ਹੈ, ਲਾਈਕ ਇੱਕ ਸ਼ੌਂਕੀ ਦਾ ਕੁਲਚਾ, ਕਾਫੀ ਲੋਕ ਹੈਗੇ ਆ। ਉਹ ਐਕਚੁਅਲ 'ਚ ਕੁਲਚੇ ਵਾਲੀ ਜਿਹੜਾ ਮਸਾਲੇ ਜਾਂ ਉਹ ਜਿੰਨਾ ਕੁ ਵਧੀਆ ਤਰੀਕੇ ਨਾਲ ਬਣਾਉਂਦੇ ਆ ਨਾ, ਉਹਦਾ ਫੀਲ ਹੋ ਰਹੀ ਹੈ। ਮਿਲ ਤਾਂ ਚਲੋ ਅੱਜ ਕੱਲ੍ਹ ਸਾਰੀਆਂ ਸਿਟੀਜ਼ 'ਚ ਹੀ ਲੱਗ ਗਏ, ਪਰ ਅੰਮ੍ਰਿਤਸਰ ਹੀ ਹੈ ਖਾਣ ਦੇ ਮਸਲੇ 'ਚ, ਅਤੇ ਟੂਰਿਜ਼ਮ ਵੀ ਸਾਰਾ ਉੱਥੇ ਹੀ ਆਉਂਦਾ, ਉੱਥੇ ਸਾਰੀਆਂ ਫੈਸਿਲਿਟੀਜ਼ ਅਵੇਲੇਬਲ ਆ। ਉੱਥੋਂ ਦੀ ਜਿਹੜੀ ਲੋਕਲ ਅਥਾਰਟੀ ਹੈ ਉਹ ਬਹੁਤ ਹੈਲਪਫੁਲ ਹੈ, ਉਹ ਕਰਦੇ ਆ, ਉਹ ਤਾਂ ਕਰਦੇ ਰਹਿੰਦੇ, ਐਕਟੀਵਿਟੀਜ਼ ਵੀ ਕਰਦੇ ਆ, ਸਾਨੂੰ ਵੀ ਮੌਕਾ ਮਿਲਦਾ ਕਈ ਵਾਰੀ ਜੁਆਇਨ ਕਰਨ ਦਾ, ਅਤੇ ਹੈਗਾ ਹੀ ਆ ਫਰਕ। ਅਤੇ ਦੂਜੀ ਸਟੇਟਾਂ ਦੀ ਸੜਕ ਦੀ ਜਿਹੜੀ ਗੱਲ ਹੈ, ਗੋਆ ਵੀ ਕਾਫੀ ਟੂਰਿਜ਼ਮ ਲਈ ਜਾਣਿਆ ਜਾਂਦਾ, ਪਰ ਉਹ ਪਾਰਟੀ ਪਲੇਸ ਹੈ, ਅਤੇ ਉੜੀਸਾ ਮੈਂ ਜੋ ਟਰੈਵਲ ਕੀਤਾ ਹੈ, ਮੈਨੂੰ ਅੱਜ ਤੱਕ ਸਾਰ ਨੂੰ ਥੋੜ੍ਹੀ ਮਾੜੀ ਸਟੇਟ ਲੱਗੀ, ਕਿਉਂਕਿ ਸੜਕਾਂ ਉੱਥੇ ਹਾਈਵੇ ਵੀ ਵਧੀਆ ਨਹੀਂ ਹੈਗੇ। ਅਤੇ ਪਰ ਇਹਨਾਂ ਨੇ ਜਿਹੜੇ ਐਕਚੁਅਲ 'ਚ ਟੈਕਨੋਲੋਜੀ ਦੀ ਮੈਂ ਇੱਥੇ ਜ਼ਰੂਰ ਗੱਲ ਕਰਨੀ ਚਾਹੂੰਗਾ, ਟੈਕਨੋਲੋਜੀ ਆਪਾਂ ਇੰਡੀਆ ਦੇ ਬਾਰੇ, ਕਿਉਂਕਿ ਬਾਕੀ ਕੰਟਰੀਜ਼ ਵੀ ਟਰੈਵਲ ਕੀਤੀਆਂ ਹੋਈਆਂ, ਹੈ ਨਾ। ਅਤੇ ਇੱਕ ਹਾਈਵੇ ਚੱਲਦਾ ਹੈ ਬਾਈ ਕੰਨਿਆਕੁਮਾਰੀ ਤੋਂ ਦਿੱਲੀ ਸਿੱਧਾ, ਠੀਕ ਹੈ, ਉਹਦੇ ਵਿੱਚ ਟੋਲ ਵੀ ਇਹਨਾਂ ਨੇ ਇੱਦਾਂ ਦੇ ਲਾ ਦਿੱਤੇ ਆ, ਜਿਹੜੇ ਅੱਜ ਕੱਲ੍ਹ ਇਹ ਕਹਿੰਦੇ ਨੇ ਕਿ ਇੱਥੇ ਲੱਗਣੇ ਆ, ਉੱਥੇ ਬਾਈ ਲੱਗੇ ਹੋਏ ਆ, ਉਹ ਸਿੱਧਾ ਹੀ ਤੁਹਾਡਾ ਕੋਈ ਬੈਰੀਅਰ ਨਹੀਂ ਹੈ, ਕੁਛ ਨਹੀਂ ਹੈ, ਕੋਈ ਬੰਦਾ ਵੀ ਨਹੀਂ ਬੂਥ ਦੇ ਵਿੱਚ, ਸਿੱਧਾ ਹੀ ਨੰਗ ਆਈਦਾ ਅਤੇ ਆਪੇ ਤੁਹਾਡੇ ਪੈਸੇ ਕੱਟੇ ਜਾਣੇ ਆ। ਫਿਰ ਭਾਰਤ ਵਾਲਾ ਬਣ ਰਿਹਾ ਨਾ, ਹੁਣ ਉਹ ਵੀ ਲੋਕਾਂ ਨੂੰ ਬੜੀ ਕਨਫਿਊਜ਼ਨ ਹੈ, ਉਹ ਬਾਈ ਜਿਹੜੇ ਹਿਸਾਬ ਨਾਲ ਜਿਹੜੇ ਤਰੀਕੇ ਨਾਲ ਉਹ ਹਾਈਵੇ ਬਣ ਰਿਹਾ, ਕਿੰਨੇ ਲੇਨ ਆ ਉਹ? 6 ਲੇਨ ਹੋਊਗਾ ਘੱਟੋ ਘੱਟ, ਕਿਉਂਕਿ ਮੈਂ ਬਹੁਤ ਸਾਰੇ ਮੈਂ 2018 'ਚ 17 'ਚ ਪ੍ਰੋਜੈਕਟ ਵੀ ਹੈ, ਮੈਂ ਦੇਖਿਆ ਡੱਬਵਾਲੀ ਤੋਂ ਹੋ ਕੇ ਨਿਕਲਦਾ, ਮੈਂ ਉਹ ਦੱਸਾਂ ਗੁਜਰਾਤ ਵੱਲ ਨੂੰ ਜਾਮਨਗਰ ਜਾਂਦਾ, ਮੈਂ ਉਹਦੇ 'ਤੇ ਮੈਂ ਬਾਈ ਐਕਚੁਅਲ ਜਦੋਂ ਨਿਕਲਣ ਲੱਗਿਆ ਸੀ ਮੈਂ ਬੜਾ ਖੁਸ਼ ਸੀ, ਠੀਕ ਹੈ, ਪਰ ਚਲੋ ਪੰਜਾਬ ਦੇ ਉਹਦੇ ਨਾਲ ਕਈ ਹੋਰ ਮੁੱਦੇ ਵੀ ਜੁੜ ਜਾਂਦੇ ਆ, ਉਹ ਹਰੇਕ ਸਟੇਟ ਦੇ ਜੁੜਦੇ ਆ। ਅਤੇ ਮੈਂ ਵਡੋਦਰਾ ਹਾਈਵੇ ਪਹਿਲੀ ਵਾਰੀ ਡਰਾਈਵ ਕੀਤਾ ਸੀ 2018 'ਚ, ਆਈ ਥਿੰਕ ਕੀਤਾ ਹੋਊਗਾ, ਮੈਂ ਉਦੋਂ ਕੱਚ ਗਿਆ ਸੀ, ਉੱਥੇ ਵਾਈਟ ਡੈਜ਼ਰਟ ਨਾਲ ਜਾਣਿਆ ਜਾਂਦਾ। 6 ਲਾਈਨ ਜਿਹੜਾ ਹਾਈਵੇ ਇਹ ਵੀ ਬਣ ਰਿਹਾ, 6 ਲਾਈਨ ਹੈ, ਉਹਦਾ ਬੈਨੀਫਿਟ ਕੀ ਹੈ ਕਿ ਤੁਸੀਂ ਘੰਟਿਆਂ ਨਾਲ ਜਗ੍ਹਾ 'ਤੇ ਪਹੁੰਚ ਜਾਂਦੇ ਹੋ, ਤੁਹਾਨੂੰ ਰਾਹ ਦੇ ਵਿੱਚ ਕੋਈ ਬ੍ਰੇਕ ਹੀ ਨਹੀਂ ਮਿਲਦੀ, ਜਿਵੇਂ ਆਮ ਅਸੀਂ ਸੜਕਾਂ 'ਤੇ ਵੇਖਦੇ ਹਾਂ ਕਿ ਡੰਗਰ ਆ ਜਾਂਦੇ ਆ, ਕੁਛ ਸਪੀਡ ਬ੍ਰੇਕਰ, ਚਲੋ ਸਪੀਡ ਬ੍ਰੇਕਰ ਤਾਂ ਉਹਦੇ 'ਚ ਹੋ ਵੀ ਨਹੀਂ ਸਕਦਾ ਨਾ, ਕਿਉਂਕਿ ਉਹਦੀ ਸਪੀਡ ਲਿਮਿਟਸ ਉਹਦਾ ਸਾਰੇ ਦਾਇਰੇ ਹੋਰ ਨੇ ਉਹਦੇ, ਠੀਕ ਹੈ, ਮਾਈਨੇ ਹੋਰ ਨੇ, ਕਿਉਂਕਿ ਉਹਦੇ ਸਾਈਡ 'ਤੇ ਵੀ ਰੇਲਿੰਗਸ ਲੱਗੀਆਂ ਨੇ, ਤੁਸੀਂ ਆਪਣੀ ਮਰਜ਼ੀ ਨਾਲ ਚੜ੍ਹ ਨਹੀਂ ਸਕਦੇ। ਵਧੀਆ ਗੱਲ ਹੈ, ਮੈਨੂੰ ਵੀ ਇਹ ਲੱਗੀ ਭਾਰਤਮਾਲਾ ਦੀ ਵੀ ਕਿ ਬਾਕੀ ਚਲੋ ਉਹਦੇ ਸਾਈਡ ਇਫੈਕਟ ਕੀ ਹੈ ਉਹਨੂੰ ਪਾਸੇ ਰੱਖ ਕੇ ਥੋੜ੍ਹੇ ਬਹੁਤੇ ਹੋਣਗੇ, ਪਰ ਉਹ ਹੈ ਕਿ ਕੋਈ ਜਾਨਵਰ ਨਹੀਂ ਆਉਂਦਾ, ਕੋਈ ਗਾਂ ਆਵਾਰਾ ਪਸ਼ੂ ਕੋਈ ਕੁਛ ਨਹੀਂ ਹੈ ਉਹਦੇ 'ਤੇ, ਤੁਸੀਂ ਹਾਂ ਉੱਥੇ ਜਿਹੜੀ ਸਪੀਡ ਲਿਮਿਟ ਲਿਖੀ ਆ, ਤੁਹਾਡੇ ਉੱਥੇ ਕੈਮਰੇ ਲੱਗੇ ਆ, ਤੁਹਾਡਾ ਕੋਈ ਇਸ਼ੂ ਆ, ਤੁਹਾਨੂੰ ਉਹ ਪਿਕਅਪ ਲਈ ਵੀ ਆਉਂਦੇ ਆ, ਉਹਨਾਂ ਕੋਲ ਫੈਸਿਲਿਟੀਜ਼ ਅਵੇਲੇਬਲ ਆ। ਹਾਂ, ਟੋਲ ਜ਼ਰੂਰ ਮਹਿੰਗੇ ਨੇ ਉਹਦੇ ਉੱਤੇ, ਪਰ ਮੈਂ ਚਾਹੁੰਦਾ ਕਿ ਹਰੇਕ ਚੀਜ਼ ਦੀ ਇੱਕ ਕੀਮਤ ਹੁੰਦੀ ਹੈ, ਉਹ ਦੇਣੀ ਉਹ ਪਊਗੀ, ਹੈ ਨਾ, ਅਤੇ ਫੈਸਿਲਿਟੀਜ਼ ਲੈਣੀ ਹੈ, ਅਤੇ ਉਹ 'ਤੇ ਆਰਾਮ ਨਾਲ ਤੁਸੀਂ ਚਲਾਓ, ਕੋਈ ਪੰਗਾ ਨਹੀਂ। ਪਰ ਚੱਕਰ ਉਹਦੇ 'ਚ ਇਹ ਵੀ ਹੈ ਕਿ ਜੇ ਤੁਸੀਂ ਇੱਕ ਕੱਟ ਛੱਡਤਾ ਤਾਂ ਫਿਰ 20-25 ਕਿਲੋਮੀਟਰ ਘੁੰਮ ਕੇ ਆਉਣਾ, ਮਿਨੀਮਮ ਆਈ ਥਿੰਕ ਉਹ 10 ਕਿਲੋਮੀਟਰ ਤੋਂ ਬਾਅਦ ਕੱਟ ਆਉਂਦਾ ਹੈ, ਉਹਦੀਆਂ ਲਿਖੇ ਗਾਈਡਲਾਈਨਸ। ਮੈਂ ਕਹਿੰਦਾ ਵੀ ਹਰੇਕ ਜਗ੍ਹਾ ਦੀਆਂ, ਜਦੋਂ ਤੁਸੀਂ ਕਿਸੇ ਜਗ੍ਹਾ 'ਤੇ ਵੀ ਜਾਓ, ਪਾ ਲਓ ਪੰਜਾਬ 'ਚ ਵੀ ਆਉਂਦੇ ਆ ਨਾ, ਮੈਂ ਕਹਿੰਦਾ ਏਅਰਪੋਰਟ ਦੇ ਉੱਤੇ ਸਾਰਾ ਕੁਛ ਅਵੇਲੇਬਲ ਹੁੰਦਾ, ਤੁਹਾਨੂੰ ਗਾਈਡਲਾਈਨਸ ਪੜ੍ਹਨੀਆਂ ਚਾਹੀਦੀਆਂ, ਅਤੇ ਬਹੁਤ ਸਾਰੇ ਲੋਕ ਨਹੀਂ ਪੜ੍ਹਦੇ, ਜਾਂ ਉਹਨੂੰ ਗੂਗਲ ਕਰ ਲਓ, ਅੱਜ ਕੱਲ੍ਹ ਔਨਲਾਈਨ ਅਵੇਲੇਬਲ ਹੈ, ਆਪਣੀ ਟੂਰਿਜ਼ਮ ਨੇ ਐਪਸ ਵੀ ਬਣਾਈਆਂ ਹੋਈਆਂ। ਉਹ ਹਾਈਵੇ ਆ ਬਾਈ, ਉਹ ਉਸ ਹਿਸਾਬ ਨਾਲ ਮੈਨੂੰ ਤਾਂ ਬਹੁਤ ਪਸੰਦ ਹੈ, ਕਿਉਂਕਿ ਮੈਂ ਇੰਟਰਨੈਸ਼ਨਲ ਵੀ ਟਰੈਵਲ ਕੀਤਾ ਹੋਇਆ, ਉੱਥੇ ਵੀ ਅਸੀਂ ਗੱਡੀ ਜਿਹੜੀ ਹੈ ਬਾਏ ਰੋਡ ਚਲਾਉਂਦੇ ਹਾਂ, ਹੈ ਨਾ, ਉੱਥੋਂ ਅਸੀਂ ਉਹਨੂੰ ਰੈਂਟ ਕਰ ਲੈਂਦੇ ਹਾਂ, ਆਪਣੇ ਪੰਜਾਬ 'ਚ ਵੀ ਇਹ ਫੈਸਿਲਿਟੀਜ਼ ਅਵੇਲੇਬਲ ਨੇ ਹੁਣ ਤਾਂ, ਅਤੇ ਬਹੁਤ ਸਾਰੇ ਐਨਆਰਆਈਜ਼ ਉਹਦਾ ਵੀ ਫਾਇਦਾ ਲੈਂਦੇ ਆ, ਟੂਰਿਜ਼ਮ ਬਹੁਤ ਸਾਰਾ ਫਾਇਦਾ ਲੈਂਦਾ ਉਸ ਚੀਜ਼ ਦਾ, ਅਤੇ ਉਹਦੇ ਵਿੱਚ ਵੀ ਕਈ ਬੰਦੇ ਵੈਸੇ ਉਹਨੂੰ ਵੀ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਵੀ ਉਹ ਗੱਡੀਆਂ ਕੁਛ ਰੈਂਟਲ ਲਈ ਬਲੈਕ ਨੰਬਰ ਪਲੇਟ ਹੁੰਦੀ ਹੈ, ਅਤੇ ਉਹ ਮਿਸ ਕਰ ਜਾਂਦੇ ਆ, ਵੈਸੇ ਘੱਟ ਪੈਸਿਆਂ ਕਰਕੇ ਦੂਜੀ ਗੱਡੀ ਲੈ ਲੈਂਦੇ ਆ। ਅੱਛਾ, ਇੱਕ ਚੀਜ਼ ਮੈਨੂੰ ਇਹ ਦੱਸੋ ਦਿਆ ਕਰਨ, ਜਦੋਂ ਵੱਡੀਆਂ ਵੱਡੀਆਂ ਕੰਪਨੀਆਂ ਸੱਦੀਆਂ, ਉਹਨਾਂ ਦੇ ਵਿੱਚ ਪੂਰੇ ਕੰਟਰੀ 'ਚੋਂ, ਪੂਰੇ ਭਾਰਤ 'ਚੋਂ ਲੋਕ ਆਉਂਦੇ,
ਨਿਮਰਤਾ ਨਾਲ ਝੋਕ ਕੇ ਜ਼ਰੂਰ ਮਿਲਦੇ ਹਾਂ, ਹਰੇਕ ਨੂੰ ਮਿਲਣਾ ਵੀ ਚਾਹੀਦਾ। ਅਤੇ ਕਈ ਵਾਰੀ ਤਾਂ ਕਈ ਇਵੈਂਟਸ 'ਤੇ ਤਾਂ ਇੱਦਾਂ ਦੇ ਮੌਕੇ ਵੀ ਮਿਲੇ ਆ ਕਿ ਗੋਰਿਆਂ ਨੇ ਵੀ ਜ਼ਰੂਰ ਆਣ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਚਲੋ ਜਿੰਨੇ ਕੁ ਸਾਨੂੰ ਅਸੀਂ ਕਰ ਸਕਦੇ ਅਸੀਂ ਜ਼ਰੂਰ ਕੀਤੀ ਹੈ। ਉਹ ਪੰਜਾਬ ਇੱਕ ਵਰਲਡਵਾਈਡ ਫੇਮਸ ਸਟੇਟ ਹੈਗੀ ਹੈ, ਠੀਕ ਹੈ। ਇੰਡੀਆ ਬਹੁਤ ਸਾਰੇ ਲੋਕ ਪੰਜਾਬ ਕਰਕੇ ਵੀ ਜਾਣੇ ਜਾਂਦੇ ਆ, ਅਤੇ ਉੱਥੇ ਬਹੁਤ ਵਧੀਆ ਫੀਲ ਉਦੋਂ ਆਉਂਦਾ। ਕਈ ਵਾਰੀ ਤਾਂ ਸਾਰੇ ਜਣੇ ਇਕੱਠੇ ਹੀ ਹੋ ਜਾਂਦੇ, ਕਿਉਂਕਿ ਕਈ ਵਾਰੀ ਕੰਟੈਂਟ ਹੀ ਇਹੋ ਜਿਹਾ ਪੋਸਟ ਕੀਤਾ ਹੁੰਦਾ ਅਤੇ ਉਹ ਕਿਤੇ ਨਹੀਂ ਹੁੰਦਾ, ਕਿਸੇ ਚੈਨਲ 'ਚ ਨਹੀਂ ਹੁੰਦਾ, ਕਿਸੇ ਨੂੰ ਨਹੀਂ ਹੁੰਦਾ, ਅਤੇ ਉਦੋਂ ਫਿਰ ਉਹ ਸਰਦਾਰ ਜੀ ਕਹਿ ਕੇ ਵੀ ਬੁਲਾ ਲੈਂਦੇ ਆ, ਠੀਕ ਹੈ। ਅੱਜ ਕੱਲ੍ਹ ਬਹੁਤ ਇਸ ਚੀਜ਼ ਦਾ ਫਾਇਦਾ ਮਿਲਦਾ, ਮਤਲਬ ਕਿ ਮੈਨੂੰ ਵਧੀਆ ਲੱਗਦਾ। ਠੀਕ ਹੈ ਦਯਾਕਰਨ, ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ। ਥੈਂਕ ਯੂ। ਤਾਂ ਦਯਾਕਰਨ ਬਾਈ ਹੁਣੀ ਸਾਡੇ ਨਾਲ ਸੀਗੇ। ਅੱਜ ਗੱਲਬਾਤ ਕਾਫੀ ਲੰਬੀ ਹੋਈ ਹੈ, ਕਾਫੀ ਸਾਰੇ ਵਿਸ਼ੇ ਅਸੀਂ ਗੱਲਾਂ ਕਰਨੀਆਂ ਚਾਹੁੰਦੇ ਸੀ, ਕਾਫੀ ਸਾਰੀਆਂ ਚੀਜ਼ਾਂ ਟੱਚ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਗੱਲਾਂ ਬਾਤਾਂ ਦੌਰਾਨ। ਔਰ ਕਿਉਂਕਿ ਮੋਡੀਫਿਕੇਸ਼ਨ ਇੱਕ ਅਹਿਮ ਹਿੱਸਾ ਹੈਗਾ, ਕਿਉਂਕਿ ਜਦੋਂ ਕੋਈ ਗੱਡੀ ਲੈਂਦਾ ਤਾਂ ਉਹ ਅੱਜ ਕੱਲ੍ਹ ਕੋਈ ਨਵੀਂ ਗੱਡੀ ਖਰੀਦਦਾ ਤਾਂ ਉਹ ਵੱਖ ਵੱਖ ਤਰ੍ਹਾਂ ਦੀ ਚਾਹੁੰਦਾ ਕਿ ਗਾਈਡੈਂਸ ਮੈਨੂੰ ਮਿਲ ਜਾਵੇ, ਤਾਂ ਦਯਾਕਰਨ ਹੁਣੀ ਗਾਈਡ ਵੀ ਕਰਦੇ ਨੇ ਔਰ ਇਹਨਾਂ ਦੇ ਸੋਸ਼ਲ ਮੀਡੀਆ 'ਤੇ ਵੀਡੀਓਜ਼ ਵੀ ਪਾਉਂਦੇ ਆ, ਵੱਖ ਵੱਖ ਕੰਪਨੀਆਂ ਹਾਇਰ ਕਰਦੀਆਂ। ਪਰ ਮਾਣ ਹੁੰਦਾ ਜਦੋਂ ਕਿ ਵੱਡੀਆਂ ਕੰਪਨੀਆਂ ਕਿਸੇ ਪੱਗ ਵਾਲੇ ਸਰਦਾਰ ਨੂੰ ਚੂਜ਼ ਕਰਦੀਆਂ ਕਿ ਆਓ ਸਾਨੂੰ ਪੰਜਾਬ 'ਚ ਲੈ ਕੇ ਜਾਓ ਜਾਂ ਸਾਡੀ ਪ੍ਰਮੋਸ਼ਨ ਕਰੋ, ਤਾਂ ਉਦੋਂ ਚੰਗਾ ਲੱਗਦਾ ਜਦੋਂ ਇਹੋ ਜਿਹੇ ਲੋਕਾਂ ਨੂੰ ਚੂਜ਼ ਕਰਦੀਆਂ ਵੱਡੀਆਂ ਵੱਡੀਆਂ ਕੰਪਨੀਆਂ। ਤਾਂ ਦਯਾਕਰ ਨੇ ਮਿਹਨਤ ਕੀਤੀ ਹੈ, ਆਪਣਾ ਨਾਂ ਬਣਾਇਆ, ਕਦੋਂ ਤੋਂ ਲੈ ਕੇ ਲੱਗੇ ਹੋਏ ਆ। ਔਰ ਇਸ ਦੇ ਨਾਲ ਹੀ ਪੂਰੇ ਕੰਟਰੀ ਦੇ ਵਿੱਚ ਟਰੈਵਲ ਕਰਦਿਆਂ ਕਿਹੜੀਆਂ ਕਿਹੜੀਆਂ ਦਿੱਕਤਾਂ ਇਹਨਾਂ ਨੂੰ ਮਹਿਸੂਸ ਹੋਈਆਂ, ਉਹਨਾਂ ਬਾਰੇ ਵੀ ਅਸੀਂ ਗੱਲ ਕੀਤੀ ਹੈ।